ਮਿੱਤਰ ਸੈਨ ਮੀਤ ਦਾ ਨੋਵਲ ਕਟਹਿਰਾ ਦਾ ਸੱਤਵਾਂ ਅੰਗ। ਭਾਵੇਂ ਕਚਹਿਰੀ 'ਚ ਬੈਠਾ ਹਰ ਵਕੀਲ ਇਹ ਕੇਸ ਹਾਸਲ ਕਰਨ ਲਈ ਤਰਲੋ ਮੱਛੀ ਹੋ ਰਿਹਾ ਸੀ, ਪਰ ਸੰਤ ਰਾਮ ਭੰਡਾਰੀ ਬੇਫਿਕਰ ਸੀ। ਉਸਨੇ ਮੁਦਈ ਧਿਰ ਵੱਲੋਂ ਵਕਾਲਤ ਕਰਨੀ ਹੀ ਕਰਨੀ ਸੀ। ਬੰਟੀ ਦੇ ਅਗਵਾਹ ਵਾਲੇ ਦਿਨ ਤੋਂ ਲੈ ਕੇ ਅੱਜ ਤੱਕ ਉਹ ਇਸ ਕੇਸ ਨਾਲ ਜੁੜਿਆ ਰਿਹਾ ਸੀ। ਵੈਸੇ ਵੀ ਭੰਡਾਰੀ ਯੁਵਾ ਸੰਘ ਦਾ ਕਾਨੂੰਨੀ ਸਲਾਹਕਾਰ ਸੀ ਅਤੇ ਸੰਘ ਉਹਦਾ ਪ੍ਰਸ਼ੰਸਕ। ਜਦੋਂ ਦੋਹਾਂ ਧਿਰਾਂ 'ਚ ਘਿਓ ਖਿਚੜੀ ਵਾਲਾ ਰਿਸ਼ਤਾ ਸੀ ਤਾਂ ਕੇਸ ਬਾਹਰ ਕਿਵੇਂ ਜਾ ਸਕਦਾ ਸੀ। ਭੰਡਾਰੀ ਦੇ ਲਾਲਾ ਜੀ ਨਾਲ ਵੀ ਨਿੱਜੀ ਸੰਬੰਧ ਸਨ। ਲਾਲਾ ਜੀ ਵਾਂਗ ਭੰਡਾਰੀ ਵੀ ਸਮਾਜ ਸੇਵਕ ਸੀ। ਬਹੁਤ ਸਾਰੀਆਂ ਸੰਸਥਾਵਾਂ ਦੋਹਾਂ ਦੇ ਸਹਾਰੇ ਚੱਲਦੀਆਂ ਸਨ। ਜੇ ਲਾਲਾ ਜੀ ਖੂਨ ਪਸੀਨਾ ਇੱਕ ਕਰਕੇ ਕਿਸੇ ਸੰਸਥਾ ਨੂੰ ਜਨਮ ਦਿੰਦੇ ਸਨ ਤਾਂ ਭੰਡਾਰੀ ਸਾਹਿਬ ਧਨ ਦੌਲਤ ਨਾਲ ਉਹਦੀ ਪਰਵਰਿਸ਼ ਕਰਦੇ ਸਨ। ਮਾਤਾ ਦੇ ਭੰਡਾਰੇ ਲਈ ਸੇਵਕ ਲਾਲਾ ਭੇਜਦਾ ਤਾਂ ਰਾਸ਼ਨ ਪਾਣੀ, ਭੰਡਾਰੀ ਹਸਪਤਾਲ, ਬਿਮਾਰ ਪਏ ਲੋਕਾਂ ਦੀ ਸੇਵਾ। ਜੇ ਲਾਲਾ ਕਰਦਾ ਤਾਂ ਮੁਫ਼ਤ ਦਵਾਈਆਂ ਭੰਡਾਰੀ ਭੇਜਦਾ। ਜਿੱਥੇ ਲਾਲਾ ਜੀ ਦੀ ਨਿਸ਼ਕਾਮ ਸੇਵਕ ਵਜੋਂ ਪ੍ਰਸ਼ੰਸਾ ਹੁੰਦੀ, ਉੱਥੇ ਭੰਡਾਰੀ ਦੀ ਮਹਾਂਦਾਨੀ ਵਜੋਂ। ਕੇਸ ਲੜਨ ਪਿੱਛੇ ਭੰਡਾਰੀ ਨੂੰ ਪੈਸੇ ਦਾ ਲਾਲਚ ਨਹੀਂ ਸੀ। ਬੰਟੀ ਖਾਤਰ ਹਜ਼ਾਰਾਂ ਰੁਪਇਆ ਉਹ ਪਹਿਲਾਂ ਹੀ ਪੱਲਿਓਂ ਖਰਚ ਚੁੱਕਾ ਸੀ। ਅਖਬਾਰਾਂ 'ਚ ਇਸ਼ਤਿਹਾਰ ਛਪਵਾਏ ਗਏ ਸਨ, ਰੇਡੀਓ ਅਤੇ ਟੀਵੀ 'ਤੇ ਸੂਚਨਾਵਾਂ ਦਿੱਤੀਆਂ ਗਈਆਂ ਸਨ। ਇਹ ਸਾਰਾ ਖਰਚਾ ਭੰਡਾਰੀ ਨੇ ਕੀਤਾ ਸੀ। ਇਸ ਕੇਸ ਪਿੱਛੇ ਭੰਡਾਰੀ ਨੂੰ ਉਹ ਲਾਲਚ ਸੀ ਜਿਹੜਾ ਹਰ ਵਕੀਲ ਨੂੰ ਹੁੰਦਾ, ਆਪਣੀ ਚਰਚਾ ਕਰਾਉਣ ਦਾ। ਜਿੰਨਾ ਵੱਧ ਕਿਸੇ ਦਾ ਪ੍ਰਚਾਰ, ਉਨੀ ਵੱਧ ਉਹਦੀ ਪ੍ਰੈਕਟਿਸ। ਪ੍ਰਚਾਰ ਜੇ ਰੇਡੀਓ, ਟੀਵੀ ਜਾਂ ਅਖਬਾਰਾਂ ਰਾਹੀਂ ਹੁੰਦਾ ਹੋਵੇ ਤਾਂ ਕਿਆ ਕਹਿਣੀ। ਇਸ ਕੇਸ ਦੀ ਮੀਡੀਆ 'ਚ ਪਹਿਲਾਂ ਰੱਜ ਕੇ ਚਰਚਾ ਹੋਈ ਸੀ, ਅਗਾਂਹ ਵੀ ਹੋਣੀ ਸੀ। ਪ੍ਰੈਸ ਵਾਲਿਆਂ ਨੇ ਅਦਾਲਤੀ ਕਾਰਵਾਈ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨਾ ਸੀ। ਅਖਬਾਰਾਂ 'ਚ ਦੋਸ਼ੀਆਂ ਦੇ ਨਾਲ ਨਾਲ ਵਕੀਲਾਂ ਦੇ ਫੋਟੋ ਛਪਣੇ ਸਨ। ਅਸੈਂਬਲੀ 'ਚ ਪਹਿਲਾਂ ਵੀ ਰੌਲਾ ਪਿਆ ਸੀ, ਅਗਾਂਹ ਵੀ ਪੈਣਾ ਸੀ। ਦਬਾਅ ਹੇਠ ਆਏ ਮੁੱਖ ਮੰਤਰੀ ਨੂੰ ਦੋਸ਼ੀਆਂ ਨੂੰ ਸਜ਼ਾ ਕਰਾਉਣੀ ਪੈਣੀ ਸੀ। ਜਿਸ ਤਰ੍ਹਾਂ ਇੰਦਰਾ ਕਤਲ ਕੇਸ ਵਿੱਚ ਜੇਠਮਲਾਨੀ ਅਤੇ ਲੇਖੀ ਵਰਗਿਆਂ ਦੀ ਗੁੱਡੀ ਚੜ੍ਹੀ ਸੀ, ਉਸੇ ਤਰ੍ਹਾਂ ਇਸ ਕੇਸ 'ਚ ਭੰਡਾਰੀ ਦੀ ਗੁੱਡੀ ਚੜ੍ਹਨੀ ਸੀ। ਵੈਸੇ ਵੀ ਅਜਿਹੇ ਖਤਰਨਾਕ ਮੁਲਜ਼ਮਾਂ ਨੂੰ ਸਜ਼ਾ ਕਰਾਉਣ ਨੂੰ ਭੰਡਾਰੀ ਸਮਾਜ ਸੇਵਾ ਸਮਝਦਾ ਸੀ। ਉਹਦੇ ਵਿਚਾਰ ਵਿੱਚ ਕੁਝ ਹਜ਼ਾਰ ਰੁਪਇਆ ਬਦਲੇ ਕਿਸੇ ਮਾਸੂਮ ਦਾ ਕਤਲ ਕਰਨਾ ਘੋਰ ਅਪਰਾਧ ਸੀ, ਮਹਾਂਪਾਪ ਸੀ। ਅਜਿਹੇ ਦੁਸ਼ਟਾਂ ਨੂੰ ਫਾਂਸੀ ਹੋਣੀ ਚਾਹੀਦੀ ਸੀ। ਇੱਕੋ ਤੀਰ ਨਾਲ ਉਹ ਦੋ ਸ਼ਿਕਾਰ ਫੁੰਡਣਾ ਲੋਚਦਾ ਸੀ, ਮਸ਼ਹੂਰੀ ਵੀ ਅਤੇ ਸਮਾਜ ਸੇਵਾ ਵੀ। ਤਫਤੀਸ਼ ਦੌਰਾਨ ਭੰਡਾਰੀ ਨੇ ਆਪਣੇ ਅਸਰ ਰਸੂਖ ਦੀ ਪੂਰੀ ਵਰਤੋਂ ਕੀਤੀ ਸੀ। ਪਹਿਲਾਂ ਉਹਨੇ ਪੁਲਿਸ 'ਤੇ ਦਬਾਅ ਪਾਇਆ, ਦੋਸ਼ੀ ਜਲਦੀ ਤੋਂ ਜਲਦੀ ਫੜੇ ਜਾਣ, ਦੋਸ਼ੀ ਫੜੇ ਗਏ ਤਾਂ ਮੈਜਿਸਟਰੇਟ 'ਤੇ ਦਬਾਅ ਪਾਇਆ, ਦੋਸ਼ੀ ਪੁਖਤਾ ਮੁਜਰਮ ਹਨ, ਜਲਦੀ ਜਲਦੀ ਭੇਤ ਦੇਣ ਵਾਲੇ ਨਹੀਂ, ਵੱਧ ਤੋਂ ਵੱਧ ਰਿਮਾਂਡ ਦੇਵੇ ਤਾਂ ਜੋ ਪੁਲਿਸ ਚੱਜ ਨਾਲ ਤਫਤੀਸ਼ ਕਰ ਸਕੇ। ਮੈਜਿਸਟਰੇਟ ਨੇ ਪੂਰੇ 15 ਦਿਨ ਦਾ ਰਿਮਾਂਡ ਦੇ ਦਿੱਤਾ। ਉਸਨੂੰ ਭੰਡਾਰੀ ਦਾ ਅਹਿਸਾਨ ਚੁਕਾਉਣ ਦਾ ਮਸਾ ਮੌਕਾ ਮਿਲਿਆ ਸੀ। ਸ਼ਹਿਰ 'ਚ ਜੱਜ ਬਹੁਤੇ ਸਨ ਅਤੇ ਸਰਕਾਰੀ ਕੋਠੀ ਇੱਕ, ਉਹ ਵੀ ਬਾਬਾ ਆਲਾ ਵੇਲੇ ਦੀ। ਕਦੇ ਕਿਸੇ ਕਮਰੇ ਦੀ ਛੱਤ ਗਿਰ ਗਈ, ਕਦੇ ਕਿਸੇ ਕੰਧ ਦਾ ਪਲਸਤਰ, ਕਦੇ ਸੱਪ ਨਿਕਲ ਆਏ, ਕਦੇ ਚੂਹਿਆਂ ਨੇ ਹੱਲਾ ਬੋਲ ਦਿੱਤਾ, ਕਦੇ ਬਿਜਲੀ ਦੀ ਤਾਰ ਸੜ ਗਈ, ਕਦੇ ਪੱਖਾ ਸੜ ਗਿਆ। ਇਹ ਕੋਠੀ ਕਿਹੜਾ ਹਰ ਇੱਕ ਨੂੰ ਨਸੀਬ ਹੁੰਦੀ ਸੀ, ਜਿਹਨੂੰ ਮਿਲ ਗਈ ਮਿਲ ਗਈ, ਬਾਕੀਆਂ ਨੂੰ ਆਪਣਾ ਪ੍ਰਬੰਧ ਆਪ ਕਰਨਾ ਪੈਂਦਾ ਸੀ। ਸ਼ਹਿਰ 'ਚ ਵਧੀਆ ਰਿਹਾਇਸ਼ ਦੀ ਕਮੀ ਸੀ, ਜੱਜਾਂ ਦੇ ਸਟੈਂਡਰਡ ਦੀਆਂ 40-50 ਕੋਠੀਆਂ ਮਸਾਂ ਸਨ। ਉਹਨਾਂ 'ਚੋਂ ਬਹੁਤੀਆਂ 'ਚ ਮਾਲਕ ਰਹਿੰਦੇ ਸਨ, ਕਦੇ ਕੋਈ ਖਾਲੀ ਹੁੰਦੀ ਤਾਂ ਜੱਜਾਂ ਨੂੰ ਉਹ ਵੀ ਨਾ ਮਿਲਦੀ। ਉਹਨਾਂ ਨੂੰ ਕੋਠੀਆਂ ਕਿਰਾਏ 'ਤੇ ਦੇਣ 'ਚ ਮਾਲਕਾਂ ਨੂੰ ਕਈ ਇਤਰਾਜ਼ ਸਨ। ਪਹਿਲਾਂ ਕਿ ਜੱਜ ਪੂਰਾ ਕਿਰਾਇਆ ਨਹੀਂ ਦਿੰਦੇ, ਅਸਲ ਵਿੱਚ ਉਹ ਪੂਰਾ ਕਿਰਾਇਆ ਦੇ ਹੀ ਨਹੀਂ ਸਕਦੇ, ਤਨਖਾਹ ਘੱਟ ਸੀ ਅਤੇ ਕਿਰਾਇਆ ਵੱਧ, ਘੱਟ ਕਿਰਾਇਆ ਲੈਣੋਂ ਨਾ ਕਰਕੇ ਹਾਕਮ ਨਾਲ ਦੁਸ਼ਮਣੀ, ਪਾਉਣ ਨਾਲੋਂ ਚੰਗਾ ਸੀ ਪਹਿਲਾਂ ਹੀ ਆਖ ਦਿੱਤਾ ਜਾਵੇ ਕਿ ਕੋਠੀ ਕਿਰਾਏ 'ਤੇ ਨਹੀਂ ਦੇਣੀ। ਮਾਲਕਾਂ ਨੂੰ ਦੂਜਾ ਇਤਰਾਜ਼ ਇਹ ਸੀ ਕਿ ਲੋੜ ਪੈਣ 'ਤੇ ਕੋਠੀ ਖਾਲੀ ਨਹੀਂ ਸੀ ਹੁੰਦੀ, ਕਦੇ ਕੋਈ ਕੋਠੀ ਖਾਲੀ ਕਰਨ ਲਈ ਆਖਣ ਦੀ ਗਲਤੀ ਕਰ ਬੈਠਦਾ ਤਾਂ ਮੁਕੱਦਮੇ ਦੀ ਧਮਕੀ ਮਿਲਦੀ ਜਾਂ ਪੁਲਿਸ 'ਤੇ ਚੜ੍ਹਾ ਲਿਆਉਣ ਦੀ। ਕਿਸ ਮਾਲਕ ਦਾ ਸਿਰ ਭਵਿਆ ਸੀ ਉਹ ਬਲਦੀ ਅੱਗ 'ਚ ਹੱਥ ਪਾਵੇ। ਇਹਦੇ ਉਲਟ ਭੰਡਾਰੀ ਕੋਲ ਕੋਠੀਆਂ ਦੀ ਵੀ ਕਮੀ ਨਹੀਂ ਸੀ ਅਤੇ ਖੁੱਲ੍ਹ ਦਿਲੀ ਦੀ ਵੀ। ਸ਼ਹਿਰ ਦੀ ਰਈਸ ਕਲੋਨੀ ਭੰਡਾਰੀ ਬਾਗ 'ਚ ਉਹਦੀਆਂ 5 ਕੋਠੀਆਂ ਸੀ, ਇੱਕ ਚਾਪ ਰਹਿੰਦਾ ਸੀ, 2 ਜੱਜਾਂ ਲਈ ਰਾਖਵੀਆਂ ਸਨ। ਜੱਜਾਂ ਨਾਲ ਉਹਦਾ ਨਿੱਤ ਦਾ ਵਾਹ ਸੀ, ਕਾਗਜ਼ੀ ਪੱਤਰੀ ਉਹਨਾਂ ਤੋਂ ਪੂਰਾ ਕਿਰਾਇਆ ਵਸੂਲਦਾ ਸੀ, ਉਹਨਾਂ ਨੂੰ ਵਸੂਲੇ ਕਿਰਾਏ ਦੀਆਂ ਰਸੀਦਾਂ ਵੀ ਦਿੰਦਾ ਸੀ। ਇਹ ਦੂਸਰੀ ਗੱਲ ਸੀ ਕਿ ਕਿਰਾਇਆ ਤਾਂ ਕੀ ਲੈਣਾ, ਉਹ ਬਿਜਲੀ ਪਾਣੀ ਤੱਕ ਦਾ ਬਿੱਲ ਪੱਲਿਓਂ ਦਿੰਦਾ ਸੀ। ਇਹੀ ਨਹੀਂ, ਭੰਡਾਰੀ ਬੁੱਧੂ ਸੀ, ਇਹ ਉਹ ਅਫਸਰਾਂ ਤੋਂ ਕਿਰਾਇਆ ਵਸੂਲਦਾ ਸੀ, ਨੋਟਾਂ ਦੀ ਥਾਂ ਸੋਨੇ ਦੀਆਂ ਮੋਹਰਾਂ 'ਚ। ਮਾਲਕ ਮਕਾਨ ਅਤੇ ਕਿਰਾਏਦਾਰ ਦੇ ਰਿਸ਼ਤੇ ਕਾਰਨ ਪਹਿਲਾਂ ਅਫਸਰਾਂ ਨਾਲ ਉਹਦੀ ਦੋਸਤੀ ਹੁੰਦੀ, ਫਿਰ ਇਹ ਦੋਸਤੀ ਯਾਰੀ 'ਚ ਤਬਦੀਲ ਹੋ ਜਾਂਦੀ। ਲੋੜ ਪੈਣ 'ਤੇ ਉਹ ਯਾਰੀ ਦਾ ਮੁੱਲ ਵੱਟਦੀ ਸੀ।
ਉਹਦੀ ਵਕਾਲਤ ਦਾ ਡੰਕਾ ਸਾਰੇ ਪੰਜਾਬ 'ਚ ਵੱਜਦਾ ਸੀ। ਸ਼ਹਿਰ 'ਚ ਕੇਸ ਲੜਨ ਦੀ ਉਹਦੀ ਫੀਸ 10,000 ਸੀ, ਬਾਹਰ ਜਾਣ ਦੀ 25-30 ਹਜ਼ਾਰ। ਬਾਹਰਲੇ ਕੇਸ ਉਦੋਂ ਹੀ ਫੜਦਾ ਸੀ ਜਦੋਂ ਕੁਰਸੀ 'ਤੇ ਕੋਈ ਮਿੱਤਰ ਬੈਠਾ ਹੁੰਦਾ ਸੀ। ਪਿੱਛੇ ਜੇ ਜਲੰਧਰ ਦੇ ਇੱਕ ITO ਨੇ ITO 'ਤੇ ਕਰਪਸ਼ਨ ਦਾ ਕੇਸ ਬਣ ਗਿਆ, ਪੁਲਿਸ ਗ੍ਰਿਫਤਾਰ ਕਰਨ ਲਈ ਉਹਦੇ ਪਿੱਛੇ ਲੱਗ ਗਈ। ਉੱਥੋਂ ਦਾ ਸੈਸ਼ਨ ਜੱਜ ਅੜੀਅਲ ਟੱਟੂ ਸੀ, ਕਿਸੇ ਵੀ ਕੀਮਤ 'ਤੇ ਉਹ ITO ਦੀ ਪੇਸ਼ਗੀ ਜ਼ਮਾਨਤ ਲੈਣ ਨੂੰ ਤਿਆਰ ਨਹੀਂ ਸੀ। ਕਿਸੇ ਨੇ ITO ਨੂੰ ਸਲਾਹ ਦਿੱਤੀ, ਇਸ ਜੱਜ ਕੋਲੋਂ ਪੇਸ਼ਗੀ ਜ਼ਮਾਨਤ ਦੀ ਗਰੰਟੀ ਜੇ ਕੋਈ ਦੇ ਸਕਦਾ ਹੈ ਤਾਂ ਉਹ ਸ਼ਹਿਰ ਵਾਲਾ ਭੰਡਾਰੀ ਵਕੀਲ ਹੀ ਸੀ। ਜਲੰਧਰ ਦੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਪੇਸ਼ ਹੋਣ ਦਾ ਭੰਡਾਰੀ ਨੇ ਪੂਰਾ 20,000 ਰੁਪਇਆ ਲਿਆ ਸੀ। ਇੰਝ ਮਿਲੀਆਂ ਨੋਟਾਂ ਦੀਆਂ ਥਈਆਂ ਨੂੰ ਕੋਠੀਆਂ ਦਾ ਕਿਰਾਇਆ ਸਮਝਦਾ ਸੀ। ਝੇਪੋ ਝੇਪੀ ਇਸ ਮੈਜਿਸਟਰੇਟ ਨੇ ਵੀ ਬੰਟੀ ਕਤਲ ਕੇਸ 'ਚ ਉਹਨਾਂ ਪੁਲਿਸ ਰਿਮਾਂਡ ਦਿੱਤਾ ਸੀ ਜਿੰਨਾ ਪੁਲਿਸ ਨੇ ਮੰਗਿਆ ਸੀ। ਮੁਕੱਦਮਾ ਚੱਲਣ 'ਤੇ ਸੰਘ ਨੂੰ ਭੰਡਾਰੀ ਦੀ ਫਿਰ ਲੋੜ ਪੈਣੀ ਸੀ। ਜੇ ਦੋਸ਼ੀਆਂ ਨੂੰ ਸਜ਼ਾ ਸ਼ਹਾਦਤਾਂ ਦੇ ਆਧਾਰ 'ਤੇ ਹੁੰਦੀ ਨਾ ਦਿਖੀ ਤਾਂ ਭੰਡਾਰੀ ਨੂੰ ਸੈਸ਼ਨ ਜੱਜ ਤੱਕ ਪਹੁੰਚ ਕਰਨੀ ਪੈਣੀ ਸੀ। ਸੈਸ਼ਨ ਨੇ ਝਿਜਕ ਦਿਖਾਈ ਤਾਂ ਹਾਈ ਕੋਰਟ ਹਰੀ ਝੰਡੀ ਕਰਾਉਣੀ ਪੈਣੀ ਸੀ। ਜਦ ਅੰਦਰ ਖਾਤੇ ਕੰਮ ਕਰਨਾ ਸੀ ਫਿਰ ਜੱਗਰ ਹੋ ਕੇ ਕਿਉਂ ਨਾ ਕੀਤਾ ਜਾਵੇ, ਮੁਦਈ ਦਾ ਵਕੀਲ ਬਣ ਕੇ ਨਾਮਣਾ ਕਿਉਂ ਨਾ ਕੱਟਿਆ ਜਾਵੇ। ਭੰਡਾਰੀ ਨੂੰ ਵਕੀਲ ਬਣਨ ਦੀ ਪੇਸ਼ਕਸ਼ ਉਡੀਕਦਿਆਂ ਇੱਕ ਇੱਕ ਕਰਕੇ 3 ਮਹੀਨੇ ਲੰਘ ਗਏ। ਪੇਸ਼ਕਸ਼ ਕਰਨੀ ਦੂਰ ਰਹੀ, ਲਾਲਾ ਜੀ ਨੇ ਕਦੇ ਉਸ ਕੋਲ ਮੁਕੱਦਮੇ ਦਾ ਜ਼ਿਕਰ ਤੱਕ ਨਾ ਛੇੜਿਆ। ਪਹਿਲਾਂ ਭੰਡਾਰੀ ਚੁੱਪ ਰਿਹਾ, ਜੀ ਦੀਆਂ ਅੱਖਾਂ ਦੁਖਣਗੀਆਂ, ਆਪੇ ਪੱਟੀ ਬੰਨੇਗਾ। ਜਦੋਂ ਚਲਾਨ ਪੇਸ਼ ਹੋਣ ਤੋਂ ਬਾਅਦ ਵੀ ਲਾਲਾ ਜੀ ਨੇ ਵਕਾਲਤਨਾਮਾ ਨਾ ਭੇਜਿਆ ਤਾਂ ਭੰਡਾਰੀ ਨੂੰ ਸ਼ੱਕ ਹੋਇਆ। ਹੋ ਸਕਦਾ ਲਾਲਾ ਜੀ ਨੂੰ ਪਤਾ ਹੀ ਨਾ ਹੋਵੇ ਕਿ ਮਦਈ ਧਿਰ ਨੂੰ ਵੀ ਵਕੀਲ ਕਰਨਾ ਪੈਂਦਾ ਹੈ। ਮੁਨਸ਼ੀ ਹੱਥ ਉਹਨਾਂ ਖੁਦ ਵਕਾਲਤਨਾਮਾ ਭੇਜ ਦਿੱਤਾ। ਲਾਲਾ ਜੀ ਰੱਬ ਦਾ ਭਾਣਾ ਮੰਨੀ ਬੈਠੇ ਸੀ, ਪਾਲੇ ਅਤੇ ਮਿਤੇ ਨੂੰ ਸਜ਼ਾ ਕਰਾਉਣ 'ਚ ਉਹਨਾਂ ਨੂੰ ਕੋਈ ਦਿਲਚਸਪੀ ਨਹੀਂ ਸੀ, ਤੁਰ ਗਿਆ ਤਾਂ ਵਾਪਸ ਆਉਣਾ ਨਹੀਂ ਸੀ। ਉਹ ਕਿਉਂ ਕੁਫਰ ਤੋਲਣ, ਕਿਉਂ ਕਚਹਿਰੀਆਂ 'ਚ ਦਲੀਲ ਹੋਣ? ਲਾਲਾ ਜੀ ਨੇ ਵਕਾਲਤਨਾਮਾ ਬੇਰੰਗ ਮੋੜ ਦਿੱਤਾ। ਲਾਲਾ ਜੀ ਨੂੰ ਮਨਾਉਣ ਅਤੇ ਜਰਾਇਮ ਵਿਗਿਆਨ ਦੇ ਨੁਕਤੇ ਸਮਝਾਉਣ ਭੰਡਾਰੀ ਖੁਦ ਲਾਲਾ ਜੀ ਵੱਲ ਚੱਲ ਪਿਆ। ਇਹਨਾਂ ਗਰੀਬ ਗੁਰਬਿਆਂ ਦੇ ਮੂੰਹ ਖੂਨ ਲੱਗ ਚੁੱਕਾ ਹੈ, ਇਹ ਪਹਿਲਾਂ ਚੋਰੀਆਂ ਕਰਦੇ ਸੀ, ਹੁਣ ਕਤਲ ਕਰਦੇ ਹੈ। ਲਾਲਾ ਜੀ ਨੇ ਚੁੱਪ ਧਾਰ ਲਈ ਤਾਂ ਉਹ ਬਰੀ ਹੋ ਜਾਣਗੇ, ਬਰੀ ਹੋ ਕੇ ਬੰਦਾ ਮਾਰਨਾ ਇਹਨਾਂ ਨੂੰ ਟਿੱਚਰ ਲੱਗੇਗਾ। ਲਾਲਾ ਜੀ ਨੇ ਦੋਸ਼ੀਆਂ ਨੂੰ ਸਜ਼ਾ ਕਿਸੇ ਨਿੱਜੀ ਮੁਫਾਦ ਲਈ ਨਹੀਂ ਸੀ ਕਰਾਉਣੀ, ਇਹਨਾਂ ਨੂੰ ਸਜ਼ਾ ਕਰਾਉਣਾ ਵੀ ਇੱਕ ਸਮਾਜ ਸੇਵਾ ਸੀ। ਇਹ ਖੁੱਲ੍ਹੇ ਫਿਰਦੇ ਰਹੇ ਤਾਂ ਕਿਸੇ ਹੋਰ ਬੰਟੀ ਨੂੰ ਮਾਰਨਗੇ। ਸਮਾਜ ਨੂੰ ਸੁੱਖ ਦਾ ਸਾਹ ਦਿਵਾਉਣ ਲਈ ਅਜਿਹੇ ਮਾਸਖੋਰੇ ਬਘਿਆੜਾਂ ਨੂੰ ਫਾਹੇ ਲਵਾਉਣਾ ਜ਼ਰੂਰੀ ਸੀ। ਸਮਾਜ ਸੇਵਾ ਲਾਲਾ ਜੀ ਦਾ ਪਰਮ ਧਰਮ ਸੀ। ਜੇ ਪਾਲੇ ਅਤੇ ਮੀਤੇ ਨੂੰ ਸਜ਼ਾ ਕਰਾਉਣ ਨਾਲ ਸਮਾਜ ਦਾ ਕੁਝ ਸਮਰ ਸਕਦਾ ਸੀ ਤਾਂ ਉਹਨਾਂ ਨੂੰ ਸਜ਼ਾ ਕਰਾਉਣ ਲਈ ਤਿਆਰ ਸਨ। ਹੋਰ ਮਾਸੂਮਾਂ ਦੀ ਜਾਨ ਬਚਾਉਣ ਦੇ ਉਦੇਸ਼ ਨਾਲ ਲਾਲਾ ਜੀ ਨੇ ਵਕਾਲਤਨਾਮੇ 'ਤੇ ਦਸਖਤ ਕਰ ਦਿੱਤੇ। ਵਕਾਲਤਨਾਮੇ ਨੂੰ ਬੋਝੇ 'ਚ ਪਾ ਕੇ ਭੰਡਾਰੀ ਕੱਛਾਂ ਵਜਾਉਣ ਲੱਗਾ। ਅੰਗ 8 ਪਾਲਾ ਅਤੇ ਮੀਤਾ ਮੋਹਨ ਜੀ ਦੇ ਪੱਕੇ ਸਾਇਲ ਸਨ। ਪਾਲੇ ਦੀ ਮਾਂ ਉਸ ਕੋਲ ਕਈ ਚੱਕਰ ਲਾ ਚੁੱਕੀ ਸੀ, ਅੱਗੇ ਵਾਂਗ ਇਹ ਕੇਸ ਵੀ ਉਸ ਇਸੇ ਕੋਲੋਂ ਕਰਾਉਣਾ ਚਾਹੁੰਦੀ ਸੀ। ਮੀਤੇ ਦੇ ਜੇਲੋਂ ਕਈ ਸੁਨੇਹੇ ਆਏ ਸੀ, ਮੋਹਨ ਜੀ ਉਹਨਾਂ ਦਾ ਕੇਸ ਲੜੇ, ਫੀਸ ਦੀ ਪਰਵਾਹ ਨਾ ਕਰੇ, ਬਾਹਰ ਆਉਂਦੇ ਹੀ ਮੋਹਨ ਜੀ ਦਾ ਘਰ ਨੋਟਾਂ ਨਾਲ ਭਰ ਦਏਗਾ। ਮੋਹਨ ਜੀ ਨੂੰ ਫੀਸ ਦੀ ਪਰਵਾਹ ਨਹੀਂ ਸੀ, ਆਪਣੇ ਪੱਕੇ ਸਾਇਲਾਂ ਨਾਲ ਉਹਨੇ ਕਦੇ ਫੀਸ ਨਹੀਂ ਸੀ ਖੋਲ੍ਹੀ। ਸਾਇਲਾਂ ਨੂੰ ਫੀਸ ਦਾ ਆਪੇ ਪਤਾ ਹੁੰਦਾ ਸੀ, 10-10, 20-20 ਹਰ ਪੇਸ਼ੀ ਦੇ ਕੇ ਉਹ ਮੋਹਨ ਜੀ ਦਾ ਕੋਟਾ ਪੂਰਾ ਕਰ ਜਾਇਆ ਕਰਦੇ ਸੀ। ਇਹ ਕਤਲ ਕੇਸ ਸੀ, ਇਸ ਕੇਸ ਦੀ ਫੀਸ 1,000 ਰੁਪਏ ਬਣਨੀ ਸੀ। ਪਾਲੇ ਅਤੇ ਮੀਤੇ ਨੇ 1,000 ਰੁਪਏ ਵੀ ਚੁਕਾ ਦੇਣੇ ਸਨ। ਮੋਹਨ ਜੀ ਨੇ ਬਸ ਉਹਨਾਂ ਦੀ ਜ਼ਬਾਨ 'ਤੇ ਵਿਸ਼ਵਾਸ ਕਰਨਾ ਸੀ ਅਤੇ ਉਹਨਾਂ ਦੇ ਬਰੀ ਹੋਣ ਤੱਕ ਫੀਸ ਦੇ ਭੁਗਤਾਨ ਨੂੰ ਉਡੀਕਣਾ ਸੀ। ਮੋਹਨ ਜੀ ਸਾਹਮਣੇ ਮਸਲਾ ਫੀਸ ਜਾਂ ਉਡੀਕਦਾ ਨਹੀਂ ਸੀ, ਮਸਲਾ ਇਹ ਸੀ ਕਿ ਕੇਸ ਉਸਨੇ ਝਗੜਨਾ ਸੀ ਜਾਂ ਨਹੀਂ। ਮੋਹਨ ਜੀ ਇੱਕ ਮੁਨਸ਼ੀ ਤੋਂ ਵਕੀਲ ਬਣਿਆ ਸੀ, ਉਹਦਾ ਵਕਾਲਤ ਦਾ ਤਜਰਬਾ ਵੀ ਠੀਕ ਹੀ ਸੀ। ਛੋਟੇ ਮੋਟੇ ਕੇਸ ਉਹਨੇ ਬਥੇਰੇ ਲੜੇ ਸੀ, ਸੈਸ਼ਨ ਕੇਸ ਲੜਨ ਦਾ ਹਾਲੇ ਤੱਕ ਹੌਸਲਾ ਨਹੀਂ ਸੀ ਪਿਆ। ਸੈਸ਼ਨ ਕੋਰਟ ਦਾ ਨਾਂ ਸੁਣਦੇ ਹੀ ਉਹਦੀਆਂ ਲੱਤਾਂ ਕੰਬਣ ਲੱਗਦੀਆਂ, ਦਿਲ ਧੜਕਣ ਲੱਗਦਾ ਅਤੇ ਮੱਥੇ 'ਤੇ ਪਸੀਨੇ ਦੀਆਂ ਬੂੰਦਾਂ ਟਪਕ ਪੈਂਦੀਆਂ। ਸੈਸ਼ਨ ਕੇਸਾਂ ਵਿੱਚ ਦੋਸ਼ੀਆਂ ਨੂੰ ਉਮਰ ਕੈਦ ਤੋਂ ਲੈ ਕੇ ਫਾਂਸੀ ਤੱਕ ਦੀ ਸਜ਼ਾ ਹੁੰਦੀ ਸੀ। ਕੇਸ ਦੀ ਪੈਰਵਾਈ ਕਈ ਕਈ ਦਿਨ ਲਗਾਤਾਰ ਚੱਲਦੀ ਸੀ। ਸੈਸ਼ਨ ਕੇਸ ਸਖ਼ਤ ਮਿਹਨਤ ਦੀ ਮੰਗ ਕਰਦਾ ਸੀ। ਮੋਹਨ ਜੀ ਮਿਹਨਤ ਤੋਂ ਨਹੀਂ ਸੀ ਡਰਦਾ, ਪਰ 20 ਸਾਲਾਂ ਦੇ ਲੰਬੇ ਸੰਘਰਸ਼ ਬਾਅਦ ਉਹ ਮਸਾਂ ਮਸਾਂ ਵਕੀਲ ਖੁਆਉਣ ਅਤੇ ਸੁੱਖ ਦੀ ਰੋਟੀ ਖਾਣ ਲੱਗਾ ਸੀ। ਕਿਸੇ ਸਾਇਲ ਨੂੰ ਫਾਂਸੀ ਚੜਵਾ ਕੇ ਨਾ ਉਹ ਅਨਾੜੀ ਵਕੀਲ ਖੁਆਉਣ ਦੇ ਰੌਂ 'ਚ ਸੀ, ਨਾ ਹੱਥਲੇ 4 ਕੇਸਾਂ ਨੂੰ ਗਵਾਉਣ ਦੇ। ਭੁੱਲ ਭੁਲੇਖੇ ਜੇ ਕੋਈ ਸੈਸ਼ਨ ਕੇਸ ਉਸ ਕੋਲ ਆ ਜਾਂਦਾ ਤਾਂ ਲਾਲਚ ਤਿਆਗ ਕੇ ਉਹ ਸਾਇਲ ਨੂੰ ਕਿਸੇ ਸੀਨੀਅਰ ਵਕੀਲ ਦੇ ਲਾ ਆਉਂਦਾ। ਬੰਟੀ ਕਤਲ ਕੇਸ ਨੂੰ ਅਗਾਂਹ ਧੱਕਣ ਦੇ ਮੂਡ 'ਚ ਨਹੀਂ ਸੀ। ਜਿਸ ਦਿਨ ਤੋਂ ਪਾਲੇ ਦੀ ਮਾਂ ਇਸ ਕੇਸ ਦੀ ਪੇਸ਼ਕਸ਼ ਲੈ ਕੇ ਆਈ ਸੀ, ਉਸੇ ਦਿਨ ਤੋਂ ਉਹ ਆਪਣੇ ਆਪ ਨਾਲ
ਖੋਜਲ ਰਿਹਾ ਸੀ। ਜਦੋਂ ਕਈ ਦਿਨਾਂ ਦੀ ਜੱਦੋਜਹਿਦ ਕੋਈ ਸਿੱਟਾ ਨਾ ਕੱਢ ਸਕੀ ਤਾਂ ਰਹਿਨੁਮਾਈ ਲਈ ਉਹ ਆਪਣੇ ਸੀਨੀਅਰ ਮਨੋਹਰ ਲਾਲ ਕੋਲ ਗਿਆ ਸੀ। ਕੇਸ ਸੁਣ ਸਮਝ ਕੇ ਮਨੋਹਰ ਲਾਲ ਨੇ ਝੱਟ ਪ੍ਰਵਾਨਗੀ ਦੇ ਦਿੱਤੀ। ਪਿਛਲੇ 10 ਸਾਲਾਂ ਦੀ ਉਹਦੀ ਕਾਰਗੁਜ਼ਾਰੀ ਦੇਖ ਕੇ ਮਨੋਹਰ ਲਾਲ ਤਾਂ ਪਹਿਲਾਂ ਹੀ ਮੋਹਨ ਜੀ 'ਤੇ ਜ਼ੋਰ ਪਾਉਂਦਾ ਆ ਰਿਹਾ ਸੀ। ਉਹਨੂੰ ਸੈਸ਼ਨ ਕੇਸ ਲੜਨ ਤੋਂ ਨਹੀਂ ਝਿਜਕਣਾ ਚਾਹੀਦਾ। ਮੋਹਨ ਜੀ ਮੌਕਾ ਟਾਲਦਾ ਆ ਰਿਹਾ ਸੀ। ਪਹਿਲਾਂ ਜੋ ਹੋ ਗਿਆ ਸੋ ਹੋ ਗਿਆ, ਹੁਣ ਉਹਦੇ ਹੱਥ ਉਹ ਮੌਕਾ ਲੱਗਾ ਸੀ ਜਿਹਦੀ ਮੋਹਨ ਜੀ ਨੂੰ ਸਾਲਾਂ ਤੋਂ ਉਡੀਕ ਸੀ। ਸਫਲਤਾ ਦੀ ਪੌੜੀ ਦਾ ਅਗਲਾ ਟੰਬਾ ਉਹਨੂੰ ਆਵਾਜ਼ਾਂ ਮਾਰ ਰਿਹਾ ਸੀ। ਉਹ ਬਲਾਈਂਡ ਮਰਡਰ ਕੇਸ ਸੀ। ਹੁੰਦੇ ਕਤਲ ਨੂੰ ਅੱਖੀਂ ਦੇਖਣ ਵਾਲਾ ਪੁਲਿਸ ਕੋਲ ਇੱਕ ਵੀ ਗਵਾਹ ਨਹੀਂ ਸੀ। ਕੇਸ ਨੂੰ ਖੜਾ ਕਰਨ ਲਈ ਪੁਲਿਸ ਨੇ ਜਿਹੜੇ ਗਵਾਹ ਰੱਖੇ ਸੀ ਉਹ ਸਭ ਪੁਲਿਸ ਟਾਊਟ ਸਨ। ਹਰ ਪੁਲਿਸ ਟਾਊਟ ਦੀ ਮੋਹਨ ਜੀ ਕੋਲ ਜਨਮ ਪੱਤਰੀ ਸੀ। ਉਹਨਾਂ ਦੀਆਂ ਵੱਖੀਆਂ ਭੰਨਣ ਦਾ ਉਹ ਪਹਿਲਾਂ ਹੀ ਮਾਹਰ ਸੀ। ਮੋਹਨ ਜੀ ਵਰਗੇ ਵਾਹ ਵਰੋਲੇ ਸਾਹਮਣੇ ਰੇਤ ਦੇ ਇਸ ਮਹਿਲ ਨੇ ਪਹਿਲੇ ਹੱਲੇ ਢਹਿ ਜਾਣਾ ਸੀ। ਖੁਦਾ ਨਾ ਖਾਸਤਾ ਜੇ ਇਹ ਦੋਸ਼ੀ ਸਜ਼ਾ ਹੋ ਗਏ ਫਿਰ ਵੀ ਮੋਹਨ ਜੀ ਦੀ ਵਕਾਲਤ ਨੂੰ ਢਾਹ ਲੱਗਣ ਵਾਲੀ ਨਹੀਂ ਸੀ। ਦੋਵੇਂ ਦੋਸ਼ੀ ਲਾਵਾਰਸ ਸਨ। ਇਹਨਾਂ ਨੂੰ ਸਜ਼ਾ ਹੋਣ ਦਾ ਕਿਸੇ ਨੇ ਨੋਟਿਸ ਨਹੀਂ ਸੀ ਲੈਣਾ। ਸਾਰੇ ਪੁੱਠ ਸਿੱਧ ਸੋਚ ਕੇ ਮੋਹਨ ਜੀ ਨੇ ਆਪਣੀ ਝਿਜਕ ਖੋਲ੍ਹਣ ਦਾ ਮਨ ਬਣਾ ਲਿਆ ਸੀ। ਮੋਹਨ ਜੀ ਦੇ ਗੁਰੂ ਦੀਆਂ ਗੱਲਾਂ ਦਰੁਸਤ ਸਨ। ਇਹਨੀਂ ਦਿਨੀ ਨਾ ਉਹਨੂੰ ਕੰਮ ਦੀ ਕਮੀ ਸੀ ਨਾ ਕੰਮ 'ਚ ਮਿਲਣ ਵਾਲੀ ਕਾਮਯਾਬੀ ਦੀ। ਉਹਦੇ ਫੂਕ ਫੂਕ ਪੈਰ ਧਰਨ ਦੇ ਦਿਨ ਕਦੋਂ ਦੇ ਲੰਘ ਚੁੱਕੇ ਸਨ। ਮੋਹਨ ਜੀ ਆਪਣੀ ਆਦਤ ਤੋਂ ਮਜਬੂਰ ਸੀ। ਸਭ ਕੁਝ ਸਮਝਦਾ ਹੋਇਆ ਵੀ ਹਾਲੇ ਤੱਕ ਉਹ ਆਪਣੇ ਅਤੀਤ ਤੋਂ ਖੜਾ ਨਹੀਂ ਸੀ ਛੁਡਾ ਸਕਿਆ। ਹਾਲੇ ਤੱਕ ਉਹਨੂੰ ਉਹ ਦਿਨ ਭੁੱਲੇ ਨਹੀਂ ਸੀ ਜਦੋਂ ਮੋਹਨ ਜੀ ਦੇ ਵਕੀਲ ਬਣਨ ਦੇ ਸੁਪਨੇ 'ਤੇ ਲੋਕ ਹੱਸਿਆ ਕਰਦੇ ਸੀ। ਕੋਈ ਪਰਾਇਆ ਨਹੀਂ, ਉਹਦਾ ਆਪਣਾ ਚਾਚਾ ਆਖਿਆ ਕਰਦਾ ਸੀ ਜੇ ਖੁਸਰਿਆਂ ਦੇ ਮੁੰਡੇ ਹੋਣ ਲੱਗਣ ਤਾਂ ਆਦਮੀਆਂ ਨੂੰ ਕੌਣ ਰੋਵੇ। ਮੋਹਨ ਜੀ ਨੇ ਕੰਨਾਂ 'ਚ ਤੇਲ ਪਾ ਲਿਆ ਸੀ। ਉਹਨੂੰ ਮਨੋਹਰ ਲਾਲ 'ਤੇ ਭਰੋਸਾ ਸੀ। ਉਹਨੇ ਉਸੇ ਨੂੰ ਮੁਨਸ਼ੀ ਬਣਾਇਆ ਸੀ, ਉਹੀ ਉਹਨੂੰ ਵਕੀਲ ਬਣਾਏਗਾ। ਮੋਹਨ ਜੀ ਦੇ 10ਵੀਂ ਪਾਸ ਕਰਦੇ ਉਹਦਾ ਬਾਪ ਚੱਲ ਵਸਿਆ ਸੀ। ਟੀਬੀ ਨੇ ਉਹਦੇ ਬਾਪ ਨੂੰ ਜਵਾਨੀ 'ਚ ਹੀ ਘੇਰ ਲਿਆ। ਇੱਕ ਛੋਟੇ ਜਿਹੇ ਖੋਖੇ 'ਚ ਪਾਨ ਬੀੜੀ ਲਾਉਣ ਵਾਲੇ ਪਨਵਾੜੀ ਕੋਲ ਕਿੰਨੀ ਕੁ ਪੂੰਜੀ ਬਚਾ ਕੇ ਰੱਖੀ ਹੋ ਸਕਦੀ ਸੀ। ਬਾਪ ਦਾ 70 ਉੱਠਣ ਤੱਕ ਉਹਨਾਂ ਦੇ ਘਰ ਦਾ ਰਾਸ਼ਨ ਤੱਕ ਮੁੱਕ ਚੁੱਕਾ ਸੀ। ਮਨੋਹਰ ਲਾਲ ਜੇ ਉਹਨਾਂ ਦੇ ਗੁਆਂਢ ਨਾ ਵਸਦਾ ਹੁੰਦਾ ਤਾਂ ਟੱਬਰ ਦਾ ਪਤਾ ਨਹੀਂ ਕੀ ਬਣਦਾ। ਮੋਹਨ ਜੀ ਪੜ੍ਹਨ 'ਚ ਹੁਸ਼ਿਆਰ ਸੀ ਪਰ ਪੜ੍ਹਾਈ ਨਾਲ ਉਹਨੂੰ ਭੁੱਖੇ ਢਿੱਡਾਂ ਦਾ ਜ਼ਿਆਦਾ ਫਿਕਰ ਸੀ। ਕਿਸੇ ਛੋਟੀ ਮੋਟੀ ਨੌਕਰੀ ਲਈ ਉਹ ਤੜਪਣ ਲੱਗਾ। ਮਨੋਹਰ ਲਾਲ ਨੇ ਉਹਨੂੰ ਘਰ ਬੁਲਾਇਆ। ਚੁੱਲ੍ਹਾ ਮਗਦਾ ਰਹੇ ਇਸ ਲਈ ਪਹਿਲੇ ਹੱਲੇ ਉਹਨੇ ਮੋਹਨ ਜੀ ਨੂੰ ਆਪਣਾ ਮੁਨਸ਼ੀ ਦਾ ਸਹਾਇਕ ਬਣਾ ਦਿੱਤਾ। ਮਨੋਹਰ ਲਾਲ ਸ਼ਹਿਰ ਦੇ ਸਿਰਕੱਢ ਵਕੀਲਾਂ 'ਚੋਂ ਇੱਕ ਸੀ। ਉਹਦੀ ਉੱਪਰ ਤੱਕ ਪਹੁੰਚ ਸੀ। ਉਹਨੇ ਸੋਚਿਆ ਸੀ ਕੋਈ ਨੌਕਰੀ ਨਿਕਲਦੇ ਹੀ ਉਹਨੂੰ ਕਿਧਰੇ ਅੜਕਾ ਦੇਗਾ। ਹਾਲੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਕਾਫੀ ਸੀ। ਜਦੋਂ ਮਨੋਹਰ ਲਾਲ ਨੇ ਮੋਹਨ ਜੀ ਦੇ ਕੰਮ ਕਰਨ ਦੀ ਲਗਨ ਦੇਖੀ ਤਾਂ ਉਹਨੇ ਆਪਣਾ ਪਹਿਲਾ ਖਿਆਲ ਤਿਆਗ ਦਿੱਤਾ। ਉਹ ਮਹੀਨੇ 'ਚ ਹੀ ਮੁਨਸ਼ੀ ਪੁਣੇ ਦੀਆਂ ਸਾਰੀਆਂ ਪੇਚੀਦਗੀਆਂ ਸਮਝ ਗਿਆ ਸੀ। ਜਿਹੜਾ ਨੁਕਤਾ ਉਹਨੂੰ ਇੱਕ ਵਾਰ ਸਮਝਾ ਦਿੱਤਾ ਗਿਆ ਉਸ ਨੁਕਤੇ 'ਤੇ ਮਨੋਹਰ ਲਾਲ ਨੂੰ ਕਦੀ ਦੁਬਾਰਾ ਮਗਜ਼ ਖਪਾਈ ਨਹੀਂ ਸੀ ਕਰਨੀ ਪਈ। 2 ਮਹੀਨਿਆਂ ਬਾਅਦ ਉਹ ਦਾਅਵੇ ਜਵਾਬ ਦਾਅਵੇ ਅਤੇ ਅਰਜ਼ੀ ਪੱਤਰ ਤਿਆਰ ਕਰਨ 'ਚ ਵਕੀਲ ਦਾ ਹੱਥ ਵਟਾਉਣ ਲੱਗਾ। 3 ਮਹੀਨੇ ਮਨੋਹਰ ਲਾਲ ਨੇ ਆਪਣੇ ਮਨ ਨਾਲ ਫੈਸਲਾ ਕਰ ਲਿਆ ਸੀ ਮੋਹਨ ਜੀ ਨੂੰ ਉਹ ਮੁਨਸ਼ੀ ਨਹੀਂ ਰਹਿਣ ਦਏਗਾ, ਉਹਨੂੰ ਵਕੀਲ ਬਣਾਏਗਾ। ਹੱਲਾਸ਼ੇਰੀ ਦੇ ਕੇ ਪਹਿਲਾਂ ਮੋਹਨ ਜੀ ਨੂੰ BA ਕਰਾਈ, ਫਿਰ ਗੰਗਾ ਨਗਰ ਉਹਨਾਂ ਲਾਅ ਕਰਵਾ ਦਿੱਤਾ। ਕਾਲਾ ਕੋਟ ਪਾ ਕੇ ਵੀ ਪਹਿਲੇ 5 ਵਰੇ ਮਨੋਹਰ ਲਾਲ ਦੇ ਮਜ਼ਬੂਤ ਖੰਭਾਂ ਹੇਠ ਪਲਦਾ ਰਿਹਾ। ਅਲੱਗ ਫੱਟਾ ਲਾ ਕੇ ਵੀ ਉਹਨੂੰ ਰੱਬ ਵਾਂਗ ਪੂਜਦਾ ਰਿਹਾ। ਮਨੋਹਰ ਲਾਲ ਵੀ ਉਹਨੂੰ ਪਹਿਲਾਂ ਵਾਂਗ ਦੁਲਾਰਦਾ ਰਿਹਾ, ਔਖੇ ਸਮਿਆਂ 'ਚ ਉਹਨੂੰ ਸੰਭਾਲਦਾ ਰਿਹਾ। ਪਹਿਲੇ ਦਿਨਾਂ 'ਚ ਹਾਰਨ ਵਾਲੇ ਕੇਸ ਘੱਟ ਫੜੋ, ਬਦਨਾਮੀ ਤੋਂ ਬਚੇ ਰਹੋਗੇ। ਕੇਸਾਂ ਦੇ ਨਾਲ ਨਾਲ ਕੇਸ ਲਿਆਉਣ ਵਾਲਿਆਂ ਉੱਪਰ ਵੀ ਮਿਹਨਤ ਕਰੋ, ਅਜਿਹੇ ਗੁਰ ਸਮਝਾਉਂਦਾ ਰਿਹਾ। ਇਹਨਾਂ ਨੁਸਖਿਆਂ 'ਤੇ ਅਮਲ ਕਰਦਿਆਂ ਪਹਿਲਾਂ ਉਹਨੇ ਮੁਨਸ਼ੀਆਂ 'ਤੇ ਡੋਰੇ ਪਾਏ। ਉਹਨਾਂ ਦੇ ਭਾਈਚਾਰੇ ਵਿੱਚੋਂ ਸੀ, ਭਾਈਚਾਰਾ ਭਾਈਚਾਰੇ ਦੀ ਮਦਦ ਨਹੀਂ ਕਰੇਗਾ ਤਾਂ ਕੌਣ ਕਰੇਗਾ। ਮਦਦ ਦਾ ਵਾਅਦਾ ਕਰਕੇ ਮੁਨਸ਼ੀਆਂ ਦੇ ਪ੍ਰਧਾਨ ਨੂੰ ਪਹਿਲਾਂ ਝਿਜਕ ਹੋਈ। ਮੁਨਸ਼ੀ ਨਮਕ ਇੱਕ ਵਕੀਲ ਦਾ ਖਾਏ ਅਤੇ ਵਫ਼ਾਦਾਰੀ ਦੂਜੇ ਨਾਲ ਕਰੇ, ਵਿਸ਼ਵਾਸਘਾਤ ਸੀ। ਉਹਨੂੰ ਸਮਝਾਉਣ ਲਈ ਮੋਹਨ ਜੀ ਨੂੰ ਕਈ ਦਿਨ ਮਗਜ਼ ਖਪਾਈ ਕਰਨੀ ਪਈ ਸੀ। ਉਹ ਮੁਨਸ਼ੀਆਂ ਨੂੰ ਵਕੀਲਾਂ ਦੇ ਸਾਰੇ ਕੇਸ ਤੋੜਨ ਲਈ ਥੋੜ੍ਹਾ ਆਖ ਰਿਹਾ ਸੀ। ਉਹ ਤਾਂ ਉਹ ਕੇਸ ਮੰਗਦਾ ਸੀ ਜਿਹੜੇ ਨਿਰੋਲ ਮੁਨਸ਼ੀਆਂ ਦੇ ਆਪਣੇ ਹੁੰਦੇ ਸੀ, ਜਿਹੜੇ ਉਹਨਾਂ ਕੋਲ ਉਹਨਾਂ ਦੇ ਆਪਣੇ ਰਸੂਖ ਨਾਲ ਆਉਂਦੇ ਸੀ। ਅਜਿਹੇ ਕੇਸਾਂ 'ਤੇ ਵਕੀਲਾਂ ਦਾ ਕੋਈ ਹੱਕ ਨਹੀਂ ਹੁੰਦਾ। ਮੁਨਸ਼ੀਆਂ ਦੇ ਲਿਆਂਦੇ ਕੇਸਾਂ ਵਿੱਚੋਂ ਜੇ ਉਹਨਾਂ ਨੂੰ ਹਿੱਸਾ ਮਿਲਦਾ ਹੋਵੇ ਤਾਂ ਉਹ ਕੇਸ ਜੀ ਸਦ ਕੇ ਆਪਣੇ ਵਕੀਲ ਨੂੰ ਦੇਣ। ਜੇ ਅਜਿਹੀ ਸਾਮੀ ਨੂੰ ਵਕੀਲ ਮੁਨਸ਼ੀ ਦਾ ਫਰਜ਼ ਸਮਝ ਕੇ ਡਕਾਰ ਜਾਂਦੇ ਹੋਣ ਫਿਰ ਤਾਂ ਮੁਨਸ਼ੀਆਂ ਨੂੰ ਆਪਣੇ ਹੱਕਾਂ ਬਾਰੇ ਸੋਚਣਾ ਹੀ ਚਾਹੀਦਾ। ਮੁਨਸ਼ੀ ਸੋਚਣ ਲੱਗੇ, ਮੋਹਨ ਜੀ ਸੱਚ ਆਖਦਾ ਸੀ, ਉਹਨਾਂ ਨਾਲ ਧੱਕਾ ਹੋ ਰਿਹਾ ਸੀ, ਉਹਨਾਂ ਨੂੰ ਹਿੱਸਾ ਮਿਲਣਾ ਚਾਹੀਦਾ ਸੀ।
ਮੁਨਸ਼ੀਆਂ ਵਿੱਚੋਂ ਪਹਿਲੀ ਵਾਰੀ ਕੋਈ ਵਕੀਲ ਬਣਿਆ ਸੀ, ਇਸ ਲਈ ਮੋਹਨ ਜੀ ਉਹਨਾਂ ਦੀਆਂ ਤਕਲੀਫਾਂ ਨੂੰ ਸਮਝਦਾ ਸੀ। ਮੁਨਸ਼ੀਆਂ ਨੂੰ ਉਹਦੀ ਮਦਦ ਕਰਨੀ ਚਾਹੀਦੀ ਸੀ। ਮਦਦ ਵਜੋਂ ਮੁਨਸ਼ੀਆਂ ਵੱਲੋਂ ਕੁਝ ਕੇਸ ਉਹਨੂੰ ਮਿਲਣ ਲੱਗੇ। ਹੁਣ ਸਮਾਂ ਬਦਲ ਚੁੱਕਾ ਸੀ। ਹੁਣ ਨਾ ਉਹਨੂੰ ਕਿਸੇ ਮੁਨਸ਼ੀ ਦੇ ਸਹਾਰੇ ਦੀ ਜ਼ਰੂਰਤ ਸੀ ਅਤੇ ਨਾ ਕਿਸੇ ਮੋਹਤਬਰ ਦੀ। ਮੋਹਨ ਜੀ ਨੂੰ ਕੰਮ ਹਥਿਆਉਣਾ ਹੀ ਨਹੀਂ, ਸੰਭਾਲਣਾ ਵੀ ਆ ਗਿਆ ਸੀ। ਵਪਾਰੀਆਂ ਵਾਂਗ ਗਾਹਕ ਨੂੰ ਉਹ ਰੱਬ ਦਾ ਰੂਪ ਸਮਝਦਾ ਸੀ, ਮਾਪਿਆਂ ਵਾਂਗ ਉਹਨਾਂ ਦਾ ਖਿਆਲ ਰੱਖਦਾ ਸੀ। ਸਾਹਿਲ ਦੀ ਜਾਇਜ਼ ਨਾਜਾਇਜ਼ ਹਰ ਢੰਗ ਨਾਲ ਮਦਦ ਕਰਨਾ ਉਹ ਆਪਣਾ ਧਰਮ ਸਮਝਦਾ ਸੀ। ਪਾਲਾ ਅਤੇ ਮੀਤਾ ਉਂਝ ਜੀ ਤਾਂ ਉਹਦੇ ਭਗਤ ਨਹੀਂ ਸੀ ਬਣੇ। ਮੋਹਨ ਜੀ ਨੂੰ ਉਹਨਾਂ ਨੇ ਸੈਂਕੜੇ ਵਾਰ ਜੇਲ੍ਹ ਜਾਣੋਂ ਬਚਾਇਆ ਸੀ। ਪਹਿਲਾਂ ਜਦੋਂ ਉਹਨਾਂ 'ਤੇ BCAਂ ਕੇਸ ਚੱਲਦੇ ਸੀ ਤਾਂ ਬਾਹਰ ਅੰਦਰ ਗਏ ਉਹ ਅਕਸਰ ਤਾਰੀਖ ਭੁੱਲ ਜਾਇਆ ਕਰਦੇ ਸੀ। ਉਹਨਾਂ ਨੂੰ ਤਾਰੀਖ ਯਾਦ ਨਹੀਂ ਰਹੀ ਨਾ ਸਹੀ। ਮੋਹਨ ਜੀ ਨੂੰ ਡਾਇਰੀ ਤਾਂ ਯਾਦ ਸੀ। ਉਹਨਾਂ ਦੇ ਘੰਟਾ ਕੁ ਲੇਟ ਹੋਣ 'ਤੇ ਮੋਹਨ ਜੀ ਨੂੰ ਫਿਕਰ ਲੱਗ ਜਾਂਦਾ। ਘੰਟਾ ਕੁ ਹੋਰ ਉਡੀਕ ਕੇ ਉਹਨਾਂ ਦੇ ਬਚਾਓ ਦੇ ਪ੍ਰਬੰਧਾਂ 'ਚ ਰੁੱਝ ਜਾਂਦਾ। ਕਦੇ ਰੀਡਰ ਦੀ ਮੁੱਠੀ ਗਰਮ ਕਰਦਾ, ਉਹ ਅੱਖਾਂ ਮੀਟ ਲਏ। ਕਦੇ ਆਪਣੇ ਕਿਸੇ ਸਾਹਿਲ ਦੀ ਖੁਸ਼ਾਮਦ ਕਰਦਾ, ਉਹ ਪਾਲਾ ਬਣ ਕੇ ਪੇਸ਼ੀ ਭੁਗਤਾ ਏ। ਲੱਗਦੇ ਬਸ ਉਹ ਆਪਣੇ ਸਾਹਿਲ ਨੂੰ ਜੇਲ੍ਹ ਵੀ ਨਹੀਂ ਸੀ ਜਾਣ ਦਿੰਦਾ। ਲੋੜ ਪੈਣ 'ਤੇ ਉਹਨਾਂ ਦੇ ਜ਼ਾਮਨ ਵੀ ਆਪ ਖੜ੍ਹੇ ਕਰ ਦਿੰਦਾ ਸੀ ਅਤੇ ਜ਼ਾਮਨ ਨੂੰ ਤਸਦੀਕ ਕਰਨ ਵਾਲੇ ਪੰਚ ਸਰਪੰਚ ਵੀ। ਅਜਿਹੇ ਵਕੀਲ ਨੂੰ ਛੱਡ ਕੇ ਕੋਈ ਸਾਹਿਲ ਕਿਧਰੇ ਹੋਰ ਜਾਵੇ ਤਾਂ ਕਿਉਂ? ਹੁਣ ਜਦੋਂ ਕਿਸੇ ਸਾਹਿਲ ਦੇ ਕਿਧਰੇ ਜਾਣ ਦਾ ਖਤਰਾ ਨਹੀਂ ਸੀ ਤਾਂ ਮੋਹਨ ਜੀ ਨੂੰ ਸੈਸ਼ਨ ਕੇਸ ਵੀ ਲੜਨੇ ਚਾਹੀਦੇ ਸਨ। ਕੇਸ ਲੜਨ ਦਾ ਇਰਾਦਾ ਪੱਕਾ ਕਰਦਿਆਂ ਹੀ ਮੋਹਨ ਜੀ ਸਾਹਮਣੇ ਦੂਸਰੀ ਸਮੱਸਿਆ ਆ ਖੜੋਤੀ। ਮੋਹਨ ਜੀ ਦਾ ਉਦੇਸ਼ ਮੁਕੱਦਮਾ ਲੜਨਾ ਹੀ ਨਹੀਂ, ਜਿੱਤਣਾ ਵੀ ਹੁੰਦਾ ਸੀ। ਇਹ ਕੇਸ ਉਹ ਜਿੱਤੇਗਾ ਕਿਸ ਤਰ੍ਹਾਂ? ਅੱਜ ਕੱਲ੍ਹ ਉਹ ਇਸੇ ਸਮੱਸਿਆ ਨਾਲ ਜੂਝ ਰਿਹਾ ਸੀ। ਇਸ ਕੇਸ ਦੀ ਸੁਣਵਾਈ ਐਡੀਸ਼ਨਲ ਸੈਸ਼ਨ ਜੱਜ ਸਤਿੰਦਰ ਨਾਥ ਨੇ ਕਰਨੀ ਸੀ। ਕੇਸ ਲੜਨ ਦਾ ਫੈਸਲਾ ਕਰਨ ਵਾਲੇ ਦਿਨ ਤੋਂ ਲੈ ਕੇ ਅੱਜ ਤੱਕ ਉਸੇ ਦਾ ਪਿੱਛਾ ਕਰ ਰਿਹਾ ਸੀ। ਕੇਸ ਦੀ ਰਣਨੀਤੀ ਘੜਨ ਤੋਂ ਪਹਿਲਾਂ ਉਹਨੇ ਨਾਥ ਸਾਹਿਬ ਦੇ ਮਨੋਵਿਗਿਆਨ ਨੂੰ ਘੋਖਣਾ ਅਤੇ ਉਹਦੀ ਵਿਚਾਰਧਾਰਾ ਨੂੰ ਸਮਝਣਾ ਸੀ। ਸੈਸ਼ਨ ਜੱਜ ਸਾਹਮਣੇ ਪੇਸ਼ ਹੋਣ ਦਾ ਉਸਦਾ ਇਹ ਪਹਿਲਾ ਮੌਕਾ ਸੀ, ਇਸੇ ਲਈ ਉਹ ਨਾਥ ਦੀਆਂ ਆਦਤਾਂ ਤੋਂ ਅਣਜਾਣ ਸੀ। ਜਿਨ੍ਹਾਂ ਮੈਜਿਸਟਰੇਟਾਂ ਦੀਆਂ ਅਦਾਲਤਾਂ 'ਚੋਂ ਪੇਸ਼ ਹੁੰਦਾ ਸੀ ਉਹਨਾਂ ਦੀ ਉਹ ਰਗ ਰਗ ਤੋਂ ਵਾਕਫ ਸੀ। ਹਾਲੇ ਬਹੁਤੇ ਦਿਨ ਨਹੀਂ ਸੀ ਹੋਏ ਜਦੋਂ ਨੱਥੂ ਰਾਮ ਮੈਜਿਸਟਰੇਟ ਕੋਲੋਂ ਉਹਨੇ 10 ਕਿਲੋ ਅਫੀਮ ਦੇ ਇੱਕ ਦੋਸ਼ੀ ਨੂੰ ਬਰੀ ਕਰਾਇਆ ਸੀ। ਇਸ ਕਤਲ ਕੇਸ ਵਾਂਗ ਉਸ ਕੇਸ ਦੀ ਵੀ ਮੋਹਨ ਜੀ ਨੂੰ ਘਬਰਾਹਟ ਸੀ। ਅਫੀਮ ਦੀ ਮਾਤਰਾ 10 ਕਿਲੋ ਸੀ। ਗਵਾਹ ਬੜੇ ਚੁਸਤ ਸਨ। ਦੋਸ਼ੀ ਦੇ ਬਰੀ ਹੋਣ ਦਾ ਕੋਈ ਹੀਲਾ ਬਣਦਾ ਉਹਨੂੰ ਨਜ਼ਰ ਨਹੀਂ ਸੀ ਆ ਰਿਹਾ। ਮੋਹਨ ਜੀ ਨੇ ਜੱਜ ਦੇ ਲਾਂਗਰੀ ਨੂੰ ਗੰਢਿਆ। ਪਤਾ ਲੱਗਾ ਜੱਜ ਧਰਮੀ ਕਰਮੀ ਸੀ। ਸੁਬਹਾ ਸ਼ਾਮ ਉਹ ਪੂਜਾ ਪਾਠ ਕਰਦਾ ਸੀ। ਹਰ ਰੋਜ਼ ਗਊਆਂ ਨੂੰ ਪੱਠੇ ਪਾਉਣ ਗਊਸ਼ਾਲਾ ਜਾਂਦਾ ਸੀ। ਪੁੰਨਿਆਂ ਅਤੇ ਮੱਸਿਆ ਵਾਲੇ ਦਿਨ ਗਰੀਬ ਗੁਰਬਿਆਂ ਲਈ ਲੰਗਰ ਲਾਉਂਦਾ ਸੀ। ਸਾਧਾਂ ਸੰਤਾਂ ਦਾ ਘਰ ਆਉਣ ਜਾਣ ਬਣਿਆ ਰਹਿੰਦਾ ਸੀ। ਮੋਹਨ ਜੀ ਨੇ ਸਾਹਿਲ ਨੂੰ ਭਗਵੇਂ ਕੱਪੜੇ ਪਵਾ ਦਿੱਤੇ, ਸਿਰ ਮਨਵਾ ਕੇ ਹੱਥ 'ਚ ਮਾਲਾ ਫੜਾ ਦਿੱਤੀ। ਹਰ ਪੇਸ਼ੀ 'ਤੇ ਉਹ ਅਦਾਲਤ ਦੀ ਇੱਕ ਨੁੱਕਰੇ ਬੈਠ ਜਾਂਦਾ ਅਤੇ ਮਾਲਾ ਫੇਰਨ ਲੱਗਦਾ। ਹੌਲੀ ਹੌਲੀ ਗਵਾਹਾਂ ਅਤੇ ਸਰਕਾਰੀ ਵਕੀਲ ਦੇ ਮਨ 'ਚ ਬੈਠ ਗਈ ਕਿ ਇਹ ਕੋਈ ਭਗਤ ਸੀ। ਜੱਜ ਨੂੰ ਵੀ ਤੌਖਲਾ ਹੋਣ ਲੱਗਾ। ਜੇ ਝੂਠੀਆਂ ਗਵਾਹੀਆਂ ਦੇ ਆਧਾਰ 'ਤੇ ਇਹਨੂੰ ਸਜ਼ਾ ਹੋ ਗਈ ਤਾਂ ਇਹ ਸਰਾਪ ਦੇ ਦੇਵੇਗਾ। ਸੱਚ ਪਰਖਣ ਲਈ ਪਿਛਲੀ ਪੇਸ਼ੀ 'ਤੇ ਜੱਜ ਨੇ ਦੋਸ਼ੀ ਅਤੇ ਤਫਤੀਸ਼ੀ ਦੋਵਾਂ ਨੂੰ ਕਟਹਿਰੇ 'ਚ ਖੜ੍ਹਾ ਕਰ ਲਿਆ। ਸੱਚ ਸੱਚ ਦੱਸ ਭਗਤਾ, ਅਸਲੀਅਤ ਕੀ ਹੈ? ਹੱਥ 'ਚ ਮਾਲਾ ਅਤੇ ਮੂੰਹ ਵਿੱਚ ਰਾਮ ਰਾਮ ਕਰਦਾ ਦੋਸ਼ੀ ਜੱਜ ਨੂੰ ਭਗਤ ਲੱਗਾ ਸੀ। ਅਫੀਮ ਚਰਸ ਸਭ ਝੂਠ ਹੈ ਭਗਤ ਜੀ, ਮੈਂ ਕਦੇ ਅਫੀਮ ਦੀ ਸ਼ਕਲ ਤੱਕ ਨਹੀਂ ਦੇਖੀ, ਫਿਰ ਵੀ ਰੱਬ ਦੀ ਰਜ਼ਾ 'ਚ ਰਾਜ਼ੀ ਹਾਂ। ਕੈਦ ਲਿਖੀ ਹੋਈ ਤਾਂ ਖੁਸ਼ੀ ਖੁਸ਼ੀ ਭੁਗਤਾਂਗਾ, ਅਗਲੇ ਪਿਛਲੇ ਕਿਸੇ ਜਨਮ ਦੇ ਪਾਪ ਦਾ ਫਲ ਭੁਗਤਣਾ ਹੀ ਪਏਗਾ ਭਗਤ ਜੀ। ਭਗਤ ਨੇ ਅੱਖਾਂ ਖੋਲੀਆਂ ਜਵਾਬ ਦਿੱਤਾ ਅਤੇ ਫਿਰ ਮਾਲਾ ਫੇਰਨੀ ਸ਼ੁਰੂ ਕਰਤੀ। ਹੁਣ ਤੂੰ ਬੋਲ ਬਈ ਹੌਲਦਾਰਾ, ਸਹੀ ਸਹੀ ਦੱਸ ਕੀ ਫੜਿਆ ਸੀ? ਅੱਖਾਂ ਲਾਲ ਕਰਕੇ ਜੱਜ ਹੌਲਦਾਰ 'ਤੇ ਵਰਿਆ ਸੀ। ਇਹ ਭਗਤ ਦੀ ਭਗਤੀ ਦਾ ਅਸਰ ਸੀ ਜਾਂ ਜੱਜ ਦੀ ਗੜਕ ਦਾ ਕਿ ਇਹ ਹੌਲਦਾਰ ਜਾਣੇ? ਮੋਹਨ ਜੀ ਇੰਨਾ ਜਾਣਦਾ ਸੀ ਕਿ ਹੌਲਦਾਰ ਦੀਆਂ ਲੱਤਾਂ ਕੰਬ ਗਈਆਂ ਸੀ ਅਤੇ ਸੱਚ ਬਿਆਨ ਕਰਦਿਆਂ ਜ਼ਬਾਨ ਥਰ ਥਰ ਆ ਰਹੀ ਸੀ। ਜੀ ਇਸ ਤੋਂ ਭੱਠੀ ਫੜੀ ਸੀ ਥਾਣੇਦਾਰ ਨੇ ਆਖਣ 'ਤੇ ਮੈਂ ਅਫੀਮ ਪਾਤੀ। ਆਖਰ ਦਿਲ ਕਰੜਾ ਕਰਕੇ ਹੌਲਦਾਰ ਨੇ ਸੱਚ ਉਗਲਿਆ ਸੀ, ਸੱਚ ਸਾਹਮਣੇ ਆ ਗਿਆ। ਜੇ ਨੱਥੂ ਰਾਮ ਧਰਮੀ ਕਰਮੀ ਸੀ ਤਾਂ ਦੇਵ ਸਿੰਘ ਪੂਰਾ ਨਾਸਤਕ। ਆਪਣੀ ਕਾਮਰੇਡੀ ਉਹਨੇ ਲੁਕਾ ਛੁਕਾ ਛੁਪਾ ਕੇ ਨਹੀਂ ਰੱਖੀ। ਸਵੇਰੇ ਸ਼ਾਮ ਉਸ ਸ਼ਹਿਰ 'ਚ ਸਾਈਕਲ 'ਤੇ ਘੁੰਮਦਾ ਸੀ, ਉਹ ਵੀ ਕੁੜਤਾ ਪਜਾਮਾ ਪਾ ਕੇ। ਨਾ ਉਹ ਸਬਜ਼ੀ ਖਰੀਦਣ 'ਚ ਝਿਜਕ ਮਹਿਸੂਸ ਕਰਦਾ, ਨਾ ਬੱਚਿਆਂ ਨੂੰ ਸਕੂਲ ਛੱਡਣ ਵਿੱਚ। ਸਾਧਾਂ ਸੰਤਾਂ ਦੇ ਉਹ ਪੁੱਜ ਕੇ ਖਿਲਾਫ਼ ਸੀ। ਭਰੀ ਕਚਹਿਰੀ 'ਚ ਉਹਨਾਂ ਨੂੰ ਵਿਹਲੜ, ਹੱਡ ਹਰਾਮ ਅਤੇ ਮਿਹਨਤ ਕਸ਼ਾਂ ਨੂੰ ਗੁੰਮਰਾਹ ਕਰਨ ਵਾਲੇ ਗਰਦਾਨ ਦਿੰਦਾ ਸੀ। ਜੇ ਕੋਈ ਸਾਧ ਉਹਦੇ ਧੱਕੇ ਚੜ੍ਹ ਜਾਏ ਤਾਂ ਉਹਨੂੰ ਜੇਲ੍ਹ ਦੀ ਚੱਕੀ ਪਸਾਏ ਬਿਨਾਂ ਚੈਨ ਨਹੀਂ ਸੀ ਲੈਂਦਾ। ਮੋਹਨ ਜੀ ਨੇ ਉਹਦੀ ਇਸ ਵਿਚਾਰਧਾਰਾ ਤੋਂ ਵੀ ਭਰਪੂਰ ਫਾਇਦਾ ਉਠਾਇਆ ਸੀ। ਉਹਦੀ ਅਦਾਲਤ ਵਿੱਚ ਪੇਸ਼ ਹੋਣ ਵਾਲੇ ਆਪਣੇ ਸਾਹਿਲਾਂ ਨੂੰ ਉਹਨੇ ਗੁਪਤ ਹਦਾਇਤਾਂ ਜਾਰੀ ਕੀਤੀਆਂ।
ਪੇਸ਼ੀ ਤੇ ਆਉਣ ਲੱਗੇ ਹੋ, ਫਟਿਆ ਝੱਗਾ ਤੇ ਠਿੱਡੀ ਜੁੱਤੀ ਪਹਿਨ ਕੇ ਆਉਣ, ਦਾੜੀ ਕਰੜ ਬਰੜੀ ਹੋਵੇ ਤੇ ਵਾਲ ਝੱਥਰਾ, ਦੇਖਣ ਵਾਲੇ ਨੂੰ ਲੱਗੇ ਜਿਵੇਂ ਹੱਡ ਤੋੜਵੀਂ ਮਿਹਨਤ ਨੇ ਉਹਨਾਂ ਦੇ ਖੂਨ ਦਾ ਕਤਰਾ ਕਤਰਾ ਚੂਸ ਲਿਆ। ਮੋਹਨ ਜੀ ਨੇ ਉਸ ਅਦਾਲਤ ਵਿੱਚੋਂ ਵੀ ਚੰਗੇ ਨਤੀਜੇ ਕੱਢੇ। ਨਿਰਭੈ ਟਰਾਂਸਪੋਰਟ ਦੇ ਕੰਡਕਟਰਾਂ ਵਾਲਾ ਕੇਸ ਉਹਨੇ ਜਿੱਤਿਆ ਸੀ। ਨੌਕਰੀਆਂ ਨਿਕਲੇ ਕੰਡਕਟਰ ਮੁੜ ਬਹਾਲ ਹੋ ਗਏ ਸੀ। ਕਿਰਾਏਦਾਰ ਭਈਆਂ ਨੇ ਮਾਰਵਾੜੀ ਮਕਾਨ ਮਾਲਕਾਂ ਨੂੰ ਹਰਾ ਦਿੱਤੇ ਸੀ। ਜਬਰੀ ਬੇਦਖਲੀ ਵਿਰੁੱਧ ਉਹਨਾਂ ਨੂੰ ਬੰਦੀ ਮਿਲ ਗਈ ਸੀ। ਪਾਲੇ ਤੇ ਮੀਤੇ ਨੂੰ ਅਸਾਧ ਬਣਾਏ ਜਾਂ ਮਲੰਗ, ਮੋਹਨ ਜੀ ਤੋਂ ਇਹ ਫੈਸਲਾ ਨਹੀਂ ਸੀ ਹੋ ਰਿਹਾ। ਜੱਜ ਦਾ ਅਰਧ ਲਈ ਜੱਜ ਨੂੰ ਧਰਮੀ ਕਰਮੀ ਆਖਦਾ ਸੀ, ਲਾਂਗਰੀ ਉਲਟ ਬੋਲਦਾ ਸੀ। ਉਹ ਆਖਦਾ ਸੀ, ਡਿਨਰ ਸਮੇਂ ਸਾਬਤ ਮੁਰਗਾ ਖਾਣ ਵਾਲਾ ਧਰਮੀ ਕਰਮੀ ਕਿਵੇਂ ਹੋ ਗਿਆ। ਸਫਾਈਆਂ ਵਾਲੀ ਦੱਸਦੀ ਸੀ ਉਹ ਗਰੀਬ ਗੁਰਬਿਆਂ 'ਤੇ ਬਹੁਤ ਰਹਿਮ ਕਰਦਾ ਹੈ, ਛੋਟੇ ਮੋਟੇ ਮੌਕਿਆਂ 'ਤੇ ਵੀ ਉਹਨੂੰ ਵੱਡੀਆਂ ਬਖਸ਼ਿਸ਼ਾਂ ਦਿੰਦਾ। ਜਮਾਂਦਾਰ ਉਹਦੀ ਗੱਲ ਨੂੰ ਝੁਠਲਾ ਰਿਹਾ ਸੀ, ਉਹ ਸੋਹਣੀ ਹੈ ਇਸ ਲਈ ਉਹ 'ਤੇ ਜਾਨ ਛਿੜਕਦਾ। ਜਮਾਂਦਾਰ ਨੂੰ ਆਪਣੇ ਕਮਰੇ ਦੇ ਬੂਹੇ ਅੱਗੋਂ ਦੀ ਨਹੀਂ ਲੰਘਣ ਦਿੰਦਾ। ਮੋਹਨ ਜੀ ਦੁਚਿੱਤੀ 'ਚ ਸੀ, ਜੱਜ ਦੀ ਵਿਚਾਰਧਾਰਾ ਸਪੱਸ਼ਟ ਨਹੀਂ ਸੀ ਹੋ ਰਹੀ। ਝਟਪਟ ਕਿਸੇ ਨਤੀਜੇ 'ਤੇ ਪੁੱਜਣ ਦੀ ਮੋਹਨ ਜੀ ਨੂੰ ਕੋਈ ਕਾਹਲ ਵੀ ਨਹੀਂ ਸੀ। ਸਮਾਜ ਸ਼ੁਰੂ ਹੋਣ ਵਿੱਚ ਹਾਲੇ ਢੇਰ ਸਮਾਂ ਬਾਕੀ ਸੀ। ਇਸ ਫੈਸਲੇ ਨੂੰ ਅੱਗੇ ਪਾ ਕੇ ਉਹਨੇ ਕੇਸ ਦੇ ਗਵਾਹਾਂ 'ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕੀਤਾ। ਇਸ ਕੇਸ ਵਿੱਚ ਪੁਲਿਸ ਨੇ ਇੱਕ ਦੋ ਨਹੀਂ ਕਈ ਟਾਊਟਾਂ ਨੂੰ ਗਵਾਹ ਰੱਖਿਆ ਸੀ। ਇਹਨਾਂ ਵਿੱਚੋਂ ਮੋਹਨ ਸਿੰਘ ਅਤੇ ਬਾਬੂ ਬਦਮਾਸ਼ ਅਹਿਮ ਸਨ। ਦੋਵੇਂ ਹੁਣ ਤੱਕ ਸੈਂਕੜੇ ਕੇਸਾਂ 'ਚ ਪੁਲਿਸ ਵੱਲੋਂ ਗਵਾਹ ਭੁਗਤ ਚੁੱਕੇ ਸਨ। ਉਹਨਾਂ ਕੇਸਾਂ ਦਾ ਲੇਖਾ ਜੋਖਾ ਇਸ ਕੇਸ ਦੀ ਸਫਲਤਾ ਲਈ ਬਹੁਤ ਜ਼ਰੂਰੀ ਸੀ ਅਤੇ ਸਾਰੀਆਂ ਕਚਹਿਰੀਆਂ ਵਿੱਚੋਂ ਇਹ ਲੇਖਾ ਜੋਖਾ ਜੇ ਕਿਸੇ ਕੋਲ ਮੌਜੂਦ ਸੀ ਤਾਂ ਮੋਹਨ ਜੀ ਹੀ ਸੀ। ਫੌਜਦਾਰੀ ਕੇਸਾਂ 'ਚ ਗਵਾਹ ਦੇ ਪਿਛੋਕੜ ਅਤੇ ਚਾਲ ਚੱਲਣ ਨੂੰ ਬੜੀ ਮਹੱਤਤਾ ਦਿੱਤੀ ਜਾਂਦੀ ਹੁੰਦੀ ਸੀ। ਬਾਰ ਬਾਰ ਪੁਲਿਸ ਵੱਲੋਂ ਭੁਗਤਣ ਵਾਲੇ ਗਵਾਹਾਂ 'ਤੇ ਅਦਾਲਤਾਂ ਚਿੜਨ ਲੱਗਦੀਆਂ ਸਨ। ਹਰ ਕੇਸ ਵਿੱਚ ਅਜਿਹੇ ਗਵਾਹ ਦੀ ਸ਼ਮੂਲੀਅਤ ਪੁਲਿਸ ਕਹਾਣੀ ਝੁਠਲਾਉਣ ਲੱਗਦੀ ਸੀ। ਟਾਊਟ ਗਰਦਾਨੇ ਗਵਾਹ ਸਜ਼ਾ ਦੀ ਥਾਂ ਦੋਸ਼ੀਆਂ ਨੂੰ ਬਰੀ ਕਰਾਉਣ ਸਹਾਈ ਹੁੰਦੇ ਸੀ ਅਤੇ ਕਿਸੇ ਗਵਾਹ ਨੂੰ ਟਾਊਟ ਸਿੱਧ ਕਰਨ ਵਾਲਾ ਤਵੀਤ ਮੋਹਨ ਜੀ ਕੋਲ ਮੌਜੂਦ ਸੀ। ਇੱਕ ਤੋਂ ਵੱਧ ਕੇਸ ਵਿੱਚ ਭੁਗਤਣ ਵਾਲੇ ਗਵਾਹ ਦਾ ਮੋਹਨ ਜੀ ਕੋਲ ਝੱਟ ਖਾਤਾ ਖੁੱਲ ਜਾਂਦਾ ਸੀ। ਫਿਰ ਖਾਤੇ 'ਚੋਂ ਹਰ ਉਹ ਕੇਸ ਦਰਜ ਹੁੰਦਾ ਜਾਂਦਾ ਜਿਸ ਵਿੱਚ ਉਹ ਗਵਾਹ ਭੁਗਤਦਾ ਸੀ। ਕਿਸ ਕੇਸ 'ਚ ਅਦਾਲਤ ਨੇ ਉਹਦੀ ਗਵਾਹੀ ਨੂੰ ਮੰਨਿਆ, ਕਿਸ ਵਿੱਚ ਉਹਨੂੰ ਝੂਠਾ ਕਰਾਰ ਦਿੱਤਾ, ਕਿਸ ਥਾਣੇਦਾਰ ਨੇ ਉਹਨੂੰ ਜ਼ਿਆਦਾ ਵਰਤਿਆ ਅਤੇ ਕਿਸ ਨੇ ਘੱਟ, ਮੋਹਨ ਜੀ ਦੀਆਂ ਵਹੀਆਂ ਹਰ ਸਵਾਲ ਦਾ ਜਵਾਬ ਦਿੰਦੀਆਂ ਸਨ। ਜਦੋਂ ਮੋਹਨ ਜੀ ਮੁਨਸ਼ੀ ਸੀ ਤਾਂ ਉਹਨੇ ਇੱਕ ਗਵਾਹ ਦੇ ਰਿਕਾਰਡ ਦੀ ਫੀਸ 500 ਰੁਪਇਆ ਰੱਖੀ ਸੀ। ਵਕੀਲ ਬਣ ਕੇ ਉਹਨੇ ਇਹ ਰਿਕਾਰਡ ਵੇਚਣਾ ਬੰਦ ਕਰਤਾ। ਹੁਣ ਇਸ ਰਿਕਾਰਡ ਦੀ ਵਰਤੋਂ ਉਸੇ ਕੇਸ 'ਚ ਹੁੰਦੀ ਸੀ ਜਿਸ 'ਚ ਉਹ ਵਕੀਲ ਹੁੰਦਾ ਸੀ। ਇਸ ਗਿੱਦੜ ਸਿੰਘੀ ਨੇ ਵੀ ਮੋਹਨ ਜੀ ਦੀ ਵਕਾਲਤ ਚਮਕਾਉਣ 'ਚ ਖੂਬ ਮਦਦ ਕੀਤੀ ਸੀ। ਸਿਆਣੇ ਸਮਗਲਰ ਪਿੱਛੋਂ ਹਾੜੇ ਕੱਢਣ ਨਾਲੋਂ ਪਹਿਲਾਂ ਹੀ ਉਹਨੂੰ ਵਕੀਲ ਕਰ ਲਿਆ ਕਰਦੇ ਸੀ। ਮੁਲਜ਼ਮਾਂ ਦੇ ਨਾਲ ਨਾਲ ਟਾਊਟਾਂ ਨੂੰ ਵੀ ਮੋਹਨ ਜੀ ਦੀ ਚੌਂਕੀ ਭਰਨੀ ਪੈਂਦੀ ਸੀ। ਉਸਦੀ ਇਸ ਕਾਢ ਨੇ ਟਾਊਟਾਂ ਦਾ ਪਾਸਾ ਪਲਟ ਦਿੱਤਾ ਸੀ। ਪਹਿਲਾਂ ਗਵਾਹ ਦੀ ਜਵਾਈਆਂ ਜਿੰਨੀ ਇੱਜ਼ਤ ਹੁੰਦੀ ਸੀ, ਗਵਾਹ ਨੂੰ ਮੁਕਰਾਉਣ ਲਈ ਪਹਿਲਾਂ ਮੁਲਜ਼ਮ ਉਹਦੀ ਟਹਿਲ ਸੇਵਾ ਵੀ ਕਰਦਾ ਸੀ, ਨਗਦ ਨਰਾਇਣ ਵੀ ਚੜ੍ਹਾਉਂਦਾ ਸੀ। ਹੁਣ ਗਵਾਹਾਂ ਦੇ ਨਾਲ ਨਾਲ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪਈ ਹੋਈ ਸੀ। ਪੁਲਿਸ ਨੂੰ ਕਿਸੇ ਮੋਹਤਬਰ ਨੂੰ ਗਵਾਹ ਰੱਖੇ ਬਿਨਾਂ ਸਰਦਾ ਨਹੀਂ ਸੀ। ਨਿੱਤ ਨਵੇਂ ਮੋਹਤਬਰ ਪੁਲਿਸ ਕਿੱਥੋਂ ਲਿਆਵੇ? ਟਾਊਟ ਦੀ ਗਵਾਹੀ ਪੈਂਦਿਆਂ ਹੀ ਮੋਹਨ ਜੀ ਦਾ ਰਿਕਾਰਡ ਦੋਸ਼ੀ ਦੇ ਬਰੀ ਹੋਣ ਦੇ ਆਸਾਰ ਪੈਦਾ ਕਰ ਦਿੰਦਾ ਸੀ। ਗਵਾਹ ਦੇ ਪਿੱਛੇ ਪਿੱਛੇ ਫਿਰਨ ਦੀ ਥਾਂ ਦੋਸ਼ੀ ਕੱਛਾਂ ਵਜਾਉਣ ਲੱਗਦਾ ਸੀ। ਆਪਣੇ ਕਾਰਨਾਮੇ ਟਕਾਈ ਰੱਖਣ ਲਈ ਗਵਾਹ ਨੂੰ ਮੋਹਨ ਜੀ ਦੀ ਚਮਚੀ ਮਾਰਨੀ ਪੈਂਦੀ ਸੀ। ਮੋਹਨ ਜੀ ਚੁੱਪ ਰਹੇਗਾ ਤਾਂ ਉਹਨਾਂ ਦੀ ਦਿਹਾੜੀ ਬਣੇਗੀ। ਮੋਹਨ ਜੀ ਤੋਂ ਨਾ ਮੋਦਨ ਬਾਹਰ ਸੀ ਨਾ ਬਾਬੂ, ਉਹਨਾਂ ਉਹ ਆਖਣਾ ਸੀ ਜੋ ਮੋਹਨ ਜੀ ਨੇ ਅਖਵਾਉਣਾ ਸੀ। ਮੋਹਨ ਜੀ ਨੇ ਉਹਨਾਂ ਨੂੰ ਤਾਂ ਮੁਕਰਾਉਣਾ ਹੀ ਸੀ ਜੇ ਦੋਸ਼ੀਆਂ ਨੇ ਉਸਨੂੰ ਵਕੀਲ ਕਰਨਾ ਸੀ। ਵਕੀਲ ਉਹਨੇ ਪੈਸਿਆਂ ਲਈ ਨਹੀਂ ਆਪਣੇ ਜੱਕ ਖੋਲ੍ਹਣ ਲਈ ਬਣਨਾ ਸੀ। ਮੋਹਨ ਜੀ ਦੀ ਝਿਜਕ ਖੁੱਲ੍ਹਣ ਦੇ ਬਾਕੀ ਸਭ ਰਾਹ ਸਾਫ਼ ਸਨ। ਬਸ ਇੱਕੋ ਸਮੱਸਿਆ ਸੀ, ਉਹ ਸੀ ਸੰਘਰਸ਼ ਸੰਮਤੀ ਦੀ। ਦੋਸ਼ੀਆਂ ਵੱਲੋਂ ਇਹ ਮੁਕੱਦਮਾ ਸੰਮਤੀ ਲੜਨ ਜਾ ਰਹੀ ਸੀ। ਮੋਹਨ ਜੀ ਵੀ ਜਿੱਦੀ ਸੁਭਾਅ ਦਾ ਸੀ, ਜੋ ਠਾਣ ਲੈਂਦਾ ਸੀ ਉਹ ਕਰਕੇ ਛੱਡਦਾ ਸੀ। ਉਹ ਬਾਬਾ ਜੀ ਨਾਲ ਸੰਪਰਕ ਕਰੇਗਾ, ਗੁਰਮੀਤ ਨੂੰ ਮਿਲੇਗਾ, ਸੰਮਤੀ ਨੂੰ ਆਪਣੀਆਂ ਸੇਵਾਵਾਂ ਪੇਸ਼ ਕਰੇਗਾ। ਉਹ ਕੁਝ ਵੀ ਕਰੇ, ਉਹ ਇਹ ਕੇਸ ਲੜੇਗਾ ਅਤੇ ਆਪਣੀ ਝਿਜਕ ਖੋਲ੍ਹੇਗਾ। ਉਸ ਦਾ ਆਖਰੀ ਫੈਸਲਾ ਸੀ। ਧੰਨਵਾਦ। ਮਿੱਤਰ ਸੈਨ ਮੀਤ ਦਾ ਨੋਵਲ ਕਟਹਿਰਾ, ਨੌਵਾਂ ਅੰਗ। ਸੰਮਤੀ ਦੀਆਂ ਠੱਪ ਹੋਈਆਂ ਸਰਗਰਮੀਆਂ 'ਤੇ ਗੁਰਮੀਤ ਡਾਢਾ ਦੁਖੀ ਸੀ। ਪਾਲੇ ਅਤੇ ਮੀਤੇ ਦਾ ਚਲਾਨ ਪੇਸ਼ ਹੋ ਚੁੱਕਾ ਸੀ। ਕੁਝ ਦਿਨਾਂ ਬਾਅਦ ਸੁਣਵਾਈ ਸ਼ੁਰੂ ਹੋਣ ਵਾਲੀ ਸੀ।
ਦੋਸ਼ੀਆਂ ਦੀ ਅਗਾਂਹ ਪੈਰਵਾਈ ਕੀਤੀ ਜਾਵੇ ਜਾਂ ਨਾ, ਸੰਮਤੀ ਤੋਂ ਇਹ ਫੈਸਲਾ ਨਹੀਂ ਸੀ ਹੋ ਰਿਹਾ। ਸੰਮਤੀ ਵਿਚਲੀਆਂ ਕੁਝ ਧਿਰਾਂ ਦਾ ਵਿਚਾਰ ਸੀ ਕਿ ਸੰਮਤੀ ਦਾ ਗਠਨ ਪੁਲਿਸ ਅੱਤਿਆਚਾਰਾਂ ਨੂੰ ਠੱਲ ਪਾਉਣ ਲਈ ਕੀਤਾ ਗਿਆ ਸੀ। ਪਾਲੇ ਅਤੇ ਮੀਤੇ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਅੱਤਿਆਚਾਰ ਬੰਦ ਹੋ ਚੁੱਕਾ ਸੀ। ਹੁਣ ਸੰਮਤੀ ਦੀ ਕੋਈ ਜ਼ਰੂਰਤ ਨਹੀਂ ਸੀ, ਇਸ ਨੂੰ ਭੰਗ ਕਰ ਦੇਣਾ ਚਾਹੀਦਾ। ਸੰਮਤੀ ਦਾ ਇੱਕ ਸ਼ਕਤੀਸ਼ਾਲੀ ਧੜਾ ਇਸ ਗ੍ਰਿਫਤਾਰੀ ਦਾ ਵਿਰੋਧ ਕਰ ਰਿਹਾ ਸੀ। ਇਹ ਧੜਾ ਸੰਘਰਸ਼ ਜਾਰੀ ਰੱਖਣਾ ਚਾਹੁੰਦਾ ਸੀ। ਇਸ ਧੜੇ 'ਚ ਉਹ ਲੋਕ ਸ਼ਾਮਲ ਸਨ ਜਿਨ੍ਹਾਂ ਨੇ ਪਾਲੇ ਅਤੇ ਮੀਤੇ ਨੂੰ ਆਪਣੇ ਹੱਥੀਂ ਪੁਲਿਸ ਕੋਲ ਪੇਸ਼ ਕੀਤਾ ਸੀ, ਜਾਂ ਜਿਨ੍ਹਾਂ ਨੇ ਉਹਨਾਂ ਦੀ ਗ੍ਰਿਫਤਾਰੀ ਤੋਂ ਕਈ ਦਿਨ ਪਹਿਲਾਂ ਥਾਣੇ ਬੈਠਿਆਂ ਦੇਖਿਆ ਸੀ। ਜੀਵਨ, ਗੁਰਮੀਤ ਅਤੇ ਸਰਦਾਰੀ ਦੀ ਮੰਗ ਸੀ ਕਿ ਉਹਨਾਂ ਦੀ ਰਿਹਾਈ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇ। ਉਹਨਾਂ ਦੀ ਇਸ ਮੰਗ ਦੀ ਤਾਈਦ ਸ਼ਾਮੂ, ਅਜੀਤ ਸਿੰਘ ਅਤੇ ਹੇਮਰਾਜ ਦੇ ਨਾਲ ਨਾਲ ਬਾਬਾ ਗੁਰਦਿੱਤ ਸਿੰਘ ਵੀ ਕਰ ਰਿਹਾ ਸੀ। ਜੇ ਇਹ ਦੋਸ਼ੀ ਹੁੰਦੇ ਤਾਂ ਪਹਿਲੇ ਦਿਨ ਹੀ ਨਾ ਫੜ ਲਏ ਜਾਂਦੇ। ਸੰਘਰਸ਼ ਜਾਰੀ ਰੱਖਣ ਵਾਲਾ ਧੜਾ ਦੂਜੇ ਤੋਂ ਪੁੱਛ ਰਿਹਾ ਸੀ। ਇਸ ਖਿੱਚੋਤਾਣ ਦੀ ਸਭ ਤੋਂ ਵੱਧ ਮਾਨਸਿਕ ਪੀੜਾ ਗੁਰਮੀਤ ਨੂੰ ਹੋ ਰਹੀ ਸੀ। ਉਹਨੇ ਪਾਲੇ ਅਤੇ ਮੀਤੇ ਦਾ ਮੁਕੱਦਮਾ ਲੜਨ ਲਈ ਨੌਕਰੀ ਛੱਡੀ ਸੀ। ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਉਹਨੂੰ ਸੰਮਤੀ 'ਤੇ ਟੇਕ ਰੱਖਣੀ ਪੈਣੀ ਸੀ। ਜੇ ਸੰਮਤੀ ਖਿੰਡ ਪੁੰਡ ਗਈ ਤਾਂ ਉਹਦੇ ਮਿਸ਼ਨ ਦਾ ਕੀ ਬਣੇਗਾ? ਇਹੋ ਫਿਕਰ ਉਹਨੂੰ ਖਾਈ ਜਾ ਰਿਹਾ ਸੀ। ਸੰਮਤੀ ਦੀਆਂ ਰੂਸੀਆਂ ਧਿਰਾਂ ਨੂੰ ਉਹ ਵੀਹ ਵਾਰ ਮਿਲ ਚੁੱਕਾ ਸੀ। ਉਹਨਾਂ ਨੂੰ ਪਾਲੇ ਅਤੇ ਮੀਤੇ ਦੇ ਨਿਰਦੋਸ਼ ਹੋਣ ਬਾਰੇ ਵਾਰ ਵਾਰ ਸਮਝਾ ਚੁੱਕਾ ਸੀ। ਸੌੜੇ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਇਨਸਾਫ ਵਰਗੇ ਸਾਂਝੇ ਮੁੱਦੇ 'ਤੇ ਇੱਕਮੁੱਠ ਹੋ ਕੇ ਲੜਨ ਲਈ ਪ੍ਰੇਰ ਚੁੱਕਾ ਸੀ। ਪਰ ਕਿਸੇ ਵੀ ਧਿਰ ਨੇ ਪੈਰਾਂ 'ਤੇ ਪਾਣੀ ਨਹੀਂ ਸੀ ਪੈਣ ਦਿੱਤਾ। ਕਈ ਵਾਰ ਉਸਨੂੰ ਬਾਬੇ 'ਤੇ ਵੀ ਗੁੱਸਾ ਆਉਂਦਾ ਸੀ। ਸਾਰੇ ਪਾਸਿਓਂ ਨਿਰਾਸ਼ ਹੋ ਕੇ ਜਦੋਂ ਬਾਬੇ ਕੋਲ ਕਿਸੇ ਜਲਦੀ ਫੈਸਲੇ ਦੀ ਮੰਗ ਲੈ ਕੇ ਜਾਂਦਾ ਸੀ ਤਾਂ ਥੋੜ੍ਹਾ ਜਿਹਾ ਹੋਰ ਉਡੀਕ ਦਾ ਮੰਤਰ ਸੁਣਾ ਦਿੰਦਾ ਸੀ। ਇਹ ਮੰਤਰ ਸੁਣਾਉਣ ਪਿੱਛੇ ਬਾਬੇ ਦੀ ਆਪਣੀ ਮਜਬੂਰੀ ਸੀ। ਭਵਿੱਖ 'ਚ ਕੀ ਹੋਣ ਵਾਲਾ ਹੈ ਬਾਬੇ ਤੋਂ ਲੁਕਿਆ ਨਹੀਂ ਸੀ। ਨਾ ਉਹਨਾਂ ਦਾ ਸਾਥ ਅਕਾਲੀਆਂ ਨੇ ਦੇਣਾ ਸੀ, ਨਾ ਕਾਂਗਰਸੀਆਂ ਨੇ ਅਤੇ ਨਾ ਜਨਸੰਘੀਆਂ ਨੇ। ਇਹ ਲੜਾਈ ਉਹਨਾਂ ਨੂੰ ਆਪਣੀ ਹਿੱਕ ਦੇ ਜ਼ੋਰ 'ਤੇ ਲੜਨੀ ਪੈਣੀ ਸੀ। ਬਾਬਾ ਨਹੀਂ ਸੀ ਚਾਹੁੰਦਾ ਕਿ ਉਹਨਾਂ ਨੂੰ ਵੱਖ ਕਰਨ ਦੀ ਦੋਸ਼ ਸੰਮਤੀ ਸਿਰ ਲੱਗੇ। ਉਹਨਾਂ ਨੂੰ ਖੁਦ ਹੀ ਸੰਮਤੀ ਛੱਡ ਦੇਣ ਦਾ ਮੌਕਾ ਦੇ ਰਿਹਾ ਸੀ। ਹਾਲੇ ਕਿਸੇ ਫੌਰੀ ਸੰਘਰਸ਼ ਦੀ ਵੀ ਲੋੜ ਨਹੀਂ ਸੀ। ਮੁਕੱਦਮਾ ਮੁੱਢਲੇ ਪੜਾਅ ਉੱਤੇ ਸੀ। ਦੋਸ਼ੀਆਂ ਵੱਲੋਂ ਵਕੀਲ ਪੇਸ਼ ਹੋਣਾ ਕੋਈ ਜ਼ਰੂਰੀ ਨਹੀਂ ਸੀ। ਉਂਝ ਗੁਪਤ ਰੂਪ ਵਿੱਚ ਗੁਰਮੀਤ ਕੇਸ ਦੀ ਪੈਰਵਾਈ ਕਰ ਹੀ ਰਿਹਾ ਸੀ। ਕੇਸ ਨੂੰ ਮਜ਼ਬੂਤ ਕਰਨ ਲਈ ਪੁਲਿਸ ਪੈਰ ਪੈਰ 'ਤੇ ਬਿਆਨ ਬਦਲ ਰਹੀ ਸੀ। ਜ਼ਿਮਨੀਆਂ ਤਬਦੀਲ ਹੋ ਰਹੀਆਂ ਸਨ। ਹਰ ਬਦਲੇ ਜਾ ਰਹੇ ਕਾਗਜ਼ ਦੀ ਫੋਟੋ ਗੁਰਮੀਤ ਕੋਲ ਪਹੁੰਚ ਰਹੀ ਸੀ ਕਿ ਇਹ ਪੈਰਵਾਈ ਘੱਟ ਸੀ। ਗੁਰਮੀਤ ਦੇ ਬਹੁਤਾ ਜ਼ੋਰ ਦੇਣ 'ਤੇ ਬਾਬੇ ਨੇ ਇੱਕ ਗੱਲ ਸਪੱਸ਼ਟ ਕੀਤੀ। ਸੰਮਤੀ, ਪਾਲੇ ਅਤੇ ਮੀਤੇ ਦਾ ਕੇਸ ਹਰ ਹਾਲਤ ਵਿੱਚ ਲੜੇਗੀ। ਢੁੱਕਵਾਂ ਸਮਾਂ ਆਉਣ ਤੱਕ ਗੁਰਮੀਤ ਨਿੱਜੀ ਰੂਪ ਵਿੱਚ ਮੁਕੱਦਮਾ ਲੜਦਾ ਰਹੇ ਜਾਂ ਕਿਸੇ ਮਿੱਤਰ ਵਕੀਲ ਤੋਂ ਲੜਾਉਂਦਾ ਰਹੇ, ਪਿੱਛੋਂ ਸੰਮਤੀ ਆਪੇ ਸਥਿਤੀ ਸੰਭਾਲ ਲਏਗੀ। ਜਲਦੀ ਫੈਸਲਾ ਕਰਾਉਣ ਦੇ ਉਦੇਸ਼ ਨਾਲ ਸੰਮਤੀ ਦੀਆਂ ਮੀਟਿੰਗਾਂ ਜਲਦੀ ਜਲਦੀ ਰੱਖੀਆਂ ਗਈਆਂ। ਹਰ ਵਾਰ ਨਿਰਾਸ਼ਾ ਪੱਲੇ ਪੈਣ ਲੱਗੀ। ਪਹਿਲੀ ਮੀਟਿੰਗ ਵਿੱਚ ਅਕਾਲੀ ਤੋੜ ਵਿਛੋੜਾ ਕਰ ਗਏ। ਦਲੀਲ ਉਹ ਕਿਸੀ ਪਿੱਟੀ, ਪੁਲਿਸ ਅੱਤਿਆਚਾਰ ਬੰਦ ਹੋ ਚੁੱਕਾ ਹੈ, ਜੇ ਕੋਈ ਦੋਸ਼ੀ ਕਸੂਰਵਾਰ ਹੋਵੇ ਤਾਂ ਸਜ਼ਾ ਹੋ ਜਾਣਗੇ, ਬੇਕਸੂਰ ਹੋਏ ਤਾਂ ਬਰੀ। ਅਕਾਲੀ ਦਲ ਨਿਆਂ ਪਾਲਿਕਾ ਦੇ ਕੰਮ 'ਚ ਦਖਲ ਦੇਣ ਦੇ ਹੱਕ 'ਚ ਨਹੀਂ ਸੀ। ਸਭ ਨੂੰ ਪਤਾ ਸੀ ਅਕਾਲੀਆਂ ਦਾ ਸੰਮਤੀ ਨਾਲੋਂ ਵੱਖ ਹੋਣ ਦਾ ਅਸਲ ਕਾਰਨ ਇਹ ਨਹੀਂ ਸੀ। ਪਿਛਲੀ ਵਾਰ ਮੁੱਖ ਮੰਤਰੀ ਜਦੋਂ ਸੰਗਰੂਰ ਆਇਆ ਸੀ ਤਾਂ ਪਾਰਟੀ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਸੀ। ਮੁੱਖ ਮੰਤਰੀ ਨੇ ਜਥੇਦਾਰ ਨੂੰ ਮਿੱਠੀਆਂ ਮਿੱਠੀਆਂ ਝਾੜਾਂ ਪਾਈਆਂ ਸੀ। ਜੇ ਹੁਕਮਰਾਨ ਪਾਰਟੀ ਪੁਲਿਸ ਦਾ ਵਿਰੋਧ ਕਰਨ ਲੱਗੇ ਤਾਂ ਪੁਲਿਸ ਨਾਲੋਂ ਜ਼ਿਆਦਾ ਨੁਕਸਾਨ ਪਾਰਟੀ ਦਾ ਹੁੰਦਾ ਹੈ। ਲੋਕ ਪੁਲਿਸ ਵਧੀਕੀਆਂ ਲਈ ਹੁਕਮਰਾਨ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ। ਮੁੱਖ ਮੰਤਰੀ ਨੇ ਜਥੇਦਾਰ ਨੂੰ ਅਹਿਸਾਸ ਕਰਾਇਆ। ਭੋਲੇਪਨ ਕਾਰਨ ਉਹ ਕਾਮਰੇਡਾਂ ਦੇ ਹੱਥ ਚੜ ਗਿਆ। ਜਥੇਦਾਰ ਦਾ ਅਸਲ ਫਰਜ਼ ਇਹ ਸੀ ਕਿ ਉਹ ਕਾਮਰੇਡਾਂ ਦੀ ਚਾਲ ਨੂੰ ਸਮਝਦਾ, ਕਾਮਰੇਡਾਂ ਦੀ ਥਾਂ ਪੁਲਿਸ ਦੀ ਮਦਦ ਕਰਦਾ। ਪਾਲੇ ਅਤੇ ਮੀਤੇ ਦੇ ਸਜ਼ਾ ਹੋਣ ਨਾਲ ਸਿੱਖ ਭਾਈਚਾਰੇ ਦੇ ਵਕਾਰ 'ਚ ਵਾਧਾ ਹੋਣਾ ਸੀ। ਅਕਾਲੀਆਂ ਨੂੰ ਥਾਂ ਥਾਂ ਇਹ ਪ੍ਰਚਾਰ ਕਰਨਾ ਚਾਹੀਦਾ ਸੀ ਕਿ ਸਿੱਖਾਂ ਨੂੰ ਤਾਂ ਵਾਧੂ ਵਿੱਚ ਹੀ ਅੱਤਵਾਦੀ ਜਾਂ ਵੱਖਵਾਦੀ ਆ ਕੇ ਬਦਨਾਮ ਕੀਤਾ ਜਾ ਰਿਹਾ ਹੈ। ਸਿੱਖੀ ਮਾਸੂਮਾਂ ਦਾ ਕਤਲ ਕਰਨਾ ਨਹੀਂ ਸਿਖਾਉਂਦੀ। ਇਹ ਤਾਂ ਪਾਲੇ ਵਰਗੇ ਜਰਾਇਮ ਪੇਸ਼ਾ ਲੋਕ ਹਨ ਜਿਹੜੇ ਸਿੱਖੀ ਦੀ ਪਨਾਹ ਲੈ ਕੇ ਕੌਮ ਨੂੰ ਬਦਨਾਮ ਕਰ ਰਹੇ ਹਨ। ਇਸ ਤਰ੍ਹਾਂ ਦੇ ਪ੍ਰਚਾਰ ਨਾਲ ਸਰਕਾਰ ਦੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ। ਸਰਕਾਰ ਮਜ਼ਬੂਤ ਹੋਏਗੀ ਤਾਂ ਜਥੇਦਾਰਾਂ ਦੀ ਸਰਕਾਰੀ ਦਰਬਾਰੇ ਚੜ੍ਹਤ ਹੋਏਗੀ। ਸਰਕਾਰ ਦੀ ਛੁੱਟੀ ਹੋ ਗਈ ਤਾਂ ਜਥੇਦਾਰਾਂ ਨੂੰ ਧਰਮ ਯੁੱਧ ਲਾ ਕੇ ਮੁੜ ਜੇਲ੍ਹਾਂ ਦੀਆਂ ਰੋਟੀਆਂ ਖਾਣੀਆਂ ਪੈਣਗੀਆਂ। ਹੁਣ ਕਿਹੜਾ ਸਾਨੂੰ ਕੋਈ ਪੁੱਛਦਾ ਹੈ? ਸਰਕਾਰ ਸਰਕੂਰ ਦਾ ਕੋਈ ਫਾਇਦਾ ਨਹੀਂ।
ਜਥੇਦਾਰ ਦੇ ਇਸ ਸ਼ਿਕਵੇ ਦਾ ਤੁਰੰਤ ਨਿਪਟਾਰਾ ਕੀਤਾ ਗਿਆ। ਪੁਲਿਸ ਕਪਤਾਨ ਤੇ ਡਿਪਟੀ ਕਮਿਸ਼ਨਰ ਨੂੰ ਮੱਥੇ ਲਾਇਆ ਗਿਆ ਸੀ। ਅੱਗੇ ਤੋਂ ਜਥੇਦਾਰ ਦੇ ਸਭ ਕੰਮ ਹੋਇਆ ਕਰਨ, ਉਹਨਾਂ ਨੂੰ ਹੁਕਮ ਸੁਣਾਇਆ ਗਿਆ ਸੀ। ਉਸ ਦਿਨ ਤੋਂ ਜਥੇਦਾਰ ਨੂੰ ਥਾਣੇ ਕੁਰਸੀ ਮਿਲਣ ਲੱਗੀ ਸੀ। ਪੁਲਿਸ ਦਾ ਨਮਕ ਖਾ ਕੇ ਉਹ ਸਰਕਾਰੀ ਬੋਲੀ ਬੋਲਣ ਲੱਗਾ ਸੀ। ਉਹਨੂੰ ਪਾਲਾ ਅਤੇ ਮੀਤਾ ਕਾਤਲ ਨਜ਼ਰ ਆਉਣ ਲੱਗੇ ਸੀ। ਫਿਰ ਉਹਦੀ ਪਾਰਟੀ ਦਾ ਸੰਮਤੀ 'ਚ ਕੀ ਕੰਮ? ਅਗਲੀ ਮੀਟਿੰਗ 'ਚ ਕਾਂਗਰਸੀਆਂ ਨੇ ਪਿੱਠ ਪੁਆ ਲਈ। ਕਾਂਗਰਸ ਨੇ ਆਪਣੇ 100 ਸਾਲਾ ਇਤਿਹਾਸ 'ਤੇ ਮਾਣ ਸੀ। ਕਾਂਗਰਸ ਨੇ ਦੇਸ਼ ਨੂੰ ਜਿਸ ਨਿਆਂ ਪ੍ਰਣਾਲੀ ਨਾਲ ਨਿਵਾਜਿਆ ਸੀ, ਉਹਦੀ ਮਿਸਾਲ ਸਾਰੀ ਦੁਨੀਆ 'ਚ ਨਹੀਂ ਮਿਲਦੀ। ਕਾਨੂੰਨ ਦੀ ਇੱਕ ਇੱਕ ਸਤਰ ਲਿਖ ਦਿੱਤੀ ਗਈ ਸੀ। ਉਹ ਕਾਨੂੰਨ ਰਾਸ਼ਟਰਪਤੀ 'ਤੇ ਲਾਗੂ ਹੁੰਦਾ ਹੈ, ਉਹ ਉਹਦੇ ਸਫਾਈ ਸੇਵਕ 'ਤੇ। ਅਦਾਲਤਾਂ ਨਿਰਪੱਖ ਰਹਿਣ, ਇਸ ਲਈ ਇਹਨਾਂ ਨੂੰ ਸਰਕਾਰੀ ਦਖਲ ਤੋਂ ਮੁਕਤ ਰੱਖਿਆ ਗਿਆ। ਪ੍ਰਧਾਨ ਮੰਤਰੀ ਤੱਕ ਤਾਂ ਦਖਲ ਨਹੀਂ ਦੇ ਸਕਦਾ। ਅਜਿਹੀ ਪਵਿੱਤਰ ਸੰਸਥਾ 'ਤੇ ਸ਼ੱਕ ਕਰਨਾ ਚੰਨ 'ਤੇ ਥੁੱਕਣ ਬਰਾਬਰ ਸੀ। ਸੰਮਤੀ ਨੂੰ ਜੇ ਕਾਤਲਾਂ ਨਾਲ ਬਹੁਤੀ ਹਮਦਰਦੀ ਸੀ ਤਾਂ ਸੰਮਤੀ ਦੇ ਖਰਚੇ 'ਤੇ ਦੋਸ਼ੀਆਂ ਲਈ ਕੋਈ ਚੰਗਾ ਵਕੀਲ ਕਰ ਦਿੱਤਾ ਜਾਏ। ਇਹ ਤੋਂ ਵੱਧ ਉਹ ਕਿਸੇ ਤਰ੍ਹਾਂ ਦੀ ਕਾਰਵਾਈ ਲਈ ਤਿਆਰ ਨਹੀਂ ਸਨ। ਕਾਂਗਰਸੀ ਵਰਕਰਾਂ ਨੂੰ ਆਪਣੇ ਨੇਤਾਵਾਂ ਨਾਲ ਗਿਲਾ ਸੀ। ਇਸ ਲੜਾਈ ਦਾ ਅਸਲ ਸਿਹਰਾ ਬਾਬੇ ਅਤੇ ਉਹਦੀਆਂ ਸਮਰਥਕ ਜਥੇਬੰਦੀਆਂ ਨੂੰ ਗਿਆ ਸੀ। ਇਹ ਠੀਕ ਸੀ ਕਿ ਪਾਰਟੀ ਨੇ ਜਲਸੇ ਜਲੂਸਾਂ ਵਿੱਚ ਖੁੱਲ੍ਹ ਕੇ ਹਿੱਸਾ ਨਹੀਂ ਸੀ ਲਿਆ, ਪਰ ਭਾਸ਼ਣ ਤਾਂ ਕਰਾਰੇ ਦਿੱਤੇ ਸਨ। ਇਹ ਵੀ ਠੀਕ ਸੀ ਕਿ ਪਾਰਟੀ ਦੇ ਕਿਸੇ ਵਰਕਰ ਨੇ ਕਦੇ ਕੋਈ ਗ੍ਰਿਫਤਾਰੀ ਨਹੀਂ ਦਿੱਤੀ, ਪਰ ਅਫਸਰਾਂ ਨੂੰ ਮਿਲਣ ਵਾਲੇ ਵਫਦਾਂ ਵਿੱਚ ਤਾਂ ਉਹਨਾਂ ਦੀ ਗਿਣਤੀ ਸਭ ਤੋਂ ਵੱਧ ਹੋਇਆ ਕਰਦੀ ਸੀ। ਜੇ ਉਹ ਸੰਮਤੀ ਨੂੰ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੇ ਤਾਂ ਬਾਬਾ ਉਹਨਾਂ ਦੇ ਸਿਰ 'ਤੇ ਪੈਰ ਰੱਖ ਕੇ ਆਪ ਕੋਠੇ ਜਾ ਚੜ੍ਹੇਗਾ। ਅਗਲੀ ਲੜਾਈ 'ਚ ਉਹਨਾਂ ਨੂੰ ਕੋਈ ਸਿਆਸੀ ਲਾਭ ਹੋਣ ਵਾਲਾ ਨਹੀਂ ਸੀ। ਲੜਾਈ ਅਦਾਲਤ ਤੱਕ ਸੀਮਤ ਰਹਿਣੀ ਸੀ। ਬਹੁਤਾ ਜ਼ੋਰ ਗਵਾਹਾਂ ਨੂੰ ਮੁਕਰਾਉਣ ਜਾਂ ਸਫਾਈ 'ਚ ਭੁਗਤਾਉਣ 'ਤੇ ਲੱਗਣਾ ਸੀ। ਅਜਿਹੇ ਮੁਕੱਦਮਿਆਂ ਦੇ ਫੈਸਲੇ ਕਈ ਵਾਰ 20-20 ਸਾਲ ਨਹੀਂ ਹੋਇਆ ਕਰਦੇ। ਇੰਨੀ ਦੇਰ ਤੱਕ ਕਾਂਗਰਸ ਖੱਬੇ ਪੱਖੀਆਂ ਨਾਲ ਮੋਢਾ ਜੋੜ ਕੇ ਨਹੀਂ ਖੜੋ ਸਕਦੀ। ਪਾਰਟੀ ਨੂੰ ਕੇਂਦਰ ਵੱਲੋਂ ਵੀ ਸੰਕੇਤ ਆਇਆ ਸੀ। ਮੌਜੂਦਾ ਸਰਕਾਰ ਕੇਂਦਰ ਦੇ ਸਹਾਰੇ ਚੱਲਦੀ ਸੀ। ਕੇਂਦਰ ਨੂੰ ਸਰਕਾਰ ਤੋੜਨ ਵਿੱਚ ਕੋਈ ਦਿਲਚਸਪੀ ਨਹੀਂ ਸੀ। ਸਰਕਾਰ ਦਾ ਉਨਾ ਕੋ ਵਿਰੋਧ ਕੀਤਾ ਜਾਏ ਜਿਸ ਨਾਲ ਪਾਰਟੀ ਦਾ ਆਧਾਰ ਬਣਿਆ ਰਹੇ। ਕੇਂਦਰ ਨੇ ਮੁੱਖ ਮੰਤਰੀ ਨੂੰ ਸਾਫ਼ ਸਾਫ਼ ਸ਼ਬਦਾਂ 'ਚ ਆਖ ਦਿੱਤਾ ਸੀ ਕਿ ਉਹਦੀ ਪਾਰਟੀ ਦੇ ਵਰਕਰਾਂ ਦੇ ਕੰਮ ਅਕਾਲੀਆਂ ਨਾਲੋਂ ਪਹਿਲਾਂ ਹੋਣੇ ਚਾਹੀਦੇ ਹਨ। ਮੁੱਖ ਮੰਤਰੀ ਝੱਟ ਮੰਨ ਗਿਆ ਸੀ। ਕਾਂਗਰਸ ਆਪਣੇ ਆਪ ਨੂੰ ਅਨੁਸ਼ਾਸਨ ਪਸੰਦ ਪਾਰਟੀ ਆਖਦੀ ਸੀ। ਕੇਂਦਰ ਦੇ ਹੁਕਮ 'ਤੇ ਉਹਨਾਂ ਝੱਟ ਫੁੱਲ ਚੜ੍ਹਾ ਦਿੱਤੇ। ਭਾਰਤੀ ਜਨਤਾ ਪਾਰਟੀ ਦਾ ਤਾਂ ਸੰਮਤੀ ਨਾਲ ਪਹਿਲਾਂ ਹੀ ਬਹੁਤਾ ਸਹਿਯੋਗ ਨਹੀਂ ਸੀ। ਜਦੋਂ ਲਾਲਾ ਜੀ ਨੇ ਖੁਦ ਹੀ ਪੁਲਿਸ ਅੱਤਿਆਚਾਰ ਦੇ ਖਿਲਾਫ ਹਾ ਦਾ ਨਾਰਾ ਮਾਰਿਆ ਤਾਂ ਪਾਰਟੀ ਦੇ ਕੁਝ ਵਰਕਰ ਸੰਮਤੀ 'ਚ ਦਾਖਲ ਹੋ ਗਏ ਸਨ। ਪਾਰਟੀ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਪਾਲਾ ਅਤੇ ਮਿੱਤਰ ਨਿਰਦੋਸ਼ ਸਨ। ਉਹਨਾਂ ਦਾ ਤਰਕ ਸੀ ਕਿ ਦੋਵੇਂ ਪੇਸ਼ੇਵਰ ਮੁਜਰਮ ਸਨ। ਕਿਸੇ ਵਿਸ਼ੇਸ਼ ਕਾਰਨ ਕਰਕੇ ਜੇ ਉਹ ਕੁਝ ਸਮੇਂ ਲਈ ਜੁਰਮ ਨਹੀਂ ਕਰ ਸਕੇ ਜਾਂ ਪੁਲਿਸ ਦੁਆਰਾ ਫੜੇ ਨਹੀਂ ਗਏ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਦੁੱਧ ਧੋਤੇ ਬਣ ਗਏ। ਜੁਰਮ ਕਰਨ ਦਾ ਦੌਰਾ ਉਹਨਾਂ ਨੂੰ ਕਦੇ ਵੀ ਪੈ ਸਕਦਾ ਹੈ। ਅਜਿਹੇ ਹੱਡ ਹਰਾਮੀਆਂ ਤੋਂ ਮਿਹਨਤ ਦੀ ਆਸ ਨਹੀਂ ਰੱਖਣੀ ਚਾਹੀਦੀ। ਹੋ ਸਕਦਾ ਉਹਨਾਂ ਨੂੰ ਪੁਲਿਸ ਕੋਲ ਪੇਸ਼ ਕੀਤਾ ਗਿਆ ਹੋਵੇ। ਇਹ ਵੀ ਹੋ ਸਕਦਾ ਕਿ ਬਾਬੇ ਅਤੇ ਹੋਰ ਬੰਦਿਆਂ ਨੇ ਉਹਨਾਂ ਨੂੰ ਥਾਣੇ ਬੈਠੇ ਦੇਖਿਆ ਹੋਵੇ। ਹੋ ਸਕਦਾ ਪਹਿਲਾਂ ਪੁਲਿਸ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਹੋਵੇ। ਹੋ ਸਕਦਾ ਪੁੱਛਗਿੱਛ ਹੋਣ 'ਤੇ ਕੋਈ ਸੁਰਾਗ ਮਿਲ ਗਿਆ ਹੋਵੇ। ਪਾਰਟੀ ਆਪਣੀ ਦਲੀਲ ਦੀ ਪੁਸ਼ਟੀ ਲਈ ਇਸੇ ਸ਼ਹਿਰ 'ਚ ਹੋਏ ਖਰੈਤੀ ਲਾਲ ਦੀ ਪਤਨੀ ਦੇ ਕਤਲ ਦੀ ਉਦਾਹਰਣ ਦਿੰਦੀ ਸੀ। ਬਲਵੰਤ 15 ਸਾਲ ਖਰੈਤੀ ਲਾਲ ਦੀ ਦੁਕਾਨ 'ਤੇ ਨੌਕਰ ਰਿਹਾ ਸੀ। ਖਰੈਤੀ ਨੂੰ ਉੱਤੇ ਧੀਆਂ ਪੁੱਤਾਂ ਵਰਗਾ ਭਰੋਸਾ ਸੀ। ਸਾਰਾ ਲੈਣ ਦੇਣ ਉਸੇ ਰਾਹੀਂ ਹੁੰਦਾ ਸੀ। ਦਿਨ 'ਚ 20-20 ਵਾਰ ਉਹ ਘਰ ਚੱਕਰ ਮਾਰਦਾ ਸੀ। ਕਦੇ ਰੁਪਏ ਲੈ ਗਿਆ, ਕਦੇ ਦੇ ਗਿਆ। ਇੱਕ ਦਿਨ 20,000 ਰੁਪਏ ਫੜਾਉਣ ਆਏ ਬਲਵੰਤ ਦੀ ਨੀਅਤ ਫਿੱਟ ਗਈ। ਦਰਵਾਜ਼ੇ 'ਚ ਖੜੋ ਕੇ ਉਹ ਬੰਤੀ ਨੂੰ ਅਲਮਾਰੀ 'ਚ ਪੈਸੇ ਰੱਖਦੀ ਨੂੰ ਤਾੜਦਾ ਰਿਹਾ। ਘੰਟੇ ਕੁ ਬਾਅਦ ਮੂੰਹ ਢੱਕ ਕੇ ਡਾਕੂਆਂ ਵਾਲਾ ਭੇਸ ਬਣਾ ਕੇ ਚੁਬਾਰੇ ਜਾ ਚੜ੍ਹਿਆ। ਡਰਾ ਧਮਕਾ ਕੇ ਪੈਸੇ ਲੈ ਲਏ। ਮਾੜੀ ਕਿਸਮਤ ਬੰਤੀ ਦੀ, ਮੁੜੇ ਜਾਂਦੇ ਬਲਵੰਤ ਦੀ ਉਹਨੇ ਪਿੱਠ ਪਛਾਣ ਲਈ। ਹੈ ਵੇ ਬਲਵੰਤ ਤੂੰ, ਬੰਤੀ ਦੇ ਮੂੰਹ ਨਿਕਲਿਆ ਹੌਕਾ ਉਹਦੀ ਮੌਤ ਦਾ ਬੁਲਾਵਾ ਬਣ ਗਿਆ। ਘਬਰਾਏ ਬਲਵੰਤ ਨੇ ਉਹਦਾ ਗਲਾ ਘੁੱਟ ਦਿੱਤਾ। ਮੱਚ ਕੇ ਮਰੀ ਹੈ, ਇਹ ਭੁਲੇਖਾ ਪਾਉਣ ਲਈ ਉਹਨੂੰ ਅੱਗ ਲਾ ਦਿੱਤੀ। ਅਧੀਆ ਅੰਦਰ ਸੁੱਟ ਕੇ ਸ਼ਾਮ ਨੂੰ ਅਫਸੋਸ ਕਰਨ ਲਈ ਜੁੜੀ ਭੀੜ ਵਿੱਚ ਆ ਬੈਠਾ। ਉੱਚੀ ਉੱਚੀ ਬੰਤੀ ਦੇ ਵੈਣ ਪਾਉਣ ਲੱਗਾ। ਖਰੈਤੀ ਦੇ ਗਲ ਲੱਗ ਲੱਗ ਕੇ ਧਾਹਾਂ ਮਾਰਨ ਲੱਗਾ। ਪੂਰੇ 24 ਘੰਟੇ ਕਿਸੇ ਨੂੰ ਬਲਵੰਤ 'ਤੇ ਸ਼ੱਕ ਨਹੀਂ ਸੀ ਪਿਆ। ਫਿਰ ਪੁਲਿਸ ਨੂੰ ਮੁਖਬਰੀ ਹੋਈ। ਲੋਕਾਂ ਨੂੰ ਉਸ ਸਮੇਂ ਹੀ ਪਤਾ ਲੱਗਾ ਜਦੋਂ ਬਲਵੰਤ ਨੇ ਬਿਜਲੀ ਦੇ ਮੀਟਰ ਹੇਠੋਂ ਰਕਮ ਵੀ ਵਸੂਲ ਕਰਵਾ ਦਿੱਤੀ ਅਤੇ ਖੂਨ ਨਾਲ ਲਿਬੜੇ ਆਪਣੇ ਕੱਪੜੇ ਵੀ। ਜੇ ਕੋਈ ਆਖੇ ਬਲਵੰਤ ਨੂੰ ਉਹਨੇ ਬੰਤੀ ਲਈ ਧਾਹਾਂ ਮਾਰਦੇ ਵੇਖਿਆ ਸੀ ਤਾਂ ਇਹਦਾ ਇਹ ਮਤਲਬ ਤਾਂ ਨਹੀਂ ਕਿ ਉਹ ਬੇਕਸੂਰ ਸੀ। ਸੰਮਤੀ ਦੀ ਹਿਮਾਇਤ ਦੀ ਥਾਂ ਭਾਰਤੀ ਜਨਤਾ ਪਾਰਟੀ ਪਾਲੇ ਅਤੇ ਮੀਤੇ ਨੂੰ ਸਜ਼ਾ ਕਰਾਉਣ 'ਤੇ ਤੁਲ ਗਈ। ਸੰਮਤੀ ਨਾਲੋਂ ਵੱਖ ਹੋਣ ਦਾ ਐਲਾਨ ਉਸ ਭਰੇ ਇਕੱਠ 'ਚ ਕੀਤਾ।
ਪਾਰਟੀ ਦੀ ਦਲੀਲ ਸਪਸ਼ਟ ਸੀ। ਪੁਲਿਸ ਦਾ ਮਨੋਬਲ ਪਹਿਲਾਂ ਹੀ ਡਿੱਗਿਆ ਹੋਇਆ ਸੀ। ਜੇ ਪਾਰਟੀ ਨੇ ਉਹਦਾ ਵਿਰੋਧ ਕੀਤਾ ਤਾਂ ਦਹਿਸ਼ਤਗਰਦੀ ਨੂੰ ਉਤਸ਼ਾਹ ਮਿਲੇਗਾ। ਨਿਆਂਪਾਲਿਕਾ ਵੀ ਡਰੀ ਹੋਈ ਸੀ। ਪਾਰਟੀ ਨੇ ਉਸ ਖਿਲਾਫ਼ ਆਵਾਜ਼ ਬੁਲੰਦ ਕੀਤੀ ਤਾਂ ਉਹਨੇ ਰਹਿੰਦਾ ਖੂੰਹਦਾ ਹੌਸਲਾ ਵੀ ਛੱਡ ਜਾਣਾ। ਪਾਲੇ ਅਤੇ ਮੀਤੇ ਨੂੰ ਸਜ਼ਾ ਹੋਣ 'ਚ ਸਭ ਦਾ ਭਲਾ ਸੀ। ਦੋ ਨਿਰਦੋਸ਼ ਬੰਦਿਆਂ ਨੂੰ ਫਾਹਾ ਲੱਗ ਗਿਆ, ਫਿਰ ਕਿਹੜਾ ਪਹਾੜ ਟੁੱਟ ਪੈਣਾ ਸੀ? ਅੱਗੇ ਵੀ ਹਜ਼ਾਰਾਂ ਨਿਰਦੋਸ਼ ਕਤਲ ਹੋਏ ਸੀ, ਦੋ ਹੋਰ ਹੋ ਗਏ ਤਾਂ ਕਿਹੜਾ ਸੰਸਾਰ ਸੁੰਨਾ ਹੋ ਜਾਣਾ ਸੀ? ਇਹਨਾਂ ਨੂੰ ਸਜ਼ਾ ਹੋਣ ਨਾਲ ਹੋਰਾਂ ਨੂੰ ਕੰਨ ਹੋ ਜਾਣਗੇ। ਪਾਰਟੀ ਦੀ ਨਵੀਂ ਨੀਤੀ ਸਪਸ਼ਟ ਸੀ। ਉਹ ਪਾਲੇ ਅਤੇ ਮੀਤੇ ਨੂੰ ਹੀ ਬੰਟੀ ਦੇ ਕਾਤਲ ਸਮਝਦੀ ਸੀ। ਉਹਨਾਂ ਨੂੰ ਸਜ਼ਾ ਕਰਾਉਣ ਲਈ ਪਾਰਟੀ ਹਰ ਹੀਲਾ ਵਰਤੇਗੀ। ਦੇਖਦੇ ਹੀ ਦੇਖਦੇ ਸਾਰੇ ਬੱਦਲਬਾਈ ਛੱਟ ਗਈ। ਪਿੱਛੇ ਰਹਿ ਗਿਆ ਬਾਬਾ, ਉਹਦੀਆਂ ਸਮਰਥਕ ਕੁਝ ਜਥੇਬੰਦੀਆਂ ਜਾਂ ਸੱਚ ਦਾ ਪੱਲਾ ਫੜੀ ਰੱਖਣ ਵਾਲੇ ਜੀਵਨ ਆੜਤੀਏ ਵਰਗੇ ਕੁਝ ਸਮਾਜ ਸੇਵਕ। ਨਵੀਂ ਗਠਿਤ ਹੋਈ ਸੰਮਤੀ ਦਾ ਨਿਸ਼ਾਨਾ ਵੀ ਸਪਸ਼ਟ ਸੀ। ਲੋਕਾਂ ਨੇ ਸੰਮਤੀ 'ਚ ਵਿਸ਼ਵਾਸ ਪ੍ਰਗਟ ਕੀਤਾ ਸੀ। ਸੰਮਤੀ ਨੇ ਇਸ ਵਿਸ਼ਵਾਸ ਨੂੰ ਬਹਾਲ ਰੱਖਣਾ ਸੀ। ਸੰਮਤੀ ਵੱਲੋਂ ਮੁਕੱਦਮਾ ਲੜਨ ਲਈ ਲੀਗਲ ਸੈੱਲ ਸਥਾਪਿਤ ਕੀਤਾ ਗਿਆ। ਗੁਰਮੀਤ ਨੂੰ ਇਹਦਾ ਮੁਖੀ ਥਾਪਿਆ ਗਿਆ। ਸੈੱਲ ਵਿੱਚ ਹੋਰ ਕਿਹੜੇ ਵਕੀਲ ਸ਼ਾਮਲ ਕਰਨੇ ਸਨ ਇਹਦੀ ਉਹਨੂੰ ਖੁੱਲ੍ਹ ਦਿੱਤੀ ਗਈ। ਗੁਰਮੀਤ ਵੱਲੋਂ ਪਹਿਲਾ ਸੱਦਾ ਪਿਆਰੇ ਲਾਲ ਨੂੰ ਗਿਆ ਸੀ। ਲੋਕ ਲੱਖ ਉਹਨੂੰ ਵਿਹਲੜ ਅਤੇ ਨਿਕੰਮਾ ਸਮਝਦੇ ਰਹਿਣ, ਗੁਰਮੀਤ ਨੂੰ ਉਹ ਗੁਦੜੀ 'ਚ ਛੁਪਿਆ ਲਾਲ ਜਾਪਦਾ ਸੀ। ਉਹਨੂੰ ਆਪਣੀ ਲਿਆਕਤ ਦਿਖਾਉਣ ਦਾ ਮੌਕਾ ਮਿਲਣਾ ਚਾਹੀਦਾ ਸੀ। ਮੋਹਨ ਜੀ ਵੱਲੋਂ ਪੇਸ਼ਕਸ਼ ਆਪੇ ਆਈ ਸੀ। ਮੁੱਢ ਤੋਂ ਹੀ ਉਹ ਮੀਤੇ ਅਤੇ ਪਾਲੇ ਦਾ ਵਕੀਲ ਰਿਹਾ ਸੀ। ਇਹ ਕੇਸ ਉਹ ਬਿਨਾਂ ਫੀਸ ਲਏ ਝਗੜਨ ਨੂੰ ਤਿਆਰ ਸੀ। ਅੰਨਾ ਕੀ ਭਾਲੇ ਦੋ ਅੱਖਾਂ, ਸੈੱਲ ਨੂੰ ਉਹਦੀਆਂ ਸੇਵਾਵਾਂ ਦੀ ਸਖ਼ਤ ਜ਼ਰੂਰਤ ਸੀ। ਇਸ ਕੇਸ ਵਿਚਲੇ ਬਹੁਤੇ ਗਵਾਹ ਪੁਲਿਸ ਟਾਊਟ ਸਨ। ਪੁਲਿਸ ਵੱਲੋਂ ਸੈਂਕੜੇ ਕੇਸਾਂ 'ਚ ਗਵਾਹੀ ਭੁਗਤ ਚੁੱਕੇ ਸਨ। ਉਹਨਾਂ ਨੂੰ ਪੁਲਿਸ ਪੱਖੀ ਸਾਬਤ ਕਰਨ ਲਈ ਸੈੱਲ ਨੂੰ ਉਹਨਾਂ ਸਾਰੇ ਕੇਸਾਂ ਦਾ ਰਿਕਾਰਡ ਚਾਹੀਦਾ ਸੀ। ਮੋਹਨ ਜੀ ਕੋਲ ਇੱਕ ਇੱਕ ਗਵਾਹ ਦੀ ਜਨਮ ਕੁੰਡਲੀ ਮੌਜੂਦ ਸੀ। ਲੀਗਲ ਸੈੱਲ ਦੀ ਇਸ ਟੀਮ ਦੀ ਕਾਮਯਾਬੀ ਦੀ ਕਾਮਨਾ ਕਰਦਿਆਂ ਸੰਮਤੀ ਦੀਆਂ ਬਾਕੀ ਇਕਾਈਆਂ ਨੇ ਵੀ ਆਪਣੇ ਆਪਣੇ ਮੋਰਚੇ ਸੰਭਾਲ ਲਏ। ਸੈੱਲ ਦਾ ਪਹਿਲਾ ਕੰਮ ਦੋਸ਼ੀਆਂ ਦੀ ਜ਼ਮਾਨਤ ਕਰਾਉਣਾ ਮਿੱਥਿਆ ਗਿਆ। ਅੰਗ 10 ਪਾਲੇ ਅਤੇ ਮੀਤੇ ਨੂੰ ਗ੍ਰਿਫਤਾਰ ਹੋਇਆਂ 90 ਦਿਨ ਹੋ ਗਏ ਸਨ। ਹਾਲੇ ਤੱਕ ਪੁਲਿਸ ਉਹਨਾਂ ਦੇ ਖਿਲਾਫ਼ ਚਲਾਨ ਪੇਸ਼ ਨਹੀਂ ਸੀ ਕਰ ਸਕੀ। ਇਸ ਆਧਾਰ 'ਤੇ ਉਹਨਾਂ ਦੀ ਜ਼ਮਾਨਤ ਹੋਣੀ ਸੀ। ਸ਼ਾਇਦ ਜੇਲ੍ਹ 'ਚ ਉਹਨਾਂ ਦਾ ਆਖਰੀ ਦਿਨ ਸੀ। ਪਾਲਾ ਅਤੇ ਮੀਤਾ ਆਪਣਾ ਸਮਾਨ ਸਮੇਟਣ ਅਤੇ ਘਰ ਜਾਣ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਸਨ। ਸਾਥੀ ਕੈਦੀ ਵਧਾਈਆਂ ਦੇ ਰਹੇ ਸਨ। ਕਤਲ ਕੇਸ 'ਚ ਤਾਂ ਸਾਲ ਸਾਲ ਜ਼ਮਾਨਤ ਨਹੀਂ ਹੁੰਦੀ। ਉਹਨਾਂ ਦੇ ਗਲੋਂ 3 ਮਹੀਨਿਆਂ ਬਾਅਦ ਹੀ ਪੰਜਾਲੀ ਲੈ ਚੱਲੀ ਸੀ। ਭਦੌੜੀਏ ਵੈਲੀ ਨੇ ਉਹਨਾਂ ਨੂੰ ਵਧਾਈ ਨਹੀਂ ਸੀ ਦਿੱਤੀ। ਉਹਦਾ ਮਨ ਹੀ ਮੰਨਣ ਨੂੰ ਤਿਆਰ ਨਹੀਂ ਸੀ ਕਿ ਪੁਲਿਸ 90 ਦਿਨਾਂ ਦੇ ਅੰਦਰ ਅੰਦਰ ਚਲਾਨ ਪੇਸ਼ ਨਹੀਂ ਕਰ ਸਕੀ। ਕੋਈ ਮਾੜਾ ਧੀੜਾ ਕੇਸ ਹੁੰਦਾ ਤਾਂ ਮੰਨ ਵੀ ਲੈਂਦਾ। ਇਸ ਕੇਸ ਦੀ ਮਸ਼ਹੂਰੀ ਤਾਂ ਦਿੱਲੀ ਦੱਖਣ ਤੱਕ ਹੋਈ ਹੋਈ ਸੀ। ਕੇਸ ਨੂੰ ਸਿਆਸੀ ਰੰਗ ਚੜ੍ਹ ਚੁੱਕਾ ਸੀ। ਜੇ ਦੋਸ਼ੀਆਂ ਦੀ ਜ਼ਮਾਨਤ ਹੋ ਗਈ ਤਾਂ ਥਾਣੇਦਾਰ ਦੇ ਮੋਢਿਓਂ ਸਟਾਰ ਲੈ ਜਾਣਗੇ। ਪੁਲਿਸ ਮੈਜਿਸਟ੍ਰੇਟ ਨੂੰ ਗੱਠ ਕੇ ਚਲਾਨ ਪਿਛਲੀਆਂ ਤਰੀਕਾਂ 'ਚ ਪੇਸ਼ ਕਰਿਆ ਜਾਏ, ਦਿਖਾਵੇ ਜਾਂ ਕੋਈ ਹੋਰ ਖੂਹ ਪੁੱਟੇ, ਉਹ ਚਲਾਨ ਸਮੇਂ ਸਿਰ ਪੇਸ਼ ਕਰਕੇ ਛੱਡੂ। ਭਦੌੜੀਏ ਦਾ ਤਜਰਬਾ ਇਹੋ ਆਖਦਾ ਸੀ। ਥਾਣਾ, ਕਚਹਿਰੀ ਜਾਂ ਜੇਲ੍ਹ ਭਦੌੜੀਏ ਲਈ ਨਵਾਂ ਨਹੀਂ ਸੀ। ਉਹਦਾ 20 ਸਾਲਾਂ ਤਜਰਬਾ ਸੀ। ਕਮਾਨੀਦਾਰ ਚਾਕੂ ਤੋਂ ਲੈ ਕੇ ਕਤਲ ਕੇਸ ਤੱਕ ਉਸ 'ਤੇ ਪੈ ਚੁੱਕੇ ਸਨ। ਉਹ ਹੁਣ ਵੀ ਕਤਲ ਕੇਸ 'ਚ ਅੰਦਰ ਸੀ। ਉਹਦੇ ਵਾਰਿਸ ਅੱਡੀ ਚੋਟੀ ਦਾ ਜ਼ੋਰ ਲਾ ਚੁੱਕੇ ਸਨ। ਸੁਪਰੀਮ ਕੋਰਟ ਤੱਕ ਜਾ ਰਹੇ ਸਨ। ਜ਼ਮਾਨਤ ਨਹੀਂ ਸੀ ਹੋਈ। ਇਹ ਸਮਝਦੇ ਹਨ ਬਿਨਾਂ ਹਿੰਗ ਫਟਕੜੀ ਲਾਏ ਚੋਖਾ ਰੰਗ ਚੜ੍ਹ ਜਾਏਗਾ। ਭੋਲੇ ਪੰਛੀ ਆਪਣੀ ਤੁਲਨਾ ਧਨੌਲੇ ਵਾਲੇ ਭਿੰਦੇ ਨਾਲ ਕਰ ਰਹੇ ਸੀ। ਉਹਦੀ ਜ਼ਮਾਨਤ ਵੀ ਇਸੇ ਤਰ੍ਹਾਂ ਹੋਈ ਸੀ। ਪਰ ਕਿੱਥੇ ਰਾਜਾ ਭੋਜ, ਕਿੱਥੇ ਗੰਗੂ ਤੇਲੀ? ਉਹ ਸ਼ੇਰੇ ਬਦਮਾਸ਼ ਦੀ ਪਾਰਟੀ ਦਾ ਬੰਦਾ ਸੀ। ਸ਼ੇਰਾ ਆਪਣੇ ਬੰਦਿਆਂ ਲਈ ਪੈਸਾ ਪਾਣੀ ਵਾਂਗ ਵਹਾਉਂਦਾ ਹੈ। ਪਿੰਦਾ ਉਹਦੀ ਸੱਜੀ ਬਾਂਹ ਸੀ। ਸ਼ੇਰੇ ਦਾ ਸਾਰਾ ਜ਼ੋਰ ਉਹਦੀ ਰਿਹਾਈ 'ਤੇ ਲੱਗਾ ਸੀ। ਪਿੰਦੇ ਦੀ ਜ਼ਮਾਨਤ ਹੋਣ ਦਾ ਇੱਕ ਕਾਰਨ ਹੋਰ ਵੀ ਸੀ। ਜਿਸ ਬੁੱਢੇ ਦਾ ਉਹਨੇ ਕਤਲ ਕੀਤਾ ਸੀ ਉਹ ਲਾਵਾਰਸ ਸੀ। ਬੁੱਢੇ ਦੇ ਨਾਮ ਬਹੁਤੀ ਜ਼ਮੀਨ ਜਾਇਦਾਦ ਵੀ ਨਹੀਂ ਸੀ। 4 ਵਿਘੇ ਦਾ ਇੱਕ ਟੱਕ ਸੀ ਅਤੇ 1.5 ਦਾ ਇੱਕ। ਸ਼ਰੀਕਾਂ ਨੂੰ ਪਤਾ ਸੀ ਉਨੀ ਦੀ ਜ਼ਮੀਨ ਹੱਥ ਨਹੀਂ ਆਉਣੀ ਜਿੰਨੇ ਉੱਤੇ ਲੱਗ ਜਾਣਗੇ। ਬਦਮਾਸ਼ਾਂ ਨਾਲ ਦੁਸ਼ਮਣੀ ਵਾਧੂ ਵਿੱਚ ਲੋਕ ਇਲਾਜ ਰੱਖਣ ਲਈ ਉਹਨਾਂ ਪਰਚਾ ਤਾਂ ਦਰਜ ਕਰਾ ਦਿੱਤਾ ਸੀ, ਪਰ ਪੈਰਵਾਈ ਲਈ ਇੱਕ ਦਿਨ ਵੀ ਥਾਣੇ ਨਾ ਗਏ। ਪੈਰਵਾਈ ਬਿਨਾਂ 323 ਦਾ ਮੁਕੱਦਮਾ ਵੀ ਸਿਰੇ ਨਹੀਂ ਚੜ੍ਹਦਾ। ਇਹ ਤਾਂ ਕਤਲ ਕੇਸ ਸੀ। ਪੁਲਿਸ ਪਹਿਲਾਂ ਹੀ ਭਿੰਦੇ ਵੱਲ ਡੱਕਾ ਸੁੱਟਦੀ ਸੀ। ਬੱਸ ਚੱਲਦਾ ਤਾਂ ਗ੍ਰਿਫਤਾਰੀ ਬਿਨਾਂ ਹੀ ਸਾਰ ਦਿੰਦੀ, ਪਰ ਅਫਸਰਾਂ ਤੋਂ ਡਰਦੀ ਪੁਲਿਸ ਨੂੰ ਜ਼ਾਬਤਾ ਪੂਰਾ ਕਰਨਾ ਪਿਆ। ਕਿਉਂ, ਵਕੀਲਾਂ ਦਾ ਘਰ ਭਰ ਦਿਓ, ਵਕੀਲ ਵਾਲੀ ਫੀਸ ਮੈਨੂੰ ਦੇ ਦਿਓ, ਜ਼ਮਾਨਤ ਤਾਂ ਹੋਏਗੀ ਹੀ, ਪਰਚਾ ਵੀ ਖਾਰਜ ਹੋ ਜੂ। ਗ੍ਰਿਫਤਾਰੀ ਸਮੇਂ ਥਾਣੇਦਾਰ ਨੇ ਉਹਨਾਂ ਨੂੰ ਸਿੱਧੇ ਰਾਹ ਪਾ ਦਿੱਤਾ ਸੀ।
ਸ਼ੇਰੇ ਨੇ ਥਾਣੇਦਾਰ ਦੇ ਬੋਲਾਂ 'ਤੇ ਫੁੱਲ ਚੜ੍ਹਾਏ। ਥਾਣੇਦਾਰ ਨੇ ਵਾਅਦਾ ਨਿਭਾਇਆ ਤਾਂ 90 ਦਿਨ ਲੰਘੇ ਤਾਂ ਜ਼ਮਾਨਤ ਹੋਈ। ਇਹਨਾਂ ਮੂਰਖਾਂ ਨੂੰ ਕੋਈ ਪੁੱਛੇ ਵੀ ਤੁਸੀਂ ਕਿਸ ਭੜੂਏ ਨੂੰ ਬੰਨਿਆ? ਐਵੇਂ ਹਵਾ 'ਚ ਡਾਂਗਾ ਮਾਰਦੇ ਨੇ, ਧੱਕੇ ਧੁੱਕੇ ਖਾ ਕੇ ਸ਼ਾਮ ਨੂੰ ਆਪੇ ਖੁੱਡੇ 'ਚ ਮੁੜ ਆਉਣਗੇ। ਵਧਾਈ ਦਿੱਤੀ ਐਵੇਂ ਜਾਏਗੀ, ਸੋਚਦਾ ਭਦੌੜੀਆ ਦੜ ਵੱਟ ਗਿਆ। ਭਦੌੜੀਏ ਦੀ ਬੇਰੁਖੀ ਪਾਲੇ ਅਤੇ ਮੀਤੇ ਦੇ ਚਿੱਤ ਚੇਤੇ ਵੀ ਨਹੀਂ ਸੀ। ਇੱਕ ਘਾਟ ਜ਼ਰੂਰ ਉਹਨਾਂ ਨੂੰ ਰੜਕ ਰਹੀ ਸੀ। ਰਿਹਾਈ ਦੀ ਖਬਰ ਸੁਣਦਿਆਂ ਹੀ ਕੁਝ ਮਿੱਤਰ ਉਹਨਾਂ ਦੁਆਲੇ ਮੰਡਰਾਉਣ ਲੱਗੇ ਸੀ। ਜੇਲ੍ਹ ਦੀ ਰੀਤ ਅਨੁਸਾਰ ਪਾਲੇ ਅਤੇ ਮੀਤੇ ਨੇ ਆਪਣਾ ਵਾਧੂ ਘਾਟੂ ਸਮਾਨ ਉਹਨਾਂ ਦੇ ਹਵਾਲੇ ਕਰਨਾ ਸੀ। ਭਾਵੇਂ ਉਹਨਾਂ ਦੀ ਪ੍ਰਸ਼ੰਸਕਾਂ ਦੀ ਗਿਣਤੀ ਬਹੁਤੀ ਨਹੀਂ ਸੀ, ਪਰ ਉਹਨਾਂ ਕੋਲ ਦੇਣ ਲਈ ਕੱਖ ਵੀ ਨਹੀਂ ਸੀ। ਜੇ ਉਹਨਾਂ ਵਿੱਚੋਂ ਵੀ ਕੋਈ ਭਦੌੜੀਆ ਵੈਲੀ ਸੇਠ ਹਜ਼ਾਰੀ ਲਾਲ ਜਾਂ ਭਿੰਦਾ ਬਦਮਾਸ਼ ਹੁੰਦਾ ਤਾਂ ਉਹਨਾਂ ਕੋਲ ਵੀ ਵੰਡਣ ਲਈ ਢੇਰ ਸਾਰਾ ਸਮਾਨ ਹੁੰਦਾ। ਇਹਨਾਂ ਦਾ ਕੋਈ ਨਾ ਕੋਈ ਰਿਸ਼ਤੇਦਾਰ ਮੁਲਾਕਾਤ ਲਈ ਆਇਆ ਹੀ ਰਹਿੰਦਾ ਸੀ। ਆਇਆ ਰਿਸ਼ਤੇਦਾਰ ਢੇਰ ਸਾਰਾ ਸਮਾਨ ਵੀ ਲਿਆਉਂਦਾ ਸੀ। ਕੁਝ ਚੀਜ਼ਾਂ ਖਾ ਪੀ ਲੈਂਦੇ, ਕੁਝ ਬਚ ਰਹਿੰਦੀਆਂ। ਤੇਲ, ਸਾਬਣ, ਘਿਓ, ਅਚਾਰ, ਬਿਸਕਿਟ ਜਾਂ ਬੀੜੀ ਸਿਗਰਟ ਵੀ ਭਲਾ ਨਾਲ ਲੈ ਕੇ ਜਾਣ ਵਾਲੀ ਚੀਜ਼ ਹੈ? ਕੋਈ ਬਾਹਰ ਲੈ ਕੇ ਜਾਣ ਦੀ ਕੋਸ਼ਿਸ਼ ਵੀ ਕਰੇ ਤਾਂ ਵੀ ਜੇਲ੍ਹ ਅਧਿਕਾਰੀ ਇਲਾਂ ਵਾਂਗ ਝਪਟ ਪੈਣਗੇ। ਇਹ ਚੀਜ਼ਾਂ ਬਖਸ਼ਿਸ਼ ਦੇ ਬਹਾਨੇ ਧੱਕੇ ਨਾਲ ਹੀ ਜ਼ਬਤ ਕਰ ਲੈਣਗੇ। ਜੇਲ੍ਹ ਅਧਿਕਾਰੀਆਂ ਦੀ ਥਾਂ ਫਿਰ ਕਿਉਂ ਨਾ ਮਿੱਤਰਾਂ ਨੂੰ ਹੀ ਖੁਸ਼ ਕੀਤਾ ਜਾਏ? ਭਿੰਦਾ ਤਾਂ ਆਪਣੇ ਚਾਪਲੂਸਾਂ ਨੂੰ ਪੀਪੇ, ਪਰਨੇ, ਰਜਾਈ, ਕੰਬਲ ਵੀ ਦੇ ਗਿਆ ਸੀ। ਪਾਲਾ ਅਤੇ ਮੀਤਾ ਖੁਦ ਬਖਸ਼ਿਸ਼ ਦੇ ਦਿਨ ਕੱਟਦੇ ਸੀ, ਉਹਨਾਂ ਨੂੰ ਤਾਂ ਕਦੇ ਬਾਹਰੋਂ ਬਹੁਤਾ ਸਮਾਨ ਆਇਆ ਹੀ ਨਹੀਂ ਸੀ। 15 ਦਿਨਾਂ ਬਾਅਦ ਪਾਲੇ ਅਤੇ ਮੀਤੇ ਦੀ ਰੂਹ ਨੁਮਾਈ ਦੀ ਪੇਸ਼ੀ ਪੈਂਦੀ ਸੀ। ਪੇਸ਼ੀ ਵਾਲੇ ਦਿਨ ਉਹਨਾਂ ਨੂੰ ਅਦਾਲਤ ਵਿੱਚ ਲਿਜਾਇਆ ਜਾਂਦਾ ਸੀ। ਹਵਾਲਾਤੀਆਂ ਨਾਲ ਭਰੀ ਬੱਸ ਸਵੇਰੇ 10 ਵਜੇ ਕਚਹਿਰੀ ਪੁੱਜ ਜਾਂਦੀ ਸੀ। ਪੇਸ਼ੀ ਬਾਅਦ ਦੁਪਹਿਰ ਨੂੰ ਪੈਂਦੀ ਸੀ। ਛੋਟੇ ਮੋਟੇ ਜੁਰਮਾਂ ਵਾਲਿਆਂ ਨੂੰ ਦਰਖਤ ਹੇਠ ਬਿਠਾ ਦਿੱਤਾ ਜਾਂਦਾ, ਉਹਨਾਂ ਨੂੰ ਕਚਹਿਰੀ 'ਚ ਬਣੇ ਹਵਾਲਾਤ 'ਚ ਬੰਦ ਕੀਤਾ ਜਾਂਦਾ। ਹਵਾਲਾਤੀ ਕਿਸੇ ਤਰ੍ਹਾਂ ਦਾ ਵੀ ਹੁੰਦਾ, ਮੁਲਾਕਾਤੀ ਨੂੰ ਪਰੇਸ਼ਾਨੀ ਨਹੀਂ ਸੀ ਹੁੰਦੀ। ਸਿਪਾਹੀਆਂ ਨੂੰ ਚਾਹ ਦਾ ਕੱਪ ਪਿਆ ਕੇ ਜਾਂ 4 ਕੇਲੇ ਖਵਾ ਕੇ ਹੀ ਸਰ ਜਾਂਦਾ ਸੀ। ਪਾਲੇ ਦੇ ਘਰ ਦੇ ਉਹਨੂੰ ਕਚਹਿਰੀ ਮਿਲਦੇ ਸੀ। ਇੱਕ ਪਾਸੇ ਮਾਪੇ ਗਰੀਬ, ਦੂਜੇ ਪਾਸੇ ਮਿਲਣ ਵਾਲੇ ਸਮਾਨ ਦੇ ਹਿੱਸੇ ਪਾਉਣ ਵਾਲੇ ਦੋ। ਘਰੋਂ ਆਇਆ ਸਮਾਨ 2 ਦਿਨਾਂ 'ਚ ਮੁੱਕ ਜਾਂਦਾ, ਬਾਕੀ ਦੇ ਦਿਨ ਫਾਕਿਆਂ ਦੇ ਹੁੰਦੇ। ਜਿਹੋ ਜੇ ਉਹੋ ਜਿਹੇ ਉਹਨਾਂ ਦੇ ਝੋਲੀ ਚੁੱਕ, ਦੇਬੂ ਭਈਏ, ਬਹਾਦਰ ਪਹਾੜੀਏ ਜਾਂ ਸੋਨੂੰ ਸੁਨਿਆਰ ਨੂੰ ਉਹਨਾਂ ਤੋਂ ਬਹੁਤੀਆਂ ਆਸਾਂ ਨਹੀਂ ਸੀ, ਪਰ ਉਹਨਾਂ ਨੂੰ ਰੋਸ਼ਨੀ ਦੀ ਕਿਸੇ ਕਿਰਨ ਦੀ ਆਸ ਰੱਖਣਾ ਵੀ ਗੁਨਾਹ ਨਹੀਂ ਸੀ ਲੱਗਦਾ। ਪਾਲਾ ਅਤੇ ਮੀਤਾ ਜੇ ਘਿਓ, ਪਿੰਨੀਆਂ ਜਾਂ ਰਜਾਈ ਕੰਬਲ ਦੇਣ ਜੋਗੇ ਨਹੀਂ ਤਾਂ ਇਹਦਾ ਇਹ ਮਤਲਬ ਹੀ ਨਹੀਂ ਕਿ ਉਹ ਬਿਨਾਂ ਹੱਥ ਝਾੜੇ ਤੁਰ ਜਾਣਗੇ। ਉਹ ਵੀ ਜੇਲ੍ਹ ਦੀ ਰੀਤ ਨਿਭਾਉਣਗੇ ਅਤੇ ਮਿੱਤਰਾਂ ਨੂੰ ਕੋਈ ਨਾ ਕੋਈ ਨਿਸ਼ਾਨੀ ਦੇ ਕੇ ਜਾਣਗੇ। ਉਹਨਾਂ ਦੇ ਦੋਸਤਾਂ ਵਿੱਚ ਦੇਬੂ ਭਈਏ ਦੀ ਹਾਲਤ ਸਭ ਤੋਂ ਭੈੜੀ ਸੀ। ਉਹ 3 ਸਾਲ ਤੋਂ ਜੇਲ੍ਹ 'ਚ ਸੀ। ਉਹਦੇ ਕੱਪੜੇ ਕਦੋਂ ਦੇ ਲੀਰੋ ਲੀਰ ਹੋ ਗਏ ਸੀ ਅਤੇ ਉਹਦੇ ਸਰੀਰ ਦਾ ਸਾਥ ਛੱਡ ਚੁੱਕੇ ਸੀ। ਨੰਗੇਜ਼ ਢੱਕਣ ਲਈ ਉਹਦੇ ਸਰੀਰ 'ਤੇ ਇੱਕ ਕੱਛਾ ਬਾਕੀ ਸੀ। ਉਹ ਵੀ ਕੱਸ ਚੁੱਕਾ ਸੀ, ਕਿਸੇ ਵੀ ਸਮੇਂ ਆਪਣਾ ਫਰਜ਼ ਨਿਭਾਉਣ ਤੋਂ ਨਾ ਕਰ ਸਕਦਾ ਸੀ। ਸ਼ੇਵ ਕਰਿਆਂ 1 ਸਾਲ ਹੋ ਗਿਆ ਸੀ। ਵਾਲਾਂ ਨੂੰ ਤੇਲ ਨਸੀਬ ਨਹੀਂ ਸੀ ਹੋਇਆ। ਉਹਦੇ ਕਾਲੇ ਘੁੰਘਰਾਲੇ ਵਾਲ ਭੂਰੇ ਚਿੱਟੇ ਹੋ ਗਏ ਸੀ। ਰੰਗ ਉਹਦਾ ਪਹਿਲਾਂ ਹੀ ਕਾਲਾ ਸੀ। ਨੰਗੇ ਪਿੰਡੇ 'ਤੇ ਪੈਂਦੀ ਧੁੱਪ ਨੇ ਉਹਨੂੰ ਹੋਰ ਗੂੜਾ ਕਰਤਾ ਸੀ। ਦੇਬੂ ਨੂੰ ਕਦੇ ਰੱਜਵੀਂ ਰੋਟੀ ਨਹੀਂ ਸੀ ਮਿਲੀ। ਉੱਪਰੋਂ ਹੱਡ ਭੰਨਵੀਂ ਮੁਸ਼ਕਤ, ਉਹਦਾ ਗੱਠਵਾਂ ਸਰੀਰ ਹੱਡੀਆਂ ਦਾ ਢਾਂਚਾ ਬਣ ਚੁੱਕਾ ਸੀ। ਭੂਤ ਪ੍ਰੇਤ ਲੱਗਦੇ ਇਸ ਦੇਬੂ ਨੂੰ ਉਹਨਾਂ ਦੇ ਰਹਿਮ ਦੀ ਸਭ ਤੋਂ ਵੱਧ ਜ਼ਰੂਰਤ ਸੀ। ਗ੍ਰਿਫਤਾਰੀ ਸਮੇਂ ਪੁਲਿਸ ਨੇ ਪਾਲੇ ਅਤੇ ਮੀਤੇ ਨੂੰ ਨਵੇਂ ਕੱਪੜੇ ਸਿਲਾ ਕੇ ਦਿੱਤੇ ਸੀ। ਇੱਕ ਇੱਕ ਜੁੱਤੀ ਅਤੇ ਪੱਗ ਵੀ ਲੈ ਕੇ ਦਿੱਤੇ ਸੀ। ਪਾਲੇ ਅਤੇ ਮੀਤੇ ਨੂੰ ਸਾਰੀ ਉਮਰ ਅਜਿਹੇ ਕੱਪੜੇ ਨਸੀਬ ਨਹੀਂ ਸੀ ਹੋਏ। ਜੇਲ੍ਹ ਵੜਦੇ ਹੀ ਉਹਨਾਂ ਇਹ ਸੰਭਾਲ ਕੇ ਰੱਖ ਲਏ ਸੀ, ਇੱਕ ਵਾਰ ਵੀ ਨਹੀਂ ਸੀ ਪਾਏ। ਅੱਜ ਖੁਸ਼ੀ ਦਾ ਮੌਕਾ ਸੀ, ਉਹਨਾਂ ਇਹੋ ਕੱਪੜੇ ਪਹਿਨੇ ਸੀ। ਪੁਰਾਣੇ ਕੱਪੜੇ ਉਹ ਦੇਬੂ ਨੂੰ ਦੇਣਗੇ। ਮੀਤੇ ਨੇ ਆਪਣੀ ਪੁਰਾਣੀ ਪੈਂਟ ਦੇਬੂ ਦੇ ਹਵਾਲੇ ਕਰਤੀ, ਨਾਲ ਹਵਾਈ ਚੱਪਲਾਂ ਦਾ ਜੋੜਾ ਵੀ। ਪਾਲੇ ਨੇ ਸਾਬਣ ਦੀ ਅੱਧੀ ਟਿੱਕੀ, ਤੇਲ ਵਾਲੀ ਸ਼ੀਸ਼ੀ ਉਹਦੇ ਹਵਾਲੇ ਕੀਤੀ। ਯਾਰਾਂ ਦੇ ਰਿਹਾ ਹੋਣ ਦੀ ਖੁਸ਼ੀ 'ਚ ਉਹ ਵੀ ਮਾਲਸ਼ਾਂ ਕਰੇ, ਮਲ ਮਲ ਨਹਾਏ ਅਤੇ ਬੋਧਿਆਂ ਨੂੰ ਤੇਲ ਨਾਲ ਲਿਸ਼ਕਾਏ। ਬਹਾਦਰ 2 ਸਾਲ ਤੋਂ ਅੰਦਰ ਸੀ। ਉਹ ਨੇਪਾਲੀ ਪਹਾੜੀਆ ਸੀ। ਸਾਰੀ ਉਮਰ ਉਹਨੇ ਅਫਸਰਾਂ ਦੇ ਘਰਾਂ 'ਚ ਨੌਕਰੀ ਕੀਤੀ ਸੀ। ਬਣ ਸੰਵਰ ਕੇ ਰਹਿਣ ਦਾ ਸ਼ੌਕੀਨ ਸੀ ਅਤੇ ਜਦੋਂ ਜੇਲ੍ਹ ਆਇਆ ਸੀ ਤਾਂ ਰੰਗ ਗੋਰਾ, ਨਿੱਛੋ, ਸਰੀਰ ਗੱਠਵਾਂ ਸੀ। ਹੁਣ ਉਹਦੀ ਅਤੇ ਦੇਬੂ ਦੀ ਹਾਲਤ 'ਚ 19-21 ਦਾ ਫਰਕ ਸੀ। ਜਦੋਂ ਜੇਲ੍ਹ ਸੁਭਡਣ ਦਾ ਨੌਕਰ ਛੁੱਟੀ ਗਿਆ ਹੁੰਦਾ ਤਾਂ ਉਹਨੂੰ ਉਹਦੀ ਕੋਠੀ ਜਾਣ ਦਾ ਮੌਕਾ ਮਿਲਦਾ। ਇਸ ਸੁਨਹਿਰੀ ਮੌਕੇ ਦਾ ਉਹ ਭਰਪੂਰ ਫਾਇਦਾ ਉਠਾਉਂਦਾ। ਸ਼ੈਂਪੂ ਨਾਲ ਨਹਾਉਂਦਾ, ਨਾਰੀਅਲ ਦੇ ਤੇਲ ਝੱਸਦਾ, ਰੱਜ ਕੇ ਖਾਂਦਾ, ਕਈ ਕਈ ਦਿਨ ਬਾਬੂ ਬਣਿਆ ਰਹਿੰਦਾ। ਪਾਲੇ ਨੂੰ ਮਹਿਸੂਸ ਹੋਇਆ ਜਿਵੇਂ ਇਸ ਸ਼ੌਕੀਨ ਪੁੱਤ ਨੂੰ ਕੰਘੇ ਸ਼ੀਸ਼ੇ ਦੀ ਸਭ ਤੋਂ ਵੱਧ ਜ਼ਰੂਰਤ ਸੀ। ਉਹਨੇ ਆਪਣਾ ਛੋਟਾ ਕੰਘਾ ਅਤੇ ਜੇਬੀ ਸ਼ੀਸ਼ਾ ਉਹਨੂੰ ਸੰਭਾਲ ਦਿੱਤਾ। ਸੋਨੂੰ ਨੂੰ ਜੇਲ੍ਹ ਆਇਆ 4 ਮਹੀਨੇ ਹੋਏ ਸਨ। ਅਲੂਆਂ ਜਿਹਾ ਇਹ ਮੁੰਡਾ ਕੁੜੀਆਂ ਵਰਗਾ ਸੀ। ਉਸ ਨਾਲ ਛੇੜਛਾੜ ਕਰਨਾ ਅਤੇ ਉਹਨੂੰ ਚੁੰਮਣਾ ਚੱਟਣਾ ਹਰ ਕੋਈ ਆਪਣਾ ਹੱਕ ਸਮਝਦਾ ਸੀ।
ਕੈਦੀ ਬਿਨ ਮੰਗਿਆਂ ਹੀ ਉਸ ਅੱਗੇ ਚੀਜ਼ਾਂ ਦਾ ਢੇਰ ਲਾ ਦਿੰਦੇ ਸੀ। ਖਾਣ ਪੀਣ ਜਾਂ ਪਹਿਨਣ ਪਚਰਨ ਦੀ ਉਹਨੂੰ ਕੋਈ ਘਾਟ ਨਹੀਂ ਸੀ। ਉਹਨੂੰ ਇੱਕ ਵਾਅਦਾ ਚਾਹੀਦਾ ਸੀ, ਦਿਲੋਂ ਕੀਤਾ ਵਾਅਦਾ, ਬਾਈ ਕਿਵੇਂ ਨਾ ਕਿਵੇਂ ਮੈਨੂੰ ਇਸ ਨਰਕ 'ਚੋਂ ਬਾਹਰ ਕੱਢੋ, ਜਿਹੜਾ ਵੀ ਖਰਚ ਹੋਊ ਉਹ ਤੋਂ ਦੁੱਗਣਾ ਮੈਂ ਬਾਹਰ ਆ ਕੇ ਦੇ ਦੂੰ। ਰੋ ਰੋ ਹੰਭ ਚੁੱਕਾ ਸੋਨੂੰ ਮੀਤੇ ਦਾ ਹੱਥ ਫੜ ਕੇ ਬਾਹਰ ਬਾਹਰ ਡੱਡਿਆ ਆਉਣ ਲੱਗਦਾ। ਤੂੰ ਫਿਕਰ ਨਾ ਕਰ, ਬਾਹਰ ਜਾਂਦਾ ਹੀ ਪਹਿਲਾਂ ਮੈਂ ਆਪਣੇ ਵਕੀਲ ਨੂੰ ਆ ਕੇ ਤੇਰੀ ਜ਼ਮਾਨਤ ਦੀ ਦਰਖਾਸਤ ਦਵਾਊਂ। 2-4 ਦਿਨਾਂ ਤੱਕ ਤੂੰ ਵੀ ਬਾਹਰ ਹੋਏਗਾ, ਸੋਨੂੰ ਦਾ ਹੱਥ ਘੁੱਟਦਾ, ਉਹਦੇ ਹੰਝੂ ਪੂੰਝਦਾ ਮੀਤਾ ਉਹਨੂੰ ਵਿਸ਼ਵਾਸ ਦਿਵਾਉਂਦਾ। ਸੋਨੂੰ ਉਹਦੀਆਂ ਗੱਲਾਂ 'ਤੇ ਵਿਸ਼ਵਾਸ ਕਰੇ ਜਾਂਦਾ, ਉਹਨੂੰ ਸਮਝ ਨਾ ਆਉਂਦੀ। ਜੇਲ੍ਹੋਂ ਜਾਂਦਾ ਹਰ ਕੈਦੀ ਉਸ ਨਾਲ ਇਹੋ ਵਾਅਦਾ ਕਰਦਾ ਸੀ। ਸੋਨੂੰ ਵਾਅਦੇ 'ਤੇ ਵਿਸ਼ਵਾਸ ਕਰਦਾ ਸੀ, ਸਾਰਾ ਦਿਨ ਡਿਉੜੀ ਵੱਲ ਤੱਕਦਾ ਸੀ, ਰਿਹਾਈ ਲਈ ਪੈਣ ਵਾਲੀ ਆਵਾਜ਼ ਨੂੰ ਉਡੀਕਦਾ ਸੀ। ਉਹਨੂੰ ਜਾਗਦੇ ਨੂੰ ਹੀ ਸੁਪਨੇ ਆਉਣ ਲੱਗਦੇ। ਕਦੇ ਲੱਗਦਾ ਉਸ ਲਈ ਚੋਟੀ ਦਾ ਵਕੀਲ ਕੀਤਾ ਗਿਆ, ਵਕੀਲ ਉਸ ਲਈ ਧੂੰਆਂ ਧਾਰ ਬਹਿਸ ਕਰ ਰਿਹਾ, ਜੱਜ ਨੇ ਸੋਨੂੰ ਨੂੰ ਬਰੀ ਕਰ ਦਿੱਤਾ, ਦੇਹ ਪੁਰਸ਼ ਬਣਿਆ ਕੈਦੀ ਉਹਨੂੰ ਕਾਲ ਕੋਠੜੀ 'ਚੋਂ ਬਾਹਰ ਲੈ ਕੇ ਜਾ ਰਿਹਾ। ਉਹ ਆਪਣੇ ਜਮਾਤੀਆਂ 'ਚ ਖੇਡ ਰਿਹਾ, ਪੜ੍ਹ ਰਿਹਾ, ਗਲੀਆਂ ਬਾਜ਼ਾਰਾਂ 'ਚ ਘੁੰਮ ਰਿਹਾ, ਗੋਲ ਗੱਪੇ ਖਾ ਰਿਹਾ, ਦੁਪਹਿਰ ਤੱਕ ਘੂਕ ਸੁੱਤਾ ਪਿਆ। ਉਹਨੂੰ ਕੀ ਪਤਾ ਹੁੰਦਾ ਬਾਹਰ ਗਿਆ ਕੈਦੀ ਉਹਨੂੰ ਭੁੱਲ ਗਿਆ, ਵਕੀਲਾਂ ਦੀਆਂ ਫੀਸਾਂ ਜਾਮਨਾਂ ਦੀ ਵਗਾਰਾਂ ਤੋਂ ਡਰ ਗਿਆ, ਉਹਦਾ ਖੁਦ ਦਾ ਹੀ ਖਹਿੜਾ ਮਸਾਂ ਛੁੱਟਾ, ਉਹਨੇ ਕਿਸੇ ਤੋਂ ਕੀ ਲੈਣਾ। ਜਿਉਂ ਜਿਉਂ ਦਿਨ ਲੰਘਦੇ ਜਾਂਦੇ ਤਿਉਂ ਤਿਉਂ ਉਹਨੂੰ ਉਹਦੇ ਸੁਪਨੇ ਖੇਰੂ ਖੇਰੂ ਹੁੰਦੇ ਜਾਂਦੇ। ਇੰਨੇ 'ਚ ਕਿਸੇ ਹੋਰ ਦੀ ਰਿਹਾਈ ਆ ਜਾਂਦੀ, ਪਹਿਲੇ ਕੈਦੀ ਦੀ ਆਸ ਛੱਡ ਕੇ ਉਹ ਨਵੀਂ ਕੈਦੀ 'ਤੇ ਆਸ ਲਾ ਲੈਂਦਾ। ਇਹ ਆਸ ਹੁਣ ਪਾਲੇ 'ਤੇ ਮੀਤੇ 'ਤੇ ਲਾਉਣਾ ਚਾਹੁੰਦਾ ਸੀ, ਜਿਸ ਗਰਮ ਜੋਸ਼ੀ ਨਾਲ ਉਹ ਸੋਨੂੰ ਨੂੰ ਯਕੀਨ ਦਵਾ ਰਹੇ ਸਨ। ਉਸ ਤੋਂ ਦੇਬੂ ਅਤੇ ਬਹਾਦਰ ਦੇ ਮੂੰਹ 'ਚ ਲਾਲਾਂ ਟਪਕ ਪਈਆਂ, ਕਿਉਂ ਨਾ ਇਹੋ ਸਵਾਲ ਉਹ ਵੀ ਪਾ ਦੇਣ। ਪਾਲੇ 'ਤੇ ਮੀਤੇ ਨੂੰ ਤਿੰਨਾਂ ਨਾਲ ਹਮਦਰਦੀ ਸੀ, ਉਹਨਾਂ ਵਾਂਗ ਤਿੰਨਾਂ ਨਾਲ ਧੱਕਾ ਹੋਇਆ ਸੀ। ਉਹਨਾਂ ਲਈ ਪਾਲਾ ਅਤੇ ਮੀਤਾ ਜੋ ਕੁਝ ਵੀ ਕਰ ਸਕੇ ਉਹ ਜ਼ਰੂਰ ਕਰਨਗੇ। ਸੋਨੂੰ, ਦੇਬੂ ਅਤੇ ਬਹਾਦਰ ਨੇ ਪਾਲੇ 'ਤੇ ਮੀਤੇ ਦੀ ਰਿਹਾਈ ਲਈ ਸੁੱਖਾਂ ਸੁੱਖੀਆਂ, ਉਹਨਾਂ ਨੂੰ ਡਿਉੜੀ ਤੱਕ ਵਿਦਾ ਕਰਨ ਆਏ, ਬਾਰ ਬਾਰ ਉਹਨਾਂ ਵਧਾਈ ਦਿੱਤੀ ਅਤੇ ਮੁੜ ਮੁੜ ਵਾਅਦੇ ਯਾਦ ਕਰਾਏ। ਪਰ ਸ਼ਾਮ ਨੂੰ ਉਹ ਮੂੰਹ ਲਟਕਾਈ ਵਾਪਸ ਆ ਗਏ, ਸਾਰੀ ਬੈਰਕ 'ਚ ਸਨਾਟਾ ਛਾ ਗਿਆ। ਦੇਬੂ, ਸੋਨੂੰ ਅਤੇ ਬਹਾਦਰ ਪੀਲੇ ਭੂਖ ਹੋ ਗਏ। ਚਾਚਾ ਭਦੌੜੀਆ ਸੱਚ ਆਖਦਾ ਸੀ, ਕਹਿੰਦੇ ਪੁਲਿਸ ਨੇ ਕੱਲ੍ਹ ਚਲਾਣ ਪੇਸ਼ ਕਰਤਾ। ਸਾਥੀਆਂ ਦੇ ਚਿਹਰਿਆਂ 'ਤੇ ਉੱਕਰੇ ਪ੍ਰਸ਼ਨ ਦਾ ਉੱਤਰ ਮੀਤੇ ਨੇ ਦਿੱਤਾ, ਮਾਰੇ ਗਏ। ਦੇਬੂ ਅਤੇ ਬਹਾਦਰ ਦੇ ਮੂੰਹੋਂ ਇੱਕੋ ਸਮੇਂ ਨਿਕਲਿਆ, ਘਬਰਾਓ ਨਾ, ਬਾਹਰ ਸੰਘਰਸ਼ ਸੰਮਤੀ ਬਣ ਗਈ ਹੈ, ਉਹਨੇ ਸਾਡੇ ਕੇਸ ਲੜਨ ਲਈ 3 ਵਕੀਲਾਂ ਦੀ ਕਮੇਟੀ ਬਣਾਈ ਹੈ। ਵਕੀਲਾਂ ਨੇ ਸਾਨੂੰ ਆਖਿਆ ਸਾਡਾ ਹੀ ਨਹੀਂ, ਉਹਨਾਂ ਸਭਨਾਂ ਦਾ ਕੇਸ ਲੜਨਗੇ ਜਿਨ੍ਹਾਂ ਨਾਲ ਧੱਕਾ ਹੋਇਆ। ਮੈਂ, ਦੇਬੂ, ਸੋਨੂੰ ਅਤੇ ਬਹਾਦਰ ਦਾ ਨਾਂ ਲਿਖਾ ਆਇਆ, ਉਹਨਾਂ ਦੀ ਪੈਰਵਾਈ ਵੀ ਕਰਨਗੇ, ਸਾਰਾ ਖਰਚਾ ਸੰਮਤੀ ਕਰੇਗੀ। ਕਿਸੇ ਹੋਰ ਨੂੰ ਸੰਮਤੀ ਦੀ ਜ਼ਰੂਰਤ ਹੋਵੇ ਤਾਂ ਨਾਮ ਲਿਖਾ ਸਕਦਾ ਹੈ। ਸਾਥੀਆਂ ਦਾ ਦਿਲ ਰੱਖਣ ਅਤੇ ਭਦੌੜੀ ਦੀਆਂ ਟੀਚਰਾਂ ਤੋਂ ਬਚਣ ਲਈ ਪਾਲੇ ਨੇ ਛੋਟਾ ਜਿਹਾ ਲੈਕਚਰ ਝਾੜਿਆ। ਭਦੌੜੀਆ ਟੀਚਰਾਂ ਦੇ ਮੂਡ 'ਚ ਨਹੀਂ ਸੀ, ਉਹ ਤਾਂ ਮੁੰਡਿਆਂ ਦੇ ਭੋਲੇਪਨ 'ਤੇ ਸਭ ਤੋਂ ਵੱਧ ਉਦਾਸ ਸੀ। ਅੰਗ 11 ਐਡੀਸ਼ਨਲ ਸੈਸ਼ਨ। ਜੱਜ ਸਤਿੰਦਰ ਨਾਥ ਸਮੇਂ ਦਾ ਬੜਾ ਪਾਬੰਦ ਸੀ, 10 ਵੱਜਣ ਤੋਂ 5 ਮਿੰਟ ਪਹਿਲਾਂ ਹੀ ਉਹ ਕੁਰਸੀ ਸੰਭਾਲ ਲੈਂਦਾ। ਪਹਿਲਾਂ ਜ਼ਮਾਨਤ ਦੀਆਂ ਦਰਖਾਸਤਾਂ ਦੀ ਸੁਣਵਾਈ ਹੁੰਦੀ, ਇਹ ਸੁਣਵਾਈ ਦੋਸ਼ੀਆਂ ਲਈ ਬੜੀ ਅਹਿਮ ਸੀ। ਇਸੇ ਸੁਣਵਾਈ ਦੌਰਾਨ ਇਹ ਫੈਸਲਾ ਹੁੰਦਾ ਸੀ ਕਿ ਮਹੀਨਿਆਂ ਤੋਂ ਜੇਲ੍ਹ 'ਚ ਸੜ ਰਹੇ ਦੋਸ਼ੀ ਨੇ ਬਾਹਰ ਆਉਣਾ ਹੈ ਜਾਂ ਜੇਲ੍ਹ ਦੀਆਂ ਹੋਰ ਰੋਟੀਆਂ ਖਾਣੀਆਂ। ਦੋਸ਼ੀ ਨੇ ਪੇਸ਼ਗੀ ਜ਼ਮਾਨਤ ਕਰਵਾ ਕੇ ਸੁਰਖਰੂ ਹੋਣਾ ਸੀ ਜਾਂ ਪੁਲਿਸ ਤੋਂ ਹੋਰ ਜਲੀਲ ਹੋਣਾ ਸੀ। ਨਾਥ ਦੀ ਅਦਾਲਤ ਵਿੱਚ ਸੁਣਵਾਈ ਲਈ ਇੱਕੋ ਆਵਾਜ਼ ਪੈਂਦੀ ਸੀ, ਜਿਹੜਾ ਵਕੀਲ ਹਾਜ਼ਰ ਉਹਦੀ ਦਰਖਾਸਤ 'ਤੇ ਫੈਸਲਾ ਵੀ ਝਟਪਟ, ਜਿਹੜਾ ਵਕਤੋਂ ਖੁੰਝ ਗਿਆ ਉਹਦੀ ਸੁਣਵਾਈ ਅਗਲੇ ਮਹੀਨੇ। ਜਿਹਾ ਰਾਜਾ ਤੇਹੀ ਪਰਜਾ। ਨਾਥ ਜੇ 5 ਮਿੰਟ ਪਹਿਲਾਂ ਆਉਂਦਾ ਸੀ ਤਾਂ ਵਕੀਲਾਂ ਨੂੰ 15 ਮਿੰਟ ਪਹਿਲਾਂ ਆਉਣਾ ਪੈਂਦਾ ਸੀ। ਡਰੇ ਸਾਇਲ ਨੂੰ ਸੂਰਜ ਚੜ੍ਹਨ ਤੋਂ ਵੀ ਪਹਿਲਾਂ ਅਦਾਲਤ ਅੱਗੇ ਧਰਨਾ ਦੇਣਾ ਪੈਂਦਾ ਸੀ। ਆਮ ਦਿਨਾਂ ਨਾਲੋਂ ਉਲਟ ਨਾਥ ਅੱਜ 1 ਘੰਟਾ ਲੇਟ ਸੀ। ਸੁਣਵਾਈ ਲਈ ਲੱਗੀਆਂ ਦਰਖਾਸਤਾਂ ਵੀ ਢੇਰ ਸਾਰੀਆਂ ਸਨ, ਇੱਕ ਇੱਕ ਕਰਕੇ ਫੌਜਦਾਰੀ ਦੇ ਬਹੁਤੇ ਵਕੀਲ ਕੋਰਟ ਰੂਮ 'ਚ ਪੁੱਜ ਚੁੱਕੇ ਸਨ। ਹੇਠਲੀਆਂ ਅਦਾਲਤਾਂ 'ਚ ਕੰਮ ਸ਼ੁਰੂ ਹੋ ਚੁੱਕਾ ਸੀ, ਵਕੀਲਾਂ ਨੂੰ ਆਵਾਜ਼ਾਂ 'ਤੇ ਆਵਾਜ਼ਾਂ ਪੈ ਰਹੀਆਂ ਸਨ, ਕਈ ਵਕੀਲਾਂ ਨੂੰ ਕਈ ਬੁਲਾਵੇ ਆ ਚੁੱਕੇ ਸਨ। ਇੱਕ ਪਾਸੇ ਮੈਜਿਸਟਰੇਟ ਸਾਇਲਾਂ ਨੂੰ ਝਈਆਂ ਲੈ ਪੈਂਦਾ, ਦੂਜੇ ਪਾਸੇ ਵਕੀਲ ਸੈਸ਼ਨ ਕੋਰਟ ਵਿੱਚੋਂ ਨਿਕਲਣ ਦਾ ਨਾਂ ਨਾ ਲੈਂਦੇ। ਹੇਠਲੀ ਅਦਾਲਤ ਦਾ ਕੀ ਸੀ, ਸੁਣਵਾਈ ਘੰਟਾ ਠਹਿਰ ਕੇ ਵੀ ਸ਼ੁਰੂ ਹੋ ਸਕਦੀ ਸੀ। ਵਕੀਲ ਜੇ ਇੱਕ ਵਾਰ ਸੈਸ਼ਨ ਕੋਰਟ 'ਚੋਂ ਨਿਕਲ ਗਿਆ ਤਾਂ ਪਿੱਛੋਂ ਜੱਜ ਆ ਗਿਆ ਤਾਂ ਉਹਦੇ ਸਾਇਲ ਦਾ ਕੁੰਡਾ ਹੋ ਜਾਣਾ ਸੀ। ਵਕੀਲ ਦੇ ਮੁੜਨ ਤੱਕ ਦਰਖਾਸਤ ਖਾਰਜ ਹੋ ਚੁੱਕੀ ਹੋਣੀ ਸੀ ਅਤੇ ਸਾਇਲ ਕਿਸੇ ਹੋਰ ਵਕੀਲ ਦੇ ਫੱਟੇ 'ਤੇ ਬੈਠ ਚੁੱਕਾ ਹੋਣਾ ਸੀ। ਕੋਈ ਵੀ ਵਕੀਲ ਕਿਸੇ ਕਿਸਮ ਦਾ ਜੋਖਮ ਉਠਾਉਣ ਨੂੰ ਤਿਆਰ ਨਹੀਂ ਸੀ। ਕੜਿੱਕੀ 'ਚ ਫਸਿਆ ਸਾਇਲ ਬਾਹਰ ਹੀ ਖੜੋ ਹੋ ਜਾਂਦਾ, ਜੋ ਹੋਏਗੀ ਦੇਖੀ ਜਾਏਗੀ, ਵਕੀਲ ਬਿਨਾਂ ਉਹ ਵਾਪਸ ਨਹੀਂ ਜਾਏਗਾ, ਸਾਇਲ ਫੈਸਲਾ ਕਰੇਗਾ।
ਕੋਰਟ ਰੂਮ 'ਚ ਵਕੀਲਾਂ ਅਤੇ ਬਾਹਰ ਸਾਇਲਾਂ ਦਾ ਇਕੱਠ ਵੱਜਣ ਲੱਗਾ। ਵਕੀਲਾਂ ਦੇ ਬੈਠਣ ਲਈ ਕੁਰਸੀਆਂ 8 ਸਨ ਅਤੇ ਬੈਠਣ ਵਾਲੇ 20। ਜਿਹੜੇ ਪਹਿਲਾਂ ਆ ਗਏ ਉਹਨਾਂ ਕੁਰਸੀਆਂ ਮੱਲ ਲਈਆਂ। ਪਿੱਛੋਂ ਆਉਣ ਵਾਲਿਆਂ 'ਚ ਕੋਈ ਸਟੈਨੋ ਕੋਲ ਜਾ ਖੜੋਤਾ, ਕੋਈ ਰੀਡਰ ਕੋਲ ਅਤੇ ਕੋਈ ਅਰਦਲੀ ਕੋਲ। ਜਿਹੜੇ ਫੇਰ ਵੀ ਬਚ ਗਏ ਉਹ ਛੋਟੀਆਂ ਛੋਟੀਆਂ ਟੋਲੀਆਂ ਬਣਾ ਕੇ ਜੱਜ ਦੇ ਲੇਟ ਆਉਣ ਦੇ ਕਾਰਨਾਂ ਦਾ ਕਿਆਸ ਲਾਉਣ ਲੱਗੇ। ਗੁਰਮੀਤ ਜਿਸ ਟੋਲੀ 'ਚ ਖੜਾ ਸੀ ਉਹਦੀਆਂ ਗੱਲਾਂ ਦਾ ਵਿਸ਼ਾ ਵੀ ਇਹੋ ਸੀ। ਭੰਡਾਰੀ ਵਕੀਲ ਦਾ ਖਿਆਲ ਸੀ ਕਿ ਰਾਤ ਉਹ ਜ਼ਿਆਦਾ ਪੀ ਗਿਆ ਹੋਣਾ, ਹੁਣ ਬੈਠਾ ਨਸ਼ਾ ਉਤਾਰ ਰਿਹਾ ਹੋਣਾ। ਸਰਦਾਰੀ ਲਾਲ ਦਾ ਖਿਆਲ ਸੀ ਕਿ ਕਿਸੇ ਅਸਾਮੀ ਕੋਲ ਪੈਸੇ ਘੱਟ ਗਏ ਹੋਣਗੇ, ਜਿੰਨਾ ਚਿਰ ਪੈਸੇ ਪੂਰੇ ਨਹੀਂ ਹੁੰਦੇ ਉਹ ਕਚਹਿਰੀ ਨਹੀਂ ਵੜਦਾ। ਗੁਰਮੀਤ ਨੂੰ ਇਹਨਾਂ ਗੱਲਾਂ 'ਚ ਕੋਈ ਦਿਲਚਸਪੀ ਨਹੀਂ ਸੀ, ਉਹਦੀ ਨਜ਼ਰ ਰੀਡਰ 'ਤੇ ਟਿਕੀ ਸੀ। ਰੀਡਰ ਨੂੰ ਮੁਨਸ਼ੀਆਂ ਮੁਸੱਦੀਆਂ ਨੇ ਘੇਰ ਰੱਖਿਆ ਸੀ ਅਤੇ ਕੋਈ ਉਹਨੂੰ 20 ਦਾ ਨੋਟ ਫੜਾ ਰਿਹਾ ਸੀ, ਕੋਈ 100 ਦਾ, ਕਦੇ ਕੋਈ ਸਾਇਲ ਉਹਦਾ ਝੱਗਾ ਖਿੱਚ ਲੈਂਦਾ, ਕਦੇ ਅਰਦਲੀ। ਗੁਰਮੀਤ ਉਸ ਨਾਲ ਇਕਾਂਤ 'ਚ ਗੱਲ ਕਰਨਾ ਚਾਹੁੰਦਾ ਸੀ ਪਰ ਮੌਕਾ ਨਹੀਂ ਸੀ ਮਿਲ ਰਿਹਾ। ਗੁਰਮੀਤ ਨੂੰ ਪਲ ਪਲ ਸਹਾਈ ਸੀ। ਜੱਜ ਕਿਸੇ ਵੀ ਸਮੇਂ ਟਪਕ ਸਕਦਾ ਸੀ। ਜੱਜਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਉਹਦੀ ਰੀਡਰ ਨਾਲ ਗੱਲ ਹੋਣੀ ਚਾਹੀਦੀ ਸੀ। ਪਾਲੇ ਅਤੇ ਮੀਤੇ ਦੀ ਦਰਖਾਸਤ ਮਨਜ਼ੂਰ ਕਰਾਉਣੀ ਜ਼ਰੂਰੀ ਸੀ। ਦੋਸ਼ੀ ਨਾ ਜੱਜ ਤੱਕ ਪਹੁੰਚ ਕਰ ਸਕਦੇ ਸੀ, ਨਾ ਸਰਕਾਰੀ ਵਕੀਲ ਤੱਕ। ਮੁੱਲਾਂ ਦੀ ਦੌੜ ਮਸੀਤ ਤੱਕ ਹੀ ਸੀ। ਰੀਡਰ ਨੇ ਕੱਲ੍ਹ ਮੋਹਨ ਜੀ ਦਾ ਇੱਕ ਅੜਿਆ ਗੱਡਾ ਕੱਢਿਆ ਸੀ। ਮੋਹਨ ਜੀ ਦੇ ਇੱਕ ਸਾਇਲ 'ਤੇ 25 ਬੋਰੇ ਡੋਡਿਆਂ ਦਾ ਕੇਸ ਸੀ। ਸਾਇਲ ਅਮਲੀ ਸੀ। ਅਮਲ ਬਿਨਾਂ ਅਮਲੀ ਜੇਲ੍ਹ 'ਚ ਮਰਨ ਵਾਲਾ ਹੋਇਆ ਪਿਆ ਸੀ। ਇੱਧਰ ਨਾਥ ਸਾਹਿਬ ਆਪਣੇ ਅਸੂਲਾਂ ਦੇ ਅੜੇ ਬੈਠੇ ਸੀ। 20 ਬੋਰਿਆਂ ਤੋਂ ਵੱਧ ਵਾਲੇ ਕੇਸ ਵਿੱਚ ਉਹ ਜ਼ਮਾਨਤ ਨਹੀਂ ਸਨ ਲੈਂਦੇ। ਹਾਈ ਕੋਰਟ ਜਾ ਕੇ ਜ਼ਮਾਨਤ ਕਰਾਉਣ ਦੀ ਅਮਲੀ ਦੀ ਪਰੋਖੋ ਨਹੀਂ ਸੀ। ਡੁੱਬਦੀ ਬੇੜੀ ਨੂੰ ਰੀਡਰ ਨੇ ਬੰਨੇ ਲਾਇਆ ਸੀ। ਕੱਲ੍ਹ ਡੋਡਿਆਂ ਵਾਲੇ 3 ਕੇਸਾਂ 'ਚ ਦੋਸ਼ੀਆਂ ਦੀਆਂ ਜ਼ਮਾਨਤਾਂ ਦੀਆਂ ਦਰਖਾਸਤਾਂ ਦੀ ਸੁਣਵਾਈ ਹੋਣੀ ਸੀ। ਪਹਿਲੇ ਕੋਲੋਂ 20 ਬੋਰੇ ਫੜੇ, ਦੂਜੇ ਕੋਲੋਂ 22, ਤੀਜੇ ਮੋਹਨ ਜੀ ਦਾ ਸਾਇਲ ਸੀ। ਰੀਡਰ ਨੇ ਪਹਿਲਾਂ 20 ਬੋਰਿਆਂ ਵਾਲੀ ਅਰਜ਼ੀ ਪੇਸ਼ ਕੀਤੀ। ਜੱਜ ਨੇ ਝੱਟ ਜ਼ਮਾਨਤ ਮਨਜ਼ੂਰ ਕਰ ਲਈ। ਫਿਰ ਰੀਡਰ ਨੇ 22 ਬੋਰਿਆਂ ਵਾਲੀ ਦਰਖਾਸਤ ਰੱਖ ਦਿੱਤੀ। ਉਹ ਦੋਸ਼ੀ ਦਾ ਵਕੀਲ ਭੰਡਾਰੀ ਸੀ। ਭੰਡਾਰੀ ਲੇਲੜੀਆਂ ਕੱਢਣ ਲੱਗਾ, 20 ਅਤੇ 22 'ਚ ਕੀ ਫਰਕ? ਇੱਕ ਤਾਂ 20 ਅਤੇ 22 ਬੋਰਿਆਂ ਵਿੱਚ ਸੱਚਮੁੱਚ ਬਹੁਤਾ ਫਰਕ ਨਹੀਂ ਸੀ, ਅਤੇ ਦੂਜੇ ਉਸ ਨੂੰ ਭੰਡਾਰੀ ਦੀ ਸ਼ਰਮ ਮਾਰ ਗਈ। ਹਾਲੇ ਕੱਲ੍ਹ ਹੀ ਉਹਦੇ ਫਾਰਮ 'ਤੇ ਇਕੱਠੇ ਹੋਏ ਸੀ। ਪਾਰਟੀ 'ਤੇ ਬਹੁਤਾ ਨਹੀਂ ਤਾਂ ਭੰਡਾਰੀ ਨੇ 2-3 ਹਜ਼ਾਰ ਦਾ ਖਰਚਿਆ ਹੀ ਹੋਏਗਾ। ਕੁਝ ਦੇਰ ਕਿੜਕਿੜ ਕਰਕੇ ਨਾਥ ਨੇ ਉਹ ਦਰਖਾਸਤ ਵੀ ਮਨਜ਼ੂਰ ਕਰ ਲਈ। ਦੂਜੀ ਦਰਖਾਸਤ 'ਤੇ ਮਨਜ਼ੂਰ ਹੁੰਦਿਆਂ ਹੀ ਮੋਹਨ ਜੀ ਸ਼ੇਰ ਬਣ ਗਿਆ। ਨਾਥ ਰੀਡਰ ਦੀ ਹੁਸ਼ਿਆਰੀ ਸਮਝ ਗਿਆ। ਉਹਨੇ ਰੀਡਰ ਨੂੰ ਲਾਲ ਪੀਲੀਆਂ ਅੱਖਾਂ ਤਾਂ ਦਿਖਾਈਆਂ ਪਰ ਦਰਖਾਸਤ ਨਾ ਮਨਜ਼ੂਰ ਕਰ ਸਕਿਆ। ਗੁਰਮੀਤ ਨੂੰ ਅੱਜ ਰੀਡਰ ਦੀ ਇਸੇ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਸੀ, ਪਰ ਰੀਡਰ ਸੀ ਕਿ ਵਿਹਲਾ ਹੀ ਨਹੀਂ ਸੀ ਹੋ ਰਿਹਾ। ਥੋੜ੍ਹੀ ਜਿਹੀ ਸੀੜ ਹੁੰਦਿਆਂ ਹੀ ਗੁਰਮੀਤ ਨੇ ਰੀਡਰ ਨੂੰ ਇਸ਼ਾਰੇ ਨਾਲ ਉਠਾਇਆ ਅਤੇ ਬਾਹਰ ਲੈ ਗਿਆ। ਬਿਨਾਂ ਕੋਈ ਭੂਮਿਕਾ ਬੰਨੇ ਗੁਰਮੀਤ ਨੇ ਆਪਣਾ ਉਦੇਸ਼ ਸਪੱਸ਼ਟ ਕੀਤਾ। ਮੋਹਨ ਜੀ ਵਾਲੇ ਕੇਸ ਵਾਂਗੂ ਪਾਲੇ ਅਤੇ ਮੀਤੇ ਦੀ ਅਰਜ਼ੀ ਅਜਿਹੀ ਥਾਂ ਫਿੱਟ ਕਰੇ ਜਿੱਥੇ ਉਹ ਨਾਮਨਜ਼ੂਰ ਨਾ ਹੋ ਸਕੇ। ਇੱਕ ਇੱਕ ਕਰਕੇ ਗੁਰਮੀਤ ਨੇ ਸੁਣਵਾਈ 'ਚ ਲੱਗੀਆਂ ਸਾਰੀਆਂ ਦਰਖਾਸਤਾਂ ਦਾ ਜਾਇਜ਼ਾ ਲਿਆ। ਬਿੱਲੂ ਨੂੰ 2 ਦਰਖਾਸਤਾਂ ਦਾ ਪਤਾ ਸੀ ਜਿਨ੍ਹਾਂ ਨੂੰ ਨਾਥ ਨੇ ਮਨਜ਼ੂਰ ਕਰਨਾ ਸੀ। ਪਹਿਲੀ ਖੰਨੇ ਵਾਲੇ ਵਪਾਰੀਆਂ ਦੀ ਸੀ। ਉਹਨਾਂ ਦੀ ਕੈਟਲ ਫੀਡ ਦਾ ਸੈਂਪਲ ਭਰਿਆ ਗਿਆ ਸੀ। ਸੈਂਪਲ 'ਚ ਮਿਲਾਵਟ ਪਾਈ ਗਈ ਸੀ। ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ 'ਤੇ ਤੁਲੀ ਸੀ ਅਤੇ ਵਕੀਲ ਰਾਹੀਂ ਉਹਨਾਂ ਦਾ ਨਾਥ ਨਾਲ ਸੌਦਾ ਹੋ ਚੁੱਕਿਆ ਸੀ। ਪਰ ਭਾਈ ਲਾਲਿਆਂ ਦੇ ਕੇਸ ਨਾਲ ਆਪਣੇ ਕੇਸ ਦਾ ਕੀ ਸੰਬੰਧ? ਕਿੱਥੇ ਨਮੂਨਿਆਂ ਦਾ ਕੇਸ, ਕਿੱਥੇ ਕਤਲ ਕੇਸ? ਹੋ ਸਕੇ ਤਾਂ ਇਹਨੂੰ ਕਿਸੇ ਕਤਲ ਕੇਸ ਨਾਲ ਲਿੰਕ ਕਰ। ਲਾਲਿਆਂ ਦੀਆਂ ਜ਼ਮਾਨਤਾਂ ਨਾਲ ਪਾਲੇ ਅਤੇ ਮੀਤੇ ਨੂੰ ਕੋਈ ਫਾਇਦਾ ਨਹੀਂ ਸੀ ਪੁੱਜਣਾ। ਗੁਰਮੀਤ ਦਰਖਾਸਤ ਨੂੰ ਕਿਸੇ ਢੁੱਕਵੀਂ ਥਾਂ ਪਹੁੰਚਾਉਣ ਦੇ ਯਤਨ ਕਰਨ ਲੱਗਾ। ਇੱਕ ਕਤਲ ਕੇਸ ਵੀ ਹੈਗਾ। ਰੀਡਰ ਗੁਰਮੀਤ ਨੂੰ ਦੂਜੀ ਦਰਖਾਸਤ ਦਾ ਵੇਰਵਾ ਸਮਝਾਉਣ ਲੱਗਾ। ਉਸ ਕੇਸ 'ਚ ਦਿਨ ਦਿਹਾੜੇ ਇੱਕ ਬੈਂਕ ਲੁੱਟਿਆ ਗਿਆ ਸੀ। ਬੈਂਕ ਲੁੱਟ ਦੇ ਸਮੇਂ ਦਹਿਸ਼ਤਗਰਦਾਂ ਦੀ ਬੈਂਕ ਮੈਨੇਜਰ ਨਾਲ ਝੜਪ ਹੋ ਗਈ। ਮੈਨੇਜਰ ਥਾਂ ਮਾਰਿਆ ਗਿਆ। ਸੰਤਰੀ ਨੇ ਗੋਲੀ ਚਲਾਈ ਅਤੇ ਇੱਕ ਦਹਿਸ਼ਤਗਰਦ ਦੀ ਲੱਤ ਉੱਡ ਗਈ। ਦਹਿਸ਼ਤਗਰਦ ਨੇ ਬਾਕੀ ਸਾਥੀ ਵੀ ਫੜਵਾ ਦਿੱਤੇ। ਲੁੱਟਿਆ ਕੈਸ਼ ਬਰਾਮਦ ਹੋ ਗਿਆ। ਇਹਨਾਂ ਦਹਿਸ਼ਤਗਰਦਾਂ ਦੇ ਦੂਹਰੇ ਕਤਲ, ਬੈਂਕ ਡਕੈਤੀ, ਨਜਾਇਜ਼ ਅਸਲਾ ਰੱਖਣ ਵਰਗੇ ਸੰਗੀਨ ਜੁਰਮ ਸੀ। ਦਹਿਸ਼ਤਗਰਦਾਂ ਵੱਲੋਂ ਵੀ ਜ਼ਮਾਨਤ ਦੀ ਦਰਖਾਸਤ ਦਿੱਤੀ ਗਈ ਸੀ। ਉਸ ਦਰਖਾਸਤ ਦੀ ਸੁਣਵਾਈ ਵੀ ਅੱਜ ਸੀ। ਗੁਰਮੀਤ ਸਮਝਦਾ ਸੀ ਜੇ ਦਹਿਸ਼ਤਗਰਾਂ ਦੀ ਜ਼ਮਾਨਤ ਹੋ ਗਈ ਤਾਂ ਪਾਲੇ ਅਤੇ ਮੀਤੇ ਦੀ ਜ਼ਮਾਨਤ ਵੀ ਹੋ ਜਾਏਗੀ। ਬਹਿਸ ਤਿਆਰ ਕਰਦੇ ਸਮੇਂ ਉਹਨੇ ਦੋਹਾਂ ਦਾ ਦੇ ਕੇਸਾਂ ਦਾ ਮੁਕਾਬਲਾ ਕਰਕੇ ਦੇਖਿਆ ਸੀ। ਦਹਿਸ਼ਤਗਰਦਾਂ ਉੱਪਰ ਦੂਹਰੇ ਕਤਲ ਦਾ ਦੋਸ਼ ਸੀ, ਜਦਕਿ ਪਾਲੇ ਅਤੇ ਮੀਤੇ ਉੱਪਰ ਇਕੱਲੇ ਬੰਟੀ ਦਾ। ਦਹਿਸ਼ਤਗਰਦਾਂ 'ਚੋਂ ਇੱਕ ਮੌਕੇ 'ਤੇ ਫੜਿਆ ਗਿਆ ਸੀ ਅਤੇ ਬੰਟੀ ਕਤਲ ਕੇਸ 'ਚ ਪੁਲਿਸ ਨੂੰ 1.5 ਮਹੀਨੇ ਤੱਕ ਕਾਤਲਾਂ ਦਾ ਸੁਰਾਗ ਨਹੀਂ ਸੀ ਮਿਲਿਆ। ਦਹਿਸ਼ਤਗਰਦਾਂ ਦਾ ਕੇਸ ਚਸ਼ਮਦੀਦ ਗਵਾਹਾਂ ਦੀ ਗਵਾਹੀ 'ਤੇ ਆਧਾਰਿਤ ਸੀ ਅਤੇ ਪਾਲੇ ਅਤੇ ਮੀਤੇ ਖਿਲਾਫ ਪੁਲਿਸ ਕੋਲ ਇੱਕ ਵੀ ਚਸ਼ਮਦੀਦ ਗਵਾਹ ਨਹੀਂ ਸੀ। ਦਹਿਸ਼ਤਗਰਦਾਂ ਵਿਰੁੱਧ ਗਵਾਹੀ ਦੇਣ ਵਾਲੇ ਗਵਾਹ ਬੈਂਕ ਮੁਲਾਜ਼ਮ ਸਨ ਜਾਂ ਬੈਂਕ 'ਚ ਲੈਣ ਦੇਣ ਕਰਨ ਆਏ ਗਾਹਕ। ਉਹਨਾਂ ਦੀ ਗਵਾਹੀ ਨੂੰ ਸੱਚ ਮੰਨਣਾ ਅਦਾਲਤ ਦਾ ਫਰਜ਼ ਸੀ।
ਇੱਧਰ ਮਾਮਲਾ ਉਲਟ ਸੀ। ਪਾਲੇ ਅਤੇ ਮੀਤੇ ਵਾਲੇ ਕੇਸ ਦੇ 60% ਗਵਾਹ ਪੁਲਿਸ ਡਾਊਟ ਸਨ। ਉਹਨਾਂ ਦੀ ਗਵਾਹੀ 'ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਅਦਾਲਤ ਨੂੰ 100 ਵਾਰ ਸੋਚਣਾ ਪੈਣਾ ਸੀ। ਸਭ ਤੋਂ ਵੱਡਾ ਵਾਅਦਾ ਇਹ ਸੀ ਕਿ ਦਹਿਸ਼ਤਗਰਦਾਂ ਨੇ ਜ਼ਮਾਨਤ ਹੁੰਦਿਆਂ ਹੀ ਫਰਾਰ ਹੋ ਜਾਣਾ ਸੀ। ਪਿੱਛੋਂ ਨਾ ਦਹਿਸ਼ਤਗਰਦ ਲੱਭਣੇ ਸੀ ਅਤੇ ਨਾ ਉਹਨਾਂ ਦੇ ਜ਼ਾਮਨ। ਪਾਲਾ ਅਤੇ ਮੀਤਾ ਨਾ ਪਹਿਲਾਂ ਭੱਜੇ ਸੀ ਨਾ ਉਹਨਾਂ ਫਿਰ ਭੱਜਣਾ ਸੀ। ਉਹਨਾਂ ਦਾ ਜਾਮਨ ਜੀਵਨ ਆੜ੍ਹਤੀ ਅਤੇ ਬਾਬਾ ਗੁਰਦਿੱਤ ਸਿੰਘ ਨੇ ਬਣਨਾ ਸੀ। ਜੇ ਦਹਿਸ਼ਤਗਰਦਾਂ ਦੀ ਜ਼ਮਾਨਤ ਹੋ ਗਈ ਤਾਂ ਪਾਲੇ ਅਤੇ ਮੀਤੇ ਦੀ ਕਿਉਂ ਨਹੀਂ ਹੋਏਗੀ? ਜੱਜ ਨਾਲ ਕੋਈ ਲੈਣ ਦੇਣ ਹੋਇਆ ਹੋਵੇ? ਇਹਦਾ ਮੈਨੂੰ ਪਤਾ ਨਹੀਂ। ਇਹ ਜ਼ਰੂਰ ਪਤਾ ਵੀ ਜ਼ਮਾਨਤ ਹੋ ਜਾਊ। ਸਮੁੱਚੇ ਹਾਲਾਤ ਦਾ ਜਾਇਜ਼ਾ ਲੈ ਕੇ ਰੀਡਰ ਨੇ ਗੁਰਮੀਤ ਨਾਲ ਸਹਿਮਤੀ ਪ੍ਰਗਟਾਈ। ਬਸ ਠੀਕ ਹੈ, ਤੂੰ ਸਾਡੀ ਦਰਖਾਸਤ ਇਹਨਾਂ ਦੇ ਪਿੱਛੇ ਲਾ ਦੇ, ਫਿਰ ਦੇਖੀ ਜਾਊ। ਰੀਡਰ ਨਾਲ ਸੀਟੀ ਮਿਲਾ ਕੇ ਗੁਰਮੀਤ ਸਿੰਘ ਨਿਸਰ ਫੰਡ ਹੋ ਗਿਆ। ਹੁਣ ਜੱਜ ਜਦੋਂ ਮਰਜ਼ੀ ਆਏ ਉਹਨੂੰ ਕੋਈ ਫਰਕ ਨਹੀਂ ਸੀ। ਜੱਜ ਨੇ ਕੁਰਸੀ 'ਤੇ ਬੈਠਦਿਆਂ ਪਹਿਲਾਂ ਆਪਣੇ ਲੇਟ ਹੋਣ ਦੀ ਸਭ ਤੋਂ ਮਾਫ਼ੀ ਮੰਗੀ, ਫਿਰ ਲੇਟ ਕੱਢਣ ਲਈ ਉਹ ਫੁਰਤੀ ਨਾਲ ਅਰਜ਼ੀਆਂ ਨਿਪਟਾਉਣ ਲੱਗਾ। ਰੀਡਰ ਠੀਕ ਆਖਦਾ ਸੀ, ਸਭ ਤੋਂ ਪਹਿਲਾਂ ਖੰਨੇ ਵਾਲਿਆਂ ਦੀ ਪੇਸ਼ਗੀ ਜ਼ਮਾਨਤ ਮਨਜ਼ੂਰ ਕੀਤੀ ਗਈ, ਫਿਰ ਕੁਛ ਹੋਰ ਦੋਸ਼ੀਆਂ ਦੀ ਸਾੜ ਸਤੀ ਕੱਟੀ ਗਈ। ਦਹਿਸ਼ਤਗਰਦਾਂ ਦੀ ਸੁਣਵਾਈ ਤੱਕ ਲਗਭਗ ਸਭ ਕੰਮ ਨਿਪਟ ਚੁੱਕਾ ਸੀ। ਅਦਾਲਤ 'ਚ ਗੁਰਮੀਤ, ਪਿਆਰੇ ਲਾਲ ਅਤੇ ਸਰਕਾਰੀ ਵਕੀਲ ਤੋਂ ਸਿਵਾ ਕੋਈ ਨਹੀਂ ਸੀ। ਦਹਿਸ਼ਤਗਰਦਾਂ ਦੇ ਵਕੀਲ ਨੂੰ ਹਾਜ਼ਰ ਹੋਣ ਲਈ ਕਈ ਆਵਾਜ਼ਾਂ ਪੈ ਚੁੱਕੀਆਂ ਸੀ। ਇੱਕ ਵਾਰ ਅਰਦਲੀ ਵੀ ਉਹਦੇ ਫੱਟੇ 'ਤੇ ਜਾ ਆਇਆ ਸੀ, ਪਰ ਵਕੀਲ ਕਿਧਰੇ ਨਹੀਂ ਸੀ ਲੱਭਾ। ਸਧਾਰਨ ਕੇਸ ਹੁੰਦਾ ਤਾਂ ਦਰਖਾਸਤ ਇਸੇ ਆਧਾਰ 'ਤੇ ਰੱਦ ਹੋ ਗਈ ਹੁੰਦੀ, ਪਰ ਇਹ ਮੁਲਜ਼ਮ ਖਤਰਨਾਕ ਸਨ। ਥੋੜ੍ਹੀ ਜਿਹੀ ਭੜਕਾਟ 'ਤੇ ਭੜਕਾਹਟ 'ਤੇ ਹੀ ਇਹ ਜੱਜ ਦੇ ਗਲ ਪੈ ਸਕਦੇ ਸਨ। ਬਾਹਰਲੇ ਆਪਣੇ ਸਾਥੀਆਂ ਤੋਂ ਧਮਕੀ ਪੱਤਰ ਜਾਰੀ ਕਰਵਾ ਸਕਦੇ ਸੀ, ਲੋੜ ਪੈਣ 'ਤੇ ਕੋਈ ਨੁਕਸਾਨ ਵੀ ਕਰਵਾ ਸਕਦੇ ਸੀ। ਦਹਿਸ਼ਤਗਰਦਾਂ ਦੇ ਵਕੀਲ ਨੂੰ ਬੁਲਾਉਣ ਲਈ ਇੱਕ ਵਾਰ ਫਿਰ ਅਰਦਲੀ ਨੂੰ ਭੇਜਿਆ ਗਿਆ। ਜਿੰਨਾ ਚਿਰ ਤੱਕ ਵਕੀਲ ਨਹੀਂ ਆਉਂਦਾ ਉਨਾ ਚਿਰ ਤੱਕ ਸਰਕਾਰੀ ਵਕੀਲ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ। ਸਰਕਾਰੀ ਵਕੀਲ ਨੇ ਇੱਕ ਵਾਰ ਦਹਿਸ਼ਤਗਰਾਂ ਦੇ ਕੇਸਰੀ ਪੱਗਾਂ ਵਾਲੇ ਮਿੱਤਰਾਂ ਵੱਲ ਤੱਕਿਆ ਅਤੇ ਫਿਰ ਮਿਲਵੀਂ ਜੀ ਜੀਭ ਨਾਲ ਬਹਿਸ ਕਰਨ ਲੱਗਾ। ਤੁਸੀਂ ਆਪੇ ਦੇਖ ਲਓ ਜਨਾਬ, ਮੈਂ ਕੀ ਆਖਣਾ। ਜਦੋਂ ਸਰਕਾਰੀ ਵਕੀਲ ਹੀ ਟਲ ਗਿਆ ਤਾਂ ਜੱਜ ਨੂੰ ਆਪਣੇ ਗੱਲ ਬੁਲਾ ਪਾਉਣ ਦੀ ਕੀ ਲੋੜ ਸੀ? ਸਫਾਈ ਧਿਰ ਦੇ ਵਕੀਲਾਂ ਦੇ ਆਉਣ ਤੋਂ ਪਹਿਲਾਂ ਹੀ ਉਸ ਸਟੈਨੋ ਨੂੰ ਜ਼ਮਾਨਤ ਦੇ ਹੁਕਮ ਡਿਕਟੇਟ ਕਰਾਉਣ ਲੱਗਾ। ਦਹਿਸ਼ਤਗਰਾਂ ਦੀ ਜ਼ਮਾਨਤ ਦਾ ਹੁਕਮ ਸੁਣ ਕੇ ਗੁਰਮੀਤ ਹੋਰਾਂ ਨੂੰ ਕੁਝ ਰਾਹਤ ਮਹਿਸੂਸ ਹੋਈ। ਹੁਣ ਪਾਲੇ ਅਤੇ ਮੀਤੇ ਲਈ ਰਾਹ ਪੱਧਰਾ ਸੀ। ਪਾਲੇ ਅਤੇ ਮੀਤੇ ਦੀ ਦਰਖਾਸਤ 'ਤੇ ਸੁਣਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਭੰਡਾਰੀ ਵਕੀਲ ਅਦਾਲਤ 'ਚ ਆ ਧਮਕਿਆ। ਉਸ ਨਾਲ 4-5 ਵਕੀਲ, ਸੰਘ ਦੇ 8-10 ਵਰਕਰ ਅਤੇ ਕਿਤਾਬਾਂ ਵਾਲੀ ਪੇਟੀ ਸੀ। ਬਹਿਸ ਦੌਰਾਨ ਉਹਨੇ ਸਰਕਾਰੀ ਵਕੀਲ ਦੀ ਮਦਦ ਕਰਨੀ ਸੀ। ਭੰਡਾਰੀ ਦੇ ਅਦਾਲਤ ਵਿੱਚ ਦਾਖਲ ਹੁੰਦਿਆਂ ਹੀ ਬਾਹਰ ਨਾਅਰੇਬਾਜ਼ੀ ਸ਼ੁਰੂ ਹੋ ਗਈ, ਬੰਟੀ ਦੇ ਕਾਤਲਾਂ ਨੂੰ ਫਾਹੇ ਲਓ, ਕਾਤਲਾਂ ਦੇ ਸਮਰਥਕ ਮੁਰਦਾਬਾਦ। ਅਦਾਲਤ ਦੀ ਕਾਰਵਾਈ ਇਕਦਮ ਰੁਕ ਗਈ, ਚਾਰੇ ਪਾਸੇ ਖਾਮੋਸ਼ੀ ਛਾ ਗਈ, ਸਭ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗੇ। ਅਦਾਲਤ ਅੰਦਰ ਖੜ੍ਹੇ ਸੰਘ ਦੇ ਵਰਕਰਾਂ ਵਿੱਚ ਵੀ ਘੁਸਰਮੁਸਰ ਸ਼ੁਰੂ ਹੋ ਗਈ। ਉਹ ਨਾਅਰਾ ਲਾਉਣ ਦੀ ਹਿੰਮਤ ਤਾਂ ਨਾ ਜੁਟਾ ਸਕੇ, ਪਰ ਅਜਿਹੀ ਅਰਥ ਰੱਖਦੀਆਂ ਟਿੱਪਣੀਆਂ ਕਰਨ ਲੱਗੇ। ਗੁਰਮੀਤ ਨੂੰ ਇਸ ਨਾਅਰੇਬਾਜ਼ੀ 'ਤੇ ਸਖ਼ਤ ਇਤਰਾਜ਼ ਸੀ। ਇਹ ਅਦਾਲਤ ਦੇ ਕੰਮ 'ਚ ਦਖਲ ਅੰਦਾਜ਼ੀ ਸੀ। ਸੰਘ ਦਾ ਉਦੇਸ਼ ਸਪੱਸ਼ਟ ਸੀ, ਉਹ ਅਦਾਲਤ 'ਤੇ ਦਬਾਅ ਪਾਉਣਾ ਚਾਹੁੰਦਾ ਸੀ। ਇਹ ਅਦਾਲਤ ਦੀ ਤੋਹੀਨ ਵੀ ਸੀ। ਜੱਜ ਨੂੰ ਅਦਾਲਤ ਦੀ ਮਾਨਹਾਨੀ ਦੇ ਜੁਰਮ 'ਚ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਨਾ ਚਾਹੀਦਾ ਸੀ। ਨਾਥ ਨੂੰ ਵੀ ਇਸ ਨਾਅਰੇਬਾਜ਼ੀ 'ਤੇ ਸਖ਼ਤ ਇਤਰਾਜ਼ ਸੀ। ਉਹਨੇ ਧਮਕੀ ਦਿੱਤੀ, ਜੇ ਦੋਸ਼ੀਆਂ ਨੇ ਮਾਫ਼ੀ ਨਾ ਮੰਗੀ ਤਾਂ ਉਹ ਨੋਟਿਸ ਜਾਰੀ ਕਰੇਗਾ। ਭੰਡਾਰੀ ਨੇ ਤੁਰੰਤ ਮੌਕਾ ਸੰਭਾਲ ਲਿਆ। ਉਹਨੇ ਆਪਣੀ ਗਲਤੀ ਦੀ ਵੀ ਮਾਫ਼ੀ ਮੰਗੀ ਅਤੇ ਵਰਕਰਾਂ ਵੱਲੋਂ ਵੀ। ਇਸ ਮਾਫ਼ੀ ਨਾਲ ਗੁਰਮੀਤ ਦੀ ਤਸੱਲੀ ਨਹੀਂ ਹੋਈ ਸੀ। ਉਹ ਸੰਘ ਦੇ ਵਰਕਰਾਂ ਵਿਰੁੱਧ ਕਾਰਵਾਈ ਕਰਾਉਣਾ ਚਾਹੁੰਦਾ ਸੀ। ਮਾਫ਼ੀ 'ਤੇ ਜੱਜ ਦੀ ਤਸੱਲੀ ਹੋ ਗਈ, ਉਹ ਵਾਧੂ ਦੇ ਝੰਝਟਾਂ 'ਚ ਪੈਣ ਨੂੰ ਤਿਆਰ ਨਹੀਂ ਸੀ। ਗੁਰਮੀਤ ਨੂੰ ਹਦਾਇਤ ਹੋਈ ਉਹ ਆਪਣਾ ਪੱਖ ਪੇਸ਼ ਕਰੇ। ਜੱਜ ਨੇ ਫੈਸਲਾ ਮੈਰਿਟ ਦੇ ਆਧਾਰ 'ਤੇ ਕਰਨਾ ਸੀ, ਸੰਘ ਦੀ ਮਰਜ਼ੀ ਅਨੁਸਾਰ ਨਹੀਂ। ਭੰਡਾਰੀ ਆਪਣੀ ਚਾਲ ਚੱਲ ਚੁੱਕਾ ਸੀ, ਹੁਣ ਕੀ ਫੈਸਲਾ ਹੋਏਗਾ ਕਿਸੇ ਤੋਂ ਲੁਕਾ ਨਹੀਂ ਸੀ। ਗੁਰਮੀਤ ਨੂੰ ਖੁਸ਼ ਕਰਨ ਲਈ ਜੱਜ ਨੇ ਉਹਨੂੰ ਆਪਣਾ ਪੱਖ ਪੇਸ਼ ਕਰਨ ਦਾ ਖੁੱਲ੍ਹਾ ਸਮਾਂ ਦਿੱਤਾ ਸੀ। ਗੁਰਮੀਤ ਤਾੜ ਰਿਹਾ ਸੀ ਕਿ ਜੱਜ ਬਹਿਸ ਚੁੱਕਾ ਦਿਲਚਸਪੀ ਨਹੀਂ ਸੀ ਲੈ ਰਿਹਾ। ਸਮਾਂ ਬਿਤਾਉਣ ਲਈ ਕਦੇ ਉਹ ਕਿਸੇ ਮਿਸਲ ਦੇ ਵਰਕੇ ਪਲਟਣ ਲੱਗਦਾ, ਕਦੇ ਕਿਸੇ ਕਾਗਜ਼ 'ਤੇ ਦਸਖਤ ਕਰਨ ਲੱਗਦਾ। ਜੇ ਕਰਨ ਨੂੰ ਕੁਝ ਵੀ ਨਾ ਹੁੰਦਾ ਤਾਂ ਉਹ ਬਾਸੀਆਂ ਲੈਣ ਲੱਗਦਾ। ਜਦੋਂ ਗੁਰਮੀਤ ਮੱਝ ਅੱਗੇ ਬੀਨ ਵਜਾ ਚੁੱਕਾ ਤਾਂ ਸਾਹਿਬ ਨੇ ਫੈਸਲਾ ਸੁਣਾ ਦਿੱਤਾ, ਸੋਰੀ ਸਰ, ਹਾਈਕੋਰਟ ਜਾ ਕੇ ਕੋਸ਼ਿਸ਼ ਕਰੋ। ਜੱਜ ਦੇ ਕੌੜੇ ਬੋਲ ਗੁਰਮੀਤ ਦੇ ਮੂੰਜੀ ਦੀਆਂ ਛਾਤੀਆਂ 'ਚ ਤੀਰ ਵਾਂਗ ਖੁੱਭ ਗਏ, ਪਰ ਅੱਖਾਂ ਸੂਈਆਂ ਕਰਨ ਤੋਂ ਸਿਵਾ ਉਹ ਕੁਛ ਨਾ ਕਰ ਸਕੇ। ਧੰਨਵਾਦ। ਮਿੱਤਰ ਸੈਨਮੀਤ ਦਾ ਨੋਵਲ ਕਟਹਿਰਾ, ਬਾਰਵਾਂਗ। ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਿੱਚੋਂ ਦਰਖਾਸਤ ਦੇ ਰੱਦ ਹੋਣ ਨੂੰ ਸੰਮਤੀ ਨੇ ਬਹੁਤੀ ਅਹਿਮੀਅਤ ਨਹੀਂ ਸੀ ਦਿੱਤੀ। ਕਤਲ ਕੇਸ ਸੈਸ਼ਨ ਕੋਰਟ ਲਈ ਬਹੁਤ ਅਹਿਮ ਹੁੰਦੇ ਹਨ। ਇਸ ਹੇਠਲੀ ਅਦਾਲਤੋਂ ਕਤਲ ਦੇ ਦੋਸ਼ੀਆਂ ਦੀਆਂ ਜ਼ਮਾਨਤਾਂ ਘੱਟ ਵੱਧ ਹੀ ਮਨਜ਼ੂਰ ਹੁੰਦੀਆਂ ਹਨ। ਸ਼ਹਿਰ ਵਿਚਲੇ ਅਸਾਧਾਰਨ ਹਾਲਾਤ ਕਾਰਨ
ਜੱਜ ਦਾ ਸਹਿਮ ਜਾਣਾ ਤੇ ਦੋਸ਼ੀਆਂ ਦੀ ਜ਼ਮਾਨਤ ਨਾ ਲੈਣਾ ਕੋਈ ਅਣਹੋਣੀ ਗੱਲ ਨਹੀਂ ਸੀ। ਪਰ ਹਾਈ ਕੋਰਟ ਵੱਲੋਂ ਦਰਖਾਸਤ ਦੇ ਰੱਦ ਹੋਣ ਨੂੰ ਸੰਮਤੀ ਨੇ ਗੰਭੀਰਤਾ ਨਾਲ ਲਿਆ ਸੀ। ਆਮ ਕੇਸਾਂ 'ਚ ਅਜਿਹੀ ਦਰਖਾਸਤ ਦਾ ਵਿਰੋਧ ਕਰਨ ਲਈ ਸਹਾਇਕ ਐਡਵੋਕੇਟ ਜਨਰਲ ਪੇਸ਼ ਹੁੰਦਾ ਸੀ। ਕੋਈ ਵਿਸ਼ੇਸ਼ ਕੇਸ ਹੋਵੇ ਤਾਂ ਡਿਪਟੀ ਚਲਾ ਜਾਂਦਾ ਸੀ। ਇਸ ਕੇਸ 'ਚ ਐਡਵੋਕੇਟ ਜਨਰਲ ਖੁਦ ਪੇਸ਼ ਹੋਇਆ ਸੀ। ਉਹਦੇ ਪੇਸ਼ ਹੋਣ ਦਾ ਮਤਲਬ ਸੀ ਕਿ ਮਾਮਲਾ ਗੰਭੀਰ ਸੀ ਅਤੇ ਸਰਕਾਰ ਉਹ ਚਾਹੁੰਦੀ ਸੀ ਜੋ ਉਹ ਬੋਲ ਰਿਹਾ ਸੀ। ਜੱਜਾਂ ਨੇ ਮਨੋਵਿਗਿਆਨਕ ਦਬਾਅ ਪਾਉਣ ਲਈ ਸਰਕਾਰ ਨੇ ਆਪਣੇ ਮੀਡੀਏ ਦੀ ਭਰਪੂਰ ਵਰਤੋਂ ਕੀਤੀ ਸੀ। ਇੱਕ ਦੋ ਨਹੀਂ ਪੂਰੇ ਦਰਜਨ ਪੱਤਰਕਾਰਾਂ ਨੂੰ ਕੈਮਰੇ ਅਤੇ ਟੇਪ ਰਿਕਾਰਡਰ ਦੇ ਕੇ ਕੋਰਟ ਰੂਮ 'ਚ ਭੇਜਿਆ ਗਿਆ ਸੀ। ਉਹਨਾਂ ਦੀ ਅਗਵਾਈ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਕੀਤੀ ਸੀ। ਸਰਕਾਰ ਦੀਆਂ ਚਾਲਾਂ ਸਫਲ ਰਹੀਆਂ ਸਨ। ਹਾਈ ਕੋਰਟ ਨੂੰ ਝੱਟ ਮਸਲੇ ਦੀ ਗੰਭੀਰਤਾ ਦੀ ਸਮਝ ਆ ਗਈ। ਸੁਣਵਾਈ ਕਰ ਰਹੇ ਜੱਜਾਂ ਨੂੰ ਇਨਸਾਫ ਨਾਲੋਂ ਇਸ ਗੱਲ ਦੀ ਚਿੰਤਾ ਲੱਗ ਰਹੀ ਸੀ ਕਿ ਉਹਨਾਂ ਦੇ ਫੈਸਲੇ ਦਾ ਲੋਕਾਂ ਅਤੇ ਸਰਕਾਰ 'ਤੇ ਕੀ ਪ੍ਰਤੀਕਰਮ ਹੋਏਗਾ। ਜੇ ਉਹਨਾਂ ਦਰਖਾਸਤ ਮਨਜ਼ੂਰ ਕਰ ਲਈ ਤਾਂ ਕੱਲ੍ਹ ਨੂੰ ਅਖਬਾਰਾਂ 'ਚ ਛਪਣ ਵਾਲੀਆਂ ਰਿਪੋਰਟਾਂ ਦਾ ਰੁੱਖ ਕਿੱਧਰ ਨੂੰ ਹੋਏਗਾ? ਰਿਪੋਰਟਾਂ ਲੋਕਾਂ ਦੇ ਮੂਡ ਨੂੰ ਪ੍ਰਭਾਵਿਤ ਕਰਨਗੀਆਂ ਅਤੇ ਲੋਕਾਂ ਦਾ ਮੂਡ ਸਰਕਾਰ ਨੂੰ। ਅਗਾਂਹ ਸਰਕਾਰ ਦੇ ਮੂਡ 'ਤੇ ਜੱਜਾਂ ਦਾ ਭਵਿੱਖ ਨਿਰਭਰ ਕਰੇਗਾ। ਸਾਰੀ ਸੋਚ ਵਿਚਾਰ ਤੋਂ ਬਾਅਦ ਜੱਜ ਇਸ ਸਿੱਟੇ 'ਤੇ ਪੁੱਜੇ ਸਨ ਕਿ ਸਰਕਾਰ ਸੰਕਟ ਵਿੱਚ ਸੀ। ਸੰਕਟ ਦੀ ਇਸ ਘੜੀ 'ਚ ਹਾਈ ਕੋਰਟ ਦਾ ਫਰਜ਼ ਸਰਕਾਰ ਨਾਲ ਖੜੋਣ ਦਾ ਬਣਦਾ ਸੀ ਅਤੇ ਹਾਈ ਕੋਰਟ ਸਰਕਾਰ ਨਾਲ ਖੜੋ ਗਈ। ਇਸ ਫੈਸਲੇ ਨੇ ਸਰਕਾਰ ਦੀ ਡਗਮਗਾਉਂਦੀ ਕਿਸ਼ਤੀ ਸੰਭਾਲ ਲਈ। ਜੇ ਦੋਸ਼ੀਆਂ ਦੀ ਜ਼ਮਾਨਤ ਹੋ ਜਾਂਦੀ ਤਾਂ ਉਹ ਗਲੀਆਂ ਬਾਜ਼ਾਰਾਂ 'ਚ ਸ਼ਰੇਆਮ ਘੁੰਮਣ ਲੱਗਦੇ। ਕਾਤਲਾਂ ਨੂੰ ਇੰਝ ਫਿਰਦੇ ਦੇਖ ਲੋਕਾਂ ਦਾ ਗੁੱਸਾ ਭੜਕਦਾ। ਇਹ ਗੁੱਸਾ ਸਰਕਾਰ ਲਈ ਖਤਰਨਾਕ ਸਾਬਤ ਹੁੰਦਾ। ਹੁਣ ਕੇਸ ਦੇ ਅੰਤਿਮ ਫੈਸਲੇ ਤੱਕ ਦੋਸ਼ੀਆਂ ਨੇ ਲੋਕਾਂ ਦੀਆਂ ਅੱਖਾਂ ਤੋਂ ਓਝਲ ਰਹਿਣਾ ਸੀ। ਅਗਾਂਹ ਸਰਕਾਰ ਨੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਕਰਾਉਣ ਦਾ ਯਤਨ ਕਰਨਾ ਸੀ। ਜੇ ਸਜ਼ਾ ਦੇ ਆਸਾਰ ਨਾ ਬਣੇ ਤਾਂ ਫੈਸਲੇ ਨੂੰ ਲਟਕਾ ਦੇਣਾ ਸੀ। ਸਰਕਾਰ ਨੇ ਉਨੀ ਦੇਰ ਫੈਸਲਾ ਨਹੀਂ ਸੀ ਹੋਣ ਦੇਣਾ ਜਿੰਨੀ ਦੇਰ ਲੋਕ ਹੋਰ ਭੱਖਦੇ ਮਸਲਿਆਂ 'ਚ ਨਾ ਉਲਝ ਜਾਣ, ਜਿੰਨੀ ਦੇਰ ਤੱਕ ਬੰਟੀ ਦੇ ਕਤਲ ਦੀ ਯਾਦ ਧੁੰਦਲੀ ਨਾ ਪੈ ਜਾਏ। ਹਾਲ ਦੀ ਘੜੀ ਇਸ ਸੰਕਟ ਨੂੰ ਟਾਲ ਕੇ ਸਰਕਾਰ ਤਾਂ ਸੁੱਖ ਦੀ ਨੀਂਦ ਸੌਂ ਗਈ, ਪਰ ਸੰਮਤੀ ਦੀ ਨੀਂਦ ਹਰਾਮ ਹੋ ਗਈ। ਸਰਕਾਰ ਵੱਲੋਂ ਅਪਣਾਈ ਇਹ ਰਣਨੀਤੀ ਸੰਮਤੀ ਲਈ ਚਿੰਤਾ ਦਾ ਵਿਸ਼ਾ ਸੀ। ਦਰਖਾਸਤ ਦੇ ਰੱਦ ਹੋਣ ਦਾ ਸੈੱਲ ਦੇ ਤਿੰਨ ਵਕੀਲਾਂ 'ਤੇ ਵੱਖ ਵੱਖ ਪ੍ਰਤੀਕਰਮ ਹੋਇਆ ਸੀ। ਮੋਹਨ ਜੀ ਇੱਕ ਪੇਸ਼ੇਵਰ ਵਕੀਲ ਸੀ। ਪੈਰਵਾਈ ਲਈ ਉਸ ਕੋਲ ਬੀਸੀਆਂ ਕੇਸ ਆਉਂਦੇ ਜਾਂਦੇ ਰਹਿੰਦੇ ਸੀ। ਕਿਸੇ ਇੱਕ ਕੇਸ ਦੀ ਜਿੱਤ ਹਾਰ ਦਾ ਨਾ ਉਹਦੇ ਮਨ 'ਤੇ ਅਸਰ ਹੁੰਦਾ ਸੀ ਨਾ ਧੰਦੇ 'ਤੇ, ਪਰ ਕਤਲ ਕੇਸ 'ਚੋਂ ਪਹਿਲੀ ਵਾਰ ਪੇਸ਼ ਹੋ ਰਿਹਾ ਸੀ। ਇਸ ਕੇਸ ਦੀ ਜਿੱਤ ਹਾਰ ਉਹਦੇ ਵੱਕਾਰ ਦਾ ਸਵਾਲ ਸੀ। ਜ਼ਮਾਨਤ ਦੇ ਨਾ ਹੋਣ ਨੂੰ ਉਹ ਅਸਫਲਤਾ ਦੀ ਸ਼ੁਰੂਆਤ ਗਿਣਦਾ ਸੀ, ਇਸ ਲਈ ਘਬਰਾਹਟ ਵਿੱਚ ਸੀ। ਪਿਆਰੇ ਲਾਲ ਨੂੰ ਘਬਰਾਹਟ ਨਾਲੋਂ ਵੱਧ ਮਾਨਸਿਕ ਪੀੜਾ ਸੀ। ਇਹ ਪੀੜਾ ਇਸ ਲਈ ਸੀ ਕਿ ਨਿਆਂਪਾਲਿਕਾ ਦਾ ਜਿਹੜਾ ਸਰੂਪ ਉਹਨੇ ਆਪਣੇ ਜ਼ਹਿਨ 'ਚ ਚਿੱਤਰ ਰੱਖਿਆ ਸੀ, ਇਸ ਫੈਸਲੇ ਨਾਲ ਉਹਦਾ ਹੁਲੀਆ ਵਿਗੜ ਗਿਆ ਸੀ। ਭਾਰਤੀ ਨਿਆਂਪਾਲਿਕਾ ਦੀ ਆਜ਼ਾਦੀ, ਨਿਡਰਤਾ, ਨਿਰਪੱਖਤਾ 'ਤੇ ਉਹਨੂੰ ਸ਼ੱਕ ਹੋਣ ਲੱਗਾ ਸੀ ਕਿ ਇਸੇ ਦਾ ਨਾਂ ਇਨਸਾਫ ਹੈ। ਇਸ ਤਰ੍ਹਾਂ ਦੇ ਸੈਂਕੜੇ ਪ੍ਰਸ਼ਨ ਉਹਦੇ ਜ਼ਹਿਨ 'ਚ ਉੱਠ ਖੜੋਤੇ ਸਨ। ਗੁਰਮੀਤ ਨੂੰ ਨਾ ਘਬਰਾਹਟ ਸੀ ਨਾ ਮਾਨਸਿਕ ਪੀੜਾ। ਉਹਦੀ ਤੀਸਰੀ ਅੱਖ ਨੇ ਪਹਿਲਾਂ ਹੀ ਭਾਂਪ ਲਿਆ ਸੀ ਕਿ ਇਸ ਕੇਸ ਦੀ ਜਿੱਤ ਕੋਈ ਸੁਆਦੀ ਕੇਕ ਨਹੀਂ ਸੀ ਜਿਹੜਾ ਸਰਕਾਰ ਨੇ ਪਲੇਟ 'ਚ ਪਰੋਸ ਕੇ ਉਹਨਾਂ ਅੱਗੇ ਰੱਖ ਦੇਣਾ ਸੀ। ਇਸ ਕੇਸ ਨੂੰ ਜਿੱਤਣ ਲਈ ਸੰਮਤੀ ਨੂੰ ਲੰਮਾ ਸੰਘਰਸ਼ ਕਰਨਾ ਪੈਣਾ ਸੀ। ਗੁਰਮੀਤ ਇਸ ਫੈਸਲੇ ਨੂੰ ਇੱਕ ਵੰਗਾਰ ਦੇ ਰੂਪ 'ਚ ਲੈ ਰਿਹਾ ਸੀ। ਸੰਮਤੀ ਲਈ ਇਹ ਸਬਕ ਸੀ ਸਰਕਾਰ ਦੇ ਇਰਾਦਿਆਂ ਨੂੰ ਪੜ੍ਹਨ ਅਤੇ ਆਪਣੀ ਰਣਨੀਤੀ ਘੜਨ ਦਾ। ਉਹ ਸਾਥੀ ਵਕੀਲਾਂ ਦੇ ਗਿਰੇ ਮਨੋਬਲ ਨੂੰ ਉੱਚਾ ਚੁੱਕਣ ਅਤੇ ਮੁਹਿੰਮ ਨੂੰ ਲਾਮਬੰਦ ਕਰਨ ਦੇ ਉਪਰਾਲੇ ਸੋਚਣ ਲੱਗਾ। ਸੰਮਤੀ ਦੀਆਂ ਸਰਗਰਮੀਆਂ ਤੇਜ਼ ਕੀਤੀਆਂ ਗਈਆਂ। ਅੱਗੋਂ ਤੋਂ ਕੀ ਰਣਨੀਤੀ ਅਪਣਾਈ ਜਾਏ ਇਸ ਵਿਸ਼ੇ ਨੂੰ ਲੈ ਕੇ ਰਾਏ ਮਸ਼ਵਰੇ ਹੋਣ ਲੱਗੇ। ਕਾਨੂੰਨੀ ਦਾਅ ਪੇਚਾਂ ਦਾ ਗਿਆਨ ਲੀਗਲ ਸੈੱਲ ਵਾਲਿਆਂ ਨੂੰ ਸੀ। ਗੁਰਮੀਤ ਅਤੇ ਮੋਹਨ ਜੀ ਦੇ ਨਾਲ ਨਾਲ ਪਿਆਰੇ ਲਾਲ ਦੀ ਰਾਏ ਵੀ ਲਈ ਜਾਣ ਲੱਗੀ। ਪਿਆਰੇ ਲਾਲ ਜਦੋਂ ਵੀ ਕਿਸੇ ਮੀਟਿੰਗ 'ਚ ਜਾਂਦਾ ਤਾਂ ਉਹਦਾ ਧਿਆਨ ਸੁਝਾਅ ਦੇਣ ਵੱਲ ਘੱਟ ਅਤੇ ਆਪਣੀ ਦੁਵਿਧਾ ਹੱਲ ਕਰਨ ਵੱਲ ਵਧੇਰੇ ਹੁੰਦਾ। ਪਿਆਰੇ ਲਾਲ ਦੇ ਪ੍ਰਸ਼ਨ ਬਾਬਾ ਜੀ ਨੂੰ ਪ੍ਰਭਾਵਿਤ ਕਰਦੇ ਅਤੇ ਬਾਬਾ ਜੀ ਦੇ ਤਰਕ ਭਰਪੂਰ ਉੱਤਰ ਪਿਆਰੇ ਲਾਲ ਦੀ ਜਗਿਆਸਾ ਸ਼ਾਂਤ ਕਰਦੇ, ਉਹਦੇ ਜ਼ਖਮਾਂ 'ਤੇ ਮੱਲਮ ਧਰਦੇ। ਕੁਝ ਹੀ ਮੀਟਿੰਗਾਂ ਵਿੱਚ ਬਾਬੇ ਨੇ ਪਿਆਰੇ ਲਾਲ ਨੂੰ ਪਛਾਣ ਲਿਆ। ਉਹ ਇੱਕ ਅਣਘੜਿਆ ਹੀਰਾ ਸੀ। ਥੋੜ੍ਹਾ ਜਿਹਾ ਤਰਾਸ਼ੇ ਜਾਣ 'ਤੇ ਉਹਨੇ ਲੋਕ ਸੰਘਰਸ਼ ਲਈ ਬਹੁਮੁੱਲਾ ਬਣ ਜਾਣਾ ਸੀ। ਉਹ ਪਿਆਰੇ ਲਾਲ ਵੱਲ ਜ਼ਿਆਦਾ ਧਿਆਨ ਦੇਣ ਲੱਗੇ। ਪਿਆਰੇ ਲਾਲ ਵੀ ਸੰਮਤੀ ਦੇ ਹਰ ਕੰਮ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਲੱਗਾ। ਹੌਲੀ ਹੌਲੀ ਉਹਨੂੰ ਵੀ ਸੱਚ ਦੀ ਪਛਾਣ ਹੋਣ ਲੱਗੀ। ਇੱਕ ਗੱਲ ਸਭ ਲਈ ਸਪਸ਼ਟ ਸੀ, ਇਹ ਲੜਾਈ ਇਕੱਲੇ ਲੀਗਲ ਸੈੱਲ ਦੇ ਵੱਸ ਦੀ ਨਹੀਂ ਸੀ। ਸਰਕਾਰ ਦੇ ਹੱਥ ਕੰਡਿਆਂ ਦਾ ਮੁਕਾਬਲਾ ਅਦਾਲਤਾਂ ਦੇ ਨਾਲ ਨਾਲ ਸੜਕਾਂ 'ਤੇ ਵੀ ਕਰਨਾ ਪੈਣਾ ਸੀ।
कौन आखता सी कि लड़ाई कले लीगल सैल ने लड़नी सी। सारी संघर्ष समति सैलां दे नाल सी। सरकार दी हर चाल दा मूँह तोड़वा जवाब दिता जाना सी। समति दा हर कारकुन जान दी बाजी तक लाउण नूं तैयार सी। बाबे दे सैलान ने लीगल सैल च नवीं रूह फूक दिती। सैल दे सुझा ते समति दी विशेष मीटिंग बुलाई गई। हर मैंबर नूं हाजर होण ते ठोस सुझा लैके आउण दा आदेश जारी किया गया। हुक्म दी तामील होई, हाजरी भरवीं रही, मैंबरां च अथाह उत्साह सी। नवीं रणनीति घड़न च सैल ने अहम रोल अदा करना सी। पहला उसे नूं अपने विचार पेश करन दा मौका दिता गया। सैल वाले अपने फर्जा तो सुचेत सन। हर कोई नवें तो नवें सुझावां नाल लैस सी। मोहन जी का विचार सी कि इस मुकदमे नूं जिन्ना हो सके लटकाया जाए। मुकदमे नूं लटकाउण दे बहुत फायदे होने सन। पहला ये कि समा बीतण नाल गवाहां ने खिंड पुण जाना सी। किसी पुलिस वाले ने बदल के रोपड़ चले जाना सी ते किसी ने पटियाले। कदे एक गवाह गवाही देण आ गया, कदे दूजा। ना सारे गवाह कट्ठे होण, ना गवाही होवे, ना केस अगां तुरे। किसी गवाह ने विदेश तुर जाना सी, किसी ने मर जां रिटायर हो जाना सी। कोई पुलिसिया डिसमिस हो गया तां वी दोषियां दीआं पौं बारां हो जाणियां सी। पुलिस की वर्दी उतरदियां ही ताकत का नशा भी उतर जाना सी। कुछ गवाहां की जमीर जागण लगनी सी, किसी की जमीर ना भी जागे विकण जरूर लगनी सी। रिटायर होए गवाह का रेट भी सस्ता हो जाना सी। मोहन जी ने कई बार चाह के कप जां दुपहर के खाने नाल भी काम सारिया सी। नौकरियों वक्ख होए गवाह नूं किसी का डर नहीं रहिंदा। मन मर्जी की बोली बोल सकण लई आजाद होना सी। इस हफड़ा दफड़ी का फायदा उठा के दोषियों ने बरी हो जाना सी। मोहन जी अपने बहुते केस इसे तरह बरी कराउंदा सी। एक बार उस कोल अजिहा केस आया जिस च दोषियों कोलों भुक्की का भरिया ट्रक फड़िया गया सी। दोषी पंज सी, ड्राइवर, कंडक्टर, मजदूर ते मालक। लै दे करके पहला ही खंभ छुड़ा गया सी। सारे पक्ष विचार के मोहन जी ने यह ढंग अपनाया। उन्हें अपने साइलां नूं समझाया, जे सारे गवाह भुगत गए तो तीन तीन साल की कैद होएगी। भला इसे सी कि जे मर्जी नाल महीना महीना कट ली जाए। मुकदमे के गवाह ते माल मुकदमा कदे कदाई इकट्ठे हुंदे हन। भुल भुलेखे कदे इकट्ठे हो भी जांदे हन तां मोहन जी अपनी योजना अनुसार किसी एक दोषी नूं गैर हाजर कर दिंदा। दोषी दे गैर हाजर होण कारण सारी कारवाई रुक जांदी। गवाह बेरंग मुड़ जांदे, भुक्की वालियां बोरियां फट जांदियां, अद्धा माल सड़कां ते बिखर जांदा। दसां पंद्रह दिनों बाद दोषी नूं अदालत च पेश कीता जांदा, नाल पंजां रुपयां वाला मैडिकल सर्टिफिकेट नत्थी कर दिता जाता। जज भला मन सुनता तो दोषी की झिड़क झंब करके नवी जमानत लै लैंदा। कब्बा हुंदा तां हफ्ते 10 दिनों लई जेल भेज दिंदा। चार दोषियों के गैर हाजिर हुंदियां ही केस 8 साल पुराना हो गया। केस की हिस्टरी शीट बन गई, जज की खिचाई होने लगी। फैसला क्यों नहीं हुंदा? पहला मुलजिम होर तारीख लैण लई हाड़े कढ़दे सी, फिर सरकारी वकील कढ़न लगा। कदे गवाह पूरे ना हुंदे, गवाह आ जांदे, ट्रक ना आउंदा, ट्रक आ जांदा, माल मुकदमा ना आउंदा। जज पेशियां पा पा दुखी हो गया। केस वड्डा सी, उन्हूं दोषियों नूं बरी करन तो भी डर लगदा सी। अक थक के उन्हें सैशन जज नाल गल कीती। सैशन जज भी हाई कोर्ट नूं अपने स्पष्टीकरण दे दे के हंभ चुका सी। सैशन जज ने हरी झंडी दे दी, गवाह नहीं आउंदे ना आउण, गवाह पेश करन लई आखिरी मौका दिओ, फिर फैसला कर दिओ। जदों पनाला फिर भी उत्थे दा उत्थे ही रहा तां जज ने दोषियों नूं बाइज्जत बरी कर दिता। प्यारे लाल इस सुझाव नाल सहमत नहीं सी। ये ढंग इस केस च नहीं सी अपनाया जा सकता। इहदा पहला कारण यह सी कि सैशन केस सी। सैशन केसां दे सामना की तमील वल पुलिस विशेष ध्यान दिंदी सी। सैशन कोर्ट विच गवाहां नूं बहुती देर टालना असंभव सी। दूजा, इस केस के दोवें दोषी पहले ही जेल च सी। जिन्ना केस वध लटकेगा उन्नी वध सज़ा उन्हां नूं मुफ्त च कट्टणी पएगी। तीजा, जिस हिसाब नाल अदालतां इस केस की कार्रवाई नूं निपटा रही सन उह तो प्रतक्ष सी कि सरकार इस केस नूं जल्दी तो जल्दी निपटाउणा चाहुंदी सी। मैजिस्ट्रेट ने महीनों में मुकम्मल होने वाली कार्रवाई दिनों च नबेड़ी सी। चलान पेश होने पिछों पेशी लई मिसल मुआइने लई पैणी सी। नकलां देण च रही कमी पेशी अगली तरीक ते पूरी होनी सी। ये सारी कार्रवाई इको दिन च हो गई। तीजे दिन केस सैशन सपुरद हो गया। अगां सैशन ने भी कोई ढिल नहीं सी दिखाई। पहली पेशी चार्ज ला के केस गवाइयां ते पाता सी।
ਗਵਾਹੀਆਂ ਲਈ ਵੀ ਤਾਰੀਖ ਲੰਬੀ ਨਹੀਂ ਸੀ ਪਈ। ਸਰਕਾਰ ਨੂੰ ਗਵਾਹ ਪੇਸ਼ ਕਰਨ ਲਈ 1 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਗਵਾਹੀਆਂ 2 ਦਿਨ ਲਗਾਤਾਰ ਹੋਣੀਆਂ ਸਨ। ਜੇ ਅਦਾਲਤਾਂ ਨੂੰ ਉੱਪਰੋਂ ਕੋਈ ਹਦਾਇਤ ਨਾ ਹੋਈ ਹੁੰਦੀ ਤਾਂ ਚਲਾਨ ਪੇਸ਼ ਹੋਣ ਪਿੱਛੋਂ 2-3 ਪੇਸ਼ੀਆਂ ਕਾਗਜ਼ਾਂ ਦੀ ਜਾਂਚ ਪੜਤਾਲ ਲਈ ਪੈਣੀਆਂ ਸੀ। ਹਰ ਪੇਸ਼ੀ 15 ਦਿਨਾਂ ਦੀ ਹੋਣੀ ਸੀ। ਜੇ ਵਕੀਲ ਨਕਲਾਂ ਘੱਟ ਮਿਲਣ ਦਾ ਇਤਰਾਜ਼ ਕਰਦੇ ਤਾਂ 1 ਮਹੀਨੇ ਨਕਲਾਂ ਤਿਆਰ ਕਰਨ ਨੂੰ ਲੱਗ ਜਾਂਦੇ। ਫਿਰ ਬਹਿਸ ਹੁੰਦੀ ਕਿਹੜੀ ਧਾਰਾ ਬਣਦੀ ਹੈ ਕਿਹੜੀ ਨਹੀਂ, ਫਿਰ ਕਿਧਰੇ ਜਾ ਕੇ ਕੇਸ ਸੈਸ਼ਨ ਸਪੁਰਦ ਹੁੰਦਾ। ਕਈ ਪੇਸ਼ੀਆਂ ਸੈਸ਼ਨ ਜੱਜ ਚਾਰਜ ਨਾ ਲਾਉਂਦਾ। ਚਾਰਜ ਬਣਦਾ ਵੀ ਹੈ, ਜੇ ਹਾਂ ਤਾਂ ਕਿਸ ਧਾਰਾ ਦੇ। ਇਸ ਨੁਕਤੇ 'ਤੇ ਵਕੀਲਾਂ ਵਿਚਕਾਰ ਬਹਿਸ ਹੁੰਦੀ। ਬਹਿਸ ਲਈ ਕਈ ਪੇਸ਼ੀਆਂ ਪੈਂਦੀਆਂ। ਕਦੇ ਜੱਜ ਕੋਲ ਵਕਤ ਨਾ ਹੁੰਦਾ, ਕਦੇ ਇੱਕ ਧਿਰ ਦੇ ਵਕੀਲ ਕੋਲ ਅਤੇ ਕਦੇ ਦੂਜੀ ਧਿਰ ਦੇ ਵਕੀਲ ਕੋਲ, ਫਿਰ ਚਾਰਜ ਲੱਗਦਾ। ਗਵਾਹੀਆਂ ਲਈ ਘੱਟੋ ਘੱਟ 6 ਮਹੀਨੇ ਦਾ ਸਮਾਂ ਦਿੱਤਾ ਗਿਆ। ਪਿਆਰੇ ਲਾਲ ਦਾ ਵਿਚਾਰ ਸੀ ਜਦੋਂ ਅਦਾਲਤ ਕੇਸ ਨਿਪਟਾਉਣ ਲਈ ਤਤਪਰ ਹੋਏ ਤਾਂ ਵਕੀਲ ਨੂੰ ਟੰਗ ਨਹੀਂ ਉਡਾਉਣੀ ਚਾਹੀਦੀ। ਦੋਸ਼ੀਆਂ ਨੂੰ ਬਰੀ ਕਰਾਉਣ ਲਈ ਕੋਈ ਹੋਰ ਤਰੀਕਾ ਵਰਤਿਆ ਜਾਣਾ ਚਾਹੀਦਾ ਸੀ। ਫਿਰ ਦੂਸਰਾ ਤਰੀਕਾ ਸੀ ਜੱਜ ਤੋਂ ਲੈ ਕੇ ਗਵਾਹਾਂ ਤੱਕ ਨੂੰ ਗੰਢਣ ਦਾ। ਇਸ 'ਚ ਕੋਈ ਸ਼ੱਕ ਨਹੀਂ ਸੀ ਕਿ ਜੱਜ ਅਤੇ ਸਰਕਾਰੀ ਵਕੀਲ ਦੋਵੇਂ ਪੈਸੇ ਦੇ ਪੁੱਤ ਸਨ। ਰਿਸ਼ਵਤ ਬਿਨਾਂ ਸਕੇ ਬਾਪ ਦਾ ਕੰਮ ਨਹੀਂ ਕਰਦੇ। ਪਰ ਗੁਰਮੀਤ ਅਨੁਸਾਰ ਉਹ ਇੰਨੇ ਅਨਾੜੀ ਵੀ ਨਹੀਂ ਸੀ ਕਿ ਸਮੇਂ ਦੀ ਨਜ਼ਾਕਤ ਨਾ ਪਹਿਚਾਨਣ। ਬਲਦੀ ਅੱਗ 'ਚ ਹੱਥ ਪਾ ਕੇ ਉਹ ਆਪਣੀ ਨੌਕਰੀ ਨੂੰ ਖਤਰਾ ਖੜਾ ਨਹੀਂ ਸੀ ਕਰਨ ਲੱਗੇ ਕਿ ਉਹਨਾਂ ਬੁਰਾਈ ਦੀ ਜੜ੍ਹ ਨੂੰ ਹੱਥ ਪਾਇਆ ਜਾਏ, ਕਿਵੇਂ ਨਾ ਕਿਵੇਂ ਗਵਾਹਾਂ ਨੂੰ ਕਾਬੂ ਕੀਤਾ ਜਾਏ। ਨਾ ਰਹੇਗਾ ਬਾਂਸ ਨਾ ਵੱਜੇਗੀ ਬਾਂਸਰੀ। ਫੌਜਦਾਰੀ ਕੇਸਾਂ 'ਚ ਗਵਾਹਾਂ ਦੀ ਅਹਿਮੀਅਤ ਸਮਝਾਉਂਦੇ ਗੁਰਮੀਤ ਨੇ ਆਪਣਾ ਸੁਝਾਅ ਪੇਸ਼ ਕੀਤਾ। ਬੰਟੀ ਕਤਲ ਕੇਸ 'ਚ 1 ਵੀ ਚਸ਼ਮਦੀਦ ਗਵਾਹ ਨਹੀਂ ਸੀ। ਸਾਰਾ ਕੇਸ ਹਾਲਾਤ 'ਤੇ ਆਧਾਰਿਤ ਗਵਾਹੀ 'ਤੇ ਖੜਾ ਸੀ। ਕਹਾਣੀ ਵੱਖ ਵੱਖ ਕੜੀਆਂ ਰਾਹੀਂ ਸਿਰਜੀ ਗਈ ਸੀ। ਇੱਕ ਕੜੀ ਦੇ ਟੁੱਟ ਜਾਣ 'ਤੇ ਰੇਤ ਦਾ ਇਹ ਮਹਿਲ ਢਹਿ ਢੇਰੀ ਹੋ ਜਾਣਾ ਸੀ। ਇਸ ਕੇਸ ਦਾ 1 ਵੀ ਗਵਾਹ ਸੱਚਾ ਨਹੀਂ ਸੀ। ਪੁਲਿਸ ਨੇ ਸਭ ਤੋਂ ਝੂਠ ਬੁਲਾਉਣਾ ਸੀ। ਗਵਾਹਾਂ ਨੂੰ ਝੂਠ ਬੋਲਣ ਤੋਂ ਰੋਕਣ ਅਤੇ ਸੱਚ ਬੋਲਣ ਲਈ ਮਜਬੂਰ ਕਰਕੇ ਸੰਮਤੀ ਨੇ ਨਾ ਕੋਈ ਸਿਧਾਂਤਕ ਉਕਾਈ ਕਰਨੀ ਸੀ ਨਾ ਇਖਲਾਕੀ। ਸਮੁੱਚੀ ਬਹਿਸ ਤੋਂ ਬਾਅਦ ਜੋ ਰਣਨੀਤੀ ਘੜੀ ਗਈ ਉਹ ਇਹ ਸੀ ਕਿ ਹੁਣ ਸੰਮਤੀ ਨੂੰ ਹਰ ਫਰੰਟ 'ਤੇ ਲੜਾਈ ਆਰੰਭ ਦੇਣੀ ਚਾਹੀਦੀ ਸੀ। ਕਾਨੂੰਨੀ ਨੁਕਤੇ ਨਜ਼ਰ ਤੋਂ ਜ਼ਿਆਦਾ ਧਿਆਨ ਗਵਾਹਾਂ ਨਾਲ ਸੰਪਰਕ ਕਰਨ ਵੱਲ ਦਿੱਤਾ ਜਾਣਾ ਚਾਹੀਦਾ ਸੀ। ਇਸੇ ਪੈਂਤੜੇ ਅਨੁਸਾਰ ਵੱਖ ਵੱਖ ਇਕਾਈਆਂ ਨੂੰ ਵੱਖ ਵੱਖ ਜ਼ਿੰਮੇਵਾਰੀਆਂ ਸੰਭਾਲੀਆਂ ਗਈਆਂ। ਪਿਆਰੇ ਲਾਲ LLM ਪਾਸ ਸੀ। ਉਹ ਨਵੇਂ ਤੋਂ ਨਵੇਂ ਕਾਨੂੰਨ ਲੱਭਣ 'ਚ ਮਾਹਿਰ ਸੀ। ਉਹ ਇਸ ਕੇਸ 'ਚ ਲੋੜ ਪੈਣ ਵਾਲੇ ਹਰ ਕਾਨੂੰਨ ਦੀ ਖੋਜ ਕਰੇਗਾ। ਅੱਗੇ ਤੋਂ ਬਹੁਤਾ ਸਮਾਂ ਉਹ ਲਾਇਬ੍ਰੇਰੀ 'ਚ ਬਿਤਾਏਗਾ। ਮੋਹਨ ਜੀ ਇਸ ਕੇਸ ਦੇ ਹਰ ਗਵਾਹ ਦੀ ਰਗ ਰਗ ਤੋਂ ਵਾਕਫ ਸੀ। ਹਰਿਦੁਆਰ ਦੇ ਪਾਂਡਿਆਂ ਵਾਂਗ ਉਸ ਕੋਲ ਹਰ ਗਵਾਹ ਦੀ ਹਿਸਟਰੀ ਸ਼ੀਟ ਸੀ। ਕਿਸ ਗਵਾਹ ਦੀ ਕਿੱਥੇ ਰਿਸ਼ਤੇਦਾਰੀ ਹੈ, ਕਿਸ ਰਿਸ਼ਤੇਦਾਰ ਦੀ ਉਹ ਮੰਨਦਾ ਹੈ, ਕਿਹਦੀ ਨਹੀਂ, ਪੈਸੇ ਦਾ ਪੁੱਤ ਹੈ ਜਾਂ ਸਿਫਾਰਿਸ਼ ਮੰਦ ਹੈ, ਜੇ ਪੈਸੇ ਲੈਂਦਾ ਤਾਂ ਕਿੰਨੇ, ਉਹਦੀ ਵਹੀ 'ਚ ਸਭ ਦਰਜ ਸੀ। ਕਿਸ ਗਵਾਹ ਨਾਲ ਕਿਵੇਂ ਪੇਸ਼ ਆਇਆ ਜਾਵੇ, ਇਸ ਬਾਰੇ ਮੋਹਨ ਜੀ ਸੰਮਤੀ ਦੀ ਅਗਵਾਈ ਕਰੇਗਾ। ਗੁਰਮੀਤ ਪਹਿਲਾਂ ਹੀ ਅਹਿਮ ਜ਼ਿੰਮੇਵਾਰੀ ਨਿਭਾ ਰਿਹਾ ਸੀ। ਆਪਣੇ ਪੁਲਿਸ ਸੂਤਰਾਂ ਰਾਹੀਂ ਉਹ ਮਿਸਲ 'ਚ ਹੋ ਰਹੀਆਂ ਹੇਰਾ ਫੇਰੀਆਂ ਦੀ ਸੂਚਨਾ ਹਾਸਲ ਕਰ ਰਿਹਾ ਸੀ। ਇਹਨਾਂ ਹੇਰਾ ਫੇਰੀਆਂ ਨੇ ਦੋਸ਼ੀਆਂ ਦੇ ਬਰੀ ਹੋਣ ਦਾ ਆਧਾਰ ਬਣਨਾ ਸੀ। ਗੁਰਮੀਤ ਨੇ ਇਹ ਕੰਮ ਜਾਰੀ ਰੱਖਿਆ ਸੀ। ਗਵਾਹਾਂ ਨਾਲ ਸੰਪਰਕ ਕਾਇਮ ਕਰਨ ਦੀ ਜ਼ਿੰਮੇਵਾਰੀ ਕ੍ਰਾਂਤੀਕਾਰੀ ਫਰੰਟ ਨੂੰ ਸੌਂਪੀ ਗਈ। ਇਹ ਜ਼ੋਖਮ ਭਰਿਆ ਕੰਮ ਸੀ, ਹੁਸ਼ਿਆਰੀ ਦੀ ਮੰਗ ਕਰਦਾ ਸੀ। ਮੋਹਨ ਜੀ ਨੇ ਫਰੰਟ ਤੋਂ ਪਹਿਲਾਂ ਹੀ ਸੁਚੇਤ ਕੀਤਾ, ਪਹਿਲਾਂ ਗਵਾਹ ਨੂੰ ਸਮਝਾਉਣ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਗਵਾਹ ਢਿੱਲ ਮਿਸ ਕਰੇ ਤਾਂ ਕਿਸੇ ਰਿਸ਼ਤੇਦਾਰ ਜਾਂ ਸਿਆਸੀ ਦਬਾਅ ਦਾ ਇਸਤੇਮਾਲ ਕੀਤਾ ਜਾਏ। ਜੇ ਪਾਣੀ ਸਿਰੋਂ ਲੰਘਦਾ ਦਿਸੇ ਤਾਂ ਡਰਾਉਣ ਧਮਕਾਉਣ ਤੋਂ ਵੀ ਗੁਰੇਜ਼ ਨਾ ਕੀਤਾ ਜਾਏ। ਫੌਰੀ ਤੌਰ 'ਤੇ ਗਵਾਹ 'ਤੇ ਯਕੀਨ ਨਾ ਕੀਤਾ ਜਾਏ। ਪਹਿਲੀ ਮੁਲਾਕਾਤ 'ਚ ਗਵਾਹ ਨੂੰ ਮੁਕਰਨ ਦਾ ਮਸ਼ਵਰਾ ਨਾ ਦਿੱਤਾ ਜਾਏ। ਪਹਿਲਾਂ ਇਹ ਤਸੱਲੀ ਕਰ ਲਈ ਜਾਏ ਕਿ ਗਵਾਹ ਜੇ ਸੰਮਤੀ ਦੀ ਮਦਦ ਨਹੀਂ ਕਰੇਗਾ ਤਾਂ ਘੱਟੋ ਘੱਟ ਵਿਰੋਧ ਵੀ ਨਹੀਂ ਕਰੇਗਾ। ਜੇ 1 ਵੀ ਗਵਾਹ ਨੇ ਪੁਲਿਸ ਕੋਲ ਮੁਖਬਰੀ ਕਰਤੀ ਤਾਂ ਸੰਮਤੀ ਦੀ ਯੋਜਨਾ ਧਰੀ ਧਰਾਈ ਰਹਿ ਜਾਏਗੀ। ਵਿਦਿਆਰਥੀ ਵਿੰਗ ਨੇ ਸੰਘ ਦੇ ਜਲੂਸਾਂ ਦਾ ਜਵਾਬ ਦੇਣਾ ਸੀ, ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਣਾ ਸੀ। ਸਾਹਿਤਕਾਰ ਸਰਕਾਰ ਨੇ ਭੰਡੀ ਪ੍ਰਚਾਰ ਨੂੰ ਠੱਲ ਪਾਉਣਗੇ। ਨਵੇਂ ਨਵੇਂ ਤੱਥ ਇਕੱਠੇ ਕਰਕੇ ਅਖਬਾਰਾਂ ਰਸਾਲਿਆਂ 'ਚ ਲੇਖ ਲਿਖਣਗੇ, ਪੋਸਟਰ ਕੱਢਣਗੇ, ਪਰਚੇ ਵੰਡਣਗੇ, ਤਰਕਸ਼ੀਲ ਰਿਜ਼ਰਵ ਫੋਰਸ ਦਾ ਕੰਮ ਕਰਨਗੇ। ਸਾਰੀਆਂ ਜਥੇਬੰਦੀਆਂ 'ਚ ਤਾਲਮੇਲ ਰੱਖਣਾ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ। ਜਿਸ ਜਥੇਬੰਦੀ ਨੂੰ ਵੀ ਲੋੜ ਪਏ ਉਹਨਾਂ ਨੂੰ ਹਾਕ ਮਾਰ ਲਏ। ਮਾਲੀ ਸਹਾਇਤਾ ਲਈ ਜੀਵਨ ਆੜਤੀਆ ਹਾਜ਼ਰ ਸੀ, ਉਹਦੀ ਦੁਕਾਨ ਨੂੰ ਸੰਮਤੀ ਦੇ ਦਫ਼ਤਰ ਵਜੋਂ ਵਰਤਿਆ ਜਾਣਾ ਸੀ। ਸੰਮਤੀ ਦੀਆਂ ਇਹਨਾਂ ਯੋਜਨਾਵਾਂ ਨਾਲ ਲੀਗਲ ਸੈੱਲ ਦੇ ਹੌਸਲੇ ਬੁਲੰਦ ਹੋ ਗਏ। ਜਦੋਂ ਕੇਸ 'ਚ ਕੱਖ ਨਾ ਰਿਹਾ ਤਾਂ ਦੋਸ਼ੀਆਂ ਦਾ ਕੋਈ ਕੀ ਵਿਗਾੜ ਲਏਗਾ, ਸੈੱਲ ਵਾਲੇ ਸੋਚਣ ਲੱਗੇ। ਅੰਗ 13 ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਦਾ ਪਹਿਲਾ ਘੰਟਾ ਜ਼ਮਾਨਤਾਂ ਦੀਆਂ ਦਰਖਾਸਤਾਂ ਦੀ ਸੁਣਵਾਈ ਲਈ ਰਾਖਵਾਂ ਸੀ।
ਪਰ ਬੰਟੀ ਕਤਲ ਕੇਸ ਨੂੰ ਕਿੰਨੀ ਅਹਿਮੀਅਤ ਦਿੱਤੀ ਜਾ ਰਹੀ ਸੀ। ਉਹ ਇਸ ਤੱਥ ਤੋਂ ਪ੍ਰਤੱਖ ਸੀ ਕਿ ਉਸ ਦਿਨ ਹੋਰ ਕਿਸੇ ਕੇਸ ਦੀ ਸਮਾਇਤ ਤੱਕ ਹੀ ਕੀਤੀ ਜਾਣੀ ਸੀ। ਜ਼ਮਾਨਤਾਂ ਵਰਗੇ ਅਹਿਮ ਮਸਲੇ ਦੀ ਸੁਣਵਾਈ ਵੀ ਅੱਗੇ ਪਾ ਦਿੱਤੀ ਗਈ ਸੀ। ਆਪਣੇ ਸਾਸ਼ੇ ਨੂੰ ਜੱਜ ਨੇ ਲੁਕਾ ਕੇ ਨਹੀਂ ਸੀ ਰੱਖਿਆ। ਸਾਰੀਆਂ ਸੰਬੰਧਿਤ ਧਿਰਾਂ ਨੂੰ ਇੱਕ ਦਿਨ ਪਹਿਲਾਂ ਹੀ ਹਦਾਇਤਾਂ ਜਾਰੀ ਕਰਤੀਆਂ ਗਈਆਂ ਸੀ। ਪਹਿਲਾਂ ਅਹਿਲਮਤ ਦੀ ਪੇਸ਼ੀ ਹੋਈ ਸੀ, ਮਿਸਲ ਨੂੰ ਤਰਤੀਬ ਵਾਰ ਕਰਕੇ ਕੋਠੀ ਭੇਜ ਦਿੱਤਾ ਜਾਏ। ਜੱਜ ਸਾਹਿਬ ਕੇਸ ਦੇ ਤੱਥਾਂ ਤੋਂ ਵਾਕਫ ਹੋਣਾ ਚਾਹੁੰਦੇ ਸੀ। ਜੇ ਜੱਜ ਦੀ ਮਿਸਲ ਪੜ੍ਹੀ ਹੋਵੇ ਤਾਂ ਅਦਾਲਤ ਦਾ ਸਮਾਂ ਬਰਬਾਦ ਨਹੀਂ ਹੁੰਦਾ, ਕਾਰਵਾਈ ਤੇਜ਼ੀ ਨਾਲ ਚੱਲਦੀ ਰਹਿੰਦੀ। ਸਟੈਨੋ ਨੂੰ ਵੀ ਤਾੜਿਆ ਗਿਆ। ਟਾਈਪਰਾਈਟਰ, ਨਵਾਂ ਰਿਬਨ ਅਤੇ ਕਾਗਜ਼ ਪੱਤਰ ਟਿੱਚ ਹੋਣ, ਇਹ ਨਾ ਹੋਵੇ ਇੱਧਰ ਗਵਾਹੀ ਸ਼ੁਰੂ ਹੋ ਜਾਏ ਅਤੇ ਉੱਧਰ ਸਟੈਨੋ ਕਿਸੇ ਥਾਣੇਦਾਰ ਨੂੰ ਰਿਬਨ ਲਿਆਉਣ ਲਈ ਆਖ ਰਿਹਾ ਹੋਵੇ ਅਤੇ ਕਿਸੇ ਵਕੀਲ ਨੂੰ ਕਾਗਜ਼ਾਂ ਦੇ ਰਿਮ ਲਈ। ਜਿਹੜੇ 4-5 ਕੇਸ ਕੱਲ੍ਹ ਸੁਣਵਾਈ 'ਤੇ ਲੱਗੇ, ਰੀਡਰ ਉਹਨਾਂ ਵਿੱਚ ਅੱਜ ਹੀ ਤਰੀਖਾਂ ਪਾ ਦੇਵੇ। ਇਹ ਨਾ ਹੋਵੇ ਕਿ ਉੱਧਰ ਬੰਟੀ ਕਤਲ ਕੇਸ ਦੀ ਸੁਣਵਾਈ ਸ਼ੁਰੂ ਹੋ ਜਾਏ, ਉੱਧਰ ਵਕੀਲ ਤਰੀਖਾਂ ਲੈਣ ਲਈ ਅਦਾਲਤਾਂ 'ਚ ਮੇਲਾ ਲਾ ਲੈਣ। ਜੇਲ੍ਹ ਸੁਪਰੀਟੈਂਡੈਂਟ ਨੂੰ ਵੀ ਸੁਨੇਹਾ ਭੇਜਿਆ ਗਿਆ, ਮੁਲਜ਼ਮ ਸਹੀ 9:30 ਵਜੇ ਅਦਾਲਤ ਵਿੱਚ ਹਾਜ਼ਰ ਹੋਣ। ਇਹ ਨਾ ਹੋਵੇ ਕਿ ਇੱਧਰ ਗਵਾਹ ਅਤੇ ਵਕੀਲਾਂ ਦੀ ਬਰਾਤ ਖੁਰੇ ਵੱਢਣ ਲੱਗੇ ਅਤੇ ਉੱਧਰ ਲਾੜਾ ਸਾਹਿਬ ਪਧਾਰ ਨਾ ਰਹੇ ਹੋਣ। ਫੋਰਸ ਦੇ ਘੱਟ ਹੋਣ ਜਾਂ ਗੱਡੀ ਦੇ ਖਰਾਬ ਹੋਣ ਦਾ ਬਹਾਨਾ ਨਹੀਂ ਚੱਲੇਗਾ। ਸਭ ਕਾਸੇ ਦਾ ਪ੍ਰਬੰਧ ਅੱਜ ਹੀ ਕਰ ਲਿਆ ਜਾਏ। ਸਰਕਾਰੀ ਵਕੀਲ ਬਚਨ ਸਿੰਘ ਨੂੰ ਰਿਟਾਇਰਿੰਗ ਰੂਮ 'ਚ ਬੁਲਾਇਆ ਗਿਆ। ਉਹਨੂੰ ਸਮਝਾਇਆ ਗਿਆ, ਆਮ ਦਿਨਾਂ ਵਾਂਗੂ ਮਸਤੀ ਨਾ ਮਾਰੇ, ਆਪ ਵੀ ਸਮੇਂ ਸਿਰ ਆਵੇ ਅਤੇ ਗਵਾਹ ਵੀ। ਆਮ ਕੇਸਾਂ ਵਾਂਗੂ ਮੁਦਈ ਦੇ ਵਕੀਲ 'ਤੇ ਨਿਰਭਰ ਨਾ ਰਹੇ, ਖੁਦ ਮਿਸਲ ਪੜ੍ਹ ਕੇ ਆਵੇ ਅਤੇ ਗਵਾਹਾਂ ਨੂੰ ਬਿਆਨ ਆਪ ਪੜ੍ਹਾਵੇ। ਸਧਾਰਨ ਕੇਸਾਂ 'ਚ ਜੱਜ ਸਰਕਾਰੀ ਵਕੀਲ ਦਾ ਫਰਜ਼ ਵੀ ਖੁਦ ਹੀ ਨਿਭਾ ਦਿਆ ਕਰਦਾ ਸੀ। ਇਸ ਕੇਸ 'ਚ ਬਚਨ ਸਿੰਘ ਜੱਜ ਤੋਂ ਕੋਈ ਆਸ ਨਾ ਰੱਖੇ। ਫਿਰ ਸਫਾਈ ਧਿਰ ਦੇ ਵਕੀਲਾਂ ਨੂੰ ਬੁਲਾਇਆ ਗਿਆ, ਹੇਠਲੀਆਂ ਅਦਾਲਤਾਂ 'ਚ ਲੱਗੇ ਕੇਸਾਂ ਦਾ ਉਹ ਇੰਤਜ਼ਾਮ ਕਰ ਲੈਣ। ਹੋ ਸਕੇ ਤਾਂ ਜੂਨੀਅਰ ਵਕੀਲਾਂ ਨੂੰ ਕੇਸ ਦਰਿਆ ਤਿਆਰ ਕਰਵਾ ਦਿੱਤੇ ਜਾਣ। ਜੇ ਆਪ ਪੇਸ਼ ਹੋਏ ਬਿਨਾਂ ਨਾ ਹੀ ਸਰਦਾ ਹੋਵੇ ਤਾਂ ਮੈਜਿਸਟਰੇਟ ਤੋਂ ਪੇਸ਼ੀ ਲੈ ਲਈ ਜਾਵੇ। ਹੇਠਲੀਆਂ ਅਦਾਲਤਾਂ ਨੂੰ ਪਹਿਲਾਂ ਹੀ ਹੁਕਮ ਭੇਜਿਆ ਜਾ ਚੁੱਕਾ ਸੀ ਕਿ ਉਹ ਬੰਟੀ ਕਤਲ ਕੇਸ 'ਚ ਪੇਸ਼ ਹੋਣ ਵਾਲੇ ਕਿਸੇ ਵੀ ਵਕੀਲ ਨੂੰ ਆਪਣੀ ਅਦਾਲਤ ਵਿੱਚ ਪੇਸ਼ ਹੋਣ ਲਈ ਮਜਬੂਰ ਨਾ ਕਰਨ। ਪੇਸ਼ੀ ਵਾਲੇ ਦਿਨ ਇੰਝ ਹੀ ਹੋਣ ਲੱਗਾ। ਜੇਲ੍ਹ ਸੁਪਰੀਟੈਂਡੈਂਟ ਨੇ ਸਾਫ਼ ਸੁਥਰੇ ਕੱਪੜੇ ਪਵਾ ਕੇ ਦੋਸ਼ੀਆਂ ਨੂੰ 9 ਵਜੇ ਅਦਾਲਤ ਅੱਗੇ ਲਿਆ ਬਿਠਾਇਆ। ਇੱਕ ਜੀਪ 'ਤੇ 4 ਸਿਪਾਹੀਆਂ ਦੀ ਗਾਰਦ ਇਹਨਾਂ ਦੋਸ਼ੀਆਂ ਲਈ ਰਾਖਵੀਂ ਰੱਖੀ ਗਈ। ਥਾਣੇ ਵਾਲੇ ਚੁਕੰਨੇ ਹੋਵੇ, ਕੋਈ ਗੜਬੜ ਨਾ ਹੋਵੇ, ਇਸ ਲਈ ਭਾਰੀ ਗਿਣਤੀ ਵਿੱਚ ਹਥਿਆਰਬੰਦ ਸਿਪਾਹੀ ਅਦਾਲਤ ਵਿੱਚ ਤਾਇਨਾਤ ਕੀਤੇ ਗਏ। ਕੇਸ ਦੀ ਪੈਰਵਾਈ ਲਈ ਨਾਜਰ ਸਿੰਘ ਥਾਣੇਦਾਰ ਨੂੰ ਭੇਜਿਆ ਗਿਆ। ਇਹ ਕੇਸ ਉਸੇ ਦਾ ਤਿਆਰ ਕੀਤਾ ਹੋਇਆ ਸੀ। ਉਹਨੂੰ ਗਵਾਹ ਪਛਾਣਨ, ਉਹਨਾਂ ਨੂੰ ਬਿਆਨ ਸਮਝਾਉਣ ਅਤੇ ਸਰਕਾਰੀ ਵਕੀਲ ਅੱਗੇ ਪੇਸ਼ ਕਰਨ 'ਚ ਆਸਾਨੀ ਰਹੇਗੀ। ਆਦਤ ਤੋਂ ਉਲਟ ਸਰਕਾਰੀ ਵਕੀਲ 1/2 ਘੰਟਾ ਪਹਿਲਾਂ ਹਾਜ਼ਰ ਸੀ। ਗਵਾਹ ਉਹ ਤੋਂ ਵੀ ਕਾਹਲੇ ਸੀ। ਸਭ ਤੋਂ ਪਹਿਲਾਂ ਬੰਟੀ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਦੀ ਗਵਾਹੀ ਹੋਣੀ ਸੀ। ਉਹ ਬਚਨ ਸਿੰਘ ਤੋਂ ਵੀ ਪਹਿਲਾਂ ਪੁੱਜਿਆ ਸੀ। ਪਿੱਛੇ ਹੀ ਹੱਥਾਂ ਪੈਰਾਂ ਦੇ ਨਿਸ਼ਾਨਾਂ ਦਾ ਮਾਹਰ ਆਮ ਧਮ ਗਿਆ। ਹੱਥ ਲਿਖਤਾਂ ਦਾ ਮਾਹਰ ਚੰਡੀਗੜ੍ਹ ਆਇਆ ਸੀ, ਇਸ ਲਈ ਉਹ ਕੁਝ ਪਛੜ ਗਿਆ ਸੀ। ਸਰਕਾਰੀ ਮੁਲਾਜ਼ਮ ਸਰਕਾਰੀ ਵਕੀਲ ਦੇ ਦਫ਼ਤਰ ਜਾ ਬੈਠੇ, ਬਾਕੀ ਗਵਾਹ ਬਾਹਰ ਖੜ੍ਹੇ ਨਾਜ਼ਰ ਸਿੰਘ ਦੁਆਲੇ ਹੋ ਗਏ। ਬਚਨ ਸਿੰਘ ਨੂੰ ਡਾਕਟਰ ਜਾਂ ਮਾਹਿਰਾਂ ਤੋਂ ਕੋਈ ਖਤਰਾ ਨਹੀਂ ਸੀ। ਉਹਨਾਂ ਨੂੰ ਸਮਝਾ ਵੀ ਕੀ ਸਕਦਾ ਸੀ, ਉਹ ਬਚਨ ਸਿੰਘ ਨਾਲੋਂ ਕਿਤੇ ਵੱਧ ਜਾਣਦੇ ਸੀ। ਵੈਸੇ ਵੀ ਇਹ ਸਰਕਾਰੀ ਮੁਲਾਜ਼ਮ ਸੀ, ਇਹਨਾਂ ਉਸੇ ਤਰ੍ਹਾਂ ਗਵਾਹੀ ਦੇਣੀ ਸੀ ਜਿਵੇਂ ਸਰਕਾਰ ਚਾਹੁੰਦੀ ਸੀ। ਗਵਾਹੀ ਤੋਂ ਇੱਧਰ ਉੱਧਰ ਹੋਣ 'ਤੇ ਨੌਕਰੀ ਖੁੱਸ ਸਕਦੀ ਸੀ। ਇਹ ਗਵਾਹੀਆਂ ਦੇਣ 'ਚ ਵੀ ਮਾਹਿਰ ਸਨ। ਇਹਨਾਂ ਵਿੱਚੋਂ ਇੱਕ ਵੀ ਗਵਾਹ ਅਜਿਹਾ ਨਹੀਂ ਸੀ ਜਿਹਨੇ ਘੱਟੋ ਘੱਟ 50 ਕੇਸਾਂ 'ਚ ਗਵਾਹੀ ਨਾ ਦਿੱਤੀ ਹੋਵੇ। ਉਹੀ ਘੱਸੇ ਪਿੱਟੇ ਸਵਾਲ, ਉਹੀ ਘੱਸੇ ਪਿੱਟੇ ਜਵਾਬ। ਜੇ ਇਹਨਾਂ ਦੀ ਨੀਅਤ ਠੀਕ ਹੋਵੇ ਤਾਂ ਵਕੀਲ ਭਾਵੇਂ ਅੱਡੀ ਚੋਟੀ ਦਾ ਜ਼ੋਰ ਲਾ ਲਏ, ਇਵਾਲ ਜਿੰਨਾ ਵੀ ਰਾਹ ਨਹੀਂ ਦੇਣਗੇ। ਇਸ ਲਈ ਬਚਨ ਸਿੰਘ ਇਹਨਾਂ ਨਾਲੋਂ ਬੇਫਿਕਰ ਸੀ। ਬਚਨ ਸਿੰਘ ਦੀ ਬੇਫਿਕਰੀ ਦਾ ਇੱਕ ਕਾਰਨ ਹੋਰ ਵੀ ਸੀ। ਸਫਾਈ ਧਿਰ ਦੇ ਸਾਰੇ ਵਕੀਲ ਅਨਾੜੀ ਸੀ। ਇਹਨਾਂ ਗਵਾਹਾਂ 'ਤੇ ਜ਼ਰਾ ਪਿਆਰੇ ਲਾਲ ਨਹੀਂ ਕਰਨੀ ਸੀ। ਉਸ ਸ਼ਰਾਬੀ ਕਬਾਬੀ ਵਕੀਲ ਨੂੰ ਕੀ ਪਤਾ ਕਾਨੂੰਨ ਕੀ ਹੁੰਦਾ, ਨਾ ਉਹਨੂੰ ਮੈਡੀਕਲ ਜੁਰਿਸਪੂਡੈਂਸ ਦਾ ਪਤਾ ਹੈ, ਨਾ ਹੱਥ ਲਿਖਤਾਂ ਪਰਖਣ ਦਾ। ਆਪੇ 5-4 ਰੂਟ ਪਟੰਗ ਸਵਾਲ ਪੁੱਛ ਕੇ ਹਟ ਜਾਏਗਾ। ਮੋਹਨ ਜੀ ਨੂੰ ਕੇਸ ਦੀ ਸਮਝ ਤਾਂ ਸੀ, ਪਰ ਉਹ ਹੇਠਲੀਆਂ ਅਦਾਲਤਾਂ ਦਾ ਵਕੀਲ ਸੀ। ਇਹ ਉਹਦਾ ਪਹਿਲਾ ਸੈਸ਼ਨ ਕੇਸ ਸੀ। ਸੈਸ਼ਨ ਕੋਰਟ 'ਚ ਪੇਸ਼ ਹੁੰਦਿਆਂ ਤਾਂ ਵੱਡੇ ਵੱਡੇ ਵਕੀਲਾਂ ਦੇ ਪਸੀਨੇ ਛੁੱਟ ਜਾਂਦੇ ਆ। ਇਹ ਕੇਸ 'ਚ ਉਸ ਵਿਚਾਰੇ ਦੇ ਵੱਸ ਦਾ ਨਹੀਂ ਸੀ। ਗੁਰਮੀਤ ਸਰਕਾਰੀ ਵਕੀਲ ਜ਼ਰੂਰ ਰਿਹਾ ਹੈ, ਮਿਹਨਤੀ ਵੀ ਸੀ, ਪਰ ਸਰਕਾਰ ਵਕਾਲਤ ਅਤੇ ਪ੍ਰਾਈਵੇਟ ਵਕਾਲਤ ਦਾ ਜ਼ਮੀਨ ਅਸਮਾਨ ਦਾ ਫਰਕ ਸੀ। ਸਰਕਾਰੀ ਵਕੀਲ ਅੱਗੇ ਬਣੀ ਬਣਾਈ ਖੀਰ ਆ ਜਾਂਦੀ ਹੈ, ਅੱਗੇ ਕੀ ਹੋਇਆ ਫਿਰ ਕੀ ਹੋਇਆ ਹੀ ਆਖਣਾ ਹੈ। ਕਾਨੂੰਨ ਦੀ ਲੋੜ ਪਏ ਤਾਂ ਮੁਦਈ ਦਾ ਵਕੀਲ ਲਿਆ ਦਿੰਦਾ। ਪ੍ਰਾਈਵੇਟ ਵਕੀਲ ਨੂੰ ਸਾਰਾ ਤਾਣਾ ਬਾਣਾ ਆਪ ਬਣਨਾ ਪੈਂਦਾ ਸੀ। ਆਪਣੇ ਦਿਮਾਗ ਦੀ ਵਰਤੋਂ ਕਰਕੇ ਪੁਲਿਸ ਦੇ ਕਿਲੇ ਵਰਗੇ ਕੇਸ 'ਚ ਮਘੋਰਾ ਕਰਕੇ ਰਾਹ ਬਣਾਉਣਾ ਪੈਂਦਾ ਸੀ। ਇਹ ਮੁਹਾਰਤ ਸਮੇਂ ਨਾਲ ਹੀ ਆਉਂਦੀ ਸੀ।
इस तरह के हवाई किले उसार के बचन सिंह केस की अहमियत को समझण ते जज की ताड़ना के बावजूद भी केस वल ध्यान नहीं सी दे रहे। वो गवाहां नाल गपशप करन ते जान पहचान वधाउण विच मसरूफ सी। डॉक्टर तो उसनूं दवाइयां दी जरूरत सी। उहदी बेटी मिर्गी दी बीमारी दा शिकार सी। हर रोज़ गार्डिनल दीयां कई गोलियां खाणियां पैंदियां सन। पहलां इह सेवा डॉक्टर गुप्ता निभाउंदा सी, वह बदल चुका सी। हुण डॉक्टर भागमल इह जिम्मेवारी संभाले। बचन सिंह आप भी कई दिनों तो कमजोरी महसूस कर रहा सी। एक शीशी बीकासोल दे कैप्सूलां दी मिल जाए तो क्या कहने। सोफ्रामाइसिन दियां दो ट्यूबां भी चाहीदियां सी। बच्चे सट्टां खाई ही रखदे। कॉटन तो हस्पताल च आम होंदी है, दो पैकेट उहदे भी। गोली किहदी, गहने किहदे। हस्पताल दियां दवाइयां भी कोई दवाइयां होंदियां ने। खा के चंगा भला बंदा बीमार हो जांदा। डॉक्टर ने झट रमेश मैडिकल हॉल दे नाम परची लिख दित्ती। बचन सिंह परची दिखा के दवाई लै लवे। डॉक्टर नूं खाण पीण दे आर ला के बचन सिंह ध्यान चंद दे दुआले हो गया। उहनूं उस तक भी काम सी। समा थोड़ा सी। बचन सिंह ने संखेप शब्दां च गल मुकाई। ध्यान चंद नूं एक चिट फड़ाई। चिट ते केस दा अनुवान लिखिया गया सी। इस केस च बचन सिंह नूं ध्यान चंद की मदद की जरूरत सी। दोषियों ते दोष सी कि उन्होंने फर्जी बंदा खड़ा करके 20 किले जमीन की रजिस्ट्री अपने नाम करवा ली सी। पुलिस विच रजिस्ट्री ते लगे अंगूठे दा मुलाजा एक होर रजिस्ट्री ते लगे अंगूठे नाल करवाना चाहुंदी सी। ਇਹ ਰਜਿਸਟਰੀ ਪੁਲਿਸ ਨੂੰ ਮੁਦਈ ਧਿਰਨੇ ਦਿੱਤੀ ਸੀ ਅਤੇ ਇਸ ਰਜਿਸਟਰੀ ਦੇ ਮਾਲਕ ਦਾ ਸਹੀ ਅੰਗੂਠਾ ਲੱਗਾ ਹੋਇਆ ਸੀ। ਪੁਲਿਸ ਨੇ ਦੋਵੇਂ ਰਜਿਸਟਰੀਆਂ ਮੁਆਇਨੇ ਅਤੇ ਰਿਪੋਰਟ ਲਈ ਫਿਲੌਰ ਭੇਜੀਆਂ ਸੀ। ਅਸਲੀਅਤ ਵੀ ਇਹੋ ਸੀ, ਦੋਵੇਂ ਅੰਗੂਠੇ ਵੱਖ ਵੱਖ ਸਨ। ਹੁਣ ਦੋਸ਼ੀਆਂ ਦਾ ਬਚਾਅ ਤਾਂ ਹੋ ਸਕਦਾ ਸੀ, ਤਾਂ ਹੀ ਹੋ ਸਕਦਾ ਸੀ ਜੇ ਫਿਲੌਰੋਂ ਇਹ ਰਿਪੋਰਟ ਆਵੇ ਕਿ ਦੋਹਾਂ ਦਸਤਾਵੇਜ਼ਾਂ 'ਤੇ ਇੱਕੋ ਵਿਅਕਤੀ ਦੇ ਅੰਗੂਠੇ ਸਨ। ਦੋਸ਼ੀ ਬਚਨ ਸਿੰਘ ਦੇ ਨੇੜੇ ਦੇ ਰਿਸ਼ਤੇਦਾਰ ਸਨ। ਇੱਜ਼ਤ ਦਾ ਸਵਾਲ ਸੀ, ਇਹ ਇੱਜ਼ਤ ਧਿਆਨ ਚੰਦ ਦੇ ਹੱਥ ਸੀ। ਤੁਸੀਂ ਖੁਦ ਸਿਆਣੇ ਹੋ ਵਕੀਲ ਸਾਹਿਬ, ਇਹ ਕਿਹੜਾ ਦਸਖਤ ਜਾਣ ਲਿਖਤ ਹੈ ਬਈ ਜਿਹੜੀ ਮਰਜ਼ੀ ਰਿਪੋਰਟ ਕਰ ਦਈਏ। ਹੱਥ ਲਿਖਤਾਂ ਸਮੇਂ ਸਮੇਂ ਬਦਲਦੀ ਰਹਿੰਦੀ ਹੈ। ਅੰਗੂਠੇ ਦਾ ਨਿਸ਼ਾਨ ਉਮਰ ਭਰ ਉਹ ਰਹਿੰਦਾ, ਵੱਖ ਵੱਖ ਅੰਗੂਠਿਆਂ ਨੂੰ ਇੱਕੋ ਕਿਵੇਂ ਲਿਖਿਆ ਜਾ ਸਕਦਾ। ਧਿਆਨ ਚੰਦ ਲਈ ਇਹ ਕੰਮ ਜੋਖਮ ਭਰਿਆ ਸੀ। ਸਖੀ ਨਾਲੋਂ ਸੂਮ ਭਲਾ ਜੋ ਤੁਰਤ ਦੇਵੇ ਜਵਾਬ ਵਾਂਗ, ਧਿਆਨ ਚੰਦ ਨੇ ਪਹਿਲਾਂ ਹੀ ਕਿਨਾਰਾ ਕਰਨਾ ਠੀਕ ਸਮਝਿਆ। ਤੂੰ ਫਿਕਰ ਨਾ ਕਰ, ਰਿਸ਼ਤੇਦਾਰੀ ਰਿਸ਼ਤੇਦਾਰੀ ਦੀ ਥਾਂ ਆਪਾਂ ਤੈਨੂੰ ਠੋਕ ਕੇ ਫੀਸ ਦਿਖਾਵਾਂਗੇ। ਉਰੇ 10,000, 5 ਮੈਂ ਲੈ ਰੱਖਿਆ, ਬਾਕੀ ਰਿਪੋਰਟ ਤੋਂ ਪਿੱਛੋਂ ਲੈ ਜਾਈ, ਮੇਰੀ ਜ਼ਿੰਮੇਵਾਰੀ ਹੈ। ਮੱਛੀ ਹੱਥੋਂ ਨਿਕਲਦੀ ਦੇਖ ਕੇ ਬਚਨ ਸਿੰਘ ਨੇ ਪੈਂਤੜਾ ਬਦਲਿਆ। ਬਸ ਤੂੰ ਅੰਗੂਠੇ ਦੇ ਅੰਗੂਠਾ ਲਾ ਕੇ ਅਸਲ ਅੰਗੂਠੇ ਨੂੰ ਬੇਪਛਾਣ ਕਰ ਦੇ, ਫਿਰ ਮੈਂ ਆਪੇ ਸਾਂਭ ਲਓ। ਤਹਿਸੀਲਦਾਰ ਦੇ ਦਫ਼ਤਰ ਵਿਚਲਾ ਰਿਕਾਰਡ ਮੈਂ ਬਦਲਵਾ ਦਿੱਤਾ, ਅੰਗੂਠੇ ਲਾਉਣ ਵਾਲਾ ਪਹਿਲਾਂ ਹੀ ਮਰ ਚੁੱਕਿਆ। ਬਸ ਇਹੋ ਸਬੂਤ ਬਾਕੀ ਹੈ, ਇੱਕ ਵਾਰ ਅੰਗੂਠਾ ਬੇਪਛਾਣ ਹੋ ਗਿਆ ਤਾਂ ਸਾਡਾ ਕੰਮ ਬਣ ਜਾਊ। 5,000 ਦੇ ਨੋਟ ਧਿਆਨ ਚੰਦ ਤੋਂ ਮੋੜੇ ਨਾ ਗਏ। ਫਲੋਰ ਆਉਣ ਤੱਕ ਬਥੇਰੇ ਹੱਥਾਂ ਤਾਈਂ ਨਿਕਲੇ ਹੋਣਗੇ ਕਾਗਜ਼। ਕੋਈ ਪੁੱਛੂ ਤਾਂ ਆਖ ਦੇਵਾਂਗੇ, ਖਬਰੇ ਕਿਹਨੇ ਸ਼ਰਾਰਤ ਕੀਤੀ ਹੈ। ਸੋਚਦੇ ਧਿਆਨ ਚੰਦ ਨੇ ਕੰਮ ਹੋ ਜਾਣ ਦਾ ਬਚਨ ਦੇ ਦਿੱਤਾ। ਇਹ ਜ਼ਿੰਮੇਵਾਰੀ ਨਿਭਾ ਕੇ ਬਚਨ ਸਿੰਘ ਹਲਕਾ ਫੁਲਕਾ ਮਹਿਸੂਸ ਕਰਨ ਲੱਗਾ। ਨਿਸ਼ਚਿੰਤ ਹੋ ਕੇ ਉਹ ਦਫ਼ਤਰ ਆ ਬੈਠਾ। ਹੁਣ ਜੱਜ ਜਦੋਂ ਮਰਜ਼ੀ ਕੇਸ ਸ਼ੁਰੂ ਕਰ ਲਏ। ਧੰਨਵਾਦ। ਮਿੱਤਰ ਸੈਨਮੀਤ ਦਾ ਨੋਵਲ ਕਟਹਿਰਾ ਦਾ 14ਵਾਂ ਅੰਗ। 10 ਵਜੇ ਤੋਂ ਪਹਿਲਾਂ ਹੀ ਕੋਰਟ ਰੂਮ ਦਰਸ਼ਕਾਂ ਨਾਲ ਭਰ ਗਿਆ। ਕੋਰਟ ਰੂਮ ਦੇ ਬਾਹਰ ਉਹ ਤੋਂ ਵੱਧ ਭੀੜ ਸੀ। ਸੰਘ ਦੇ ਬਹੁਤ ਸਾਰੇ ਵਰਕਰ ਪਿੱਪਲ ਹੇਠਾਂ ਜੁੜੇ ਖੜੋਤੇ ਸਨ। ਉਹ ਨਾਅਰੇਬਾਜ਼ੀ ਦੇ ਮੌਕੇ ਦੀ ਤਲਾਸ਼ 'ਚ ਸਨ। ਸੰਮਤੀ ਦੇ ਬਹੁਤ ਸਾਰੇ ਕਾਰਕੁਨ ਕਚਹਿਰੀ ਦੇ ਅਹਾਤੇ 'ਚ ਮੌਜੂਦ ਸਨ। ਬਾਬਾ ਜੀ ਵੀ ਹਾਜ਼ਰ ਸਨ, ਪਰ ਸੰਮਤੀ ਦੀ ਹਾਜ਼ਰੀ ਮਹਿਸੂਸ ਨਹੀਂ ਸੀ ਹੋ ਰਹੀ। ਉਹ ਇੱਧਰ ਉੱਧਰ ਖਿੰਡੇ ਹੋਏ ਸਨ। ਫਿਰ ਵੀ ਉਹਨਾਂ 'ਚ ਗੁਪਤ ਤਾਲਮੇਲ ਕਾਇਮ ਸੀ। ਸੰਘ ਦੇ ਪਹਿਲੇ ਨਾਅਰੇ ਦੇ ਜਵਾਬ ਵਿੱਚ ਉਹਨਾਂ ਅਸਮਾਨ ਗੁੰਜਣ ਲਾ ਦੇਣਾ ਸੀ। ਅਦਾਲਤ ਨੇ ਗਵਾਹਾਂ ਨੂੰ ਦੋ ਹਿੱਸਿਆਂ 'ਚ ਵੰਡਿਆ ਸੀ, ਮਾਹਿਰ ਗਵਾਹ ਅਤੇ ਸਧਾਰਨ ਗਵਾਹ। ਦੁਪਹਿਰ ਤੋਂ ਪਹਿਲਾਂ ਮਾਹਿਰ ਗਵਾਹਾਂ ਦੇ ਬਿਆਨ ਲਿਖੇ ਜਾਣੇ ਸੀ। ਬਾਅਦ ਦੁਪਹਿਰ ਮੋਦਨ ਰੇਹੜੀ ਵਾਲੇ, ਬਾਊ ਰਿਕਸ਼ੇ ਵਾਲੇ, ਸਕੂਲ ਦੇ ਚਪੜਾਸੀ, ਮੀਤੇ ਦੀ ਗੁਆਂਢਣ ਭਾਗੋ ਅਤੇ ਬਸਤੀ ਦੇ ਦੁਕਾਨਦਾਰ ਗਫੂਰ ਦੀ ਵਾਰੀ ਆਉਣੀ ਸੀ। ਇਸੇ ਹੀ ਢੰਗ ਨਾਲ ਵਕੀਲਾਂ ਨੇ ਆਪਣੀ ਡਿਊਟੀ ਵੰਡੀ ਸੀ। ਮਾਹਿਰਾਂ ਦੇ ਬਿਆਨ ਸਰਕਾਰੀ ਵਕੀਲ ਨੇ ਕਰਾਉਣੇ ਸੀ, ਬਾਕੀ ਦੇ ਭੰਡਾਰੀ ਨੇ। ਮਾਹਿਰਾਂ 'ਤੇ ਜ਼ਿਰਾ ਪਿਆਰੇ ਲਾਲ ਨੇ ਕਰਨੀ ਸੀ ਅਤੇ ਬਾਕੀ ਗਵਾਹਾਂ 'ਤੇ ਮੋਹਨ ਜੀ ਨੇ। ਸਫਾਈ ਦੇ ਵਕੀਲ ਪੌਣੇ 10 ਵਜੇ ਕੋਰਟ ਰੂਮ 'ਚ ਆ ਬਰਾਜੇ। 10 ਵੱਜਣ ਤੋਂ 5 ਮਿੰਟ ਪਹਿਲਾਂ ਸਰਕਾਰੀ ਵਕੀਲ ਨੇ ਵੀ ਆਪਣੀ ਕੁਰਸੀ ਆ ਮੱਲੀ। ਅਦਾਲਤ ਦੇ ਕਲਾਕ ਨੇ ਜਿਉਂ ਹੀ 10 ਵਜਾਏ, ਪਿਛਲੇ ਦਰਵਾਜ਼ੇ ਨਾਥ ਸਾਹਿਬ ਵੀ ਅਦਾਲਤ 'ਚ ਪ੍ਰਵੇਸ਼ ਕਰ ਗਏ।
ਕੋਰਟ ਰੂਮ 'ਚ ਹਾਜ਼ਰ ਹਰ ਛੋਟਾ ਵੱਡਾ ਸ਼ਹਿਰੀ ਅਦਾਲਤ ਦੀ ਵਡਿਆਈ ਲਈ ਖੜ੍ਹਾ ਹੋ ਗਿਆ। ਸਭ ਉਹਨਾਂ ਚਿਰ ਖੜ੍ਹੇ ਰਹੇ ਜਿੰਨਾ ਚਿਰ ਮਾਨਯੋਗ ਜੱਜ ਸਾਹਿਬ ਨੇ ਕੁਰਸੀ ਨਾ ਸੰਭਾਲ ਲਈ। ਜੱਜ ਦੇ ਬੈਠਦਿਆਂ ਹੀ ਬਾਕੀ ਅਹਿਲਕਾਰਾਂ, ਵਕੀਲਾਂ, ਦਰਸ਼ਕਾਂ ਨੇ ਵੀ ਆਪਣੇ ਆਪਣੇ ਸਥਾਨ ਗ੍ਰਹਿਣ ਕਰ ਲਏ। ਜੱਜ ਦੇ ਸੱਜੇ ਹੱਥ ਬੈਠੇ ਰੀਡਰ ਨੇ ਸੁਣਵਾਈ ਲਈ ਰੱਖੇ ਕੇਸਾਂ ਦੀ ਸੂਚੀ 'ਤੇ ਝਾਤ ਮਾਰੀ। ਸੂਚੀ 'ਚ ਕੇਵਲ ਇੱਕੋ ਕੇਸ ਸੀ, ਸਰਕਾਰ ਬਨਾਮ ਪਾਲਾ ਸਿੰਘ ਵਗੈਰਾ। ਰੀਡਰ ਨੇ ਮੇਜ਼ 'ਤੇ ਪਈ ਮਿਸਲ ਚੁੱਕੀ, ਅਰਦਲੀ ਨੂੰ ਮਿਸਲ ਦਾ ਅਨੁਵਾਨ ਪੜ੍ਹ ਕੇ ਸੁਣਾਇਆ ਅਤੇ ਮੁੜ ਮਿਸਲ ਜੱਜ ਸਾਹਿਬ ਦੇ ਅੱਗੇ ਰੱਖ ਦਿੱਤੀ। ਰੀਡਰ ਦੇ ਮੂੰਹੋਂ ਮੁਕੱਦਮੇ ਦਾ ਨਾਂ ਨਿਕਲਦਿਆਂ ਹੀ ਦੋਹਾਂ ਧਿਰਾਂ ਦੇ ਵਕੀਲਾਂ ਨੇ ਆਪਣੀਆਂ ਆਪਣੀਆਂ ਕੁਰਸੀਆਂ ਛੱਡੀਆਂ ਅਤੇ ਲੈਕਚਰ ਸਟੈਂਡ ਮੱਲ ਲਏ। ਮੁਕੱਦਮੇ ਦੇ ਅਨੁਵਾਨ ਨੂੰ ਕਈ ਕਈ ਵਾਰ ਦੁਹਰਾਉਂਦੇ ਅਰਦਲੀ ਅਦਾਲਤ ਦੇ ਦਰਵਾਜ਼ੇ ਕੋਲ ਪੁੱਜਾ ਅਤੇ ਆਵਾਜ਼ਾਂ ਮਾਰਨ ਲੱਗਾ, ਸਰਕਾਰ ਬਨਾਮ ਪਾਲਾ ਸਿੰਘ ਵਗੈਰਾ ਹਾਜ਼ਰ ਹੋ। ਪਾਲੇ ਅਤੇ ਮੀਤੇ ਨੂੰ ਹੱਥਕੜੀਆਂ 'ਚ ਜਕੜੀ ਖੜ੍ਹੇ ਸਿਪਾਹੀ ਪਹਿਲਾਂ ਹੀ ਆਵਾਜ਼ ਦੀ ਉਡੀਕ 'ਚ ਸਨ। ਝੱਟ ਉਹਨਾਂ ਨੂੰ ਅਦਾਲਤ ਅੰਦਰ ਲੈ ਗਏ। ਦੋਸ਼ੀਆਂ ਨੇ ਝੁੱਕ ਕੇ ਸਲਾਮ ਬੁਲਾਈ, ਸਿਪਾਹੀਆਂ ਨੇ ਜ਼ੋਰ ਨਾਲ ਬੂਟ ਖੜਕਾ ਕੇ ਸਲੂਟ ਮਾਰੇ, ਫਿਰ ਉਹ ਸਾਰੇ ਦੋਸ਼ੀਆਂ ਦੇ ਕਟਹਿਰੇ ਵੱਲ ਆ ਗਏ। ਗਵਾਹੀ ਲਈ ਪਹਿਲਾਂ ਡਾਕਟਰ ਸ਼ਰਮਾ ਨੂੰ ਬੁਲਾਇਆ ਗਿਆ। ਪੋਸਟਮਾਰਟਮ ਵਾਲਾ ਰਜਿਸਟਰ ਲੈ ਕੇ ਉਹ ਸਿੱਧਾ ਗਵਾਹਾਂ ਦੇ ਕਟਹਿਰੇ 'ਚ ਜਾ ਖੜੋਤਾ। ਸੁਣਵਾਈ ਸ਼ੁਰੂ ਹੋਈ। ਆਪਣਾ ਨਾਮ ਪਤਾ ਲਿਖਾਉਣ ਤੋਂ ਪਹਿਲਾਂ ਡਾਕਟਰ ਨੇ ਸਹੁੰ ਖਾਧੀ, ਜੋ ਕੁਝ ਆਖਾਂਗਾ ਧਰਮ ਨੂੰ ਜਾਣ ਕੇ ਸੱਚ ਆਖਾਂਗਾ। 20 ਅਕਤੂਬਰ ਦੀ ਸ਼ਾਮ ਨੂੰ ਡਾਕਟਰ ਨੇ ਬੰਟੀ ਨਾਂ ਦੇ ਇੱਕ ਬੱਚੇ ਦਾ ਪੋਸਟਮਾਰਟਮ ਕੀਤਾ ਸੀ। ਲਾਸ਼ ਦਾ ਮੁਆਇਨਾ ਕਰਨ 'ਤੇ ਉਹਨੂੰ ਪਤਾ ਲੱਗਾ ਕਿ ਪਹਿਲਾਂ ਕਤਲ ਦੇ ਇਰਾਦੇ ਨਾਲ ਬੱਚੇ ਦੇ ਸਿਰ 'ਚ ਰੌਡ ਮਾਰੀ ਗਈ, ਕਿਸੇ ਕਾਰਨ ਬੱਚਾ ਬਚ ਗਿਆ, ਫਿਰ ਉਹ ਰੌਡ ਬੱਚੇ ਦੀ ਗਰਦਨ 'ਤੇ ਰੱਖ ਕੇ ਦਬਾ ਦਿੱਤੀ ਗਈ। ਮੁਆਇਨੇ ਸਮੇਂ ਬੱਚੇ ਦੀਆਂ ਗੱਲਾਂ 'ਤੇ ਹੰਝੂਆਂ ਦੇ ਨਿਸ਼ਾਨ ਸਨ, ਅੱਖਾਂ ਬਾਹਰ ਨੂੰ ਆਈਆਂ ਹੋਈਆਂ ਸਨ, ਉਹ ਸੁੱਕ ਕੇ ਤੀਲਾ ਹੋਇਆ ਹੋਇਆ ਸੀ, ਬਦਨ 'ਤੇ ਕੋਈ ਕੱਪੜਾ ਮੌਜੂਦ ਨਹੀਂ ਸੀ। ਜੇ ਪਿਆਰੇ ਲਾਲ ਦਾ ਉਦੇਸ਼ ਆਪਣੀ ਵਕਾਲਤ ਚਮਕਾਉਣਾ ਹੁੰਦਾ ਤਾਂ ਆਪਣੀ ਲਿਆਕਤ ਦਾ ਸਿੱਕਾ ਜਮਾਉਣ ਲਈ ਡਾਕਟਰ ਦੇ ਔਖੇ ਔਖੇ ਸਵਾਲ ਪੁੱਛਦਾ, ਡਾਕਟਰ ਦੇ ਹਰ ਜਵਾਬ 'ਤੇ ਕਾਨੂੰਨੀ ਨੁਕਤਾਚੀਨੀ ਕਰਦਾ, ਨਿੱਕੇ ਨਿੱਕੇ ਨੁਕਤੇ ਉਠਾ ਕੇ ਜੱਜ ਨਾਲ ਬਹਿਸਦਾ, ਆਪਣੀ ਦਲੀਲ ਦੀ ਪੁਸ਼ਟੀ ਲਈ ਕਾਨੂੰਨ ਦੀਆਂ ਕਿਤਾਬਾਂ ਪੇਸ਼ ਕਰਦਾ। ਊਟ ਪਟਾਂਗ ਸਵਾਲ ਦੀ ਥਾਂ ਉਹਨੇ ਡਾਕਟਰ ਤੋਂ ਦੋ ਹੀ ਸਪਸ਼ਟੀਕਰਨ ਮੰਗੇ। ਡਾਕਟਰ ਦੀ ਰਿਪੋਰਟ ਅਨੁਸਾਰ ਮਰਨ ਸਮੇਂ ਬੱਚੇ ਦਾ ਪੇਟ ਖਾਲੀ ਸੀ। ਡਾਕਟਰ ਦੇ ਅੰਦਾਜ਼ੇ ਅਨੁਸਾਰ ਪੇਟ ਕਿੰਨੇ ਕੁ ਦਿਨ ਖਾਲੀ ਰਿਹਾ ਹੋਵੇਗਾ? ਸਵਾਲ ਸੁਣ ਕੇ ਡਾਕਟਰ ਠਠੰਬਰ ਗਿਆ। ਅਸਲੀਅਤ ਇਹ ਸੀ ਕਿ ਉਹਨੇ ਪੋਸਟਮਾਰਟਮ ਧਿਆਨ ਨਾਲ ਕੀਤਾ ਹੀ ਨਹੀਂ ਸੀ। ਡਾਕਟਰ ਨੂੰ ਦੱਸਿਆ ਗਿਆ ਸੀ ਕਿ ਅੱਤਵਾਦੀ ਕੰਮ ਕੇਸ ਹੈ, ਕਿਹੜਾ ਦੋਸ਼ੀ ਫੜੇ ਜਾਣੇ, ਫੜੇ ਵੀ ਗਏ ਤਾਂ ਕਿਸੇ ਨੇ ਗਵਾਹੀ ਨਹੀਂ ਦੇਣੀ। ਡਾਕਟਰ ਨੇ ਬਸ ਰਿਪੋਰਟ ਦੇਣ ਦਾ ਜ਼ਾਬਤਾ ਹੀ ਪੂਰਾ ਕਰਨਾ ਸੀ। ਪੁਲਿਸ ਦੇ ਇਸ ਮਸ਼ਵਰੇ ਨੂੰ ਧਿਆਨ 'ਚ ਰੱਖਦਿਆਂ ਹੀ ਡਾਕਟਰ ਨੇ ਮੌਤ ਸਮੇਂ ਬੱਚੇ ਦਾ ਪੇਟ ਖਾਲੀ ਹੋਣਾ ਲਿਖਿਆ ਸੀ। ਜੇ ਪੇਟ 'ਚੋਂ ਕੁਝ ਮਿਲਿਆ ਦਿਖਾਇਆ ਹੁੰਦਾ ਤਾਂ ਪੇਟ 'ਚੋਂ ਮਿਲੀ ਵਸਤੂ ਨੂੰ ਟੈਸਟ ਲਈ ਕੈਮੀਕਲ ਐਗਜ਼ਾਮੀਨਰ ਕੋਲ ਭੇਜਣਾ ਪੈਣਾ ਸੀ, ਵਿਸਰੇ ਨੂੰ ਉੱਥੇ ਤੱਕ ਪਹੁੰਚਾਉਣ ਲਈ 50 ਝੰਝਟਾਂ 'ਚ ਪੈਣਾ ਸੀ। ਇਹਨਾਂ ਝੰਝਟਾਂ ਤੋਂ ਬਚਣ ਲਈ ਡਾਕਟਰ ਨੇ ਇਹ ਸੌਖਾ ਰਾਹ ਅਪਣਾਇਆ ਸੀ, ਪਰ ਵਕੀਲ ਦੇ ਸਵਾਲ ਨੇ ਉਹ ਝੰਝਟ ਫੇਰ ਖੜ੍ਹਾ ਕਰ ਦਿੱਤਾ। ਇੰਝ ਲੱਗਦਾ ਸੀ ਜਿਵੇਂ ਹਫ਼ਤਾ ਭਰ ਬੱਚੇ ਦੇ ਪੇਟ 'ਚ ਖਿੱਲ ਤੱਕ ਨਾ ਗਈ ਹੋਵੇ। ਖੇੜਾ ਚੜਾਉਣ ਲਈ ਡਾਕਟਰ ਨੇ ਅੰਦਾਜ਼ੇ ਨਾਲ ਤੀਰ ਛੱਡਿਆ। ਬੱਚੇ ਦੇ ਅਗਵਾ ਹੋਣ ਤੋਂ 2 ਦਿਨ ਪਹਿਲਾਂ ਸਕੂਲ 'ਚ ਬੱਚਿਆਂ ਦਾ ਡਾਕਟਰੀ ਮੁਆਇਨਾ ਹੋਇਆ ਸੀ। ਉਸ ਅਨੁਸਾਰ ਬੱਚੇ ਦਾ ਭਾਰ 30 ਕਿਲੋ ਸੀ। ਪੋਸਟਮਾਰਟਮ ਸਮੇਂ ਇਹ ਭਾਰ 20 ਕਿਲੋ ਸੀ। 20 ਦਿਨਾਂ 'ਚ 10 ਕਿਲੋ ਭਾਰ ਘਟਣ ਦਾ ਭਲਾ ਕੀ ਕਾਰਨ ਹੋ ਸਕਦਾ? ਭੁੱਖ ਅਤੇ ਦਹਿਸ਼ਤ। ਇਸ ਸਵਾਲ ਦਾ ਜਵਾਬ ਦੇਣ 'ਚ ਡਾਕਟਰ ਨੂੰ ਕੋਈ ਦਿੱਕਤ ਪੇਸ਼ ਨਹੀਂ ਸੀ ਆਈ। ਇੱਥੇ ਮਹਿਜ਼ ਉਹਦੀ ਰਾਏ ਜਾਣੀ ਗਈ ਸੀ। ਦਹਿਸ਼ਤ ਹੁੰਦਿਆਂ ਵੀ ਜੇ ਰਜਵਾਂ ਖਾਣਾ ਮਿਲਦਾ ਰਹੇ ਤਾਂ ਕੀ ਇੰਨਾ ਭਾਰ ਘੱਟ ਸਕਦਾ? ਪਿਆਰੇ ਲਾਲ ਦਾ ਅਗਲਾ ਸਵਾਲ ਸੀ, ਨਹੀਂ ਤਾਂ ਇਹਦਾ ਮਤਲਬ ਹੈ ਕਿ ਭਾਰ ਘਟਣ ਦਾ ਵੱਡਾ ਕਾਰਨ ਭੁੱਖ ਸੀ। ਜੀ ਹਾਂ, ਪਹਿਲਾ ਨੁਕਤਾ ਸਪਸ਼ਟ ਕਰਵਾ ਕੇ ਪਿਆਰੇ ਲਾਲ ਨੇ ਦੂਜਾ ਨੁਕਤਾ ਛੋਇਆ। ਇਹ ਨੁਕਤਾ ਬੱਚੇ ਨੂੰ ਕਤਲ ਕਰਨ ਲਈ ਵਰਤੀ ਗਈ ਰੌਡ ਦੇ ਡਾਇਆਮੀਟਰ ਸੰਬੰਧੀ ਸੀ। ਬੱਚੇ ਦਾ ਸਿਰ ਛੋਟੀ ਵੀ ਹੁੰਦਾ ਹੈ ਅਤੇ ਨਾਜ਼ੁਕ ਵੀ। ਫੁੱਲ ਵਰਗੇ ਸਿਰ ਨੂੰ ਖੱਖੜੀ ਖੱਖੜੀ ਕਰਨ ਲਈ ਅਸਫਲ ਹੋਈ ਰੌਡ ਦਾ ਡਾਇਆਮੀਟਰ ਭਲਾ ਕਿੰਨਾ ਕੁ ਹੋਏਗਾ? ਜਵਾਬ ਸਪਸ਼ਟ ਸੀ। ਜ਼ਖਮ ਦੀ ਲੰਬਾਈ, ਚੌੜਾਈ ਅਤੇ ਡੂੰਘਾਈ ਡਾਕਟਰ ਨੇ ਆਪਣੀ ਰਿਪੋਰਟ 'ਚ ਦਰਜ ਕੀਤੀ ਹੋਈ ਸੀ। ਜ਼ਖਮ ਮੁਤਾਬਕ ਰੌਡ ਦੀ ਗੁਲਾਈ 1.5-2 ਇੰਚ ਦੇ ਵਿਚਕਾਰ ਹੋਣੀ ਚਾਹੀਦੀ ਸੀ, ਭਾਵ ਕਿ ਬੱਚੇ ਨੂੰ ਸੱਟ ਮਾਰਨ ਲਈ ਖਿੜਕੀਆਂ, ਰੋਸ਼ਨਦਾਨਾਂ 'ਚ ਵਰਤੇ ਜਾਂਦੇ ਕਿਸੇ ਸਧਾਰਨ ਜਿਹੇ ਸਰੀਏ ਦੀ ਵਰਤੋਂ ਕੀਤੀ ਗਈ ਹੋਵੇਗੀ। ਇੰਝ ਹੀ ਜਾਪਦਾ ਕਿ ਇਹ ਜ਼ਖਮ ਅਜਿਹੀ ਸੱਬਲ ਨਾਲ ਸੰਭਵ ਹੈ ਜਿਹਦਾ ਡਾਇਮੀਟਰ 4 ਇੰਚ ਹੋਵੇ? ਨਹੀਂ, ਅਜਿਹੀ ਸੱਬਲ ਤਾਂ ਬੱਚੇ ਦੀ ਚਟਨੀ ਬਣਾ ਦਿੰਦੀ ਹੈ। ਬਹੁਤ ਬਹੁਤ ਧੰਨਵਾਦ, ਤੁਸੀਂ ਜਾ ਸਕਦੇ ਹੋ। ਮਤਲਬ ਦਾ ਜਵਾਬ ਹਾਸਲ ਕਰਕੇ ਪਿਆਰੇ ਲਾਲ ਨੇ ਡਾਕਟਰ ਨੂੰ ਫਾਰਗ ਕੀਤਾ। ਡਾਕਟਰ ਦੇ ਤੁਰ ਜਾਣ 'ਤੇ ਸਰਕਾਰੀ ਵਕੀਲ ਨੇ ਅਗਲੇ ਗਵਾਹ ਦਾ ਨਾਂ ਪਤਾ ਦੱਸਣਾ ਸੀ। ਅਰਦਲੀ ਨੇ ਉਸ ਗਵਾਹ ਨੂੰ ਆਵਾਜ਼ ਮਾਰਨੀ ਸੀ, ਫਿਰ ਉਹ ਗਵਾਹ ਦੀ ਗਵਾਹੀ ਸ਼ੁਰੂ ਹੋਣੀ ਸੀ, ਪਰ ਬਚਨ ਸਿੰਘ ਨੂੰ ਅਗਲੇ ਗਵਾਹ ਦਾ ਨਾਂ ਪਤਾ ਦੱਸਣ ਦੀ ਸੁੱਧ ਨਹੀਂ ਸੀ। ਸਫਾਈ ਧਿਰ ਨੇ ਇਹ ਸਵਾਲ ਕਿਸ ਆਸ਼ੇ ਨਾਲ ਪੁੱਛੇ ਸਨ, ਉਹ ਇਸ ਗੁੱਥੀ ਸੁਲਝਾਉਣ 'ਚ ਰੁੱਝਾ ਹੋਇਆ ਸੀ।
ਬੱਚੇ ਦੇ ਭੁੱਖੇ ਰਹਿਣ ਜਾਂ ਵਜ਼ਨ ਦੇ ਘਟਣ ਬਾਰੇ ਸਵਾਲ ਕਿਉਂ ਪੁੱਛੇ ਗਏ? ਇਹ ਤਾਂ ਉਹਨੂੰ ਸਮਝ ਨਾ ਆਈ, ਪਰ ਰੋਡ ਦੇ ਡਾਇਮੀਟਰ ਵਾਲੀ ਪਹੇਲੀ ਸਪਸ਼ਟ ਸੀ। ਪੋਸਟਮਾਰਟਮ ਰਿਪੋਰਟ ਅਨੁਸਾਰ ਰੋਡ ਦੀ ਗੁਲਾਈ ਉਨੀ ਬਣਦੀ ਸੀ ਜਿੰਨੀ ਡਾਕਟਰ ਨੇ ਦੱਸੀ, ਪਰ ਬੇਵਕੂਫ ਥਾਣੇਦਾਰ ਨੇ ਦੋਸ਼ੀਆਂ ਕੋਲੋਂ ਜਿਹੜੀ ਸੱਬਲ ਬਰਾਮਦ ਕੀਤੀ ਸੀ ਉਹਦਾ ਡਾਇਮੀਟਰ ਇਹ ਤੋਂ ਕਈ ਗੁਣਾ ਵੱਧ ਸੀ। ਬਰਾਮਦ ਹੋਈ ਸੱਬਲ ਦੀ ਸੱਟ ਨਾਲ ਤਾਂ ਦਾਰਾ ਸਿੰਘ ਵਰਗਾ ਪਹਿਲਵਾਨ ਵੀ ਪਾਣੀ ਨਾ ਮੰਗ ਸਕਦਾ। ਸਫਾਈ ਧਿਰ ਨੂੰ ਪਹਿਲੇ ਹੀ ਹੱਲੇ ਮਿਲੀ ਕਾਮਯਾਬੀ ਤੇ ਬਚਨ ਸਿੰਘ ਖਿਝ ਰਿਹਾ ਸੀ। ਚਲੋ ਦੇਖੀ ਜਾਏਗੀ, ਅਜਿਹੀਆਂ ਛੋਟੀਆਂ ਮੋਟੀਆਂ ਮੁਣਤਾਈਆਂ ਦੇ ਆਧਾਰ ਤੇ ਦੋਸ਼ੀ ਬਰੀ ਥੋੜਾ ਹੋ ਜਾਣੇ, ਸੋਚਦੇ ਬਚਨ ਸਿੰਘ ਨੇ ਮਨ ਚ ਸਮਝੌਤਾ ਕੀਤਾ ਤੇ ਅਗਲੇ ਗਵਾਹ ਦਾ ਨਾਂ ਪਤਾ ਦੱਸਿਆ। ਧਿਆਨ ਚੰਦ ਦੀ ਗਵਾਹੀ ਦੇਣ ਦੇ ਕਾਇਦੇ ਕਾਨੂੰਨ ਤੋਂ ਵਾਕਫ ਸੀ, ਉਸ ਨਾਂ ਪਤਾ ਲਿਖਾਇਆ, ਸਹੁੰ ਖਾਧੀ, ਆਪਣਾ ਬਿਆਨ ਦਰਜ ਕਰਾਉਣ ਲੱਗਾ। ਇਸ ਸਾਇੰਟਿਫਿਕ ਅਫਸਰ ਨੇ ਇਸ ਮੁਕੱਦਮੇ ਨਾਲ ਸੰਬੰਧਿਤ ਉਂਗਲਾਂ ਦੇ ਨਿਸ਼ਾਨਾਂ ਦਾ ਮਿਲਾਨ ਕੀਤਾ ਸੀ। ਬੰਟੀ ਦੀ ਲਾਸ਼ ਖੁਰਦ ਬੁਰਦ ਕਰਦੇ ਸਮੇਂ ਦੋਸ਼ੀਆਂ ਤੋਂ ਇੱਕ ਕੁਤਾਈ ਹੋਈ ਸੀ। ਲਾਸ਼ ਨੂੰ ਹਸਪਤਾਲ ਦੇ ਵੀਰਾਨ ਕਮਰੇ 'ਚ ਸੁੱਟਦੇ ਸਮੇਂ ਉਹ ਹੱਥਾਂ 'ਤੇ ਦਸਤਾਨੇ ਚੜਾਉਣਾ ਭੁੱਲ ਗਏ ਸੀ। ਨਤੀਜੇ ਵਜੋਂ ਉਂਗਲਾਂ ਦੇ ਕੁਝ ਨਿਸ਼ਾਨ ਮੌਕੇ 'ਤੇ ਰਹਿ ਗਏ। ਉਸ ਥਾਂ ਦੀ ਪੜਤਾਲ ਸਮੇਂ ਮਾਹਿਰਾਂ ਨੇ ਇਹ ਨਿਸ਼ਾਨ ਲੱਭ ਲਏ ਸੀ। ਕਾਇਦੇ ਅਨੁਸਾਰ ਇਹਨਾਂ ਨੂੰ ਲਿਫਾਫੇ 'ਚ ਬੰਦ ਕਰਕੇ ਲਿਫਾਫੇ ਨੂੰ ਸਰਬ ਮੋਹਰ ਕਰਕੇ ਫਿੰਗਰਪ੍ਰਿੰਟ ਬਿਊਰੋ ਫਿਲੌਰ ਕੋਲ ਜਮ੍ਹਾਂ ਕਰਾਇਆ ਗਿਆ ਸੀ। 15 ਦਿਨਾਂ ਬਾਅਦ ਦੋਸ਼ੀਆਂ ਨੂੰ ਫੜ ਲਿਆ ਗਿਆ ਸੀ। ਉਹਨਾਂ ਦੀਆਂ ਉਂਗਲਾਂ ਦੇ ਨਿਸ਼ਾਨ ਤਹਿਸੀਲਦਾਰ ਸਾਹਮਣੇ ਲਏ ਗਏ ਸੀ। ਅਗਲੇ ਦਿਨ ਵਿਸ਼ੇਸ਼ ਦੂਤ ਰਾਹੀਂ ਉਹ ਨਿਸ਼ਾਨ ਵੀ ਫਿਲੌਰ ਭੇਜ ਦਿੱਤੇ ਗਏ। ਫਿਲੌਰ ਵਾਲਿਆਂ ਨੇ ਸੁਰੱਖਿਅਤ ਰੱਖੇ ਨਿਸ਼ਾਨਾਂ ਨੂੰ ਦੋਸ਼ੀਆਂ ਦੇ ਨਿਸ਼ਾਨਾਂ ਨਾਲ ਮਿਲਾਉਣਾ ਸੀ, ਦੱਸਣਾ ਸੀ ਉਹਨਾਂ 'ਚੋਂ ਕੋਈ ਇਹਨਾਂ ਦੋਸ਼ੀਆਂ ਦੇ ਸਨ ਜਾਂ ਨਹੀਂ। ਇਹ ਫਰਜ਼ ਧਿਆਨ ਚੰਦ ਨੇ ਨਿਭਾਏ ਸਨ। ਸਾਰੇ ਵਿਗਿਆਨਕ ਢੰਗ ਤਰੀਕੇ ਅਪਣਾ ਕੇ ਉਹ ਇਸ ਸਿੱਟੇ 'ਤੇ ਪੁੱਜਾ ਸੀ ਕਿ ਵਕੂਏ ਵਾਲੀ ਥਾਂ ਤੋਂ ਮਿਲੇ ਨਿਸ਼ਾਨ ਮੀਤੇ ਦੋਸ਼ੀ ਦੇ ਸਨ। ਇਸ ਤਰ੍ਹਾਂ ਉਹਦੀ ਰਿਪੋਰਟ ਇਹ ਸਾਬਤ ਕਰਦੀ ਸੀ ਕਿ ਮੀਤਾ ਜੁਰਮ 'ਚ ਭਾਗੀਦਾਰ ਸੀ। ਜ਼ੇਰਾ ਸ਼ੁਰੂ ਕਰਨ ਤੋਂ ਪਹਿਲਾਂ ਪਿਆਰੇ ਲਾਲ ਨੇ ਧਿਆਨ ਚੰਦ ਨੂੰ ਇੱਕ ਵਾਰੀ ਫਿਰ ਉਹਦੀ ਰਿਪੋਰਟ ਵਿਖਾਈ। ਇੱਥੇ ਸਪਸ਼ਟ ਸ਼ਬਦਾਂ 'ਚ ਇਹ ਲਿਖਿਆ ਹੋਇਆ ਸੀ ਕਿ ਇੱਕ ਪਾਰਸਲ ਮੁਖਤਿਆਰ ਸਿੰਘ ਸਿਪਾਹੀ ਨੇ ਉਸ ਕੋਲ 20 ਅਕਤੂਬਰ ਨੂੰ ਜਮ੍ਹਾਂ ਕਰਾਇਆ ਸੀ। ਇਸ ਪਾਰਸਲ 'ਤੇ ਨਾਜਰ ਸਿੰਘ ਥਾਣੇਦਾਰ ਨੇ ਆਪਣੀਆਂ ਮੋਹਰਾਂ ਲਾਈਆਂ ਸੀ। ਇਸ ਪਾਰਸਲ 'ਚੋਂ ਨਿਸ਼ਾਨ ਸਨ ਜਿਹੜੇ ਮੌਕੇ ਤੋਂ ਮਿਲੇ ਸਨ। ਰਿਪੋਰਟ ਅਨੁਸਾਰ ਇਹ ਵੀ ਦਰੁਸਤ ਸੀ ਕਿ ਦੂਸਰਾ ਪਾਰਸਲ 5 ਨਵੰਬਰ ਨੂੰ ਪ੍ਰਾਪਤ ਹੋਇਆ ਸੀ। ਇਹਨੂੰ ਸਿਪਾਹੀ ਸੁਰਜੀਤ ਸਿੰਘ ਲੈ ਕੇ ਆਇਆ ਸੀ। ਇਹਨੂੰ ਵੀ ਨਾਜਰ ਸਿੰਘ ਥਾਣੇਦਾਰ ਨੇ ਹੀ ਸਰਮੋਹਰ ਕੀਤਾ ਸੀ। ਇਸ ਪਾਰਸਲ 'ਚੋਂ ਨਿਸ਼ਾਨ ਸਨ ਜਿਹੜੇ ਤਹਿਸੀਲਦਾਰ ਸਾਹਮਣੇ ਦੋਸ਼ੀਆਂ ਵੱਲੋਂ ਲਏ ਗਏ ਸਨ। ਧਿਆਨ ਚੰਦ ਨੇ ਉਹਨਾਂ ਦੋਹਾਂ ਪਾਰਸਲਾਂ ਵਿੱਚੋਂ ਨਿਕਲੇ ਨਿਸ਼ਾਨਾਂ ਦਾ ਹੀ ਮਿਲਾਨ ਕੀਤਾ ਸੀ ਅਤੇ ਆਪਣੀ ਰਾਏ ਪ੍ਰਗਟਾਈ ਸੀ। ਇੱਥੋਂ ਤੱਕ ਸਾਰੀ ਜ਼ਿਰਾ ਸੁੱਖ ਸ਼ਾਂਤੀ ਨਾਲ ਹੁੰਦੀ ਰਹੀ। ਸਟੈਨੋ ਤੋਂ ਲੈ ਕੇ ਜੱਜ ਤੱਕ ਨੂੰ ਪਿਆਰੇ ਲਾਲ ਦੇ ਇਹ ਸਵਾਲ ਮੂਰਖਤਾ ਭਰੇ ਲੱਗੇ ਸਨ। ਇਹ ਸਭ ਕੁਝ ਰਿਪੋਰਟ 'ਚ ਲਿਖਿਆ ਹੋਇਆ ਸੀ, ਇਹਨਾਂ ਬਾਰੇ ਗਵਾਹ ਨੂੰ ਪੱਕਿਆਂ ਕਰਨ ਦੀ ਕੀ ਜ਼ਰੂਰਤ ਸੀ? ਧਿਆਨ ਚੰਦ ਨੂੰ ਜਿਹੜੀ ਥੋੜ੍ਹੀ ਜਿਹੀ ਘਬਰਾਹਟ ਸੀ ਇਹਨਾਂ ਅਨਾੜੀ ਸਵਾਲਾਂ ਨਾਲ, ਉਹ ਵੀ ਜਾਂਦੀ ਰਹੀ। ਗਵਾਹ ਨੂੰ ਪੂਰੇ ਜਲੌ 'ਚ ਆਇਆ ਦੇਖ ਕੇ ਪਿਆਰੇ ਲਾਲ ਨੇ ਪ੍ਰਸ਼ਨਾਂ ਦਾ ਅਗਲਾ ਦੌਰ ਸ਼ੁਰੂ ਕੀਤਾ। ਧਿਆਨ ਚੰਦ ਕੋਲੋਂ ਰਜਿਸਟਰ ਖੁਲਵਾਇਆ ਗਿਆ ਜਿਸ 'ਚ ਬਿਊਰੋ ਵਿੱਚ ਪ੍ਰਾਪਤ ਹੁੰਦੇ ਪਾਰਸਲਾਂ ਦਾ ਇੰਦਰਾਜ਼ ਕੀਤਾ ਜਾਂਦਾ ਹੈ। ਰਜਿਸਟਰ ਦੇਖ ਕੇ ਦੱਸੋ ਕਿ 20 ਅਕਤੂਬਰ ਨੂੰ ਇਹ ਪਾਰਸਲ ਕਿਸ ਨੇ ਜਮ੍ਹਾਂ ਕਰਾਇਆ ਸੀ ਅਤੇ ਉਹ ਪਾਰਸਲ ਕਿਸ ਵੱਲੋਂ ਸਰਮੋਹਰ ਕੀਤਾ ਗਿਆ ਸੀ। ਉੱਤਰ ਦੇਣ ਲਈ ਜਿਉਂ ਹੀ ਧਿਆਨ ਚੰਦ ਨੇ ਸੰਬੰਧਿਤ ਪੰਨਾ ਪੜ੍ਹਨਾ ਸ਼ੁਰੂ ਕੀਤਾ ਤਿਉਂ ਹੀ ਉਹਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਇੱਥੇ ਤਾਂ ਪਾਰਸਲ ਜਮ੍ਹਾਂ ਕਰਾਉਣ ਵਾਲੇ ਦਾ ਨਾਂ ਸੁਰਜੀਤ ਸਿੰਘ ਲਿਖਿਆ ਹੋਇਆ ਸੀ, ਅਗਾਂਹ ਇੱਕ ਘਪਲਾ ਹੋਰ ਸੀ। ਰਜਿਸਟਰ ਅਨੁਸਾਰ ਜਮ੍ਹਾਂ ਹੋਏ ਪਾਰਸਲ ਨੂੰ ਦੇਵਰਾਜ ASI ਨੇ ਸਰਮੋਹਰ ਕੀਤਾ ਸੀ। ਇਹ ਦੋਨੋਂ ਤੱਥ ਰਿਪੋਰਟ ਨਾਲ ਮੇਲ ਨਹੀਂ ਸੀ ਖਾਂਦੇ। ਇਸ ਫਰਕ ਤੋਂ ਸਾਬਤ ਹੁੰਦਾ ਸੀ ਕਿ ਧਿਆਨ ਚੰਦ 20 ਅਕਤੂਬਰ ਜਮ੍ਹਾਂ ਹੋਏ ਪਾਰਸਲ ਦੀ ਥਾਂ ਕੋਈ ਹੋਰ ਪਾਰਸਲ ਵਰਤ ਗਿਆ ਸੀ। ਇਹ ਕੀ ਮਾਜਰਾ ਸੀ ਇਕਦਮ ਧਿਆਨ ਚੰਦ ਨੂੰ ਸਮਝ ਨਹੀਂ ਸੀ ਆ ਰਿਹਾ। ਧਿਆਨ ਚੰਦ ਨੂੰ ਟਪਲਾ ਨਾ ਲੱਗਾ ਹੋਵੇ ਇਸ ਲਈ ਉਹਨੇ ਇੱਕ ਵਾਰ ਫਿਰ ਪਹਿਲਾਂ ਆਪਣੀ ਰਿਪੋਰਟ ਘੋਖੀ, ਫਿਰ ਰਜਿਸਟਰ, ਦੋਵੇਂ ਆਪਣੀ ਆਪਣੀ ਥਾਂ ਠੀਕ ਸੀ। ਫਿਰ ਇਹ ਫਰਕ ਕਿਉਂ ਭਵਤਰਿਆ? ਕਦੇ ਉਹ ਪਿਆਰੇ ਲਾਲ ਵੱਲ ਤੱਕਦਾ, ਕਦੇ ਜੱਜ ਵੱਲ ਅਤੇ ਕਦੇ ਬਚਨ ਸਿੰਘ ਵੱਲ। ਬੋਲ ਬਈ, ਜਦੋਂ ਕਈ ਕਈ ਵਾਰ ਪੰਨੇ ਪਲਟ ਕੇ ਵੀ ਧਿਆਨ ਚੰਦ ਕੋਈ ਸਪਸ਼ਟੀਕਰਨ ਨਾ ਦੇ ਸਕਿਆ ਤਾਂ ਜੱਜ ਨੂੰ ਹੁਕਮ ਸੁਣਾਉਣਾ ਪਿਆ। ਰਜਿਸਟਰ 'ਚ ਪਾਰਸਲ ਜਮ੍ਹਾਂ ਕਰਾਉਣ ਵਾਲੇ ਦਾ ਨਾਂ ਸੁਰਜੀਤ ਸਿੰਘ ਅਤੇ ਮੋਹਰਾਂ ਲਾਉਣ ਵਾਲੇ ਦਾ ਨਾਂ ਦੇਵਰਾਜ ਦਰਜ ਹੈ ਜਨਾਬ। ਜਵਾਬ ਦਿੰਦੇ ਧਿਆਨ ਚੰਦ ਨੂੰ ਪਸੀਨਾ ਵੀ ਆਇਆ ਅਤੇ ਉਹਦੀ ਜ਼ਬਾਨ ਵੀ ਥਥਲਾਈ। ਚਾਰੇ ਪਾਸੇ ਸੰਨਾਟਾ 'ਚ ਆ ਗਿਆ। ਰਿਪੋਰਟ ਅਤੇ ਰਜਿਸਟਰ ਵਿਚਲੇ ਇਸ ਜ਼ਮੀਨ ਅਸਮਾਨ ਦੇ ਫਰਕ 'ਤੇ ਸਭ ਹੈਰਾਨ ਸਨ। ਇਸ ਤਰ੍ਹਾਂ ਤਾਂ ਦੋਸ਼ੀ ਸਿੱਧੇ ਬਰੀ ਹੋ ਜਾਣੇ ਸਨ। ਇਹ ਕਲੈਰੀਕਲ ਮਿਸਟੇਕ ਹੈ ਜਨਾਬ, ਨਾਂ ਲਿਖਣ ਸਮੇਂ ਗਲਤੀ ਲੱਗ ਗਈ, ਘਬਰਾਏ ਬਚਨ ਸਿੰਘ ਨੇ ਸਪਸ਼ਟੀਕਰਨ ਦੇਣਾ ਚਾਹਿਆ। ਜੱਜ ਨੇ ਬਚਨ ਸਿੰਘ ਦੇ ਤਰਕ ਵੱਲ ਕੋਈ ਧਿਆਨ ਨਾ ਦਿੱਤਾ, ਉਹਨੂੰ ਚੁੱਪ ਰਹਿਣ ਦੀ ਹਦਾਇਤ ਹੋਈ। ਜੱਜ ਖੁਦ ਰਜਿਸਟਰ 'ਤੇ ਰਿਪੋਰਟ ਦੀ ਘੋਖ ਕਰਨ ਲੱਗਾ। ਹੁਣ ਇਹ ਦੱਸੋ, ਉਹ ਪਾਰਸਲ ਕਿੱਥੇ ਹੈ ਜਿਹੜਾ ਸੁਰਜੀਤ ਸਿੰਘ ਨੇ 20 ਤਰੀਕ ਨੂੰ ਜਮ੍ਹਾਂ ਕਰਾਇਆ ਸੀ? ਜਦੋਂ ਜੱਜ ਦੀ ਪੜਤਾਲ ਖਤਮ ਹੋ ਗਈ ਤਾਂ ਪਿਆਰੇ ਲਾਲ ਨੇ ਮੁੜ ਜ਼ਿਰਾ ਸ਼ੁਰੂ ਕੀਤੀ। ਧਿਆਨ ਚੰਦ ਨੂੰ ਉਸ ਪਾਰਸਲ ਬਾਰੇ ਕੋਈ ਇਲਮ ਨਹੀਂ ਸੀ।
ਖਹਿੜਾ ਚੜਾਉਣ ਲਈ ਉਹ ਬਹਾਨੇ ਘੜਨ ਲੱਗਾ। ਇਹ 20 ਅਕਤੂਬਰ ਵਾਲਾ ਪਾਰਸਲ ਹੀ ਤਾਂ ਸੀ, ਗਲਤੀ ਨਾਲ ਹੋਰ ਨਾਮ ਪਤੇ ਲਿਖੇ ਗਏ ਹੋਣਗੇ। 20 ਅਕਤੂਬਰ ਨੂੰ ਤਾਂ ਕੋਈ ਮੁਖਤਿਆਰ ਸਿੰਘ ਫਲੌਰ ਆਇਆ ਹੀ ਨਹੀਂ ਸੀ। ਉਸ ਦਿਨ ਉਸ ਵੱਲੋਂ ਪਾਰਸਲ ਕਿਵੇਂ ਜਮ੍ਹਾਂ ਹੋ ਗਏ? ਇਹ ਕਿਵੇਂ ਜਮ੍ਹਾਂ ਹੋਏ ਇਹਦਾ ਜਵਾਬ ਤੁਹਾਡਾ ਰਜਿਸਟਰ ਹੀ ਦੇਵੇਗਾ। ਕੱਢੋ 2 ਨਵੰਬਰ ਵਾਲਾ ਪੰਨਾ ਅਤੇ ਪੜ੍ਹੋ ਇੰਦਰਾਜ ਨੰਬਰ 12। ਇਹ ਇੰਦਰਾਜ ਦੱਸਦਾ ਸੀ ਕਿ ਉਸ ਦਿਨ ਮੁਖਤਿਆਰ ਸਿੰਘ ਨੇ ਇਸ ਕੇਸ ਨਾਲ ਸੰਬੰਧਿਤ ਇੱਕ ਪਾਰਸਲ ਦਫ਼ਤਰ ਜਮ੍ਹਾਂ ਕਰਾਇਆ ਸੀ। ਉਹ ਪਾਰਸਲ ਨਾਜਰ ਸਿੰਘ ਦੀਆਂ ਮੋਹਰਾਂ ਨਾਲ ਸਰਬ ਮੋਹਰ ਸੀ। ਹੁਣ ਆਪਣੀ ਰਿਪੋਰਟ ਦੇਖ ਕੇ ਦੱਸੋ ਕਿ ਕੀ ਉਸ ਵਿੱਚ ਇਸ ਪਾਰਸਲ ਦਾ ਕਿਧਰੇ ਜ਼ਿਕਰ ਹੈ? ਧਿਆਨ ਚੰਦ ਨੂੰ ਅਜਿਹਾ ਕੋਈ ਜ਼ਿਕਰ ਆਪਣੀ ਰਿਪੋਰਟ 'ਚ ਨਹੀਂ ਲੱਭਾ। ਇਹ ਕੀ ਹੋ ਗਿਆ? ਸਭ ਕੁਝ ਉਥਲ ਪੁਥਲ ਕਿਵੇਂ ਹੋ ਗਿਆ? ਧਿਆਨ ਚੰਦ ਦੀ ਸਮਝੋ ਬਾਹਰ ਸੀ। ਵਾਰਡ 'ਚ ਫਸੇ ਬਿੱਲੇ ਵਾਂਗ ਉਹ ਬਿਟਰ ਬਿਟਰ ਤੱਕਣ ਲੱਗਾ। ਸਫਾਈ ਧਿਰ ਵੱਲੋਂ ਧਿਆਨ ਚੰਦ ਨੂੰ ਖੁੱਲ੍ਹਾ ਸਮਾਂ ਦਿੱਤਾ ਗਿਆ ਠੰਡੇ ਦਿਮਾਗ ਨਾਲ ਸੋਚ ਕੇ ਉਹ ਸਾਰੀ ਸਥਿਤੀ ਸਪਸ਼ਟ ਕਰੇ। ਧਿਆਨ ਚੰਦ ਤਾਂ ਹੀ ਦੱਸੇ ਜੇ ਉਹਨੂੰ ਕੁਝ ਪਤਾ ਹੋਵੇ। ਉਹ ਡੋਨੂ ਵੱਟਾ ਬਣ ਕੇ ਖੜਾ ਰਿਹਾ। ਧਿਆਨ ਚੰਦ ਦੀ ਰਿਪੋਰਟ 'ਤੇ ਪਾਣੀ ਫਿਰ ਗਿਆ। ਉਹ ਸ਼ੱਕੀ ਤਾਂ ਬਣੀ, ਨਾਲ ਇਹ ਵੀ ਸਾਬਤ ਕਰਨ ਲੱਗੀ ਕਿ ਕਿਸੇ ਸਾਜਿਸ਼ ਅਧੀਨ ਤਿਆਰ ਕੀਤੀ ਗਈ ਸੀ। ਅਸਲ ਮਾਜਰਾ ਕੀ ਹੈ? ਸੱਚ ਜਾਣਨ ਦੀ ਜਿਗਿਆਸਾ ਜੱਜ ਅੰਦਰ ਵੀ ਜਾਗ ਪਈ। ਮਿਸਲ ਇੱਕ ਪਾਸੇ ਰੱਖ ਕੇ ਉਹ ਸੱਚ ਜਾਣਨ ਲਈ ਬੇਚੈਨ ਹੋਣ ਲੱਗਾ। ਅਸਲੀਅਤ ਇਹ ਸੀ ਕਿ 20 ਅਕਤੂਬਰ ਵਾਲਾ ਇੰਦਰਾਜ ਦਰੁਸਤ ਸੀ। ਉਹ ਪਾਰਸਲ ਦੇਵਰਾਜ ਨੇ ਤਿਆਰ ਕੀਤਾ ਸੀ ਅਤੇ ਜਮ੍ਹਾਂ ਸੁਰਜੀਤ ਸਿੰਘ ਨੇ ਕਰਾਇਆ ਸੀ। ਚੁਸਤੀ ਇਹ ਸੀ ਕਿ ਉਹ ਪਾਰਸਲ ਵਿੱਚ ਖਾਲੀ ਕਾਗਜ਼ ਰੱਖੇ ਗਏ ਸਨ ਮਹਿਜ਼ ਜ਼ਾਬਤਾ ਪੂਰਾ ਕਰਨ ਲਈ। ਪੁਲਿਸ ਦੀ ਪਹਿਲਾਂ ਹੀ ਨੀਅਤ ਸੀ ਕਿ ਅਸਲ ਦੋਸ਼ੀਆਂ ਦੇ ਫੜੇ ਜਾਣ 'ਤੇ ਕਾਗਜ਼ ਉਹਨਾਂ ਨਿਸ਼ਾਨਾਂ ਨਾਲ ਤਬਦੀਲ ਕਰ ਲਏ ਜਾਣਗੇ। ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਪ੍ਰੋਗਰਾਮ 1-2 ਨਵੰਬਰ ਨੂੰ ਬਣਿਆ ਸੀ। ਸਭ ਤੋਂ ਪਹਿਲਾਂ ਇਹੋ ਕਾਰਵਾਈ ਹੋਈ। ਮੀਤੇ ਦੀਆਂ ਉਂਗਲਾਂ ਦੇ ਨਿਸ਼ਾਨ ਲੈ ਕੇ ਫਲੌਰ ਭੇਜੇ ਗਏ। ਇਹਨਾਂ ਨਿਸ਼ਾਨਾਂ ਨੂੰ ਥਾਂ ਸਿਰ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਧੂ ਸਿੰਘ ਸਬ ਇੰਸਪੈਕਟਰ ਦੀ ਲਾਈ ਗਈ। ਕਈ ਸਾਲ ਉਹ ਪੁਲਿਸ ਟ੍ਰੇਨਿੰਗ ਕਾਲਜ 'ਚ ਰਿਹਾ ਸੀ, ਉੱਥੋਂ ਦੇ ਬੱਚੇ ਬੱਚੇ ਤੋਂ ਵਾਕਫ ਸੀ। ਸਾਧੂ ਸਿੰਘ ਨਾਲ ਮੁਖਤਿਆਰ ਸਿੰਘ ਨੂੰ ਭੇਜਿਆ ਗਿਆ ਸੀ। ਇਹ ਸਾਰਾ ਮਾਮਲਾ ਮੁਖਤਿਆਰ ਸਿੰਘ ਤੋਂ ਗੁਪਤ ਰੱਖਿਆ ਗਿਆ। ਉਹਨੂੰ ਸ਼ੱਕ ਨਾ ਹੋਵੇ ਇਸ ਲਈ 2 ਹੋਰ ਕੇਸਾਂ ਦੇ ਪਾਰਸਲ ਉਹਨੂੰ ਜਮ੍ਹਾਂ ਕਰਾਉਣ ਲਈ ਦਿੱਤੇ ਗਏ। ਸਾਧੂ ਨੂੰ ਪਿੰਡ ਗਏ ਨੂੰ ਮਹੀਨਾ ਹੋ ਗਿਆ ਸੀ। ਉਹਦੀ ਕਿਹੜਾ ਫਲੌਰ ਵਾਲਿਆਂ ਨਾਲ ਪੱਗ ਵੱਟੀ ਹੋਈ ਸੀ? ਕੰਮ ਪੈਸੇ ਨਾਲ ਹੋਣਾ ਸੀ, ਪੈਸਾ ਖਰਚ ਕੇ ਇਹ ਕੰਮ ਮੁਖਤਿਆਰ ਸਿੰਘ ਵੀ ਕਰ ਸਕਦਾ ਸੀ। ਕਲਰਕ ਨੂੰ ਦਿੱਤੀ ਜਾਣ ਵਾਲੀ ਆਮ ਫੀਸ ਨਾਲੋਂ 50 ਰੁਪਏ ਵਾਧੂ ਦੇ ਕੇ ਸਾਧੂ ਸਿੰਘ ਨੇ ਇਕੱਲੇ ਮੁਖਤਿਆਰ ਨੂੰ ਫਲੌਰ ਭੇਜ ਦਿੱਤਾ। ਨਾਲ ਕਲਰਕ ਦੇ ਨਾਂ ਇੱਕ ਚਿੱਠੀ ਲਿਖਤੀ। ਕਲਰਕ ਨੇ ਕੀ ਕਰਨਾ ਹੈ ਇਹ ਚਿੱਠੀ ਵਿੱਚ ਲਿਖ ਦਿੱਤਾ। ਫੀਸ ਅਤੇ ਚਿੱਠੀ ਮੁਖਤਿਆਰ ਨੂੰ ਫੜਾ ਕੇ ਸਾਧੂ ਪਿੰਡ ਵਾਲੀ ਬੱਸ ਚੜ ਗਿਆ। ਜੇ ਮੁਖਤਿਆਰ ਨੂੰ ਪਤਾ ਹੁੰਦਾ ਤਾਂ ਉਹ ਕਾਗਜ਼ਾਂ ਦੀ ਰੱਦੋ ਬਦਲ ਕੋਲ ਬੈਠ ਕੇ ਕਰਵਾ ਦਿੰਦਾ। ਕਲਰਕ ਜਦੋਂ ਆਮ ਫੀਸ ਵਿੱਚ ਹੀ ਪਾਰਸਲ ਜਮ੍ਹਾਂ ਕਰਨੇ ਮੰਨ ਗਿਆ ਤਾਂ ਉਹਨੂੰ ਵਾਧੂ ਦੇ 50 ਰੁਪਏ ਦੇਣੇ ਔਖੇ ਹੋ ਗਏ। ਜਦੋਂ ਕਲਰਕ ਨੇ ਅੱਧ ਕੋਲ ਹੀ ਕੰਮ ਕਰ ਦਿੱਤਾ ਤਾਂ ਸਿਫਾਰਸ਼ੀ ਚਿੱਠੀ ਤੋਂ ਕੀ ਕਰਾਉਣਾ ਸੀ? ਮੁਖਤਿਆਰ ਨੇ 50 ਰੁਪਏ ਬੋਝੇ 'ਚ ਪਾ ਲਏ, ਚਿੱਠੀ ਪਾੜ ਕੇ ਉਹ ਮਾਰੀ। ਕਲਰਕ ਨੇ 3 ਲਿਫਾਫੇ ਫੜੇ, ਰਜਿਸਟਰ 'ਚ ਦਰਜ ਕੀਤੇ ਅਤੇ ਰਸੀਦ ਮੁਖਤਿਆਰ ਸਿੰਘ ਦੇ ਹੱਥ ਫੜਾ ਦਿੱਤੀ। ਬਸ ਇੱਥੇ ਗੜਬੜ ਹੋਈ ਸੀ। ਧਿਆਨ ਚੰਦ ਨੇ 2 ਨਵੰਬਰ ਵਾਲੇ ਨਿਸ਼ਾਨਾਂ ਨਾਲ ਨਿਸ਼ਾਨ ਮਿਲਾ ਲਏ ਅਤੇ ਆਪਣਾ ਸਿੱਟਾ ਕੱਢ ਲਿਆ ਸੀ। 20 ਅਕਤੂਬਰ ਵਾਲਾ ਅਸਲ ਪਾਰਸਲ ਉਸ ਅੱਗੇ ਪੇਸ਼ ਹੀ ਨਹੀਂ ਸੀ ਕੀਤਾ ਗਿਆ। ਪਰ ਰਿਪੋਰਟ 'ਚ ਤਾਂ ਇਹੋ ਲਿਖਿਆ ਕਿ ਪਾਰਸਲ 20 ਅਕਤੂਬਰ ਨੂੰ ਜਮ੍ਹਾਂ ਹੋਇਆ ਸੀ। ਜੱਜ ਨੇ ਸਪਸ਼ਟੀਕਰਨ ਮੰਗਿਆ। ਧਿਆਨ ਚੰਦ ਨੇ ਜਾਣਬੁੱਝ ਕੇ ਹੇਰਾਫੇਰੀ ਕੀਤੀ ਸੀ। ਚਲਾਨ ਚੈੱਕ ਕਰਦੇ ਸਮੇਂ ਜ਼ਿਲ੍ਹਾ ਅਟਾਰਨੀ ਨੇ ਜਦੋਂ ਸਾਇੰਟਿਫਿਕ ਅਫਸਰ ਦੀ ਰਿਪੋਰਟ ਘੋਖੀ, ਉਹਨੇ ਇਹ ਗਲਤੀ ਫੜ ਲਈ। ਪੁਲਿਸ ਰਿਕਾਰਡ ਅਨੁਸਾਰ ਪਹਿਲਾ ਪਾਰਸਲ 20 ਅਕਤੂਬਰ ਨੂੰ ਜਮ੍ਹਾਂ ਹੋਇਆ ਸੀ। ਰਿਪੋਰਟ ਵਿੱਚ ਇਹ 2 ਨਵੰਬਰ ਨੂੰ ਜਮ੍ਹਾਂ ਹੋਣਾ ਦਰਸਾਇਆ ਸੀ। ਇਹ ਫਰਕ ਕਿਉਂ? ਦਰੁਸਤੀ ਲਈ ਨਾਜਰ ਸਿੰਘ ਭੱਜਾ ਭੱਜਾ ਫਲੌਰ ਗਿਆ ਸੀ। ਧਿਆਨ ਚੰਦ ਨੇ ਮਿਹਨਤ ਤਰਲਾ ਕਰਕੇ ਨਵੀਂ ਰਿਪੋਰਟ ਤਿਆਰ ਕਰ ਲਈ। ਤਾਰੀਖ ਤਾਂ 2 ਨਵੰਬਰ ਦੀ 20 ਅਕਤੂਬਰ ਕਰਤੀ, ਪਰ ਪਾਰਸਲ ਜਮ੍ਹਾਂ ਕਰਾਉਣ 'ਤੇ ਪਾਰਸਲ ਨੂੰ ਸਰਬ ਮੋਹਰ ਕਰਨ ਵਾਲੇ ਦੇ ਨਾਂ ਪਤੇ ਨਾ ਬਦਲੇ। ਬਦਲਦਾ ਵੀ ਕਿਵੇਂ? ਉਹਨੂੰ ਕਿਹੜਾ ਇਸ ਬਾਰੇ ਦੱਸਿਆ ਗਿਆ ਸੀ? ਧਿਆਨ ਚੰਦ ਨੇ ਸੋਚਿਆ ਸੀ ਉਹਤੋਂ ਗਲਤੀ ਹੋ ਗਈ, ਉਹਨੇ ਆਪਣੀ ਜਾਣ 'ਚ ਆਪਣੀ ਗਲਤੀ ਸੁਧਾਰੀ ਸੀ। ਇਹ ਮਨ ਘੜਤ ਕਹਾਣੀ ਹੈ ਜਨਾਬ। ਸਰਕਾਰੀ ਵਕੀਲ ਨੂੰ ਪਿਆਰੇ ਲਾਲ ਦੇ ਇਸ ਬਿਆਨ 'ਤੇ ਸਖ਼ਤ ਇਤਰਾਜ਼ ਸੀ। ਮਨ ਘੜਤ ਕਹਾਣੀ ਘੜਨ ਦੀ ਆਦਤ ਤੁਹਾਨੂੰ ਹੈ ਜਨਾਬ, ਇਸ ਲਈ ਕਹਾਣੀ ਪੈਰਾਂ ਸਿਰ ਖੜੋ ਨਹੀਂ ਰਹੀ। ਮੇਰੇ ਕੋਲ ਆਪਣੀ ਕਹਾਣੀ ਨੂੰ ਸਾਬਤ ਕਰਨ ਲਈ ਢੇਰ ਸਾਰੇ ਸਬੂਤ ਮੌਜੂਦ ਹਨ। ਬਚਨ ਸਿੰਘ ਨੂੰ ਚੁੱਪ ਕਰਵਾ ਕੇ ਪਿਆਰੇ ਲਾਲ ਆਪਣੇ ਸਬੂਤ ਪੇਸ਼ ਕਰਨ ਲੱਗਾ। ਜੋ ਤਾਰੀਖ 'ਚ ਹੋਈ ਰੱਦੋ ਬਦਲ ਨੂੰ ਨਜ਼ਰਅੰਦਾਜ਼ ਵੀ ਕਰ ਦਿੱਤਾ ਜਾਏ ਤਾਂ ਵੀ ਇਹ ਤੱਥ ਸਪਸ਼ਟ ਸੀ ਕਿ ਸਾਇੰਟਿਫਿਕ ਅਫਸਰ ਨੇ ਜਿਸ ਪਾਰਸਲ ਵਾਲੇ ਨਿਸ਼ਾਨਾਂ ਦਾ ਮਿਲਾਨ ਕੀਤਾ ਸੀ ਉਹ ਪਾਰਸਲ ਨਾਜਰ ਸਿੰਘ ਦਾ ਤਿਆਰ ਕੀਤਾ ਹੋਇਆ ਸੀ। ਨਾਜਰ ਸਿੰਘ ਨੇ ਉਹ ਪਾਰਸਲ ਸਰਬ ਮੋਹਰ ਕਿਵੇਂ ਕਰ ਦਿੱਤਾ ਜਦੋਂ ਕਿ ਉਸ ਦਿਨ ਇਸ ਥਾਣੇ ਵਿੱਚ ਲੱਗਾ ਹੀ ਨਹੀਂ ਸੀ ਹੋਇਆ? ਕਿ ਉਹਨੇ ਪਾਰਸਲ ਬਾਹਰਲੇ ਥਾਣੇ 'ਚੋਂ ਆ ਕੇ ਤਿਆਰ ਕਰ ਦਿੱਤਾ? ਇਹ ਵੀ ਕੋਰਾ ਝੂਠ ਸੀ ਕਿ 20 ਤਾਰੀਖ ਨੂੰ ਕੋਈ ਪਾਰਸਲ ਮੁਖਤਿਆਰ ਸਿੰਘ ਨੇ ਫਲੌਰ ਜਮ੍ਹਾਂ ਕਰਾਇਆ ਸੀ। ਉਸ ਦਿਨ ਤੋਂ ਇਸੇ ਸ਼ਹਿਰ 'ਚ ਹਾਜ਼ਰ ਸੀ, ਸ਼ਹਿਰ ਹੀ ਨਹੀਂ ਇਸੇ ਅਦਾਲਤ ਵਿੱਚ ਹਾਜ਼ਰ ਸੀ। ਇੱਕ ਕਤਲ ਕੇਸ ਵਿੱਚ ਉਹ ਗਵਾਹੀ ਦੇ ਕੇ ਗਿਆ ਸੀ। ਫਿਰ ਉਹ ਫਲੌਰ ਕਦੋਂ ਅਤੇ ਕਿਵੇਂ ਚਲਾ ਗਿਆ?
ਇਹਦੇ ਉਲਟ ਇਹ ਪਾਰਸਲ ਲੈ ਕੇ ਸੁਰਜੀਤ ਦਾ ਫਲੋਰ ਜਾਣਾ ਕਈ ਦਸਤਾਵੇਜ਼ਾਂ ਰਾਹੀਂ ਸਿੱਧ ਹੁੰਦਾ ਸੀ। ਪਹਿਲਾਂ ਤਾਂ ਇਸ ਬਾਰੇ ਥਾਣੇ ਦਾ ਰੋਜ਼ ਨਾਮਚਾ ਬੋਲਦਾ, ਉਸ 'ਚ ਇਸ ਬਾਰੇ ਰਿਪੋਰਟ ਲਿਖੀ ਹੋਈ ਸੀ। ਇਸ ਸਮੇਂ ਦੇ ਤਫਤੀਸ਼ੀ ਦੇਵਰਾਜ ਨੇ ਇਸ ਬਾਰੇ ਸੁਰਜੀਤ ਸਿੰਘ ਦਾ ਬਿਆਨ ਵੀ ਲਿਖਿਆ ਸੀ। ਉਹ ਬਿਆਨ ਅਜੇ ਤੱਕ ਵੀ ਅਦਾਲਤ ਦੀ ਮਿਸਲ ਨਾਲ ਨੱਥੀ ਹੈ। ਪਿਆਰੇ ਲਾਲ ਨੇ ਬਿਆਨ ਪੜ੍ਹ ਕੇ ਸੁਣਾਇਆ। ਸੋਨੇ 'ਤੇ ਸੁਹਾਗਾ ਇਹ ਸੀ ਕਿ ਸੁਰਜੀਤ ਨੇ ਉਸ ਦਿਨ ਫਲੋਰ ਜਾਣ ਦਾ TA DA ਵੀ ਲਿਖ ਲਿਆ ਸੀ। ਇਸ ਬਿੱਲ ਦੀਆਂ ਨਕਲਾਂ ਪੇਸ਼ ਕੀਤੀਆਂ। ਉਸ ਸਮੇਂ ਤਾਂ ਸਨਸਨੀ ਫੈਲ ਗਈ ਜਦੋਂ ਪਿਆਰੇ ਲਾਲ ਨੇ ਉਸ ਰਿਪੋਰਟ ਦੀ ਫੋਟੋ ਕਾਪੀ ਅਦਾਲਤ ਵਿੱਚ ਪੇਸ਼ ਕੀਤੀ, ਜਿਹੜੀ ਧਿਆਨ ਚੰਦ ਵੱਲੋਂ ਪਹਿਲਾਂ ਤਿਆਰ ਕੀਤੀ ਗਈ ਸੀ ਅਤੇ ਪਿੱਛੋਂ ਨਾਜਰ ਸਿੰਘ ਦੇ ਆਖਣ 'ਤੇ ਪਾੜ ਦਿੱਤੀ ਗਈ ਸੀ ਕਿ ਇਹ ਰਿਪੋਰਟ ਤੁਹਾਡੀ ਤਿਆਰ ਕੀਤੀ ਹੋਈ ਨਹੀਂ। ਰਿਪੋਰਟ ਸਾਇੰਟਿਫਿਕ ਅਫਸਰ ਅੱਗੇ ਕਰਕੇ ਪਿਆਰੇ ਲਾਲ ਨੇ ਪੁੱਛਿਆ। ਇਸ ਹਨੇਰਗਰਦੀ 'ਤੇ ਜੱਜ ਸਾਹਿਬ ਨੂੰ ਗੁੱਸਾ ਵੀ ਆਇਆ ਅਤੇ ਹੈਰਾਨੀ ਵੀ ਹੋਈ। ਸਾਫ਼ ਸਾਫ਼ ਦੱਸ ਕਿਸ ਕਿਸ ਨੇ ਹੇਰਾਫੇਰੀ ਕੀਤੀ ਹੈ, ਨਹੀਂ ਰਿਕਾਰਡ 'ਚ ਰੱਦੋ ਬਦਲ ਕਰਨ ਦੇ ਜੁਰਮ 'ਚ ਹੁਣੇ ਅੰਦਰ ਧੁੰਨ ਦਿਓ। ਜੱਜ ਦੀ ਇਸ ਧਮਕੀ ਨੇ ਧਿਆਨ ਚੰਦ ਦਾ ਰਹਿੰਦਾ ਖੂੰਹਦਾ ਸਾਹ ਸੱਤ ਵੀ ਸੂਤ ਲਿਆ। ਧਿਆਨ ਚੰਦ ਨੂੰ ਫਲੋਰ ਦੇ ਇੱਕ ਡਾਕਟਰ ਦਾ ਕਿੱਸਾ ਯਾਦ ਆਇਆ। ਧਿਆਨ ਚੰਦ ਵਾਂਗ ਉਹਨੇ ਵੀ ਹਸਪਤਾਲ ਦੇ ਰਿਕਾਰਡ 'ਚ ਹੇਰਾਫੇਰੀ ਕੀਤੀ ਸੀ। ਫੜੇ ਜਾਣ 'ਤੇ ਉਹਨੂੰ 3 ਮਹੀਨੇ ਦੀ ਕੈਦ ਹੋਈ ਸੀ। ਸਾਇੰਟਿਫਿਕ ਅਫਸਰ ਨੂੰ ਹਥਿਆਰ ਸੁੱਟਣ ਵਿੱਚ ਹੀ ਭਲਾਈ ਨਜ਼ਰ ਆਈ। ਗਵਾਹ ਤੋਂ ਸੱਚ ਉਗਲਾ ਕੇ ਸਫਾਈ ਧਰਨੇ ਬਾਜੀ ਦਾ ਇਹ ਦੌਰ ਪੂਰੀ ਤਰ੍ਹਾਂ ਜਿੱਤ ਲਿਆ ਸੀ। ਤੀਸਰਾ ਗਵਾਹ ਬੁਲਾਉਣ ਦੀ ਸਰਕਾਰੀ ਵਕੀਲ ਦੀ ਹਿੰਮਤ ਨਹੀਂ ਸੀ ਪੈ ਰਹੀ। ਪਹਿਲੇ 2 ਗਵਾਹਾਂ ਨੇ ਤਾਂ ਭੱਠਾ ਬਿਠਾਈ ਦਿੱਤਾ ਸੀ, ਉਹਦਾ ਮਨ ਆਖਦਾ ਸੀ ਤੀਸਰਾ ਵੀ ਕੋਈ ਚਾਨੀ ਚੜ੍ਹੇਗਾ। ਸਰਕਾਰੀ ਵਕੀਲ ਨੂੰ ਓਨਾ ਗੁੱਸਾ ਗਵਾਹਾਂ 'ਤੇ ਨਹੀਂ ਸੀ ਆ ਰਿਹਾ ਜਿੰਨਾ ਨਾਜਰ ਸਿੰਘ 'ਤੇ ਆ ਰਿਹਾ ਸੀ। ਜੇ ਨਿਸ਼ਾਨ ਤਬਦੀਲ ਕਰਾਉਣੀ ਸੀ ਤਾਂ ਆਪ ਜਾ ਕੇ ਕਰਾਉਂਦਾ। ਪੁਲਿਸ ਮਹਿਕਮਾ ਵੀ ਬੜਾ ਲੀਚੜ ਸੀ, ਜਦੋਂ ਰਿਸ਼ਵਤ ਲੈਣੀ ਹੋਵੇ ਤਾਂ ਪੁਲਿਸੀਏ ਮਗਰ ਮੱਛ ਜਿੱਡਾ ਮੂੰਹ ਅੱਡ ਲੈਂਦੇ ਆ, ਅਤੇ ਕਦੇ ਰਿਸ਼ਵਤ ਦੇਣੀ ਪਵੇ ਤਾਂ ਮਾਇਆ ਦੇ ਸੱਪ ਵਾਂਗ ਕੁੰਡਲੀ ਮਾਰ ਕੇ ਬੈਠ ਜਾਂਦੇ ਆ। ਬਚਨ ਸਿੰਘ ਆਪਣੀ ਅਣਗਹਿਲੀ 'ਤੇ ਵੀ ਕੁੜ ਰਿਹਾ ਸੀ। ਉਸ ਸਮੇਂ ਵੀ ਇਹ ਦਸਤਾਵੇਜ਼ ਮਿਸਲ ਨਾਲ ਨੱਥੀ ਸਨ। ਬਚਨ ਸਿੰਘ ਨੇ ਗੌਰ ਨਾਲ ਦੇਖਿਆ ਹੁੰਦਾ ਤਾਂ ਇਹ ਗਲਤੀ ਫੜੀ ਜਾਣੀ ਸੀ। ਉਹਨੂੰ ਸੁਰਿੰਦਰ ਕੁਮਾਰ 'ਤੇ ਵੀ ਹਿਰਖ ਆਇਆ। ਅਜਿਹੀਆਂ ਛੋਟੀਆਂ ਮੋਟੀਆਂ ਗਲਤੀਆਂ ਫੜਨਾ ਛੋਟੇ ਅਫਸਰਾਂ ਦਾ ਕੰਮ ਸੀ। ਜੇ ਵੱਡੇ ਅਫਸਰ ਨੇ ਅੱਖਰ ਅੱਖਰ ਹੀ ਪੜ੍ਹਨਾ ਹੋਇਆ ਤਾਂ ਛੋਟੇ ਅਫਸਰ ਕੀ ਰਗੜ ਕੇ ਫੋੜੇ 'ਤੇ ਲਾਉਣੇ ਸੀ। ਪਰ ਉਹ ਸੁਰਿੰਦਰ ਕੁਮਾਰ ਦੇ ਖਿਲਾਫ਼ ਕੋਈ ਕਾਰਵਾਈ ਵੀ ਨਹੀਂ ਸੀ ਕਰ ਸਕਦਾ। ਉਹ ਗਲਤੀ ਬਚਨ ਸਿੰਘ ਤੋਂ ਵੀ ਹੋਈ ਸੀ। ਤੀਜੇ ਗਵਾਹ ਨੂੰ ਕਟਹਿਰੇ 'ਚ ਖੜ੍ਹਾ ਕਰਨ ਤੋਂ ਪਹਿਲਾਂ ਬਚਨ ਸਿੰਘ ਇੱਕ ਵਾਰ ਫਿਰ ਕਾਗਜ਼ਾਂ ਦੀ ਘੋਖ ਪੜਤਾਲ ਕਰਨਾ ਚਾਹੁੰਦਾ ਸੀ, ਪਰ ਇੰਨਾ ਸਮਾਂ ਕਿੱਥੇ, ਜੱਜ ਪਹਿਲਾਂ ਹੀ ਗਵਾਹ ਨੂੰ ਬੁਲਾ ਚੁੱਕਾ ਸੀ। ਕਪੂਰ ਸਿੰਘ ਹੱਥ ਲਿਖਤਾਂ ਪਰਖਣ ਦਾ ਮਾਹਿਰ ਸੀ। ਉਹ ਚੰਡੀਗੜ੍ਹੋਂ ਫੋਰੈਂਸਿਕ ਸਾਇੰਸ ਲੈਬੋਰਟਰੀ 'ਚੋਂ ਆਇਆ ਸੀ। ਉਹਦੀ ਗਵਾਹੀ ਵੀ ਧਿਆਨ ਚੰਦ ਨਾਲ ਮਿਲਦੀ ਜੁਲਦੀ ਸੀ। ਉਹਨੂੰ ਲੈਬੋਰਟਰੀ 'ਚ ਇੱਕ ਪਾਰਸਲ 20 ਅਕਤੂਬਰ ਨੂੰ ਮਿਲਿਆ ਸੀ, ਜਿਹੜਾ ਦੇਵਰਾਜ ਥਾਣੇਦਾਰ ਵੱਲੋਂ ਸਰਬਮੋਹਰ ਕੀਤਾ ਗਿਆ ਸੀ। ਇਹ ਪਾਰਸਲ ਚਿਰੰਜੀ ਲਾਲ ਸਿਪਾਹੀ ਨੇ ਜਮ੍ਹਾਂ ਕਰਾਇਆ ਸੀ। ਇਸ 'ਚੋਂ ਚਿੱਠੀਆਂ ਸਨ ਜਿਹੜੀਆਂ ਦੋਸ਼ੀਆਂ ਨੇ ਸਮੇਂ ਸਮੇਂ ਸਿਰ ਬੰਟੀ ਦੇ ਵਾਰਸਾਂ ਨੂੰ ਫਿਰੌਤੀ ਵਸੂਲਣ ਲਈ ਲਿਖੀਆਂ ਸੀ। ਦੂਸਰਾ ਪਾਰਸਲ ਉਹਨੂੰ 5 ਨਵੰਬਰ ਨੂੰ ਮਿਲਿਆ ਸੀ। ਇਹ ਪਾਰਸਲ ਚਿਰੰਜੀ ਲਾਲ ਨੇ ਲਿਆ ਕੇ ਦਿੱਤਾ ਸੀ। ਇਸ 'ਚ ਪਾਲੇ ਦੋਸ਼ੀ ਦੀਆਂ ਉਹ ਲਿਖਤਾਂ ਸਨ ਜਿਹੜੀਆਂ ਨਮੂਨੇ ਵਜੋਂ ਮੈਜਿਸਟਰੇਟ ਸਾਹਮਣੇ ਲਈਆਂ ਗਈਆਂ ਸਨ। ਇਹ ਪਾਰਸਲ ਨਾਜਰ ਸਿੰਘ ਵੱਲੋਂ ਤਿਆਰ ਕੀਤਾ ਗਿਆ ਸੀ। ਧਿਆਨ ਚੰਦ ਵਾਂਗ ਕਪੂਰ ਸਿੰਘ ਵੀ ਸਾਰੇ ਵਿਗਿਆਨਕ ਢੰਗ ਤਰੀਕੇ ਅਪਣਾ ਕੇ ਇਸ ਸਿੱਟੇ 'ਤੇ ਪੁੱਜਾ ਸੀ ਕਿ ਫਰੌਤੀ ਵਸੂਲਣ ਲਈ ਲਿਖੀਆਂ ਸਾਰੀਆਂ ਚਿੱਠੀਆਂ ਪਾਲੇ ਦੋਸ਼ੀ ਦੀ ਕਲਮ ਤੋਂ ਸਨ। ਦੋਹਾਂ ਲਿਖਤਾਂ 'ਚ ਰੱਤੀ ਭਰ ਵੀ ਫਰਕ ਨਹੀਂ ਸੀ। ਇਸ ਤਰ੍ਹਾਂ ਪਾਲਾ ਬੰਟੀ ਨੂੰ ਅਗਵਾ ਕਰਨ 'ਤੇ ਫਰੌਤੀ ਵਸੂਲਣ ਦੇ ਦੋਸ਼ ਦਾ ਭਾਗੀਦਾਰ ਸੀ। ਕਿਉਂ ਵਕੀਲ ਸਾਹਿਬ, ਇੱਥੇ ਕੀ ਬਦਲਿਆ ਗਿਆ? ਤਣਾਅ ਭਰੇ ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਜੱਜ ਨੇ ਵਿਅੰਗ ਕੀਤਾ। ਚਾਰੇ ਪਾਸੇ ਹਾਸਾ ਫੈਲ ਗਿਆ। ਆਗੇ ਆਗੇ ਦੇਖੀਏ ਹੋਤਾ ਹੈ ਕਿਆ, ਹਾਸੇ ਦਾ ਪਿਆਰੇ ਲਾਲ 'ਤੇ ਕੋਈ ਅਸਰ ਨਹੀਂ ਸੀ ਹੋਇਆ। ਉਹਦੇ ਹੌਸਲੇ ਪਹਿਲਾਂ ਵਾਂਗ ਹੀ ਬੁਲੰਦ ਸਨ। ਫਿਰ ਇਹਦਾ ਰਿਕਾਰਡ ਕੀ ਇਹਦਾ ਰਿਕਾਰਡ ਵੀ ਦੇਖੀਏ? ਨਹੀਂ ਜਨਾਬ, ਇਹਦੀ ਜ਼ਰੂਰਤ ਨਹੀਂ ਹੋਏਗੀ। ਕਿਉਂ? ਪਾਰਸਲ ਬਦਲਣ ਲਈ ਕਿਸੇ ਅਣਜਾਣ ਸਿਪਾਹੀ ਨੂੰ ਚੰਡੀਗੜ੍ਹ ਨਹੀਂ ਸੀ ਭੇਜਿਆ ਗਿਆ, ਤਫਤੀਸ਼ੀ ਅਫਸਰ ਖੁਦ ਗਿਆ ਸੀ। ਅਸਲ ਚਿੱਠੀਆਂ ਲੈ ਲਈਆਂ ਗਈਆਂ ਸਨ ਅਤੇ ਪਾਲੇ ਕੋਲੋਂ ਲਿਖਵਾਈਆਂ ਚਿੱਠੀਆਂ ਰੱਖ ਦਿੱਤੀਆਂ ਗਈਆਂ ਸਨ। ਇਹ ਕੰਮ ਅਫਸਰਾਂ ਦੀ ਸਹਿਮਤੀ ਨਾਲ ਹੋਇਆ ਸੀ, ਇਸ ਲਈ ਅਜਿਹੀ ਗਲਤੀ ਦੀ ਕੋਈ ਸੰਭਾਵਨਾ ਨਹੀਂ। ਮਾਹਿਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਪਿਆਰੇ ਲਾਲ ਨੇ ਰਿਕਾਰਡ ਦੇ ਦਰੁਸਤ ਹੋਣ ਦਾ ਕਾਰਨ ਸਮਝਾਇਆ। ਹਾਂ ਹਾਂ, ਸ਼ੁਰੂ ਕਰੋ। ਕਪੂਰ ਸਿੰਘ ਆਪਣੇ ਕੰਮ ਵਿੱਚ ਕਿੰਨਾ ਕੁ ਮਾਹਿਰ ਹੈ ਇਹ ਸਾਬਤ ਕਰਨ ਲਈ ਪਿਆਰੇ ਲਾਲ ਨੇ ਇੱਕ ਇੱਕ ਕਰਕੇ ਅਜਿਹੇ 18 ਕੇਸ ਗਿਣਾਏ ਜਿਹੜੇ ਪਿਛਲੇ 4 ਸਾਲਾਂ ਵਿੱਚ ਇਸ ਸਬ ਡਿਵੀਜ਼ਨ ਦੇ ਥਾਣਿਆਂ ਨੇ ਉਸ ਕੋਲ ਸਲਾਹ ਲਈ ਭੇਜੇ ਸਨ। ਕਿਸੇ ਕੇਸ ਵਿੱਚ ਰਜਿਸਟਰੀ 'ਤੇ ਹੋਏ ਦਸਖਤਾਂ ਦੀ ਪਛਾਣ ਕਰਨੀ ਸੀ, ਕਿਸੇ ਵਿੱਚ ਚੈੱਕ 'ਤੇ ਹੋਏ ਦਸਖਤਾਂ ਦੀ, ਕਿਸੇ ਕੇਸ 'ਚ ਚਿੱਠੀ ਦੇ ਲੇਖਕ ਦੀ ਪਛਾਣ ਕੀਤੀ ਜਾਣੀ ਸੀ ਅਤੇ ਕਿਸੇ ਵਿੱਚ ਕੈਸ਼ ਬੁੱਕ ਦੇ ਲੇਖਕ ਦੀ। ਇਹ ਲਿਖਤਾਂ ਪਾਲੇ ਵਰਗੇ ਕਿਸੇ ਅਜਿਹੇ ਵਿਅਕਤੀ ਦੀਆਂ ਨਹੀਂ ਸਨ ਜਿਨ੍ਹਾਂ ਨੂੰ ਲਿਖਤ ਕਰਨ ਦਾ ਮੌਕਾ ਹਾੜੀ ਸਾਉਣੀ ਕਦੇ ਕਦੇ ਮਿਲਦਾ ਹੋਵੇ। ਇਹ ਲਿਖਤਾਂ ਅਜਿਹੇ ਵਿਅਕਤੀਆਂ ਦੀਆਂ ਸਨ
ਜਿਨ੍ਹਾਂ ਦੇ ਲਿਖਣ ਢੰਗ ਸਥਾਪਿਤ ਹੋ ਚੁੱਕੇ ਸਨ ਅਤੇ ਜਿਨ੍ਹਾਂ ਦੀਆਂ ਲਿਖਤਾਂ ਦੇ ਹਜ਼ਾਰਾਂ ਨਮੂਨੇ ਮੌਜੂਦ ਸਨ। ਦੋ ਕੇਸਾਂ ਨੂੰ ਛੱਡ ਕੇ ਬਾਕੀ 'ਚ ਪਤਾ ਕੀ ਰਾਏ ਆਉਂਦੀ ਰਹੀ। ਨਮੂਨੇ ਵਾਲੀਆਂ ਲਿਖਤਾਂ ਅਸਪਸ਼ਟ ਸਨ। ਅਜਿਹੀਆਂ ਹੋਰ ਲਿਖਤਾਂ ਭੇਜੀਆਂ ਜਾਣ ਜਿਨ੍ਹਾਂ ਨੂੰ ਦੋਸ਼ੀ ਆਪਣੀਆਂ ਵੀ ਮੰਨੇ ਅਤੇ ਜਿਹੜੀਆਂ ਪਰਖੇ ਜਾਣ ਵਾਲੇ ਦਸਤਾਵੇਜ਼ ਦੇ ਨੇੜੇ ਤੇੜੇ ਦੇ ਸਮੇਂ ਲਿਖੀਆਂ ਗਈਆਂ ਹੋਣ। ਉਦੇਸ਼ ਸਪਸ਼ਟ ਹੁੰਦਾ ਸੀ, ਨਾ ਨੌਮਾਨ ਸੁਰਮਾ ਹੋਏਗਾ ਨਾ ਰਾਧਾ ਨੱਚੇਗੀ। ਬਹੁਤੇ ਕੇਸ ਰਫਾ ਦਫਾ ਹੋ ਗਏ ਜਾਂ ਕਮਜ਼ੋਰ ਪੈ ਗਏ। ਕੀ ਇਹ ਠੀਕ ਹੈ ਕਿ ਤੁਸੀਂ ਇਹਨਾਂ ਕੇਸਾਂ 'ਚ ਕੋਈ ਰਾਏ ਨਹੀਂ ਸੀ ਦੇ ਸਕੇ? ਪਿਆਰੇ ਲਾਲ ਨੇ ਇੱਕ ਇੱਕ ਕੇਸ ਦਾ ਵੇਰਵਾ ਦੇ ਕੇ ਪੁੱਛਿਆ। ਕਪੂਰ ਸਿੰਘ ਦੀਆਂ ਲੱਤਾਂ ਉਸ ਸਮੇਂ ਤੋਂ ਹੀ ਕੰਬ ਰਹੀਆਂ ਸੀ ਜਦੋਂ ਤੋਂ ਪਿਆਰੇ ਲਾਲ ਨੇ ਆਖਿਆ ਸੀ ਕਿ ਚਿੱਠੀਆਂ ਮਾਹਰ ਦੀ ਸਹਿਮਤੀ ਨਾਲ ਬਦਲੀਆਂ ਗਈਆਂ ਸੀ। ਇਸ ਨਵੇਂ ਬੰਬ ਨੇ ਉਹਦੇ ਛੱਕੇ ਛੁੜਾ ਦਿੱਤੇ ਸੀ। ਕੋਈ ਚਾਰਾ ਨਾ ਚੱਲਦਾ ਵੇਖ ਕੇ ਕਪੂਰ ਸਿੰਘ ਨੇ ਹਾਂ 'ਚ ਸਿਰ ਹਿਲਾ ਦਿੱਤਾ। ਸਭ ਲਿਖਤਾਂ ਦਰੁਸਤ ਹੁੰਦੀਆਂ ਹਨ, ਉਹਨਾਂ ਹੀ ਦਸਤਾਵੇਜ਼ਾਂ ਦੇ ਆਧਾਰ 'ਤੇ ਪ੍ਰਾਈਵੇਟ ਮਾਹਿਰ ਬੜੀ ਸਪਸ਼ਟ ਰਾਏ ਦਿੰਦੇ ਹਨ। ਉਹਨਾਂ ਰਾਵਾਂ ਨੂੰ ਅਦਾਲਤਾਂ ਮਾਨਤਾ ਵੀ ਦਿੰਦੀਆਂ ਹਨ। ਤੁਸੀਂ ਸਪਸ਼ਟ ਰਾਏ ਇਸ ਲਈ ਨਹੀਂ ਦਿੰਦੇ ਕਿਉਂਕਿ ਤੁਹਾਨੂੰ ਕੰਮ ਨਹੀਂ ਆਉਂਦਾ ਜਾਂ ਤੁਹਾਡੀ ਨੀਅਤ ਸਾਫ਼ ਨਹੀਂ ਹੁੰਦੀ। ਗਵਾਹ ਰਹਿੰਦਾ ਖੁੰਹਦਾ ਸੰਤੁਲਨ ਵੀ ਗਵਾ ਬੈਠਾ ਸੀ, ਇਸ ਲਈ ਪਿਆਰੇ ਲਾਲ ਨੇ ਉਹਦੀ ਇਮਾਨਦਾਰੀ 'ਤੇ ਸਿੱਧਾ ਹਮਲਾ ਕੀਤਾ। ਬਾਕੀ ਦੇ ਕੇਸਾਂ 'ਚ ਮਾਹਰ ਨੇ ਕੀ ਰਿਪੋਰਟ ਦਿੱਤੀ ਅਤੇ ਕਿਉਂ ਦਿੱਤੀ? ਪਿਆਰੇ ਲਾਲ ਇਸ ਬਾਰੇ ਵੀ ਦੱਸ ਸਕਦਾ ਸੀ, ਪਰ ਹਲੇ ਸਮਾਂ ਢੁੱਕਵਾਂ ਨਹੀਂ ਸੀ। ਕਪੂਰ ਸਿੰਘ ਜਦੋਂ ਪੂਰੀ ਤਰ੍ਹਾਂ ਹੋਸ਼ੋਵਾਸ ਗਵਾ ਬੈਠਾ ਤਾਂ ਪਿਆਰੇ ਲਾਲ ਅਸਲੀ ਮੁੱਦੇ 'ਤੇ ਆਇਆ। ਬੰਟੀ ਦੇ ਕਾਤਲ ਤੱਕ ਲਾਲਾ ਜੀ ਨੂੰ ਧਮਕੀ ਭਰੇ ਚਾਰ ਪੱਤਰ ਮਿਲ ਚੁੱਕੇ ਸਨ। ਇਹ ਚਾਰੇ ਖੱਤ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਏ ਸਨ। ਇਹਨਾਂ ਚਿੱਠੀਆਂ ਨੇ ਦੋਸ਼ੀਆਂ ਦੀ ਸ਼ਨਾਖਤ ਵਿੱਚ ਅਹਿਮ ਰੋਲ ਅਦਾ ਕਰਨਾ ਸੀ, ਇਸ ਲਈ ਇਹਨਾਂ ਨੂੰ ਹੱਥ ਲਿਖਤ ਦੇ ਮਾਹਿਰਾਂ ਕੋਲ ਭੇਜਿਆ ਗਿਆ ਸੀ। ਦੋਹਾਂ ਦੋਸ਼ੀਆਂ 'ਚੋਂ ਇਕੱਲਾ ਪਾਲਾ ਹੀ ਪੰਜਾਬੀ ਜਾਣਦਾ ਸੀ। ਤਫਤੀਸ਼ ਦੌਰਾਨ ਉਸੇ ਦੀ ਲਿਖਤ ਦਾ ਨਮੂਨਾ ਹਾਸਲ ਕੀਤਾ ਗਿਆ ਸੀ। ਇਹਨਾਂ ਚਾਰੇ ਚਿੱਠੀਆਂ ਅਤੇ ਹੱਥ ਲਿਖਤਾਂ ਦੇ ਆਧਾਰ 'ਤੇ ਕਪੂਰ ਸਿੰਘ ਨੇ ਆਪਣੀ ਰਿਪੋਰਟ ਤਿਆਰ ਕੀਤੀ ਸੀ। ਧਿਆਨ ਚੰਦ ਵਾਂਗ ਜਦੋਂ ਕਪੂਰ ਸਿੰਘ ਨੇ ਆਪਣੀ ਰਿਪੋਰਟ ਨੂੰ ਗੌਰ ਨਾਲ ਵਾਚਿਆ ਤਾਂ ਪਾਇਆ ਕਿ ਰਿਪੋਰਟ ਨਾਲ ਚਾਰ ਦੀ ਥਾਂ ਅੱਠ ਚਿੱਠੀਆਂ ਲੱਗੀਆਂ ਹੋਈਆਂ ਸਨ। ਚਿੱਠੀਆਂ ਚਾਰ ਦੀਆਂ ਅੱਠ ਕਿਵੇਂ ਬਣ ਗਈਆਂ, ਇਹ ਤਾਂ ਉਹਨੂੰ ਸਮਝ ਆ ਗਈ, ਪਰ ਅਸਲ ਚਿੱਠੀਆਂ ਰਿਪੋਰਟ ਨਾਲ ਕਿਵੇਂ ਲੱਗ ਗਈਆਂ ਇਹ ਸਮਝ ਨਾ ਆਈ। ਨਿਯਮਾਂ ਅਨੁਸਾਰ ਦਫ਼ਤਰ ਵਿੱਚ ਪ੍ਰਾਪਤ ਹੋਏ ਹਰ ਦਸਤਾਵੇਜ਼ ਉੱਪਰ ਰਸੀਦ ਨੰਬਰ ਅਤੇ ਮੁਕੱਦਮੇ ਦਾ ਅਨੁਮਾਨ ਲਿਖਿਆ ਜਾਂਦਾ ਹੈ, ਫਿਰ ਮਹਿਕਮੇ ਦੀ ਮੋਹਰ ਲੱਗਦੀ ਹੈ ਅਤੇ ਉੱਪਰ ਅਫਸਰ ਦੇ ਦਸਤਖਤ ਹੁੰਦੇ ਹੈ। ਇਹਨਾਂ ਨਿਯਮਾਂ ਦੀ ਪਾਲਣਾ ਅਸਲ ਚਿੱਠੀਆਂ ਉੱਪਰ ਵੀ ਹੋਈ ਸੀ ਅਤੇ ਨਕਲੀ ਚਿੱਠੀਆਂ ਉੱਪਰ ਵੀ। ਨਵੀਆਂ ਚਿੱਠੀਆਂ ਨੇ ਪੁਰਾਣੀਆਂ ਦੀ ਥਾਂ ਲੈਣੀ ਸੀ, ਇਸ ਲਈ ਨਵੀਆਂ ਚਿੱਠੀਆਂ ਉੱਪਰ ਪੁਰਾਣੀਆਂ ਚਿੱਠੀਆਂ ਵਾਲੇ ਨੰਬਰ ਹੀ ਲਾਏ ਗਏ। ਜਿੱਥੋਂ ਤੱਕ ਕਪੂਰ ਸਿੰਘ ਨੂੰ ਯਾਦ ਸੀ, ਪੁਰਾਣੀਆਂ ਚਿੱਠੀਆਂ ਖੁਰਦ ਬੁੱਧ ਕਰ ਦਿੱਤੀਆਂ ਗਈਆਂ ਸੀ, ਫਿਰ ਵੀ ਕਿਉਂਕਿ ਦੋਹਾਂ ਸੱਟਾਂ ਉੱਪਰ ਉਹਦੇ ਦਸਤਖਤ ਸਨ, ਇਸ ਲਈ ਇਹਨਾਂ ਦੀ ਹੋਣ ਤੋਂ ਮੁਨਕਰ ਵੀ ਨਹੀਂ ਸੀ ਹੋਇਆ ਜਾ ਸਕਦਾ। ਹਰ ਚਿੱਠੀ ਉੱਪਰ ਪੰਨਾ ਨੰਬਰ ਲੱਗਾ ਹੋਇਆ ਸੀ। ਰਿਪੋਰਟ 'ਚ ਜਿੰਨੇ ਦਸਤਾਵੇਜ਼ ਨੱਥੀ ਕਰਨੇ ਲਿਖੇ ਸਨ, ਉਹਨਾਂ ਦੀ ਗਿਣਤੀ ਤਾਂ ਹੀ ਪੂਰੀ ਹੁੰਦੀ ਸੀ ਜੇ ਅੱਠੇ ਚਿੱਠੀਆਂ ਵਿੱਚ ਗਿਣੀਆਂ ਜਾਣ। ਹੇਰਾ ਫੇਰੀ ਫੜੀ ਜਾ ਚੁੱਕੀ ਸੀ। ਫੈਸਲਾ ਲਿਖਦੇ ਸਮੇਂ ਜੱਜ ਨੇ ਇਸ ਹੇਰਾ ਫੇਰੀ ਦਾ ਗੰਭੀਰ ਨੋਟਿਸ ਲੈਣਾ ਸੀ, ਪਰ ਕਪੂਰ ਸਿੰਘ ਧਿਆਨ ਚੰਦ ਵਾਂਗ ਮਿਉਂ ਮਿਉਂ ਕਰਨ ਵਾਲਾ ਅਫਸਰ ਨਹੀਂ ਸੀ। ਧਿਆਨ ਚੰਦ ਨਾਲ ਖੁਦ ਧੋਖਾ ਹੋਇਆ ਸੀ। ਇੱਥੇ ਸਾਰੀ ਕਾਰਵਾਈ ਕਪੂਰ ਸਿੰਘ ਦੇ ਹੱਥੀਂ ਹੋਈ ਸੀ। ਉਹ ਗਲਤੀ ਮੰਨ ਗਿਆ ਤਾਂ ਨੌਕਰੀ ਤਾਂ ਜਾਏਗੀ, ਕੇਸ ਵੀ ਬਣੇਗਾ। ਕਪੂਰ ਸਿੰਘ ਨੂੰ ਸਾਫ਼ ਮੁੱਕਰ ਜਾਣ 'ਚ ਬਿਹਤਰੀ ਲੱਗੀ। ਉਹਨੇ ਨਵੀਆਂ ਚਿੱਠੀਆਂ ਨੂੰ ਹੀ ਅਸਲ ਹੋਣਾ ਮੰਨਿਆ। ਪੁਰਾਣੀਆਂ ਚਿੱਠੀਆਂ 'ਤੇ ਉਹਦੇ ਦਸਤਖਤ ਜਾਅਲੀ ਸਨ ਜਾਂ ਧੋਖੇ ਨਾਲ ਕਰਾਏ ਗਏ ਸਨ। ਮਾਹਿਰ ਵੱਲੋਂ ਆਪਣੇ ਹੀ ਦਸਤਖਤ ਮੁੱਕਰ ਜਾਣ 'ਤੇ ਜੱਜ ਨੂੰ ਗੁੱਸਾ ਆ ਗਿਆ। ਇਹ ਅਦਾਲਤ ਦੀ ਤੋਹੀਨ ਸੀ। ਜੇ ਤੂੰ ਆਪਣੇ ਦਸਤਖਤ ਵੀ ਨਹੀਂ ਪਛਾਣ ਸਕਦਾ, ਫਿਰ ਤੂੰ ਹੱਥ ਲਿਖਤਾਂ ਦਾ ਮਾਹਿਰ ਟੱਟੂ ਦੇ? ਇਹ ਦਸਤਖਤ ਤੇਰੇ ਹਨ ਜਾਂ ਨਹੀਂ, ਹਾਂ ਜਾਂ ਨਾਂ 'ਚ ਜਵਾਬ ਦੇ। ਹਰਖੇ ਜੱਜ ਨੇ ਪੁਰਾਣੀਆਂ ਚਿੱਠੀਆਂ ਕਪੂਰ ਸਿੰਘ ਅੱਗੇ ਸੁੱਟਦਿਆਂ ਆਖਿਆ। ਦੋ ਚਾਰ ਵਾਰ ਅੱਖਾਂ ਤੋਂ ਐਨਕ ਲਾਉਣ ਪਾਉਣ ਅਤੇ 5-7 ਵਾਰ ਲੈਂਜ਼ਾਂ ਰਾਹੀਂ ਦਸਤਖਤਾਂ ਨੂੰ ਘੋਖਣ ਦਾ ਨਾਟਕ ਕਰਕੇ ਕਪੂਰ ਸਿੰਘ ਨੇ ਦਸਤਖਤ ਆਪਣੇ ਕੀਤੇ ਹੋਏ ਮੰਨ ਲਏ। ਜੱਜ ਹੋਰ ਚਿੜ ਗਿਆ। ਹੁਣ ਇਹ ਵੀ ਦੱਸ ਦੇ ਕਿ ਦਸਤਖਤ ਤੂੰ ਜਾਣਬੁੱਝ ਕੇ ਕੀਤੇ ਆ ਜਾਂ ਕਿਸੇ ਨੇ ਧੋਖੇ ਨਾਲ ਕਰਾਏ ਆ? ਜੱਜ ਕਿਸੇ ਨਤੀਜੇ 'ਤੇ ਪੁੱਜਣਾ ਚਾਹੁੰਦਾ ਸੀ। ਕਪੂਰ ਸਿੰਘ ਦੀ ਹਾਲਤ ਉਸ ਸੱਪ ਵਰਗੀ ਸੀ ਜਿਹਦੇ ਮੂੰਹ 'ਚ ਕੋੜ ਕਿਰਲੀ ਫਸ ਗਈ ਸੀ। ਜੇ ਕਪੂਰ ਸਿੰਘ ਆਖੇ ਦਸਤਖਤ ਉਹਦੇ ਹਨ ਤਾਂ ਜੁਰਮ ਦਾ ਇਕਬਾਲ ਹੋਏਗਾ। ਜੇ ਆਖੇ ਕਿਸੇ ਨੇ ਧੋਖੇ ਨਾਲ ਕਰਾਏ ਆ ਤਾਂ ਸਿੱਧ ਹੋਏਗਾ ਕਿ ਇੱਕ ਨੰਬਰ ਦਾ ਲਾਪਰਵਾਹ। ਮੁਜਰਮ ਬਣਨ ਨਾਲੋਂ ਉਹਨੂੰ ਲਾਪਰਵਾਹ ਬਣਨ 'ਚ ਬਿਹਤਰੀ ਨਜ਼ਰ ਆਈ। ਗਵਾਹ ਆਲਾ ਦਰਜੇ ਦਾ ਬੇਈਮਾਨ ਹੈ, ਪੈਰ ਪੈਰ 'ਤੇ ਝੂਠ ਬੋਲਦਾ, ਇਸ ਲਈ ਗਵਾਹੀ ਕਾਬਲੇ ਇਤਬਾਰ ਨਹੀਂ। ਕਪੂਰ ਸਿੰਘ ਦੀਆਂ ਹੇਰਾਂ ਫੇਰੀਆਂ ਤੋਂ ਖਿਜੇ ਜੱਜ ਨੇ ਉਸ ਖਿਲਾਫ਼ ਸਟ੍ਰਿਕਚਰ ਪਾਸ ਕੀਤਾ। ਜੱਜ ਦੇ ਇਹਨਾਂ ਸਟ੍ਰਿਕਚਰਾਂ ਦੇ ਨਾਲ ਹੀ ਮਾਹਿਰ ਗਵਾਹਾਂ ਦੀ ਲਿਸਟ ਸਮਾਪਤ ਹੋ ਗਈ। ਇਹਨਾਂ ਗਵਾਹਾਂ ਦੇ ਬਿਆਨਾਂ ਲਈ ਲੰਚ ਤੱਕ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ। ਪਿਆਰੇ ਲਾਲ ਨੇ ਕਾਨੂੰਨੀ ਦਾਪੇਚਾਂ ਦੀ ਥਾਂ ਤੱਥਾਂ ਦੇ ਸਹਾਰੇ ਉਹਨਾਂ ਦੀ ਗਵਾਹੀ ਤਹਿਸ ਨਹਿਸ ਕਰ ਦਿੱਤੀ। ਇਸ ਲਈ ਇਹ ਕੰਮ 12 ਵਜੇ ਤੱਕ ਨਿਬੜ ਗਿਆ।
गैर सरकारी गवाहां ते जिरा मोहन जी ने करनी सी कपूर सिंह की गवाही खत्म होने तो पहला ही वो कोर्ट रूम च दाखिल हो गया। केस सफाई धिर के हक च जा रहा है, जिन्ने गवाह भुगत जाण उन्ना ही फायदा। बचन सिंह होर गवाह भुगताने लई तैयार नहीं सी, बाकी दे गवाह दोपहर तो बाद लिखे जाण। हाले ना गवाह तैयार सी ते ना वो आप। नाथ साहब भी यही चाहते सी, सफाई धिर ने केस की रीढ़ की हड्डी तोड़ दिती सी। सरकारी वकील नूं विगड़ी स्थिति नूं संभालण लई कुछ समा मिलना ही चाहीदा सी। बाकी गवाह लंच तो बाद दा हुक्म सुन के जज ने कुर्सी छड़ दित्ती। धन्यवाद। मित्र सैन मीत दा नोवल कटहरा दा 15वां अंक। माहिरां दी गवाही ने सरकारी धिर नाल जुड़े हर व्यक्ति नूं परेशान कर रख्या सी। इस केस विच एक भी अजिहा गवाह नहीं सी जिहड़ा हिक थापड़ के आख सकदा कि उन्हें बंटी नूं कतल हुंदिया वेख्या। सारा केस हालात दे आधारित गवाही ते निर्भर सी। पुलिस ने अजिहे हालात दा होना सिद्ध कीता सी जिस तों इह साबित हुंदा सी कि दोषियां तों सिवा कोई होर बंटी नूं कतल कर ही नहीं सकता। इन्हां हालातां दी किसी ना किसी कड़ी नूं साबित करन लई पुलिस ने माहिरां दा सहारा लिया सी। माहिरां दी गवाही ने फायदे दी थां उल्टा नुकसान पहुँचाया सी। सब तो वध फिकर नाजर सिंह नूं सी। सब तो पहला नज़ला उसे ते चढ़ना सी, मार भी दूरी पैनी सी। पहला इसलिए कि अज उस केस की पैरवाई लई आया सी। पैरवाई अफसर होने के नाते उहदा फर्ज सी कि हर गवाह सरकार दे हक च भुगते। इस उद्देश की प्राप्ति लई उन्हूं सरकार वालों पूरी खुल सी। प्राइवेट गवाहां नूं कुट मार तक कर सकता सी। गवाह सरकारी मुलाजम होण तां उहनां दे महकमे नूं कारवाई लई लिख सकता सी। कोई गवाह उहदी पहुँच तो बाहर होवे तां उच्च अधिकारियों नूं दसे, फिर वह गवाह नूं आपे सीधे रस्ते पाउणगे। वैसे फर्ज निभाउण च नाजर सिंह ने कोई कोताही नहीं सी कीती। सब गवाह पढ़े लिखे सरकारी अफसर सन। नाजर उन्हां नूं की समझा सकता सी, उन्हां दी टहल सेवा कर सकता सी। टहल सेवा च उन्हें कोई कसर बाकी नहीं सी छड्डी। किसी ने चाह मंगी तो उन्हें दुध मंगवाया, किसी ने पानी मंगया तो उन्हें जूस पिलाया। इस दोष तो शायद वह मुक्त हो जाए, पर रिकॉर्ड छोई हेराफेरी ने उहदे जोड़ां च बैठ जाना सी। किसी ने नहीं सी मनना कि हेराफेरी उसने अफसरां दी हिदायत ते कीती सी। इस कोताही की सारी जिम्मेवारी नाजर सिंह ते मड़ी जानी सी। ਉਹ ਕਈ ਵਾਰੀ ਸਰਕਾਰੀ ਵਕੀਲ ਦੇ ਗੋਡੀ ਹੱਥ ਲਾ ਚੁੱਕਾ ਸੀ, ਵਿਸਕੀ ਦੀ ਪੇਟੀ ਭੇਜਣ ਦਾ ਵਾਅਦਾ ਕਰ ਚੁੱਕਾ ਸੀ। ਨਾਜਰ ਸਿੰਘ ਦੀ ਪੱਗ ਬਚਨ ਸਿੰਘ ਦੇ ਹੱਥ ਸੀ, ਬਚਾ ਲਵੇ ਭਾਵੇਂ ਉਛਾਲ ਦੇਵੇ। ਸਰਕਾਰੀ ਵਕੀਲ ਜੇ ਬਹੁਤੀ ਮਦਦ ਨਹੀਂ ਕਰ ਸਕਦਾ ਤਾਂ ਇਹ ਵਾਅਦਾ ਤਾਂ ਕਰ ਹੀ ਸਕਦਾ ਹੈ ਕਿ ਉਹ ਕਿਸੇ ਕੁਤਾਹੀ ਬਾਰੇ ਕਪਤਾਨ ਨੂੰ ਚਿੱਠੀ ਨਹੀਂ ਲਿਖੇਗਾ। ਧਿਆਨ ਚੰਦ ਅਤੇ ਕਪੂਰ ਸਿੰਘ ਦਾ ਹਾਲ ਉਹ ਤੋਂ ਵੀ ਭੈੜਾ ਸੀ। ਮੁਅੱਤਲ ਹੋਣਾ, ਪੜਤਾਲ ਕਰਾਉਣੀ ਅਤੇ ਫਿਰ ਬਹਾਲ ਹੋ ਜਾਣਾ ਪੁਲਿਸ ਅਫਸਰਾਂ ਲਈ ਮਾਮੂਲੀ ਗੱਲ ਸੀ। ਮਾਹਿਰਾਂ ਦੇ ਵਿਭਾਗ 'ਚ ਇੰਝ ਨਹੀਂ ਚੱਲਦਾ। ਮਾਮੂਲੀ ਜੇ ਸ਼ਿਕਾਇਤ 'ਤੇ ਸੀ, ਅੱਗੋਂ ਤੋਂ ਅਹਿਮ ਦਸਤਾਵੇਜ਼ ਮੁਆਇਨੇ ਲਈ ਨਹੀਂ ਦਿੱਤੇ ਜਾਂਦੇ, ਰੋਟੀ ਟੁੱਕ ਦਾ ਸਾਧਨ ਬੰਦ ਹੋ ਜਾਂਦਾ ਸੀ। ਮਾਹਿਰਾਂ ਦਾ ਕਸੂਰ ਵੀ ਕੋਈ ਨਹੀਂ, ਇਹ ਰੱਦੋ ਬਦਲ ਉਹਨਾਂ ਸਰਕਾਰ ਦੀ ਬਿਹਤਰੀ ਲਈ ਕੀਤੀ ਸੀ, ਨਾ ਕਿ ਕਿਸੇ ਲਾਲਚ ਲਈ। ਸਰਕਾਰੀ ਵਕੀਲ ਕਿਵੇਂ ਨਾ ਕਿਵੇਂ ਮੌਕਾ ਸੰਭਾਲੇ, ਜੱਜ ਨਾਲ ਗੱਲ ਕਰੇ, ਦੋਸ਼ੀਆਂ ਨੂੰ ਸਜ਼ਾ ਕਰਾਏ। ਜੇ ਦੋਸ਼ੀ ਸਜ਼ਾ ਹੋ ਜਾਣ ਤਾਂ ਸਭ ਦੇ ਪਾਪ ਧੋਤੇ ਜਾਣ, ਜੇ ਇੰਝ ਸੰਭਵ ਨਹੀਂ ਤਾਂ ਦੂਜੀ ਧਿਰ ਦੇ ਵਕੀਲਾਂ ਨਾਲ ਰਾਬਤਾ ਕਾਇਮ ਕੀਤਾ ਜਾਏ। ਉਹ ਦੋਸ਼ੀ ਭਾਵੇਂ ਬਰੀ ਕਰਾ ਲੈਣ, ਪਰ ਮਾਹਿਰਾਂ ਦੀ ਗਲਤੀ ਨਾ ਉਛਾਲਣ। ਇਸ ਮਿਹਰਬਾਨੀ ਲਈ ਜੇ ਖਰਚ ਵਰਚ ਕਰਨਾ ਪਵੇ ਤਾਂ ਵੀ ਬਚਨ ਸਿੰਘ ਨਾ ਝਿਜ ਕੇ ਮਾਹਿਰ ਖੁੱਲ੍ਹੇ ਖਰਚ ਲਈ ਤਿਆਰ ਸਨ। ਉਹ ਭੈਣ ਢੱਠੇ ਖੋਜ, ਬਚਨ ਸਿੰਘ ਦੀ ਆਪਣੀ ਜਾਨ ਕੜਕੇ 'ਚ ਫਸੀ ਪਈ ਸੀ। ਸਭ ਤੋਂ ਪਹਿਲਾਂ ਖਿਚਾਈ ਉਸੇ ਦੀ ਹੋਣੀ ਸੀ। ਮਾਹਿਰਾਂ ਅਤੇ ਤਫਤੀਸ਼ੀ ਦੇ ਨਾਲ ਨਾਲ ਬਚਨ ਸਿੰਘ ਨੂੰ ਭੰਡਾਰੀ ਵਕੀਲ ਅਤੇ ਯੁਵਾ ਸੰਘ 'ਤੇ ਵੀ ਗੁੱਸਾ ਆ ਰਿਹਾ ਸੀ। ਭੰਡਾਰੀ ਅਜੀਬ ਬੰਦਾ ਸੀ, ਸਾਰੀ ਕਾਰਵਾਈ ਦੌਰਾਨ ਇੱਕ ਵਾਰ ਵੀ ਅਦਾਲਤ 'ਚ ਪੈਰ ਨਹੀਂ ਸੀ ਧਰਿਆ। ਉਹਦਾ ਫਰਜ਼ ਸੀ ਅੰਦਰ ਆ ਕੇ ਗਵਾਹਾਂ ਦਾ ਹਾਲ ਚਾਲ ਪੁੱਛਦਾ, ਉਹ ਭੰਡਾਰੀ ਨੂੰ ਸਮਝਾ ਦਿੰਦਾ। ਜੱਜ ਗਵਾਹਾਂ ਨੂੰ ਦਬਕੇ 'ਤੇ ਦਬਕਾ ਮਾਰ ਰਿਹਾ, ਦਬਕੇ ਦੀ ਤਾਬ ਨਾਲ ਝੱਲਦੇ ਹੋਏ ਗਵਾਹ ਨੜੇ ਵਾਂਗ ਉੱਧੜ ਪੈਂਦੇ ਆ। ਬਚਨ ਸਿੰਘ ਦੇ ਇਸ਼ਾਰੇ 'ਤੇ ਸੰਘ ਨੇ ਜੇ ਇੱਕ ਨਾਰਾ ਵੀ ਮਾਰਿਆ ਹੁੰਦਾ ਤਾਂ ਉਲਟਾ ਜੱਜ ਨੇ ਦਬਕ ਜਾਣਾ ਸੀ। ਕੇਸ ਦੇ ਰੁੱਖ ਨੇ ਸਰਕਾਰ ਵੱਲ ਹੋ ਜਾਣਾ ਸੀ। ਹਾਲੇ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ। ਮਾਹਿਰ ਆਖਿਰ ਮਾਹਿਰ ਹੀ ਹੁੰਦਾ, ਉਹਨੇ ਕੇਵਲ ਰਾਏ ਹੀ ਦਿੱਤੀ ਸੀ। ਜ਼ਰੂਰੀ ਨਹੀਂ ਰਾਏ ਹਮੇਸ਼ਾ ਸਹੀ ਹੋਵੇ, ਜੇ ਮੌਕੇ ਦੇ ਗਵਾਹਾਂ ਦੀ ਗਵਾਹੀ ਮਜ਼ਬੂਤ ਹੋਵੇ ਤਾਂ ਜੱਜ ਨੂੰ ਮਾਹਿਰਾਂ ਨਾਲ ਉਹਨਾਂ ਦੀ ਗਵਾਹੀ ਨੂੰ ਤਰਜੀਹ ਦੇਣੀ ਪੈਣੀ ਸੀ। ਹੁਣ ਉਹਦਾ ਬਚਾਅ ਇਸ 'ਚ ਸੀ ਕਿ ਮੌਕੇ ਦੇ ਗਵਾਹ ਨੂੰ ਚੰਗੀ ਤਰ੍ਹਾਂ ਭੁਗਤਾ ਲਿਆ ਜਾਏ। ਮਾਹਿਰਾਂ ਨੂੰ ਟਾਲ ਕੇ ਬਚਨ ਸਿੰਘ ਭੰਡਾਰੀ ਦੇ ਖੋਖੇ ਵੱਲ ਹੋ ਗਿਆ। ਸੁਬਾ ਬਚਨ ਸਿੰਘ ਦਾ ਵਿਚਾਰ ਸੀ
कि सरकारी गवाह भुगता देगा तो प्राइवेट गवाह भंडारी से छड़ देगा। सवेर के तजर्बे ने उसका यह विचार बदल दिता। नवी योजना तहत उन्हें गवाह भी अपने भुगताने सन तो उन्होंने गवाही भी खुद समझानी सी, इसलिए उन्हें 12 बजे कचहरी बरखास्त करवा ली सी। उस को 2 घंटे का समा सी, रोटी टुक का ख्याल छड़ के वह गवाहों नाल मगज खपाई करना चाहता सी। भंडारी के कैबिन च पूरी गहमा गहमी सी। लाला जी तो लैके संघ दे प्रधान ते सकत्तर तक सब मौजूद सन। प्राइवेट गवाहों के नाल नाल पुलिस मुलाजमान का भी तांता लग्या होया सी। भंडारी दे सारे जूनियर वकील गवाहों नाल 2-4 हो रहे सन, हुण केवल दोहराई हो रही सी। गवाहों नू बयान तक कल ही तोते वांग रटा दिते गए सी। गवाही समझाउण ते पक्की करन दा भंडारी दा अपना ही ढंग सी। वह अपनी लंबी चौड़ी कोठी च उसे तरह का सैट तैयार कर लिया करता सी जिस तरह की कहानी पुलिस ने घड़ी हुंदी। ओह जिहा मौसम, ओह जिहा समां, ओह जिहा माहौल, गवाहां ते नकली दोषियों नू उसे थां खड़ाया जांदा जिथे पुलिस ने अपने नक्शे च खड़े दिखाया हुंदा। कतल जां लड़ाई झगड़े का मुकदमा होवे, नकली दोषियों के हत्थां च ओहो जिहे हथियार फड़ाए जांदे जिहड़े पुलिस ने असल दोषियों के हत्थां च फड़ाए हुंदे। फिर कहानी मुताबक मजरूबा दे सट्टा मारन का नाटक खेडिया जाता, किसने किहड़ा ललकारा मारिया, किसने किहनू कित्थे सट्ट मारी, कौन किधर नू भज्जिया, किसने किसनू संभालिया, सारी कहानी दोहराई जाती। जदों पुलिस वालों घड़ी कहानी नू इंज असलीयत च बदल दिता जाता तां विरोधी धिर दे वकील नू जिरा करन समय बयानां च फर्क पाउण दा मौका ही नहीं सी मिलदा। इसे गुण कारण भंडारी अक्सर मुदई धिर दा वकील बनिया करदा ते उस वल्लों लड़े बहुते केसां च सज़ा हुंदी। इस केस की कहानी भावें अजीबो गरीब सी, फिर भी भंडारी ने सैट तैयार करवा के गवाही समझाई सी। गवाह अपना अपना रोल कल ही समझ गए सी। अज महज रिहर्सल हो रही सी। गवाह नू पहलां पुलिस वल्लों लिखिया बयान पढ़ के सुनाया जांदा, फिर हर लाइन का मतलब समझाया जांदा, फिर भंडारी गवाह तो बयान सुनदा, जिथों उकदा उतों उन्हों पक्का करवाया जाता। जदों गवाह अपना बयान रट लैंदा तो उन्होंने वो सवाल समझाए जाते जिहड़े दूजे वकील ने गवाह तो पुछने से। सवालों के उत्तर समझाए जाते, आखिर च एक मंत्र पढ़ाया जाता, जे सवाल का उत्तर ना सुझे आखते हो याद नहीं। जदों भंडारी की तसली हो जाती तो गवाह जूनियर के हवाले हुंदा, फिर वह कार्रवाई वह दोहरांदा। चंगी पद्धर से हो रही तैयारी देख के बचन सिंह राहत महसूस हुई। जे गवाह चंगी तरह भुगत जाण तां वी बचाव हो जाए। बचन सिंह दे आखण ते वारी वारी हर गवाह उस अगे पेश कीता गया। गवाह टली वांग टणकदे सी। बचन सिंह ने 100-100 सवाल पूछे, कोई एक तो भी ना थिड़किया। गवाहां ते शक करना बचन सिंह दा एक वहम साबित होया। दुध दे फूके वांग उह लस्सी नूं भी फूका मार रिहा सी। गवाहां वल्लों निस्सर वंड हो के बचन सिंह ने भंडारी नाल दूसरा मसला विचारिया। नारेबाजी ना करके संघ ने पहले ही बहुता नुकसान करवा लिया सी, ये गलती ना दोहराई जाए। पहला तो उई उक गए, तुसी परवाह ना करो। अदालत दे बैठदे ही पूरे जोर शोर नाल नारेबाजी होएगी। भंडारी दा विश्वास हासिल करके बचन सिंह अदालत विच जा बैठा। जिन्ने गवाह वध भुगते जाण उन्ना ही फायदा। यह उद्देश मोहन जी का भी सी, उन्हूं समती वालों रिपोर्ट मिली सी। अज भुगतन वाले सारे गवाह अपने बयानों तो मुकरने सन। जिन्ने गवाह भुगत जाण उन्ने अगाह सौख रहेगी। दोहां धिरां दे वकीलां नूं हाज़र होया देख के जज साहब भी कुर्सी ते आ बिराजे। कार्रवाई शुरू हुंदे ही मोहन जी ने कई इतराज़ उठाए। पहला यह कि गवाहां नूं डराया धमकाया जा रहा सी। उह कल दे पुलिस हिरासत विच सन, हुण भी उह सरकारी वकील दे दफ्तर च बैठे सन। कई वकील उहनां नूं बयान रटाउण च जुटे हुए सन। गवाहां नूं बयान समझाउण दा की मतलब, उहनां जो देखे आपे दस देणगे। दूजा ये कि कुछ गवाहां नूं नशा पिया दिता गया सी, उह सोच समझ के गवाही देण दे काबल नहीं रह गए। उसे तरह बोलणगे जिवें पुलिस ने रटाया सी, चंगा होवे जे तारीख अगे पा दी जाए। मोहन जी की इस तजवीज़ से बचन सिंह भंडारी ते जज तीनों तिल मिला उठे। ये नहीं हो सकता, ना सरकारी वकील इन्ने गवाह मुड़ तामील करवा सकता है, तो ना जज बाकी दे दिन लई हथ ते हथ धर के बैठ सकता सी। गवाह हर हिले लिखे जाणगे, कोई होर राह लभदा होवे तां अदालत विचार कर सकती है। अदालत के गवाह भुगतान से बजिद होने बचन सिंह बड़ा खुश से। सफाई धिर वालों तारीख मंगण का मतलब सी, वह मैदानू भज रही सी। गवाह भुगतान का बचन सिंह लिए यह उचित समा से। जे तारीख नहीं दिती जा सकती ना सही, अदालत यह तसली कर ले कि गवाह रिष्ट पुष्ट हैं, वह किसी के डर जां दबाव थले तो नहीं।
ਇਸ 'ਚ ਕਿਸੇ ਨੂੰ ਕੀ ਇਤਰਾਜ਼ ਸੀ? ਇਹ ਤਾਂ ਸਗੋਂ ਜੱਜ ਦਾ ਫਰਜ਼ ਸੀ। ਸਾਰੇ ਗਵਾਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਜੱਜ ਨੇ ਇੱਕ ਇੱਕ ਗਵਾਹ ਤੋਂ ਪੁੱਛਿਆ, ਨਾ ਕੋਈ ਬਿਮਾਰ ਸੀ, ਨਾ ਕਿਸੇ ਨੂੰ ਕਿਸੇ ਦਾ ਡਰ ਸੀ। ਲੱਗਦੇ ਹੱਥ ਜੱਜ ਨੇ ਇੱਕ ਹੋਰ ਫਰਜ਼ ਵੀ ਨਿਭਾਇਆ। ਗਵਾਹਾਂ ਨੂੰ ਪਿਆਰ ਨਾਲ ਸਮਝਾਇਆ ਗਿਆ, ਉਹ ਬਿਨਾਂ ਕਿਸੇ ਡਰ ਦੇ ਸੱਚ ਬੋਲਣ। ਸਫਾਈ ਧਿਰ ਦੇ ਇਤਰਾਜ਼ ਕਰਨ 'ਤੇ ਗਵਾਹਾਂ ਨੂੰ ਸਰਕਾਰੀ ਵਕੀਲ ਦੇ ਦਫ਼ਤਰ ਜਾਂ ਭੰਡਾਰੀ ਦੇ ਖੋਖੇ 'ਚ ਜਾਣੋਂ ਰੋਕ ਦਿੱਤਾ ਗਿਆ। ਉਹਨਾਂ ਨੂੰ ਅਦਾਲਤ ਦੇ ਬਾਹਰ ਪਏ ਬੈਂਚਾਂ 'ਤੇ ਵੀ ਨਾ ਬੈਠਣ ਦਿੱਤਾ ਗਿਆ। ਉਹ ਅਹਿਮ ਕੇਸ ਦੇ ਅਹਿਮ ਗਵਾਹ ਸਨ, ਕੋਈ ਵੀ ਧਿਰ ਉਹਨਾਂ ਦਾ ਨੁਕਸਾਨ ਕਰ ਸਕਦੀ ਸੀ। ਗਵਾਹਾਂ ਨੂੰ ਅਹਿਲ ਮੱਤ ਦੇ ਕਮਰੇ 'ਚ ਬਿਠਾਇਆ ਗਿਆ। ਜਿੰਨਾ ਚਿਰ ਸਾਰੇ ਗਵਾਹ ਭੁਗਤ ਨਹੀਂ ਜਾਂਦੇ, ਉਹਨਾਂ ਚਿਰ ਨਾ ਉਹਨਾਂ ਨੂੰ ਕਮਰੇ 'ਚੋਂ ਬਾਹਰ ਆਉਣ ਦਿੱਤਾ ਜਾਵੇ ਅਤੇ ਨਾ ਹੀ ਕਿਸੇ ਨੂੰ ਮਿਲਣ ਦਿੱਤਾ ਜਾਵੇ। ਸਫਾਈ ਧਿਰ ਦੇ ਸਾਰੇ ਇਤਰਾਜ਼ ਦੂਰ ਕਰਕੇ ਅਗਲੀ ਕਾਰਵਾਈ ਸ਼ੁਰੂ ਹੋਈ। ਅਰਦਲੀ ਦੇ ਪਹਿਲੇ ਗਵਾਹ ਨੂੰ ਆਵਾਜ਼ ਮਾਰਦੀਆਂ ਸਮਾਨ ਨਾਅਰਿਆਂ ਨਾਲ ਗੂੰਜ ਉੱਠਿਆ, ਬੰਟੀ ਦੇ ਕਾਤਲਾਂ ਨੂੰ ਫਾਹੇ ਲਾਓ। ਚਾਰੇ ਪਾਸੇ ਭਗਦੜ ਮੱਚ ਗਈ, ਕਾਵਾਂ ਰੌਲੀ ਜੀ ਪੈ ਗਈ। ਨਿਰਦੋਸ਼ਾਂ ਨੂੰ ਰਿਹਾ ਕਰੋ, ਅਸਲੀ ਕਾਤਲਾਂ ਨੂੰ ਗ੍ਰਿਫਤਾਰ ਕਰੋ, ਪਾਲੇ ਅਤੇ ਮੀਤੇ ਨੂੰ ਇਨਸਾਫ ਦਿਓ। ਇਹ ਇੱਕ ਦੇ ਮੁਕਾਬਲੇ ਕਈ ਕਈ ਨਾਅਰੇ ਪਹਿਲਾਂ ਨਾਲੋਂ ਵੱਧ ਜੋਸ਼ ਨਾਲ ਗੂੰਜਣ ਲੱਗੇ। ਦੋਹਾਂ ਧਿਰਾਂ ਵਿਚਕਾਰ ਟੱਕਰਾਂ ਨਾ ਹੋ ਜਾਏ ਇਸ ਲਈ ਪੁਲਿਸ ਹਰਕਤ 'ਚ ਆ ਗਈ। ਕੁਛ ਨੂੰ ਸਮਝਾ ਕੇ, ਕੁਛ ਨੂੰ ਡਰਾ ਕੇ ਭਜਾ ਦਿੱਤਾ ਗਿਆ। ਅਦਾਲਤ ਦੀ ਕਾਰਵਾਈ ਅੱਧਾ ਘੰਟਾ ਰੁਕੀ ਰਹੀ। ਬਚਨ ਸਿੰਘ ਨੂੰ ਆਪਣੀ ਯੋਜਨਾ ਦੇ ਅਸਫਲ ਹੋਣ 'ਤੇ ਪਛਤਾਵਾ ਸੀ। ਲੱਗਦਾ ਸੀ ਸੰਮਤੀ ਪਹਿਲਾਂ ਹੀ ਤਿਆਰ ਹੋ ਕੇ ਆਈ ਸੀ। ਸੰਘ ਦੇ ਵਰਕਰਾਂ ਦੀ ਗਿਣਤੀ ਤਾਂ ਉਹਨਾਂ ਦੇ ਮੁਕਾਬਲੇ ਆਟੇ 'ਚ ਲੂਣ ਜਿੰਨੀ ਵੀ ਨਹੀਂ ਸੀ। ਸੰਘ ਵਾਲੇ 2-4 ਨਾਅਰਿਆਂ ਬਾਅਦ ਹੀ ਠੰਡੇ ਪੈ ਗਏ। ਸੰਮਤੀ ਵਾਲਿਆਂ ਦੇ ਨਾਅਰੇ ਅਖੀਰ ਤੱਕ ਸੁਣਾਈ ਦਿੰਦੇ ਰਹੇ। ਬਚਨ ਸਿੰਘ ਨੂੰ ਫਿਕਰ ਹੋ ਗਿਆ, ਇਹਦਾ ਜੱਜ 'ਤੇ ਕਿਧਰੇ ਉਲਟਾ ਅਸਰ ਹੀ ਨਾ ਹੋ ਜਾਵੇ। ਇਸ ਬੇਹੂਦਗੀ ਨਾਲ ਅਦਾਲਤ ਦਾ ਕੀਮਤੀ ਸਮਾਂ ਬਰਬਾਦ ਹੋਇਆ ਸੀ, ਨਾਲੇ ਤੌਹੀਨ ਹੋਈ ਸੀ। ਦੋਵਾਂ ਧਿਰਾਂ ਦੇ ਵਕੀਲਾਂ ਨੇ ਆਪਣੇ ਆਪਣੇ ਜੁਰਮ ਦਾ ਇਕਬਾਲ ਕੀਤਾ, ਮਾਸੂਮ ਜੇ ਬਣ ਕੇ ਇਸ ਅਣਸੁਖਾਵੀ ਘਟਨਾ ਲਈ ਮਾਫ਼ੀ ਮੰਗੀ। ਜੱਜ ਮਾਫ਼ੀ ਦੇਣ ਲਈ ਤਿਆਰ ਸੀ, ਪਰ ਇੱਕ ਸ਼ਰਤ 'ਤੇ ਕਿ ਵਕੀਲ ਹਾਜ਼ਰ ਆਏ ਗਵਾਹਾਂ ਨੂੰ ਭੁਗਤਾ ਕੇ ਜਾਣ ਭਾਵੇਂ ਰਾਤ ਦੇ 12 ਵਜ ਜਾਣ। ਦੋਹਾਂ ਧਿਰਾਂ ਨੇ ਸਿਰ ਝੁਕਾ ਕੇ ਸਜ਼ਾ ਪ੍ਰਵਾਨ ਕੀਤੀ। ਬੜੇ ਸੁਖਾਵੇਂ ਮਾਹੌਲ 'ਚ ਗਵਾਹੀਆਂ ਮੁੜ ਸ਼ੁਰੂ ਹੋਈਆਂ। ਅੰਗ 16 ਪਹਿਲਾ ਨੰਬਰ ਮੋਦਨ ਦਾ ਸੀ। ਪੁਲਿਸ ਬਿਆਨ ਅਨੁਸਾਰ ਉਹ 1 ਸਾਲ ਦੀ ਤੋਂ ਬੰਟੀ ਦੇ ਸਕੂਲ ਅੱਗੇ ਰੇਹੜੀ ਲਗਾਉਂਦਾ ਸੀ, ਗੱਚਕ ਰੇਹੜੀਆਂ ਵੇਚਦਾ ਸੀ। ਲਾਲਾ ਜੀ ਅਤੇ ਉਹਦੇ ਪੋਤੇ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਲਾਲਾ ਜੀ ਹਰ ਰੋਜ਼ ਬੰਟੀ ਨੂੰ ਸਕੂਲ ਛੱਡ ਕੇ ਜਾਂਦੇ, ਫਿਰ ਲੈ ਕੇ ਆਉਂਦੇ। ਉਹ ਪਾਲੇ ਅਤੇ ਮੀਤੇ ਨੂੰ ਵੀ ਜਾਣਦਾ ਸੀ। ਅਗਵਾਹ ਵਾਲੇ ਦਿਨ ਉਹ ਸ਼ੱਕੀ ਹਾਲਤ 'ਚ ਸਕੂਲ ਅੱਗੇ ਘੁੰਮਦੇ ਰਹੇ ਸਨ। ਉਹਨਾਂ ਨੇ ਮੋਦਨ ਤੋਂ ਮੂੰਗਫਲੀ ਖਰੀਦੀ ਸੀ, ਰੇਹੜੀ ਕੋਲ ਖੜੋ ਕੇ ਇੱਧਰ ਉੱਧਰ ਤੱਕਿਆ ਸੀ। ਅੱਧੀ ਛੁੱਟੀ ਸਮੇਂ ਫਿਰ ਆਏ ਸੀ, ਉਹਨਾਂ ਨਾਲ ਬੰਟੀ ਵੀ ਸੀ। ਇੱਕ ਨੇ ਬੰਟੀ ਦਾ ਬੈਗ ਚੁੱਕਿਆ ਸੀ, ਦੂਜੇ ਨੇ ਰੋਟੀ ਵਾਲਾ ਡੱਬਾ। ਉਹਨਾਂ ਨੇ ਬੰਟੀ ਨੂੰ ਟਾਫੀਆਂ ਅਤੇ ਬਿਸਕੁਟ ਖਰੀਦ ਕੇ ਦਿੱਤੇ ਸੀ। ਬੰਟੀ ਨੂੰ ਕਿੱਧਰ ਲਈ ਫਿਰਦੇ ਹੋ, ਮੋਦਨ ਨੇ ਉਹਨਾਂ ਨੂੰ ਪੁੱਛਿਆ ਸੀ। ਤਸੱਲੀ ਬਖਸ਼ ਜਵਾਬ ਦਿੱਤੇ ਬਿਨਾਂ ਹੀ ਉਹ ਇੱਕ ਰਿਕਸ਼ੇ 'ਚ ਬੈਠ ਕੇ ਉੱਥੋਂ ਚਲੇ ਗਏ। ਕੱਲ੍ਹ ਦਾ ਮੋਦਨ ਨੂੰ ਇਹੋ ਬਿਆਨ ਰਟਾਇਆ ਜਾ ਰਿਹਾ ਸੀ। ਭੰਡਾਰੀ ਨੂੰ ਪਤਾ ਸੀ, ਉਹਨੂੰ ਬਿਆਨ ਸਮਝ ਕੇ ਉਹ ਆਪਣਾ ਸਮਾਂ ਬਰਬਾਦ ਕਰ ਰਿਹਾ ਸੀ। ਗਵਾਹੀ ਦੇਣਾ ਮੋਦਨ ਲਈ ਕੋਈ ਨਵੀਂ ਗੱਲ ਨਹੀਂ ਸੀ, ਇਹ ਉਹਦਾ ਕਾਰੋਬਾਰ ਸੀ। ਉਹਨੂੰ ਚੰਗੀ ਤਰ੍ਹਾਂ ਪਤਾ ਸੀ ਉਹਨੇ ਕੀ ਕਹਿਣਾ ਅਤੇ ਕੀ ਨਹੀਂ ਕਹਿਣਾ। ਗਵਾਹੀਆਂ ਵਾਲਾ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਉਹ ਮੁਖਬਰੀ ਕਰਿਆ ਕਰਦਾ ਸੀ। ਮੁਖਬਰੀ ਦਾ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਧਾਰਨ ਕਿਸਾਨ ਸੀ। ਭਲੇ ਦਿਨਾਂ 'ਚ ਉਹਦਾ ਬਾਪ ਇੱਕ ਕਤਲਕਾਰ ਬੈਠਾ ਸੀ। ਕੇਸ ਦੀ ਪੈਰਵਾਈ ਲਈ ਮੋਦਨ ਨੂੰ ਥਾਣੇ ਆਉਣਾ ਜਾਣਾ ਪੈਂਦਾ ਸੀ। ਜਿਹੜੇ 4 ਛਿੱਲੜ ਪੱਲੇ ਸਨ ਉਹ ਵਕੀਲਾਂ ਮੁਨਸ਼ੀਆਂ ਨੇ ਹੜੱਪ ਲਏ। ਪੁਲਿਸ ਦੀ ਰਿਆਇਤ ਦਾ ਮੁੱਲ ਚੁਕਾਉਣ ਲਈ ਉਸ ਕੋਲ ਫੁੱਟੀ ਕੌਡੀ ਵੀ ਨਹੀਂ ਸੀ। ਥਾਣੇਦਾਰ ਨੂੰ ਖੁਸ਼ ਕਰਨ ਦਾ ਉਸ ਕੋਲ ਇਹੋ ਰਾਹ ਸੀ, ਉਹ ਪੁਲਿਸ ਨੂੰ ਮੁਖਬਰੀ ਦੇਣ ਲੱਗਾ। ਥਾਣੇਦਾਰ ਉਹਨੂੰ ਭਾਜੀ ਮੋੜਨ ਲੱਗੇ, ਉਸ ਵੱਲੋਂ ਫੜਾਏ ਦੋਸ਼ੀ ਤੋਂ ਮਿਲਣ ਵਾਲੀ ਫੀਸ ਵਿੱਚੋਂ ਹਿੱਸਾ ਦੇਣ ਲੱਗੇ। ਫੀਸ ਨਾਲ ਮੋਦਨ 2 ਦੇ ਦਿਨ ਚੰਗੇ ਲੰਘਣ ਲੱਗੇ। ਫਿਰ ਕਾਨੂੰਨ ਬਦਲਿਆ, ਅਦਾਲਤਾਂ ਪੁਲਿਸ 'ਤੇ ਜ਼ੋਰ ਪਾਉਣ ਲੱਗੀਆਂ, ਰੇਡ ਸਮੇਂ ਪੁਲਿਸ ਪਾਰਟੀ 'ਚ ਕਿਸੇ ਮੁਹਤਬਰ ਨੂੰ ਸ਼ਾਮਲ ਕਰਿਆ ਕਰੋ। ਪੁਲਿਸ ਨੇ ਉਹਨੂੰ ਮੁਹਤਬਰ ਬਣਾ ਲਿਆ। ਮੋਦਨ ਪਹਿਲਾਂ ਹੀ ਧੰਦਾ ਬਦਲਣ ਲਈ ਕਾਹਲਾ ਸੀ। ਮੁਖਬਰ ਦੇ ਤੌਰ 'ਤੇ ਉਹ ਸਾਰੇ ਇਲਾਕੇ 'ਚ ਬਦਨਾਮ ਹੋ ਚੁੱਕਾ ਸੀ। ਕੋਈ ਜਿਵੇਂ ਮਰਜ਼ੀ ਫੜਿਆ ਜਾਂਦਾ, ਸ਼ੱਕ ਮੋਦਨ 'ਤੇ ਹੀ ਹੁੰਦਾ। ਉੱਪਰ ਥੱਲੇ ਉਹਨੂੰ 2 ਵਾਰ ਮਾਰ ਪੈ ਚੁੱਕੀ ਸੀ। ਇੱਕ ਵਾਰ ਉਹਨੇ ਲੰਬੜਾਂ ਦੀ ਭੱਠੀ ਫੜਾਈ ਸੀ, ਸੋਚਿਆ ਸੀ ਸਾਮੀ ਚੰਗੀ ਹੈ, ਨਾਲੇ ਪੁਲਿਸ ਨੂੰ ਗੱਫੇ ਮਿਲਣਗੇ, ਨਾਲੇ ਮੋਦਨ ਨੂੰ। ਉਹਨਾਂ ਭੜੂਆਂ ਨੇ ਆਪਣੇ ਕੁੜਮ ਦੀ ਸਿਫਾਰਿਸ਼ ਲੈ ਆਂਦੀ। ਕੁੜਮ ਡਿਪਟੀ ਸੀ, ਪਰਚਾ ਕੱਟਿਆ ਜਾ ਚੁੱਕਾ ਸੀ। ਡਿਪਟੀ ਕੇਸ ਤਾਂ ਖੁਰਦ ਬੁਰਦ ਨਾ ਕਰਵਾ ਸਕਿਆ, ਪਰ ਮੁਖਬਰ ਦਾ ਨਾਂ ਜ਼ਰੂਰ ਪੁੱਛ ਗਿਆ। ਲੰਬੜ ਡਾਂਗਾ ਲੈ ਕੇ ਆ ਗਏ। ਮੋਦਨ ਨੇ ਭਰੀ ਪੰਚਾਇਤ 'ਚ ਆਪਣੀ ਗਲਤੀ ਮੰਨੀ, ਨੱਕ ਨਾਲ ਲਕੀਰਾਂ ਕੱਢੀਆਂ ਅਤੇ ਲੰਬੜਾਂ ਨੂੰ ਬਰੀ ਕਰਾਉਣ ਤੱਕ ਦੇ ਸਾਰੇ ਖਰਚੇ ਦੀ ਜ਼ਿੰਮੇਵਾਰੀ ਲਈ, ਤਾਂ ਕਿਤੇ ਜਾ ਕੇ ਖਹਿੜਾ ਛੁੱਟਿਆ। ਅਤੇ ਦੂਜੀ ਵਾਰੀ ਚੌਧਰੀ ਦੇ ਘਰੋਂ ਨਜਾਇਜ਼ ਬੰਦੂਕਾਂ ਫੜੀਆਂ ਗਈਆਂ, ਉਹਨਾਂ ਨੂੰ ਵੀ ਮੋਦਨ 'ਤੇ ਸ਼ੱਕ ਹੋ ਗਿਆ। ਬਿਨਾਂ ਪੁੱਛੇ ਦੱਸੇ ਉਹ ਰਾਤ ਨੂੰ ਮੋਦਨ 'ਤੇ ਡਾਂਗਾਂ ਜੜ ਗਏ। ਪੂਰਾ 1 ਮਹੀਨਾ ਹਸਪਤਾਲ 'ਚ ਸਹਿਕਦਾ ਰਿਹਾ। ਕੀ ਲੈਣਾ ਆਪਾਂ ਇਸ ਕੁੱਤੇ ਕੰਮ ਤੋਂ?
ਮਲਾਈ ਮਲਾਈ ਪੁਲਸ ਖਾ ਜਾਂਦੀ ਹੈ, ਲੱਸੀ ਸਾਡੇ ਲਈ ਰਹਿ ਜਾਂਦੀ ਹੈ। ਘਰ ਵਾਲੀ ਦੇ ਮਸ਼ਵਰੇ 'ਤੇ ਮੋਦਨ ਨੇ ਸਹੁੰ ਖਾਧੀ। ਹਸਪਤਾਲੋਂ ਛੁੱਟੀ ਹੋਣ 'ਤੇ ਮੋੜੋ ਮੁਖਬਰੀ ਵਾਲੇ ਰਾਹ ਨਹੀਂ ਪਏਗਾ, ਪਰ ਜਦੋਂ ਰੋਟੀ ਪੱਕਣੀ ਬੰਦ ਹੁੰਦੀ ਦਿਸੀ ਤਾਂ ਘਰ ਵਾਲੀ ਨੇ ਖੁਦ ਉਹਨੂੰ ਥਾਣੇ ਭੇਜ ਦਿੱਤਾ। ਗਵਾਹ ਬਣ ਕੇ ਉਹ ਖੁਸ਼ ਸੀ। ਜਿਸ ਮੁਜਰਮ 'ਤੇ ਉਹਦੀ ਗਵਾਹੀ ਪੈਂਦੀ ਉਹਦੀ ਅੱਖ ਨਿਵਲਣ ਲੱਗਦੀ। ਗਲ ਪੈਣ ਦੀ ਥਾਂ ਉਹ ਮੋਦਨ ਦੀ ਜੁੱਤੀ ਹੇਠ ਰਹਿੰਦਾ, ਨਾਲੇ ਮੋਦਨ ਦੀ ਸੇਵਾ ਕਰਦਾ, ਨਾਲੇ ਮਿਲਣ। ਇਸ ਧੰਦੇ 'ਚ ਕਮਾਈ ਵੀ ਵੱਧ ਸੀ। ਹਫ਼ਤੇ 10 ਦਿਨਾਂ ਬਾਅਦ ਕੋਈ ਨਾ ਕੋਈ ਗਵਾਹੀ ਆਈ ਰਹਿੰਦੀ। ਬਰੀ ਹੋਣ ਨਾਲ ਮੁਲਜ਼ਮ ਨੂੰ ਉਹਦੀ ਜੇਬ ਭਰਨੀ ਪੈਂਦੀ। ਇਸ ਧੰਦੇ 'ਚ ਉਹਨੂੰ ਇੱਕੋ ਵਾਰ ਡਾਂਗਾਂ ਪਈਆਂ ਸੀ। ਬਲਾਤਕਾਰ ਦੇ ਇੱਕ ਕੇਸ 'ਚ ਮੁਜਰਮ ਦੇ ਹੱਕ 'ਚ ਬੈਠ ਗਿਆ। ਕੁੜੀ ਵਾਲਿਆਂ ਨੇ ਮੂੰਹ ਕਾਲਾ ਕਰਕੇ ਉਹਦਾ ਸਾਰੇ ਸ਼ਹਿਰ 'ਚ ਜਲੂਸ ਕੱਢਿਆ। ਪੁਲਿਸ ਨੇ ਛਿੱਤਰ ਫੇਰਿਆ। ਉਸ ਮਾਰ ਤੋਂ ਉਹਨੇ ਸਬਕ ਸਿੱਖਿਆ, ਅੱਗੇ ਤੋਂ ਅਜਿਹੇ ਕੇਸ 'ਚ ਗਵਾਹੀ ਨਹੀਂ ਦੇਵੇਗਾ ਜਿੱਥੇ ਦੋ ਧਿਰਾਂ ਦੇ ਸਿੰਘ ਅੜੇ ਹੋਣ। ਉਹ ਛੋਟੇ ਮੋਟੇ ਕੇਸਾਂ 'ਚ ਗਵਾਹੀ ਪਾਉਣ ਲੱਗਾ, ਉਹ ਵੀ ਅਜਿਹੇ ਜਿੱਧਰ ਇੱਕ ਪਾਸੇ ਸਰਕਾਰ ਹੋਵੇ ਦੂਜੇ ਪਾਸੇ ਦੋਸ਼ੀ। ਬੰਟੀ ਕਤਲ ਵਿੱਚ ਗਵਾਹੀ ਉਹ ਤੋਂ ਬਿਨਾਂ ਪੁੱਛੀ ਰੱਖੀ ਗਈ ਸੀ। ਇਹ ਕਤਲ ਕੇਸ ਸੀ। ਕਤਲ ਦੇ ਦੋਸ਼ 'ਚ ਦੋਸ਼ੀਆਂ ਨੂੰ ਫਾਂਸੀ ਵੀ ਹੋ ਸਕਦੀ ਸੀ। ਮੋਦਨ ਝੂਠੀ ਗਵਾਹੀ ਜ਼ਰੂਰ ਦਿੰਦਾ ਸੀ, ਪਰ ਛੋਟੇ ਮੋਟੇ ਕੇਸਾਂ 'ਚ, ਸ਼ਰਾਬ ਅਫੀਮ ਜਾਂ ਚੋਰੀ ਵਰਗੇ ਮੁਕੱਦਮਿਆਂ 'ਚ ਦੋਸ਼ੀ ਅਕਸਰ ਬਰੀ ਹੁੰਦੇ ਸੀ। ਕਦੇ ਕੈਦ ਹੋਵੇ ਵੀ ਤਾਂ ਸਾਲ 6 ਮਹੀਨੇ। ਇੰਨੀ ਕੁ ਸਜ਼ਾ ਦੇ ਮੋਦਨ ਉਹਨਾਂ ਨੂੰ ਹੱਕਦਾਰ ਸਮਝਦਾ ਸੀ। ਥੋੜ੍ਹੀ ਬਹੁਤ ਜ਼ਮੀਰ ਹਾਲੇ ਮੋਦਨ 'ਚ ਬਾਕੀ ਸੀ। ਉਹ ਝੂਠ ਬੋਲ ਕੇ ਨਿਰਦੋਸ਼ਾਂ ਨੂੰ ਫਾਹੇ ਨਹੀਂ ਲਗਵਾ ਸਕਦਾ ਸੀ। ਸੰਮਨ ਮਿਲਦਿਆਂ ਹੀ ਮੋਦਨ ਨੇ ਮਨ ਬਣਾ ਲਿਆ ਸੀ ਉਹ ਝੂਠੀ ਗਵਾਹੀ ਨਹੀਂ ਦੇਵੇਗਾ। ਉਹਨੂੰ ਬਸ ਕਿਸੇ ਪੇਸ਼ਕਸ਼ ਦੀ ਉਡੀਕ ਸੀ। ਪੇਸ਼ਕਸ਼ ਜਦੋਂ ਮੋਹਨ ਜੀ ਵੱਲੋਂ ਆਈ ਤਾਂ ਫੁੱਲ ਕੇ ਕੁੱਪਾ ਹੋ ਗਿਆ। ਮੋਦਨ ਮੋਹਨ ਜੀ ਦਾ ਕਦਰਦਾਨ ਸੀ। ਮੋਦਨ ਨੂੰ ਬਹੁਤੀ ਕਮਾਈ ਉਸੇ ਰਾਹੀਂ ਹੁੰਦੀ ਸੀ। ਜੇ ਮੋਹਨ ਜੀ ਇਹ ਕੇਸ ਮੁਫ਼ਤ ਲੜ ਰਿਹਾ ਸੀ ਤਾਂ ਮੋਦਨ ਵੀ ਕੋਈ ਝਾਕ ਨਹੀਂ ਰੱਖੇਗਾ। ਉਹਨੇ ਮੋਹਨ ਜੀ ਨੂੰ ਯਕੀਨ ਦਵਾਇਆ ਸੀ। ਮੋਦਨ ਆਪਣੇ ਬੋਲਾਂ 'ਤੇ ਪੂਰਾ ਉਤਰਿਆ। ਗਵਾਹੀ ਦੇਣ ਹੁਣ ਤੱਕ ਉਹਨੇ ਕਿਸੇ ਨੂੰ ਭਿਣਕ ਨਹੀਂ ਪੈਣ ਦਿੱਤੀ ਕਿ ਉਹਦੇ ਮਨ 'ਚ ਕੀ ਸੀ। ਮੋਦਨ ਨੂੰ ਸੱਚ ਬੋਲਣ ਦੀ ਸਹੁੰ ਰਸਮੀ ਤੌਰ 'ਤੇ ਖਵਾਈ ਗਈ। ਉਹ ਸੱਚਮੁੱਚ ਸੱਚ ਬੋਲਣ ਲੱਗਾ। ਉਹ ਜੱਟਾਂ ਦਾ ਪੁੱਤ ਸੀ, ਉਹ ਰੇੜੀ ਕਿਉਂ ਲਾਏਗਾ? ਉਹ ਅਨਪੜ੍ਹ ਸੀ, ਉਹਨੂੰ ਕੀ ਪਤਾ ਕਿਲੋ ਦਾ ਵੱਟਾ ਕਿਹੜਾ ਹੁੰਦਾ ਅਤੇ 100 ਗ੍ਰਾਮ ਦਾ ਕਿਹੜਾ। ਉਹ ਪਾਲੇ ਅਤੇ ਮੀਤੇ ਨੂੰ ਬਹੁਤ ਪਹਿਲਾਂ ਤੋਂ ਜਾਣਦਾ ਸੀ। ਪਹਿਲਾਂ ਉਹਨਾਂ 'ਤੇ ਕਈ ਵਾਰੀ ਗਵਾਹੀ ਦੇ ਚੁੱਕਾ ਸੀ। ਬੰਟੀ ਦੇ ਅਗਵਾਹ ਹੋਣ ਵਾਲੇ ਦਿਨ ਦਾ ਉਹਨੇ ਕਿਤੇ ਕੋਈ ਰੇੜੀ ਲਾਈ ਸੀ, ਉਹਨੇ ਕਿਤੇ ਕੋਈ ਰੇੜੀ ਲਾਈ ਸੀ ਅਤੇ ਨਾ ਪਾਲੇ ਅਤੇ ਮੀਤੇ ਨੂੰ ਕਿਸੇ ਸਕੂਲ ਅੱਗੇ ਦੇਖਿਆ ਸੀ। ਨਾ ਮੋਦਨ ਤੋਂ ਪੁਲਿਸ ਨੇ ਕੋਈ ਪੁੱਛਗਿੱਛ ਕੀਤੀ ਸੀ, ਨਾ ਉਹਦਾ ਕੋਈ ਬਿਆਨ ਲਿਖਿਆ ਸੀ। ਉਹਦਾ ਬਿਆਨ ਇੱਕ ਮਨ ਘੜਤ ਕਹਾਣੀ ਸੀ ਜਿਹੜੀ ਪੁਲਿਸ ਨੇ ਆਪ ਘੜੀ ਸੀ। ਮੋਦਨ ਨੂੰ ਕਿਹੜਾ ਸੱਪ ਸੁੰਘ ਗਿਆ ਹੈ, ਇਹਦਾ ਨਾ ਭੰਡਾਰੀ ਨੂੰ ਸਮਝ ਆਈ ਨਾ ਬਚਨ ਸਿੰਘ ਨੂੰ। ਇਹ ਪਹਾੜੇ ਦਾ ਟੱਟੂ ਸੀ, ਇਹਦੀ ਸੇਵਾ ਸੂਵਾ ਨਹੀਂ ਸੀ ਕੀਤੀ। ਹੈਰਾਨ ਹੋਏ ਸਰਕਾਰੀ ਵਕੀਲ ਨੇ ਭੰਡਾਰੀ ਤੋਂ ਪੁੱਛਿਆ। ਭੰਡਾਰੀ ਨੇ ਨਾਂ 'ਚ ਸਿਰ ਹਿਲਾਇਆ, ਬਚਨ ਸਿੰਘ ਨੇ ਮੱਥੇ 'ਤੇ ਹੱਥ ਮਾਰਿਆ। ਫਿਰ ਇਹਦਾ ਸਿਰ ਭੰਵਿਆ ਸੀ ਕਿ ਉਹ ਝੂਠੀ ਗਵਾਹੀ ਦੇ ਕੇ ਨਰਕਾਂ ਦਾ ਭਾਗੀ ਬਣਦਾ। ਇਹ ਪੇਸ਼ੇਵਰ ਗਵਾਹ ਸੀ, ਅਜਿਹੇ ਗਵਾਹ ਦਾ ਕੋਈ ਭਰੋਸਾ ਨਹੀਂ ਹੁੰਦਾ। ਜੀ ਕਰੇ ਗਵਾਹੀ ਦੇ ਜਾਏ, ਨਾ ਜੀ ਕਰੇ ਨਾ ਦੇਵੇ। ਬਚਨ ਸਿੰਘ ਨੂੰ ਮੋਦਨ ਬਾਰੇ ਇਲਮ ਤਾਂ ਸੀ, ਪਰ ਉਹ ਮੁੱਕਰ ਜਾਏਗਾ ਇਹਦੀ ਸੰਭਾਵਨਾ ਨਹੀਂ ਸੀ। ਇੱਕ ਪਾਸੇ ਭੰਡਾਰੀ ਵਕੀਲ ਸੀ ਜਿਹੜਾ ਅਜਿਹੇ ਗਵਾਹਾਂ ਦੀਆਂ ਆਦਤਾਂ ਤੋਂ ਚੰਗੀ ਤਰ੍ਹਾਂ ਵਾਕਫ ਸੀ। ਦੂਜੇ ਪਾਸੇ ਪਾਲੇ ਵਰਗੇ ਮਲੰਗ ਦੋਸ਼ੀ ਸੀ ਜਿਹੜੇ ਗਵਾਹ ਨੂੰ ਚਾਹ ਦਾ ਕੱਪ ਤੱਕ ਨਹੀਂ ਸੀ ਪਿਲਾ ਸਕਦੇ। ਖਰੀਦਣਾ ਤਾਂ ਦੂਰ ਰਿਹਾ, ਇਹੋ ਸੋਚ ਕੇ ਬਚਨ ਸਿੰਘ ਅਵੇਸਲਾ ਰਿਹਾ ਸੀ। ਇਸ ਅਵੇਸਲੇਪਣ ਦਾ ਨਤੀਜਾ ਸਾਹਮਣੇ ਸੀ। ਅਸਲ ਗਵਾਹ ਵੀ ਮੋਦਨ ਭਾਈਚਾਰੇ ਵਿੱਚੋਂ ਸੀ, ਉਹ ਸੀ ਬਾਊ ਬਦਮਾਸ਼। ਤਫਤੀਸ਼ ਦੌਰਾਨ ਲਿਖੇ ਬਿਆਨ ਅਨੁਸਾਰ ਉਹ ਵਾਣ ਵੱਟਦਾ ਸੀ, ਉਹ ਰਿਕਸ਼ਾ ਚਾਲਕ ਸੀ। ਅਗਵਾਹ ਵਾਲੇ ਦਿਨ ਉਹਨੂੰ ਕੋਈ ਸਵਾਰੀ ਨਹੀਂ ਸੀ ਮਿਲੀ। ਇੱਧਰੋਂ ਉੱਧਰੋਂ ਅਤੇ ਉੱਧਰ ਗੇੜੇ ਮਾਰ ਮਾਰ ਉਹ ਹੰਭ ਚੁੱਕਾ ਸੀ। ਕੁਛ ਦੇਰ ਸੁਸਤਾਉਣ ਲਈ ਉਹ ਮੋਦਨ ਦੀ ਰੇਹੜੀ ਕੋਲ ਖੜੋਇਆ ਸੀ। ਇੰਨੇ ਨੂੰ ਇੱਥੇ ਪਾਲਾ ਅਤੇ ਮੀਤਾ ਪੁੱਜ ਗਏ, ਉਹਨਾਂ ਨਾਲ ਬੰਟੀ ਵੀ ਸੀ, ਉਹ ਤਿੰਨਾਂ ਨੂੰ ਜਾਣਦਾ ਸੀ। ਪਾਲੇ ਦੇ ਆਖਣ 'ਤੇ ਉਹਨਾਂ ਨੂੰ ਗਾਂਧੀ ਬਸਤੀ ਛੱਡ ਆਇਆ ਸੀ। ਉਹਨੂੰ ਮਜ਼ਦੂਰੀ ਦੇ 2 ਦੀ ਥਾਂ 4 ਰੁਪਏ ਮਿਲੇ ਸੀ। ਅਗਲੇ ਦਿਨ ਆਪਣੀ ਇੱਕ ਰਿਸ਼ਤੇਦਾਰੀ 'ਚੋਂ ਰਾਜਸਥਾਨ ਚਲਾ ਗਿਆ। 2 ਮਹੀਨੇ ਬਾਅਦ ਵਾਪਸ ਆਇਆ ਤਾਂ ਪਤਾ ਲੱਗਾ ਬੰਟੀ ਦਾ ਕਤਲ ਹੋ ਗਿਆ ਸੀ। ਬਾਬੂ ਬੰਦਾ ਵੀ ਖਤਰਨਾਕ ਸੀ ਅਤੇ ਗਵਾਹੀ ਵੀ ਖਤਰਨਾਕ ਕਿਸਮ ਦੀ ਦਿੰਦਾ ਸੀ। ਮੋਦਨ ਵਾਂਗ ਉਹ ਛੋਟੇ ਮੋਟੇ ਕੇਸਾਂ 'ਚ ਗਵਾਹੀ ਨਹੀਂ ਸੀ ਪਾਉਂਦਾ। ਉਹ ਅਜਿਹੇ ਕੇਸਾਂ 'ਚ ਹੀ ਗਵਾਹ ਬਣਦਾ ਸੀ ਜਿਨ੍ਹਾਂ ਦੀ ਸਮਾਇਤ ਸੈਸ਼ਨ ਜੱਜ ਨੇ ਕਰਨੀ ਹੁੰਦੀ ਸੀ। ਬਚਨ ਸਿੰਘ ਨੂੰ ਬਾਬੂ 'ਤੇ ਭਰੋਸਾ ਸੀ। ਉਹ ਡਰਨ ਵਾਲਾ ਸੀ ਨਾ ਵਿਕਣ ਵਾਲਾ। ਉਹਦੇ ਇਸੇ ਗੁਣ ਕਾਰਨ ਪੁਲਿਸ ਉਹਨੂੰ ਬਹੁਤ ਅਹਿਮ ਕੇਸਾਂ 'ਚ ਵਰਤਦੀ ਸੀ। ਉਹਨੂੰ ਮਰੇ ਕੇਸਾਂ 'ਚ ਜਾਨ ਪਾਉਣ ਲਈ ਬੁਲਾਇਆ ਜਾਂਦਾ, ਜਾਂ ਅਜਿਹੇ ਕੇਸਾਂ 'ਚ ਜਿੱਥੇ ਉਹਦੀ ਗਵਾਹੀ ਦਾ ਮੁੱਲ ਲੱਖਾਂ ਰੁਪਏ ਪੈਣਾ ਹੁੰਦਾ। ਉਹਦੀ ਗਵਾਹੀ ਕਿਸੇ ਅਹਿਮ ਨੁਕਤੇ 'ਤੇ ਰੱਖੀ ਜਾਂਦੀ। ਨੁਕਤਾ ਇੱਧਰ ਤਾਂ ਦੋਸ਼ੀ ਬਰੀ, ਉੱਧਰ ਤਾਂ ਸਜ਼ਾ।
ਮੋਦਨ ਵਾਂਗ ਨਾ ਉਹ ਲਾਲਚ ਚਾਹੁੰਦਾ ਸੀ ਨਾ ਕਿਸੇ ਰਿਸ਼ਤੇਦਾਰ ਜਾਂ ਯਾਰ ਦੋਸਤ ਦੇ ਦਬਾਅ ਹੇਠ। ਉਹ ਕੇਵਲ ਉਸ ਥਾਣੇਦਾਰ ਦਾ ਆਖਾ ਮੰਨਦਾ ਜਿਸ ਨੇ ਉਹਨੂੰ ਗਵਾਹ ਰੱਖਿਆ ਹੁੰਦਾ ਸੀ। ਗਵਾਹੀ ਮੁਕਰਨ ਦਾ ਮੁੱਲ ਵੀ ਉਹ ਥਾਣੇਦਾਰ ਤੈਅ ਕਰਦਾ ਸੀ। ਪੈਸੇ ਥਾਣੇਦਾਰ ਫੜਦਾ, ਗਵਾਹੀ ਬਾਬੂ ਮੁੱਕਰਦਾ, ਦੋਸ਼ੀ ਬਰੀ ਵੀ ਹੋ ਜਾਂਦਾ, ਥਾਣੇਦਾਰ ਨੂੰ ਆਂਝ ਤੱਕ ਨਾ ਆਉਂਦੀ, ਗੱਫੇ ਦੋਹਾਂ ਨੂੰ ਮਿਲਦੇ। ਬੰਟੀ ਕਤਲ ਕੇਸ 'ਚ ਨਾ ਕੋਈ ਬਾਬੂ ਦਾ ਮੁੱਲ ਉਤਾਰ ਸਕਦਾ ਸੀ ਨਾ ਨਾਜ਼ਰ ਦਾ। ਥਾਣੇਦਾਰ ਉਹਨੂੰ ਮੁਕਰਨ ਦਾ ਇਸ਼ਾਰਾ ਕਰ ਸਕਦਾ ਸੀ, ਫਿਰ ਉਹ ਗਵਾਹੀ ਦੇਵੇਗਾ ਕਿਉਂ ਨਹੀਂ? ਸਰਕਾਰੀ ਵਕੀਲ ਨੇ ਪੁੱਛ ਕੇ ਗਵਾਹੀ ਸ਼ੁਰੂ ਕੀਤੀ ਕਿ ਉਹ ਕਿੰਨੇ ਚਿਰ ਤੋਂ ਰਿਕਸ਼ਾ ਚਲਾਉਂਦਾ ਹੈ। ਰਿਕਸ਼ਾ ਚਲਾਉਣ ਵਾਲੀ ਗੱਲ ਸੁਣਦੇ ਬਾਬੂ ਤੈਸ਼ 'ਚ ਆ ਗਿਆ। ਉਹ ਸਰਕਾਰੀ ਵਕੀਲ ਨੂੰ ਝਾਈ ਲੈ ਕੇ ਪਿਆ, ਚਾਰ ਟਰੱਕਾਂ ਦੇ ਮਾਲਕ ਨੂੰ ਕੀ ਲੋੜ ਹੈ ਰਿਕਸ਼ਾ ਚਲਾਉਣ ਦੀ? ਬਾਬੂ ਦਾ ਉੱਤਰ ਸੁਣਦਿਆਂ ਬਚਨ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ। ਨਾਜ਼ਰ ਸਿੰਘ ਇਹ ਕੀ ਗਲਤੀ ਕਰ ਬੈਠਾ ਸੀ? ਗਵਾਹ ਰੱਖਦੇ ਸਮੇਂ ਉਹਦੀ ਅਕਲ 'ਤੇ ਪਰਦਾ ਕਿਉਂ ਪੈ ਗਿਆ ਸੀ? ਉਹਨੇ ਬਿਆਨ ਲਿਖਦੇ ਸਮੇਂ ਗਵਾਹ ਦਾ ਅੱਗਾ ਪਿੱਛਾ ਕਿਉਂ ਨਹੀਂ ਸੀ ਦੇਖਿਆ? ਰਿਕਸ਼ਾ ਬਾਬੂ ਨਹੀਂ, ਬਾਬੂ ਦਾ ਬਾਪ ਚਲਾਉਂਦਾ ਸੀ। ਰਿਕਸ਼ਾ ਚਲਾਉਣ ਲਈ ਉਹਨੂੰ ਨਸ਼ਾ ਪੱਤਾ ਖਾਣਾ ਪੈਂਦਾ ਸੀ। ਨਸ਼ੇ ਪੱਤੇ ਲਈ ਜਦੋਂ ਪੈਸੇ ਨਾ ਹੁੰਦੇ ਉਹ ਥਾਣੇ ਚਲਾ ਜਾਂਦਾ। ਉਹਦਾ ਭਤੀਜਾ ਥਾਣੇ ਦਾ ਮੁਨਸ਼ੀ ਸੀ, ਨਸ਼ੇ ਪੱਤੇ ਬਦਲੇ ਭਤੀਜਾ ਉਹਨੂੰ ਕਿਸੇ ਨਾ ਕਿਸੇ ਕੇਸ 'ਚ ਗਵਾਹ ਰੱਖ ਲੈਂਦਾ। ਦੋਹਾਂ ਦਾ ਲਾਂਘਾ ਲੰਘ ਜਾਂਦਾ। ਬਾਪੂ ਮਰਿਆ ਤਾਂ ਕਬੀਲਦਾਰੀ ਦਾ ਬੋਝ ਬਾਬੂ ਸਿਰ ਆ ਗਿਆ, ਪਰ ਰਿਕਸ਼ਾ ਉਹ ਤੋਂ ਇੱਕ ਦਿਨ ਵੀ ਨਾ ਚੱਲਿਆ। ਰਿਕਸ਼ੇ ਦੀ ਥਾਂ ਉਹਨੇ ਗਵਾਹੀਆਂ ਵਾਲਾ ਧੰਦਾ ਫੜ ਲਿਆ। ਉਹ ਜਵਾਨ ਸੀ, ਦਲੇਰ ਸੀ, ਥਾਣੇਦਾਰ ਜਿੱਥੇ ਅੜਾ ਦਿੰਦਾ ਉਹ ਸਾਹ ਨੰਗੂ ਅੜ ਜਾਂਦਾ। ਪੁਲਿਸ ਦਾ ਇਹ ਵਿਸ਼ਵਾਸ ਪਾਤਰ ਦਿਨਾਂ 'ਚ ਹੀ ਅਮੀਰ ਬਣ ਗਿਆ। ਇੱਕ ਇੱਕ ਕਰਕੇ ਚਾਰ ਗੱਡੀਆਂ ਪਾ ਲਈਆਂ, ਬੰਦੂਕਾਂ ਖਰੀਦ ਲਈਆਂ, ਫਿਰ ਆਪਣੀ ਪਾਰਟੀ ਖੜੀ ਕਰ ਲਈ। ਜ਼ਮੀਨਾਂ ਪਲਾਟਾਂ ਦੇ ਕਬਜ਼ੇ ਕਰਾਉਣ ਅਤੇ ਠੇਕੇ ਲੈਣ ਲੱਗਾ। ਇਲਾਕੇ ਦੇ ਸਿਰ ਕੱਢ ਬਦਮਾਸ਼ ਨੂੰ ਰਿਕਸ਼ੇ ਵਾਲਾ ਬਣਾ ਕੇ ਪੇਸ਼ ਕਰਨ 'ਤੇ ਜੱਜ ਨੂੰ ਵੀ ਹਾਸਾ ਆ ਗਿਆ। ਬਾਊ ਦੀ ਇੱਕ ਘੁਰਕੀ ਨੇ ਭੰਡਾਰੀ ਦੇ ਵੀ ਕੰਨ ਖੜ੍ਹੇ ਕਰਤੇ। ਇਹ ਵੀ ਗਿਆ ਆਖਦਿਆਂ ਉਹਨੇ ਹੌਕਾ ਲਿਆ। ਬਾਊ ਨੇ ਇਹ ਰੁਖੁਣ ਜੀ ਨਹੀਂ ਅਪਣਾਇਆ, ਉਹਨੂੰ ਸਿੱਧੇ ਰਾਹ ਪਾਉਣ ਲਈ ਮੋਹਨ ਜੀ ਨੇ ਜੈਸੇ ਕੋ ਤੈਸੇ ਦਾ ਰਾਹ ਅਪਣਾਇਆ। ਇਹ ਜ਼ਿੰਮੇਵਾਰੀ ਕ੍ਰਾਂਤੀਕਾਰੀ ਫਰੰਟ ਦੇ ਰਜਿੰਦਰ ਨੇ ਆਪਣੇ ਸਿਰ ਲਈ ਸੀ। ਉਹਨੂੰ ਯਾਦ ਸੀ ਜਵਾਨੀ ਸਮੇਂ ਬਾਬੂ ਨੇ ਨਾਜ਼ਮ ਸ਼ਮਾ ਵਾਲੇ 'ਤੇ ਗਵਾਹੀ ਲਿਖਾਈ ਸੀ। ਜਦੋਂ ਗਵਾਹੀ ਦੇਣ ਕਚਹਿਰੀ 'ਚ ਗਿਆ ਤਾਂ ਸ਼ਮਾ ਵਾਲੇ ਨੇ ਉਹਨੂੰ ਕੋਰਟ ਰੂਮ 'ਚ ਹੀ ਲਲਕਾਰ ਦਿੱਤਾ ਸੀ। ਬਾਊ ਸੱਚ ਸੱਚ ਬੋਲੀ ਨਹੀਂ, ਫਿਰ ਦੇਖ ਲਈ, ਮੇਰੇ ਸਾਥੀ ਤੇਰੀ ਜ਼ਬਾਨ ਕੱਟ ਕੇ ਮੇਜ਼ 'ਤੇ ਰੱਖ ਦੇਣਗੇ। ਅਤੇ ਘਬਰਾਏ ਬਾਊ ਦੀ ਘਿੱਗੀ ਵੱਜ ਗਈ ਸੀ। ਉਸੇ ਸ਼ਮਾ ਵਾਲੇ ਨੂੰ ਇੱਕ ਵਾਰ ਫਿਰ ਬਾਊ ਦੇ ਮੱਥੇ ਲਾਇਆ ਗਿਆ ਸੀ ਅਤੇ ਇੱਕ ਵਾਰ ਫਿਰ ਉਹਦਾ ਚਾਦਰਾ ਗਿੱਲਾ ਹੋਇਆ ਸੀ। ਵਕੀਲਾਂ ਦੇ ਕੰਨ ਕੁਤਰਨ ਵਾਲੇ ਬਾਊ ਨੂੰ ਕੀ ਹੋ ਗਿਆ? ਭੰਡਾਰੀ ਕਿਆ ਸਰਾਈਆਂ ਕਰਦਾ ਹੀ ਰਹਿ ਗਿਆ ਅਤੇ ਉੱਧਰ ਬਾਊ ਸਾਰਾ ਬਿਆਨ ਮੁੱਕਰ ਗਿਆ। ਭੰਡਾਰੀ ਉੱਕਾ ਹੀ ਦਿਲ ਛੱਡ ਗਿਆ। ਉਹਨੇ ਹਜ਼ਾਰਾਂ ਕੇਸ ਲੜੇ ਸੀ, ਉਸ ਨਾਲ ਇੰਨੀ ਭੈੜੀ ਕਦੇ ਨਹੀਂ ਸੀ ਹੋਈ। ਪੁਲਿਸ ਨੇ ਕੇਸ ਬਣਾਇਆ ਜਾਂ ਜ਼ਾਬਤਾ ਪੂਰਾ ਕੀਤਾ ਸੀ, ਮੁਦਈ ਧਿਰ ਦੇ ਵਕੀਲ ਤਰਲੋ ਮੱਛੀ ਹੋ ਰਹੇ ਸੀ। ਸਫਾਈ ਧਿਰ ਦੇ ਵਕੀਲ ਆਰਾਮ ਨਾਲ ਕੁਰਸੀਆਂ 'ਤੇ ਬੈਠੇ ਸਨ, ਹੋਣਾ ਉਲਟ ਚਾਹੀਦਾ ਸੀ। ਬਚਨ ਸਿੰਘ ਵੀ ਕਸੂਤੀ ਸਥਿਤੀ 'ਚ ਫਸ ਗਿਆ। ਅੱਧੇ ਘੰਟੇ 'ਚ ਦੋ ਗਵਾਹ ਭੁਗਤ ਗਏ, ਬਾਕੀਆਂ ਦਾ ਵੀ ਇਹੋ ਅੰਜਾਮ ਹੋਣਾ ਸੀ। ਅਦਾਲਤ ਦੇ ਉੱਠਣ 'ਚ ਹਾਲੇ ਡੇਢ ਘੰਟਾ ਬਾਕੀ ਸੀ। ਵੈਸੇ ਵੀ ਉਹ ਸਾਰੇ ਗਵਾਹ ਭੁਗਤਾਨ ਦਾ ਵਚਨ ਦੇ ਚੁੱਕਾ ਸੀ। ਸਮਾਂ ਸਮਾਪਤ ਹੋਣ ਦਾ ਬਹਾਨਾ ਨਹੀਂ ਸੀ ਘੜਿਆ ਜਾ ਸਕਦਾ। ਗਵਾਹਾਂ ਨੂੰ ਬਾਹਰੋਂ ਬਾਹਰੀ ਭਜਾਉਣਾ ਵੀ ਮੁਸ਼ਕਲ ਸੀ, ਉਹ ਪਹਿਲਾਂ ਹੀ ਕਾਬੂ ਕਰ ਲਏ ਗਏ ਸਨ। ਗਵਾਹਾਂ ਦੇ ਬਿਮਾਰ ਹੋਣ ਦਾ ਬਹਾਨਾ ਵੀ ਨਹੀਂ ਚੱਲ ਸਕਦਾ ਸੀ, ਹੁਣੇ ਉਹ ਰਿਸ਼ਟ ਪੁਸ਼ਟ ਦੀ ਪੁਸ਼ਟੀ ਕਰਕੇ ਗਏ ਸਨ। ਉਹ ਬਾਕੀ ਗਵਾਹਾਂ ਨੂੰ ਟਾਲੇ ਤਾਂ ਕਿਸ ਤਰ੍ਹਾਂ? ਬਚਨ ਸਿੰਘ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਪਾਲਾ ਅਤੇ ਮੀਤਾ ਚੋਰੋ ਚੱਕੇ ਸਨ, ਉਹਨਾਂ ਤੋਂ ਤਾਂ ਚੋਰੀ ਦੇ ਕੇਸ ਦੀ ਪੈਰਵਾਈ ਨਹੀਂ ਸੀ ਹੋਇਆ ਕਰਦੀ। ਕਤਲ ਕੇਸ ਖੇਰੂ ਖੇਰੂ ਕਿਵੇਂ ਕਰ ਗਏ? ਪਿਆਰੇ ਲਾਲ ਦੇ ਮੂੰਹ ਤੋਂ ਮੱਖੀ ਨਹੀਂ ਸੀ ਉੱਠਿਆ ਕਰਦੀ, ਉਸ ਅੰਦਰ ਅਕਲ ਦਾ ਫੁਹਾਰਾ ਕਿਵੇਂ ਫੁੱਟ ਗਿਆ? ਮੋਹਨ ਜੀ ਦਾ ਇਹ ਪਹਿਲਾ ਕਤਲ ਕੇਸ ਸੀ, ਉਹ ਵੀ ਪਾਲਕੀ ਵਾਲੇ ਵਾਂਗ ਹਿੱਕ ਚੌੜੀ ਕਰੀ ਖੜਾ ਸੀ। ਗਹਿਰੀ ਚਾਲ ਚੱਲ ਰਹੀ ਹੈ, ਇਹਨਾਂ ਦੀ ਆਪਣੀ ਅਕਲ ਦਾ ਕਮਾਲ ਨਹੀਂ ਹੋ ਸਕਦਾ, ਜ਼ਰੂਰ ਇਹਨਾਂ ਪਿੱਛੇ ਕੋਈ ਹੋਰ ਤਾਕਤ ਕੰਮ ਕਰ ਰਹੀ ਹੈ। ਉਹ ਕਿਹੜੀ ਬਲਾ ਹੈ, ਕਿਸੇ ਨੂੰ ਕੋਈ ਥੋ ਪਤਾ ਨਹੀਂ ਸੀ ਲੱਗ ਰਿਹਾ। ਮੋਹਨ ਜੀ ਆਪਣੀ ਚਲਾਕੀ ਨਾਲ ਚੱਕਰ ਵੀ ਰਚ ਚੁੱਕਾ ਸੀ, ਹੁਣ ਕਿਸੇ ਵੀ ਗਵਾਹ ਨੂੰ ਉਸ ਵਿੱਚੋਂ ਬਾਹਰ ਕੱਢਣਾ ਮੁਸ਼ਕਲ ਸੀ। ਸਿਰ ਸੁੱਟ ਕੇ ਅਗਲਾ ਗਵਾਹ ਭੁਗਤਾਉਣ ਲੱਗਾ। ਸਕੂਲ ਦੇ ਚਪੜਾਸੀ ਮੁਰਲੀ ਨੂੰ ਪੁਲਿਸ ਨੇ ਗਵਾਹ ਰੱਖਿਆ ਸੀ। ਪੁਲਿਸ ਅਨੁਸਾਰ ਬੰਟੀ ਨੂੰ ਪਾਲੇ ਅਤੇ ਮਿੱਤੇ ਦੇ ਹਵਾਲੇ ਉਸੇ ਨੇ ਕੀਤਾ ਸੀ। ਅੱਧੀ ਛੁੱਟੀ ਸਮੇਂ ਉਹ ਸਕੂਲ ਆਈ ਸੀ। ਪਾਲੇ ਨੇ ਦੱਸਿਆ ਸੀ ਲਾਲਾ ਜੀ ਬਿਮਾਰ ਹੈ, ਉਹ ਬੰਟੀ ਨੂੰ ਲੈਣ ਲਈ ਨਹੀਂ ਆ ਸਕੇ। ਬੰਟੀ ਦਾ ਮਾਮਾ ਘਰ ਆਇਆ ਬੈਠਾ ਹੈ, ਉਹਨੇ ਨਾਨਕੇ ਜਾਣਾ, ਉਹ ਬੰਟੀ ਨੂੰ ਲੈਣ ਆਏ ਹੈ, ਬੰਟੀ ਨੂੰ ਬੁਲਾ ਦਿੱਤਾ ਜਾਵੇ। ਮੁਰਲੀ ਉਹਨਾਂ ਦੀਆਂ ਗੱਲਾਂ 'ਚ ਆ ਗਿਆ, ਉਹਨੇ ਬੰਟੀ ਨੂੰ ਕਲਾਸ 'ਚੋਂ ਬੁਲਾ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ। ਇਸ ਗਵਾਹ ਨਾਲ ਕਿਵੇਂ ਨਜਿੱਠਿਆ ਜਾਏ? ਜਦੋਂ ਲੀਗਲ ਸੈੱਲ ਦੇ ਵਕੀਲਾਂ ਵਿਚਕਾਰ ਬਹਿਸ ਹੋਈ ਸੀ ਤਾਂ ਪਿਆਰੇ ਲਾਲ ਨੇ ਮਤ ਪ੍ਰਗਟਾਇਆ ਸੀ ਕਿ ਕਾਨੂੰਨੀ ਨਜ਼ਰੀਏ ਤੋਂ ਇਸ ਗਵਾਹ ਦੀ ਕੋਈ ਮਹੱਤਤਾ ਨਹੀਂ,
ਬੰਟੀ ਕਰੀਬ 20 ਦਿਨ ਗੁੰਮ ਰਿਹਾ ਸੀ। ਬੰਟੀ ਦੀ ਮੌਤ ਦੇ 15 ਦਿਨ ਬਾਅਦ ਤੱਕ ਵੀ ਪੁਲਿਸ ਦੋਸ਼ੀਆਂ ਦੀ ਸ਼ਨਾਖਤ ਨਹੀਂ ਕਰ ਸਕੀ। ਇਸ ਸਾਰੇ ਅਰਸੇ ਦੌਰਾਨ ਮੁਰਲੀ ਸਕੂਲ 'ਚ ਹਾਜ਼ਰ ਰਿਹਾ ਸੀ। ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਵੀ ਪੁਲਿਸ ਨੇ ਇਹਨਾਂ ਤੋਂ ਕਈ ਵਾਰੀ ਪੁੱਛਗਿੱਛ ਕੀਤੀ ਸੀ। ਜੇ ਇਸੇ ਤਰ੍ਹਾਂ ਵਾਪਰਿਆ ਹੁੰਦਾ ਤਾਂ ਇਹਨੇ ਪਹਿਲੇ ਬਿਆਨ ਕਿਉਂ ਨਾ ਦਿੱਤਾ? ਇਹ ਪਿੱਛੋਂ ਘੜੀ ਕਹਾਣੀ ਸੀ। ਅਦਾਲਤ ਮੰਨਣ ਨਹੀਂ ਲੱਗੀ, ਪਰ ਗੁਰਮੀਤ ਕਿਸੇ ਤਰ੍ਹਾਂ ਦਾ ਵੀ ਜੋਖਮ ਉਠਾਉਣ ਨੂੰ ਤਿਆਰ ਨਹੀਂ ਸੀ। ਭਾਵੇਂ ਪਿਆਰੇ ਲਾਲ ਦੀ ਪੁਸ਼ਟੀ ਲਈ ਸੈੱਲ ਕੋਲ ਪੁਲਿਸ ਦੀਆਂ ਆਪਣੀਆਂ ਲਿਖੀਆਂ ਰਿਪੋਰਟਾਂ ਅਤੇ ਜ਼ਿਮਨੀਆਂ ਮੌਜੂਦ ਸਨ, ਪਰ ਇਹ ਸਿਆਸੀ ਕੇਸ ਸੀ। ਅਜਿਹੇ ਕੇਸ 'ਚ ਕਈ ਵਾਰ ਮਾਮੂਲੀ ਜਿਹੀ ਗਵਾਹੀ ਵੀ ਫਾਂਸੀ ਦਾ ਕਾਰਨ ਬਣ ਜਾਂਦੀ ਹੈ। ਸੇਵਾਦਾਰ ਬਾਬਾ ਜੀ ਦਾ ਉਪਾਸ਼ਕ ਸੀ। ਇਸ ਸਕੂਲ ਵਿੱਚ ਉਹਨੂੰ ਬਾਬਾ ਜੀ ਨੇ ਨੌਕਰੀ ਦਵਾਈ ਸੀ। ਉਹਦੀ ਬੁੱਢੀ ਮਾਂ ਨੂੰ ਬੁਢਾਪਾ ਪੈਨਸ਼ਨ ਲੈ ਕੇ ਦਿੱਤੀ ਸੀ। ਬਾਪ ਨੂੰ TB ਹਸਪਤਾਲ 'ਚ ਦਾਖਲ ਕਰਾਇਆ ਸੀ। ਸੱਚੀ ਗਵਾਹੀ ਤੋਂ ਰੋਕਣਾ ਮਾੜੀ ਗੱਲ ਸੀ, ਝੂਠ ਬੋਲਣ ਤੋਂ ਤਾਂ ਬਾਬਾ ਜੀ ਉਹਨੂੰ ਰੋਕ ਹੀ ਸਕਦੇ ਸੀ। ਬਾਬਾ ਜੀ ਦੀ ਅਪੀਲ 'ਤੇ ਮੁਰਲੀ ਚੱਕਾਂ ਦੇ ਪੁੜਾਂ 'ਚ ਫਸਿਆ ਮਹਿਸੂਸ ਕਰਨ ਲੱਗਾ। ਇੱਕ ਪਾਸੇ ਪੁਲਿਸ, ਮੁੱਖ ਅਧਿਆਪਕ ਦੀ ਧਮਕੀ ਅਤੇ ਸੰਘ ਵਾਲਿਆਂ ਦਾ ਡੰਡਾ, ਦੂਜੇ ਪਾਸੇ ਉਹਦੀ ਆਪਣੀ ਜ਼ਮੀਰ ਅਤੇ ਬਾਬਾ ਜੀ ਦੀ ਅਪੀਲ। ਸੋਚ ਵਿਚਾਰ ਕੇ ਵਿਚਕਾਰਲਾ ਰਸਤਾ ਲੱਭਿਆ। ਬਾਕੀ ਬਿਆਨ ਮੁਰਲੀ ਬੇਸ਼ੱਕ ਦੇ ਦੇਵੇ, ਬਸ ਪਾਲੇ ਅਤੇ ਮੀਤੇ ਨੂੰ ਪਛਾਣਨ ਤੋਂ ਨਾਂਹ ਕਰ ਦੇ। ਇਸ ਤਰ੍ਹਾਂ ਸੱਪ ਵੀ ਮਰ ਜਾਣਾ ਸੀ, ਲਾਠੀ ਵੀ ਬਚੀ ਰਹਿਣੀ ਸੀ। ਸੇਵਾਦਾਰ ਨੇ ਇਸੇ ਤਰ੍ਹਾਂ ਕੀਤਾ। ਜ਼ਰਾ ਇਹਨਾਂ ਬੰਦਿਆਂ ਨੂੰ ਤਾਂ ਪਛਾਣ ਜਿਨ੍ਹਾਂ ਹਵਾਲੇ ਤੋਂ ਬੰਟੀ ਨੂੰ ਕੀਤਾ ਸੀ। ਮੁਰਲੀ ਨੂੰ ਅਦਾਲਤ ਵਿੱਚ ਹਾਜ਼ਰ ਭੀੜ ਵਿੱਚੋਂ ਦੋਸ਼ੀਆਂ ਦੀ ਸ਼ਨਾਖਤ ਕਰਨ ਦਾ ਹੁਕਮ ਹੋਇਆ। ਮੁਰਲੀ ਨੇ ਦਿਮਾਗ 'ਤੇ ਬਥੇਰਾ ਜ਼ੋਰ ਪਾਇਆ, ਪਰ ਉਹ ਕਿਸੇ ਵੱਲ ਉਂਗਲ ਨਾ ਕਰ ਸਕਿਆ। ਸਰਕਾਰੀ ਵਕੀਲ ਦੇ ਹੁਕਮ 'ਤੇ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕੀਤਾ ਗਿਆ। ਫਿਰ ਉਹਨਾਂ ਵੱਲ ਉਂਗਲ ਕਰਕੇ ਮੁਰਲੀ ਤੋਂ ਪੁੱਛਿਆ ਗਿਆ, ਦੇਖ ਇਹੋ ਨੇ ਉਹ ਬੰਦੇ? ਮੁਰਲੀ ਨੇ ਕੁਛ ਦੇਰ ਡੂੰਘਾਈ ਨਾਲ ਸੋਚਿਆ, ਫਿਰ ਨਾਂਹ 'ਚ ਸਿਰ ਹਿਲਾ ਦਿੱਤਾ, ਇਹ ਉਹ ਬੰਦੇ ਨਹੀਂ। ਸਰਕਾਰੀ ਵਕੀਲ ਦੇ ਪੁੱਛਣ 'ਤੇ ਉਹਨੇ ਸਪਸ਼ਟੀਕਰਨ ਦਿੱਤਾ। ਪੁਲਿਸ ਨੇ ਉਹਦਾ ਬਿਆਨ ਲਿਖਿਆ ਸੀ। ਬਿਆਨ ਵਿੱਚ ਉਹਨੇ ਪਾਲੇ ਅਤੇ ਮੀਤੇ ਦਾ ਨਾਂ ਵੀ ਦਰਜ ਕਰਾਇਆ ਸੀ, ਪਰ ਇਹ ਨਾਂ ਪਤੇ ਉਹਨੂੰ ਪੁਲਿਸ ਨੇ ਹੀ ਦੱਸੇ ਸੀ। ਸਫਾਈ ਧਿਰ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਹਨੇ ਸਥਿਤੀ ਹੋਰ ਸਪਸ਼ਟ ਕੀਤੀ। ਉਹ ਕਿਸੇ ਪਾਲੇ ਅਤੇ ਮੀਤੇ ਨੂੰ ਪਹਿਲਾਂ ਨਹੀਂ ਸੀ ਜਾਣਦਾ। ਗਵਾਹੀ ਲਿਖਦੇ ਸਮੇਂ ਪੁਲਿਸ ਨੇ ਉਹਨੂੰ ਦੋ ਬੰਦੇ ਦਿਖਾਏ ਸੀ, ਨਾਲੇ ਆਖਿਆ ਸੀ ਇਹੋ ਪਾਲਾ ਅਤੇ ਮੀਤਾ ਹਨ, ਇਹਨਾਂ ਨੂੰ ਚੰਗੀ ਤਰ੍ਹਾਂ ਦੇਖ ਲੈ, ਅਦਾਲਤ ਵਿੱਚ ਸ਼ਨਾਖਤ ਕਰਨੀ ਪਏਗੀ। ਵੈਸੇ ਇਹ ਬੰਦੇ ਉਹ ਨਹੀਂ ਜਿਹੜੇ ਪੁਲਿਸ ਨੇ ਉਹਨੂੰ ਦਿਖਾਏ ਸੀ। ਇਹ ਉਹ ਨਹੀਂ ਜਿਹੜੇ ਬੰਟੀ ਨੂੰ ਸਕੂਲੋਂ ਲੈ ਗਏ ਸੀ, ਇਹ ਤਾਂ ਕੋਈ ਹੋਰ ਹੀ ਹੈ। ਖੂਹ 'ਚ ਇੱਟ ਸੁੱਟਣ ਵਾਲੇ ਇਸ ਗਵਾਹ ਨੂੰ ਸਰਕਾਰੀ ਵਕੀਲ ਘੂਰੇ ਜਾਂ ਸ਼ਾਬਾਸ਼ ਦੇਵੇ? ਇਹਨੇ ਪੁਲਿਸ ਦਾ ਪੱਖ ਵੀ ਪੂਰਿਆ ਸੀ ਅਤੇ ਸਫਾਈ ਧਿਰ ਦਾ ਵੀ। ਚਲੋ ਸ਼ਨਾਖਤ ਨਹੀਂ ਕਰ ਸਕਿਆ ਨਾ ਸੀ, ਘੱਟੋ ਘੱਟ ਇਹ ਤੱਥ ਤਾਂ ਮਿਸਲ 'ਤੇ ਆਇਆ ਕਿ ਦੋ ਬੰਦਿਆਂ ਨੇ ਮੁਰਲੀ ਰਾਹੀਂ ਬੰਟੀ ਨੂੰ ਸਕੂਲੋਂ ਬਾਹਰ ਬੁਲਾਇਆ ਸੀ। ਹਾਲੇ ਬਹੁਤ ਗਵਾਹ ਬਾਕੀ ਸਨ, ਮੁਲਜ਼ਮਾਂ ਦੀ ਸ਼ਨਾਖਤ ਕਿਸੇ ਹੋਰ ਕੋਲੋਂ ਕਰਵਾ ਲਏਗਾ। ਹੌਸਲਾ ਫੜਦੇ ਬਚਨ ਸਿੰਘ ਨੇ ਅਗਲਾ ਗਵਾਹ ਤਲਬ ਕੀਤਾ। ਉਹ ਮੀਤੇ ਦੀ ਗੁਆਂਢਣ ਭਾਗੋ ਸੀ। ਭਾਗੋ ਨੇ ਪੁਲਿਸ ਲਈ ਇਹ ਸਾਬਤ ਕਰਨਾ ਸੀ ਕਿ ਉਹ ਮੀਤੇ ਦੀ ਗੁਆਂਢਣ ਹੈ। ਮੀਤਾ ਵੀ ਇਕੱਲਾ ਰਹਿੰਦਾ ਹੈ ਅਤੇ ਭਾਗੋ ਵੀ। ਗਾਂਪਾਲਾ ਅਤੇ ਮੀਤਾ ਯਾਰ ਹਨ। ਉਹ ਮਿਲ ਕੇ ਚੋਰੀਆਂ ਕਰਦੇ, ਬੱਚੇ ਨੂੰ ਅਗਵਾਹ ਕਰਕੇ ਪਹਿਲਾਂ ਉਹ ਮੀਤੇ ਦੇ ਘਰ ਲਿਆਏ ਸੀ। ਜਦੋਂ ਸਖਤੀ ਵੱਧ ਗਈ ਤਾਂ ਉਹ ਭਾਗੋ ਦੇ ਘਰ ਲੈ ਆਏ। ਇਸ ਬਦਲੇ ਉਹਨੂੰ 100 ਰੁਪਇਆ ਵੀ ਮਿਲਿਆ, ਧਮਕੀ ਵੀ। ਜੇ ਗੱਲ ਬਾਹਰ ਨਿਕਲੀ ਤਾਂ ਭਾਗੋ ਦੀ ਖੈਰ ਨਹੀਂ, ਡਰਦੀ ਭਾਗੋ ਨੇ ਕਿਸੇ ਕੋਲ ਭਾਫ ਤੱਕ ਨਾ ਕੱਢੀ। ਬੱਚੇ ਲਈ ਦੁੱਧ, ਟੌਫੀਆਂ, ਬਿਸਕਿਟ ਅਤੇ ਬ੍ਰੈਡ ਗਫੂਰ ਮੀਆਂ ਦੀ ਦੁਕਾਨ ਤੋਂ ਆਉਂਦੇ ਰਹੇ। ਕਤਲ ਵਾਲੀ ਰਾਤ ਉਹ ਬੱਚੇ ਨੂੰ ਉੱਥੋਂ ਲੈ ਗਏ। ਆਖਦੇ ਸੀ ਉਹਦੇ ਮਾਪਿਆਂ ਕੋਲ ਛੱਡ ਕੇ ਆਉਣਾ। ਉਹਨੂੰ ਤਾਂ ਤੀਜੇ ਦਿਨ ਪਤਾ ਲੱਗਾ ਕਿ ਬੱਚਾ ਉਹਨਾਂ ਮਾਰ ਦਿੱਤਾ। ਦੋਵੇਂ ਖਤਰਨਾਕ ਮੁਜਰਮ ਸੀ, ਕਈ ਵਾਰੀ ਕੈਦ ਕੱਟ ਚੁੱਕੇ ਹੈ। ਛੁਰਾ ਮਾਰ ਦੇਣਾ ਉਹਨਾਂ ਲਈ ਮਾਮੂਲੀ ਗੱਲ ਸੀ। ਜਿੰਨਾ ਚਿਰ ਉਹ ਪੁਲਿਸ ਦੇ ਹੱਥ ਨਹੀਂ ਆਈ, ਭਾਗੋ ਨੇ ਇਹ ਰਾਜ਼ ਆਪਣੇ ਅੰਦਰ ਹੀ ਛੁਪਾਈ ਰੱਖਿਆ। ਫੜੇ ਗਏ ਤਾਂ ਝੱਟ ਪੁਲਿਸ ਕੋਲ ਬਿਆਨ ਦਰਜ ਕਰਵਾ ਦਿੱਤਾ। ਜਿਹੜੇ ਸੱਬਲ ਦੋਸ਼ੀਆਂ ਕੋਲੋਂ ਬਰਾਮਦ ਹੋਈ ਉਹ ਭਾਗੋ ਦੀ ਹੀ ਸੀ। ਭਾਗੋ ਦਾ ਪੂਰਾ ਰਿਕਾਰਡ ਮੋਹਨ ਜੀ ਕੋਲ ਮੌਜੂਦ ਸੀ। ਇਹ ਔਰਤ ਭਾਵੇਂ ਗਵਾਹਾਂ ਦੇ ਕਟਹਿਰੇ 'ਚ ਪਹਿਲਾਂ ਕਦੇ ਨਹੀਂ ਸੀ ਖੜੋਤੀ, ਪਰ ਮੁਲਜ਼ਮਾਂ ਦੇ ਕਟਹਿਰੇ 'ਚ ਅਕਸਰ ਖੜੋਂਦੀ ਸੀ। ਅਵਾਰਾ ਗਰਦੀ 'ਚ ਉਹਦਾ ਕਈ ਵਾਰ ਚਲਾਨ ਹੋਇਆ ਸੀ। ਕਦੇ ਬਰੀ ਹੋ ਜਾਂਦੀ, ਕਦੇ ਨੇਕ ਚਲਨੀ ਦੀ ਜ਼ਮਾਨਤ ਹੋ ਜਾਂਦੀ। ਇਹਨਾਂ ਸਜ਼ਾਵਾਂ ਦੇ ਆਧਾਰ 'ਤੇ ਉਹ 10 ਨੰਬਰੀ ਵੀ ਗਰਦਾਨੀ ਗਈ ਸੀ। ਕੇਸ ਭੁਗਤਦੀ ਭਾਗੋ ਨੂੰ ਕਚਹਿਰੀ ਦਾ ਚਸਕਾ ਪੈ ਗਿਆ। ਉਹ ਡਰਾਈਵਰਾਂ ਕੰਡਕਟਰਾਂ ਤੋਂ ਆਪਣੇ ਸਰੀਰ ਦਾ ਘਾਣ ਕਿਉਂ ਕਰਾਏ? ਕਚਹਿਰੀ 'ਚ ਬਥੇਰੇ ਕਦਰਦਾਨ ਸਨ, ਉਹਦੇ ਮਿਹਨਤ ਘੱਟ, ਮਜ਼ਦੂਰੀ ਜ਼ਿਆਦਾ। ਪਹਿਲਾਂ ਉਹਨੇ ਆਪਣੇ ਵਕੀਲ ਨਾਲ ਯਾਰੀ ਲਾਈ, ਫਿਰ ਮੁਨਸ਼ੀ ਨਾਲ। ਮੁਨਸ਼ੀ ਨੇ ਅਗਾਂਹ ਬਾਬੂਆਂ ਅਹਿਲਕਾਰਾਂ ਨਾਲ ਵਾਕਫੀਅਤ ਕਰਵਾ ਦਿੱਤੀ। ਹੌਲੀ ਹੌਲੀ ਉਹਦੀ ਜਾਣ ਪਛਾਣ ਪੁਲਿਸ ਨਾਲ ਵੀ ਹੋ ਗਈ। ਫਿਰ ਨਾ ਕਦੇ ਉਹ ਫੜੀ ਗਈ, ਨਾ ਚਲਾਨ ਹੋਇਆ। ਪਿਛਲੇ 2 ਸਾਲ ਤੋਂ ਉਹ ਘਰ ਬੈਠੀ ਸੀ। VD ਵਰਗੀ ਭਿਆਨਕ ਬਿਮਾਰੀ ਉਹਨੂੰ ਆ ਚੰਬੜੀ ਸੀ। ਉਹਨੇ ਉਹਦੇ ਆਸ਼ਕਾਂ ਦੀ ਗਿਣਤੀ ਘੜਦੀ ਘੜਦੀ 0 'ਤੇ ਪੁੱਜ ਗਈ ਸੀ। ਮੁਨਸ਼ੀਆਂ ਅਤੇ ਅਹਿਲਕਾਰਾਂ ਨੇ ਉਹਨੂੰ ਧੱਕੇ ਮਾਰਨੇ ਸ਼ੁਰੂ ਕਰਤੇ ਸੀ। ਭੁੱਖੀ ਮਰਦੀ ਭਾਗੋ ਲਈ ਤਾਂ 1 ਰੁਪਿਆ ਵੀ ਲੱਖ ਵਰਗਾ ਸੀ। ਇਸ ਗਵਾਹੀ ਲਈ ਉਹਨੂੰ 300 ਮਿਲਣੇ ਸੀ, 200 ਪਹਿਲਾਂ ਮਿਲ ਚੁੱਕਾ ਸੀ।
ਸੌ ਵਾਰ 'ਚ ਮਿਲਣਾ ਸੀ। ਪੇਟ ਦੀ ਅੱਗ ਬੁਝਾਉਣ ਖਾਤਰ ਭਾਗੋ ਮੀਤੇ ਵਿਰੁੱਧ ਗਵਾਹੀ ਦੇਣ ਨੂੰ ਫਿਰਦੀ ਸੀ। ਉਹ ਮੀਤਾ ਜਿਹੜਾ ਉਹਦੀ ਮਾਂ ਨੂੰ ਆਖਦਾ ਸੀ ਉਹੀ ਮੀਤਾ ਜਿਹੜਾ ਉਹਨੂੰ ਮਾਂ ਆਖਦਾ ਸੀ ਉਹ ਮੀਤਾ ਜੀ ਨੂੰ ਉਹ ਪੁੱਤ ਆਖਦੀ ਸੀ। ਵੇਲੇ ਕੁ ਵੇਲੇ ਮੀਤਾ ਉਹਦੇ ਕੰਮ ਆਉਂਦਾ ਰਿਹਾ ਸੀ। ਕਰਫਿਊ ਸਮੇਂ ਭਾਗੋ ਦੋ ਦਿਨ ਭੁੱਖੀ ਬੈਠੀ ਰਹੀ ਸੀ। ਜੇ ਮੀਤਾ ਰੋਟੀ ਨਾ ਦਿੰਦਾ ਤਾਂ ਉਹਦਾ ਕਦੋਂ ਦਾ ਰਾਮ ਨਾਮ ਸੱਤ ਹੋ ਗਿਆ ਹੁੰਦਾ। ਪਰ ਲੋਕ ਆਖਦੇ ਸੀ ਜਦੋਂ ਸੱਪਣੀ ਭੁੱਖੀ ਹੁੰਦੀ ਹੈ ਤਾਂ ਆਪਣੇ ਆਂਡੇ ਪੀ ਜਾਂਦੀ ਹੈ। ਇਸੇ ਤਰ੍ਹਾਂ ਹੀ ਡੈਣ ਬਣੀ ਬੈਠੀ ਸੀ ਭਾਗੋ। ਚਾਰ ਛਿੱਲੜਾਂ ਖਾਤਰ ਆਪਣੇ ਪੁੱਤ ਨੂੰ ਫਾਹੇ ਲਗਵਾਏਗੀ, ਚੰਗੀ ਮਾਂ ਹੈ ਤੂੰ? ਮੀਤੇ ਦਾ ਇਹ ਸਵਾਲ ਲੈ ਕੇ ਜਦੋਂ ਜੀਵਨ ਆੜਤੀ ਆ ਉਹਨੂੰ ਮਿਲਿਆ ਸੀ ਤਾਂ ਫੁੱਟ ਫੁੱਟ ਕੇ ਰੋਈ ਸੀ। 100 ਰੁਪਏ ਤਾਂ 30 ਕਿਲੋ ਆਟਾ ਵੀ ਨਹੀਂ ਆਉਂਦਾ। ਜੀਵਨ ਆੜਤੀ ਨੇ ਉਹਦੇ ਘਰ ਕਣਕ ਦੀ ਬੋਰੀ ਵੀ ਸੁਟਵਾਈ ਅਤੇ 500 ਰੁਪਇਆ ਵੀ ਦਿੱਤਾ। ਭੁੱਖੇ ਢਿੱਡ ਭਾਵੇਂ ਭਾਗੋ ਕੁਫਰ ਤੋਲ ਦਿੰਦੀ, ਰੱਜ ਪੁੱਜ ਕੇ ਉਹ ਮੀਤੇ ਨਾਲ ਧਰੋ ਨਹੀਂ ਸੀ ਕਮਾ ਸਕਦੀ। ਭਰੀ ਕਚਹਿਰੀ 'ਚ ਮੀਤੇ ਦਾ ਸਿਰ ਪਲੋਸ ਕੇ ਉਹਨੇ ਆਖਿਆ ਸੀ, ਮੇਰਾ ਪੁੱਤ ਹੋਰ ਕੁਛ ਵੀ ਹੋਵੇ ਪਰ ਇੱਕ ਬੱਚੇ ਦਾ ਕਾਤਲ ਨਹੀਂ ਹੋ ਸਕਦਾ। ਸਫਾਈ ਧਿਰ ਨੇ ਇੱਥੇ ਹੀ ਸਬਰ ਨਹੀਂ ਸੀ ਕੀਤਾ। ਪੁਲਿਸ ਦੇ ਦਾਅਵੇ 'ਚ ਠਲਾਣ ਲਈ ਉਹਨੇ ਉਸ ਰਿਪੋਰਟ ਦੀ ਨਕਲ ਪੇਸ਼ ਕੀਤੀ ਜਿਸ 'ਚ ਘਰ ਘਰ ਦੀ ਤਲਾਸ਼ੀ ਲਏ ਜਾਣ ਦਾ ਜ਼ਿਕਰ ਸੀ। ਇਸ ਰਿਪੋਰਟ ਅਨੁਸਾਰ ਕਰਫਿਊ ਅਤੇ ਤਲਾਸ਼ੀਆਂ ਵਾਲੇ ਦਿਨਾਂ 'ਚ ਪੁਲਿਸ ਮੀਤੇ ਅਤੇ ਭਾਗੋ ਦੋਹਾਂ ਦੇ ਘਰ ਗਈ ਸੀ। ਦੋਵੇਂ ਆਪਣੇ ਘਰ ਮੌਜੂਦ ਮਿਲੇ ਸਨ, ਦੋਹਾਂ ਦੇ ਘਰਾਂ ਦੀ ਤਲਾਸ਼ੀ ਹੋਈ ਸੀ। ਫਿਰ ਬੱਚਾ ਉਸ ਸਮੇਂ ਕਿੱਥੇ ਸੀ? ਅੱਜ ਦਾ ਆਖਰੀ ਗਵਾਹ ਗਫੂਰ ਮੀਆਂ ਸੀ। ਉਹ ਗਾਂਧੀ ਬਸਤੀ 'ਚ ਕਰਿਆਣੇ ਦੀ ਦੁਕਾਨ ਕਰਦਾ ਸੀ। ਪੁਲਿਸ ਅਨੁਸਾਰ ਜਿੰਨਾ ਚਿਰ ਬੰਟੀ ਉਸ ਬਸਤੀ 'ਚ ਬੰਦੀ ਬਣਾ ਕੇ ਰੱਖਿਆ ਗਿਆ ਸੀ ਉਹਦੇ ਖਾਣ ਪੀਣ ਦਾ ਸਮਾਨ ਇਸੇ ਦੀ ਦੁਕਾਨ ਤੋਂ ਆਉਂਦਾ ਰਿਹਾ ਸੀ। ਬੰਟੀ ਬ੍ਰੈਡ ਟਾਫੀਆਂ ਅਤੇ ਬਿਸਕਿਟ ਖਾਣ ਦਾ ਸ਼ੌਕੀਨ ਸੀ। ਇਹਨਾਂ ਤੋਂ ਸਿਵਾ ਉਹ ਕੋਈ ਚੀਜ਼ ਨਹੀਂ ਸੀ ਖਾਂਦਾ। ਉਹਨਾਂ ਦਿਨਾਂ 'ਚ ਪਾਲਾ ਮੀਤਾ ਅਤੇ ਭਾਗੋ ਤੋਂ ਇਹ ਚੀਜ਼ਾਂ ਚੋਖੀ ਮਾਤਰਾ 'ਚ ਲੈ ਕੇ ਜਾਂਦੀ ਸੀ। ਗਫੂਰ ਮੀਆਂ ਦੀਨ ਇਮਾਨ ਵਾਲਾ ਬੰਦਾ ਸੀ, 5 ਵਕਤ ਨਮਾਜ਼ ਪੜ੍ਹਦਾ ਸੀ। ਜਦੋਂ ਭੰਡਾਰੀ ਨੇ ਉਹਦਾ ਬਿਆਨ ਪੜ੍ਹ ਕੇ ਸੁਣਾਇਆ ਤਾਂ ਉਹਨੇ ਕੰਨਾਂ ਨੂੰ ਹੱਥ ਲਾ ਕੇ ਤੌਬਾ ਕੀਤੀ ਸੀ। ਉਹ ਇਹ ਕੁਫਰ ਨਹੀਂ ਤੋਲ ਸਕਦਾ। ਉਹ ਰੁੱਖੀ ਸੁੱਖੀ ਮਿਲਣ ਨਾਲ ਹੀ ਅੱਲਾ ਦਾ ਸ਼ੁਕਰ ਗੁਜ਼ਾਰ ਹੈ, ਕਿਆਮਤ ਵਾਲੇ ਦਿਨ ਉਹ ਕੀ ਜਵਾਬ ਦੇਵੇਗਾ? ਗਫੂਰ ਨੂੰ ਮੋਹਣ ਲਈ ਭੰਡਾਰੀ ਨੇ ਧਰਮ ਕਰਮ 'ਤੇ ਇੱਕ ਲੰਬਾ ਸਾਰਾ ਭਾਸ਼ਣ ਝਾੜਿਆ ਸੀ। ਬੁਰਾਈ ਦੇ ਖਾਤਮੇ ਲਈ ਜੇ ਝੂਠ ਨਾ ਵੀ ਬੋਲਣਾ ਪਏ ਤਾਂ ਉਸ ਤੋਂ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ। ਆਪਣੀ ਦਲੀਲ ਦੀ ਪੁਸ਼ਟੀ ਲਈ ਭੰਡਾਰੀ ਨੇ ਮਹਾਂਭਾਰਤ 'ਚੋਂ ਇੱਕ ਉਦਾਹਰਣ ਪੇਸ਼ ਕੀਤੀ। ਧਰਮਪੁੱਤਰ ਯੁਧਿਸ਼ਠਰ ਨੇ ਸਾਰੀ ਉਮਰ ਕਦੇ ਝੂਠ ਨਹੀਂ ਸੀ ਬੋਲਿਆ। ਇੱਕ ਵਾਰ ਉਹਨਾਂ ਦੇ ਸਾਹਮਣੇ ਦੀ ਗਊ ਲੰਘੀ। ਗਊ ਪਿੱਛੇ ਕਸਾਈ ਲੱਗਾ ਸੀ। ਕਸਾਈ ਨੇ ਗਊ ਕਿੱਧਰ ਗਈ ਹੈ ਇਸ ਬਾਰੇ ਧਰਮਪੁੱਤਰ ਤੋਂ ਹੀ ਪੁੱਛ ਲਿਆ। ਧਰਮਪੁੱਤਰ ਧਰਮ ਸੰਕਟ 'ਚ ਫਸ ਗਏ। ਸੱਚ ਬੋਲਦੇ ਤਾਂ ਗਊ ਹੱਤਿਆ ਹੁੰਦੀ, ਝੂਠ ਬੋਲਦੇ ਤਾਂ ਧਰਮ ਭ੍ਰਸ਼ਟ ਹੁੰਦਾ। ਆਖਰ ਉਹਨਾਂ ਝੂਠ ਬੋਲਣ ਨੂੰ ਤਰਜੀਹ ਦਿੱਤੀ। ਉਹਨਾਂ ਦੇ ਝੂਠ ਬੋਲਣ 'ਚ ਗਊ ਦੀ ਜਾਨ ਬਚ ਗਈ। ਧਰਮ ਗ੍ਰੰਥ ਉਹਨਾਂ ਦੇ ਇਸ ਝੂਠ ਨੂੰ ਪਾਪ ਨਹੀਂ ਸਗੋਂ ਪੁੰਨ ਮੰਨਦੇ ਹੈ। ਇਹੋ ਸਥਿਤੀ ਗਫੂਰ ਦੀ ਸੀ। ਭੋਲਾ ਗਫੂਰ ਗੱਲਾਂ 'ਚ ਆ ਗਿਆ, ਜੇ ਧਰਮ ਪੁੱਤਰ ਝੂਠ ਬੋਲ ਸਕਦੇ ਆ ਤਾਂ ਉਹ ਕਿਉਂ ਨਹੀਂ? ਸੰਮਤੀ ਨੇ ਵੀ ਉਹਦੀ ਕਮਜ਼ੋਰੀ ਲੱਭ ਰੱਖੀ ਸੀ। ਧਾਰਮਿਕ ਵਹਿਣ 'ਚ ਬਹਿ ਕੇ ਜੇ ਉਹ ਬੋਲਣ ਲਈ ਮੰਨ ਸਕਦਾ ਤਾਂ ਕੁਰਾਨ ਸ਼ਰੀਫ ਦੀ ਹਾਜ਼ਰੀ 'ਚੋਂ ਸੱਚ ਬੋਲਣਾ ਵੀ ਮੰਨ ਜਾਏਗਾ। ਹੁਣ ਤੱਕ ਸਭ ਗਵਾਹਾਂ ਨੂੰ ਧਰਮ ਨਾਲ ਸੱਚ ਬੋਲਣ ਦੀ ਜੋ ਸਹੁੰ ਖੁਆਈ ਗਈ ਸੀ ਉਹ ਜ਼ਬਾਨੀ ਕਲਾਮੀ ਸੀ। ਗੁਣ ਗੁਣ ਕਰ ਲੈਣ ਅਤੇ ਸੱਚਮੁੱਚ ਧਾਰਮਿਕ ਗ੍ਰੰਥ 'ਤੇ ਹੱਥ ਰੱਖ ਕੇ ਸਹੁੰ ਖਾਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਇਸੇ ਫਰਕ ਨੂੰ ਮਿਟਾਉਣ ਲਈ ਗੁਰਮੀਤ ਨੇ ਪਵਿੱਤਰ ਗ੍ਰੰਥ ਨੂੰ ਅਦਾਲਤ ਵਿੱਚ ਮੰਗਵਾਇਆ ਸੀ। ਉਹਦਾ ਤਜਰਬਾ ਆਖਦਾ ਸੀ ਕਿ ਧਾਰਮਿਕ ਰੁਚੀਆਂ ਵਾਲੇ ਇਨਸਾਨ ਇਸ਼ਟ ਦੀ ਸਹੁੰ ਖਾ ਕੇ ਆਪਣੇ ਜਾਨੀ ਦੁਸ਼ਮਣਾਂ ਦੇ ਖਿਲਾਫ ਵੀ ਝੂਠ ਨਹੀਂ ਬੋਲਦੇ। ਉਹ ਗਫੂਰ ਦੀ ਇਸੇ ਕਮਜ਼ੋਰੀ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ। ਗਫੂਰ ਦੀ ਕਮਜ਼ੋਰੀ ਸਰਕਾਰੀ ਵਕੀਲ ਵੀ ਸਮਝਦਾ ਸੀ। ਉਹਨੇ ਗਫੂਰ ਦੀ ਚੰਗੀ ਤਰ੍ਹਾਂ ਸਹੁੰ ਖਾਣ 'ਤੇ ਜ਼ੋਰ ਨਹੀਂ ਸੀ ਦਿੱਤਾ। ਜੋ ਆਖਾਂਗਾ ਸੱਚ ਆਖਾਂਗਾ, ਮਲਮੀ ਜੀ ਜੀਭ ਨਾਲ ਇੰਨਾ ਕੁ ਆਖ ਕੇ ਇਮਾਨ ਨਾਲ ਸੱਚ ਆਖਾਂਗਾ ਵਰਗਾ ਅਹਿਮ ਵਾਕ ਹਜ਼ਮ ਕਰ ਲਿਆ ਸੀ। ਗਵਾਹ ਦੇ ਅਧੂਰੀ ਸਹੁੰ ਚੁੱਕਣ 'ਤੇ ਸਫਾਈ ਧਿਰ ਨੂੰ ਸਖ਼ਤ ਇਤਰਾਜ਼ ਸੀ। ਹਰੇ ਕੱਪੜੇ 'ਚ ਲਪੇਟਿਆ ਧਾਰਮਿਕ ਗ੍ਰੰਥ ਅਦਾਲਤ 'ਚ ਮੰਗਾਇਆ ਗਿਆ। ਧਾਰਮਿਕ ਗ੍ਰੰਥ ਦੀ ਹਾਜ਼ਰੀ 'ਚ ਜਦੋਂ ਗਫੂਰ ਨੂੰ ਸੱਚ ਬੋਲਣ ਲਈ ਆਖਿਆ ਗਿਆ ਤਾਂ ਗਫੂਰ ਦੇ ਨਾਲ ਨਾਲ ਬਚਨ ਸਿੰਘ ਨੂੰ ਵੀ ਤਰੇੜੀ ਆ ਗਈ। ਪਵਿੱਤਰ ਗ੍ਰੰਥ ਦੀ ਹਾਜ਼ਰੀ 'ਚ ਗਫੂਰ ਇਹ ਆਖ ਸਕਦਾ ਸੀ ਕਿ ਜਿਸ ਬਸਤੀ 'ਚੋਂ ਦੁਕਾਨ ਕਰਦਾ ਸੀ ਉਹਦੇ ਵਸਨੀਕਾਂ ਵਿੱਚ ਨਾ ਬ੍ਰੈਡ ਖਰੀਦਣ ਦੀ ਪਰੋਖੋਂ ਸੀ ਨਾ ਬਿਸਕਿਟ। ਕਰਫਿਊ ਦੇ ਦਿਨਾਂ ਵਿੱਚ ਤਾਂ ਉਸ ਕੋਲ ਆਟਾ, ਆਲੂ ਅਤੇ ਲੱਕੜਾਂ ਵੀ ਨਹੀਂ ਸੀ ਬੱਚੀਆਂ। ਦੁੱਧ ਬ੍ਰੈਡ ਦੀ ਤਾਂ ਗੱਲ ਹੀ ਦੂਰ ਸੀ। ਜਦੋਂ ਆਪਣੀ ਦੁਕਾਨ 'ਤੇ ਐਸ਼ ਦੀਆਂ ਇਹ ਵਸਤਾਂ ਰੱਖਦਾ ਹੀ ਨਹੀਂ ਤਾਂ ਉਹਨਾਂ ਨੂੰ ਕਿਸੇ ਵੱਲੋਂ ਖਰੀਦਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਗਫੂਰ ਮੀਆਂ ਦੀ ਗਵਾਹੀ ਦੇ ਨਾਲ ਹੀ ਉਸ ਦਿਨ ਦੀ ਕਾਰਵਾਈ ਸਮਾਪਤ ਹੋ ਗਈ। ਪਿਆਰੇ ਲਾਲ ਪ੍ਰੈਸ ਕਾਨਫਰੰਸ ਬੁਲਾਉਣਾ ਚਾਹੁੰਦਾ ਸੀ। ਬਾਬਾ ਜੀ ਅਤੇ ਗੁਰਮੀਤ ਇਹਦੇ ਉਲਟ ਸੀ। ਹਾਲੇ ਖੁਸ਼ੀ ਵਾਲੀ ਕੋਈ ਗੱਲ ਨਹੀਂ ਸੀ, ਅਸਲ ਲੜਾਈ ਹਾਲੇ ਸ਼ੁਰੂ ਹੋਣੀ ਸੀ। ਅੱਜ ਦੀ ਕਾਰਵਾਈ ਤੋਂ ਘਬਰਾਈ ਪੁਲਿਸ ਨੇ ਗਵਾਹਾਂ ਦੇ
ਤੇ ਕੜਾਕਾ ਚਾੜਨਾ ਸੀ ਤੇ ਸਰਕਾਰਾਂ ਨੇ ਜੱਜਾਂ ਤੇ ਨਾਮਾ ਨਿਗਾਰ ਦਾ ਖਹਿੜਾ ਛੱਡ ਕੇ ਉਹਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਟਾਕਰੇ ਲਈ ਤਿਆਰੀ ਕਰਨੀ ਚਾਹੀਦੀ ਸੀ। ਧੰਨਵਾਦ। ਮਿੱਤਰ ਸੈਨ ਮੀਤ ਦਾ ਨੋਵਲ ਕਟਹਿਰਾ ਦਾ 17ਵਾਂ ਅੰਗ। ਕਚਹਿਰੀ ਤੋਂ ਬਚਨ ਸਿੰਘ ਸਿੱਧਾ ਡਿਪਟੀ ਦੇ ਘਰ ਨੂੰ ਹੋ ਗਿਆ। ਇਸ ਕੇਸ ਬਾਰੇ ਸੋਚ ਸੋਚ ਉਹਦਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਸੀ। ਅਜੀਬ ਬਲਾ ਗਾਲਾ ਪਈ ਸੀ। ਸਰਕਾਰ ਇਸ ਕੇਸ ਪ੍ਰਤੀ ਜਿੰਨੀ ਸੰਜੀਦਾ ਸੀ, ਬਚਨ ਸਿੰਘ ਓਨਾ ਹੀ ਲਾਪਰਵਾਹ। ਉਹ ਆਪਣੇ ਆਪ ਨੂੰ ਕੋਸ ਰਿਹਾ ਸੀ, ਆਪਣੇ ਆਲਸੀ ਸੁਭਾਅ 'ਤੇ ਲਾਂਹਤਾ ਪਾ ਰਿਹਾ ਸੀ। ਬਚਨ ਸਿੰਘ ਨੇ ਰੱਤੀ ਭਰ ਵੀ ਧਿਆਨ ਦਿੱਤਾ ਹੁੰਦਾ ਤਾਂ ਇਹ ਦੁਰਗਤ ਨਾ ਹੁੰਦੀ। ਕੇਸ ਨਾਲ ਜੋ ਹੋਣਾ ਸੀ ਹੋ ਚੁੱਕਾ ਸੀ, ਹੁਣ ਬਚਨ ਸਿੰਘ ਦੀ ਦੁਰਦਸ਼ਾ ਦੀ ਵਾਰੀ ਸੀ। ਜ਼ਿਲ੍ਹਾ ਅਟੋਰਨੀ ਦਾ ਫੋਨ ਆਇਆ ਸੀ, ਗਵਾਹਾਂ ਦੇ ਬਿਆਨਾਂ ਦੀਆਂ ਨਕਲਾਂ ਸ਼ਾਮ ਤੱਕ ਸੰਗਰੂਰ ਭੇਜ ਦਿੱਤੀਆਂ ਜਾਣ। ਇਹ ਨਕਲਾਂ ਉਹਨੇ ਡਾਇਰੈਕਟਰ ਨੂੰ ਭੇਜਣੀਆਂ ਸਨ, ਜਿਸ ਨੇ ਗ੍ਰਹਿ ਸਕੱਤਰ ਰਾਹੀਂ ਉਹਨਾਂ ਨੂੰ ਮੁੱਖ ਮੰਤਰੀ ਕੋਲ ਪੁੱਜਦੇ ਕਰਨਾ ਸੀ। ਬਚਨ ਸਿੰਘ ਬਿਆਨਾਂ ਦੀਆਂ ਨਕਲਾਂ ਭੇਜੇ ਤਾਂ ਕਿਸ ਤਰ੍ਹਾਂ, ਇਸ ਮਰੇ ਸੱਪ ਨੂੰ ਗਲੋਂ ਕਿਵੇਂ ਲਾਇਆ ਜਾਵੇ, ਇਹੋ ਵਿਚਾਰ ਕਰਨ ਲਈ ਉਹ ਡਿਪਟੀ ਵੱਲ ਦੌੜਿਆ ਸੀ। ਡਿਪਟੀ ਉਹ ਤੋਂ ਵੱਧ ਪਰੇਸ਼ਾਨ ਸੀ, ਗਵਾਹਾਂ ਦੇ ਬਿਆਨਾਂ ਦੀਆਂ ਨਕਲਾਂ ਉਹ ਤੋਂ ਵੀ ਮੰਗੀਆਂ ਗਈਆਂ ਸੀ। ਇੱਧਰ ਨਕਲਾਂ DGP ਨੇ ਮੰਗੀਆਂ ਸੀ, ਉਹ ਵੀ ਵਿਸ਼ੇਸ਼ ਦੂਤ ਰਾਹੀਂ। ਵਿਸ਼ੇਸ਼ ਦੂਤ ਕਦੋਂ ਦਾ ਤਿਆਰ ਖੜਾ ਸੀ, ਪਰ ਇਹ ਨਕਲਾਂ ਕਿਹੜੇ ਮੂੰਹ ਭੇਜੀਆਂ ਜਾਣ। ਦਿਨ ਭਰ ਦੀ ਕਾਰਵਾਈ ਦੀ ਰਿਪੋਰਟ ਡਿਪਟੀ ਨੂੰ ਮਿਲ ਚੁੱਕੀ ਸੀ। ਡਿਪਟੀ ਨੂੰ ਸਰਕਾਰੀ ਵਕੀਲ ਨੇ ਦੇ ਨਾਲ ਨਾਲ ਮੁੱਖ ਅਫਸਰ 'ਤੇ ਗੁੱਸਾ ਆ ਰਿਹਾ ਸੀ। ਜਦੋਂ ਸਰਕਾਰੀ ਵਕੀਲ ਨੂੰ ਪਤਾ ਲੱਗ ਗਿਆ ਸੀ ਕਿ ਗਵਾਹ ਮੁੱਕਰ ਰਹੇ ਹਨ, ਤਾਂ ਉਹਨੂੰ ਚਾਹੀਦਾ ਸੀ ਕਿਵੇਂ ਨਾ ਕਿਵੇਂ ਕੇਸ ਨੂੰ ਵਿੱਚੇ ਰੁਕਵਾਉਂਦਾ। ਉਹ ਆਪ ਪੇਸ਼ੀ ਨਹੀਂ ਸੀ ਲੈ ਸਕਦਾ ਤਾਂ ਡਿਪਟੀ ਨੂੰ ਇਤਲਾਹ ਦਿੰਦਾ, ਡਿਪਟੀ ਕੋਈ ਇੰਤਜ਼ਾਮ ਕਰਦਾ। ਸਰਕਾਰੀ ਵਕੀਲ ਦਾ ਕੁਝ ਨਹੀਂ ਵਿਗੜਨਾ, ਡਿਪਟੀ ਕਿਸੇ ਵੀ ਸਮੇਂ ਲਾਈਨ ਹਾਜ਼ਰ ਹੋ ਸਕਦਾ ਸੀ। ਮੁੱਖ ਅਫਸਰ ਵੀ ਲਾਟ ਸਾਹਿਬ ਬਣ ਕੇ ਥਾਣੇ ਬੈਠਾ ਰਿਹਾ। ਡਿਪਟੀ ਨੇ ਉਹਨੂੰ ਵਿਸ਼ੇਸ਼ ਤੌਰ 'ਤੇ ਆਖਿਆ ਸੀ ਕਿ ਪੈਰਵਾਈ ਲਈ ਖੁਦ ਜਾਵੇ, ਨਹੀਂ ਗਿਆ। ਸੋਚਦਾ ਹੋਣਾ ਉਹ ਮੁੱਖ ਅਫਸਰ ਹੈ, ਮਿਸਲ ਕੁੱਛੜ 'ਚ ਲੈ ਕੇ ਕਿਉਂ ਫਿਰੇ, ਉਹ ਚੁਆਨੀ ਦੇ ਗਵਾਹਾਂ ਨਾਲ ਮੱਥਾ ਕਿਉਂ ਮਾਰੇ। ਨਾਜਰ ਸਿੰਘ ਨੂੰ ਕਚਹਿਰੀ ਧੱਕ ਦਿੱਤਾ, ਮੁੱਖ ਅਫਸਰ ਹੀ ਹੁੰਦਾ, ਮਾਤ ਹਿੱਤ। ਕਿਸੇ ਫੌਰੀ ਕਾਰਵਾਈ ਦੀ ਜ਼ਰੂਰਤ ਹੋਵੇ ਤਾਂ ਮੁੱਖ ਅਫਸਰ ਝੱਟ ਫੈਸਲਾ ਕਰ ਲੈਂਦਾ, ਛੋਟੇ ਅਫਸਰ ਨੂੰ ਪਹਿਲਾਂ ਮੁੱਖ ਅਫਸਰ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਇੰਨੇ ਵਿੱਚ ਪਾਣੀ ਪੁਲਾਂ ਹੇਠ ਲੰਘ ਚੁੱਕਾ। ਜੇ ਲਾਲ ਸਿੰਘ ਖੁਦ ਕਚਹਿਰੀ ਬੈਠਾ ਹੁੰਦਾ ਤਾਂ ਦੁਕਾਨਦਾਰ ਜਾਂ ਚਪੜਾਸੀ ਦੀ ਕੀ ਮਜਾਲ ਸੀ, ਉਹ ਗਵਾਹੀ ਤੋਂ ਮੁੱਕਰ ਜਾਂਦੇ। ਗਾਂ ਛੋਟੇ ਥਾਣੇਦਾਰ ਦਾ ਹਾਲ ਦੇਖ ਲਓ, ਗਵਾਹ ਮੁੱਕਰਦੇ ਦੇਖ ਕੇ ਅਧੀਆ ਅੰਦਰ ਸੁੱਟਿਆ, ਹਫ਼ਤੇ ਦੀ ਛੁੱਟੀ ਲਿਖੀ, ਪਿੰਡ ਵਾਲੀ ਗੱਡੀ ਚੜ੍ਹ ਗਿਆ। ਸੋਚਿਆ ਹੋਏਗਾ ਕੱਲ੍ਹ ਵਾਲੀ ਪੈਰਵਾਈ ਤੋਂ ਬਚ ਜਾਏਗਾ। ਡਿਪਟੀ ਨੇ ਛੁੱਟੀ ਨਾ ਮਨਜ਼ੂਰ ਕੀਤੀ ਅਤੇ ਉਹਨੂੰ ਡਿਊਟੀ ਤੋਂ ਗੈਰ ਹਾਜ਼ਰ ਕਰ ਦਿੱਤਾ। ਆਪੇ ਧੱਕੇ ਖਾਂਦਾ ਫਿਰ ਹਰਖੇ ਡਿਪਟੀ ਨੇ ਹੁਕਮ ਜਾਰੀ ਕੀਤਾ, ਜਿਹੜਾ ਗਵਾਹ ਜਿੱਥੇ ਵੀ ਮਿਲੇ ਉਹਨੂੰ ਉੱਥੇ ਹੀ ਕੁਟੱਪਾ ਚਾੜਿਆ ਜਾਵੇ, ਬਾਕੀ ਦੇ ਗਵਾਹਾਂ ਨੂੰ ਆਪੇ ਕੰਨ ਹੋ ਜਾਣਗੇ। ਇਸ ਕੰਮ ਲਈ ਮੁੱਖ ਅਫਸਰ ਨੂੰ ਭਜਾਇਆ ਗਿਆ। ਉਹ ਹਰ 10 ਮਿੰਟ ਬਾਅਦ ਡਿਪਟੀ ਨੂੰ ਇਤਲਾਹ ਦੇਵੇ, ਇਹ ਹੁਕਮ ਸੁਣਾਇਆ ਗਿਆ। ਆਖੇ ਜਿਹੜਾ ਲਾਹੌਰ ਬੁੱਧੂ ਉਹ ਪਿਸ਼ੌਰ ਵੀ ਬੁੱਧੂ। ਘੰਟਿਆਂ ਬੱਧੀ ਟੱਕਰਾਂ ਮਾਰ ਕੇ ਵੀ ਲਾਲ ਸਿੰਘ ਦੇ ਪੱਲੇ ਕੁਛ ਨਾ ਪਿਆ। ਬਾਬੂ ਅਤੇ ਮੋਦਨ ਕਿਧਰੇ ਛਾਈਵਾਂ ਹੀ ਹੋ ਗਏ। ਕਚਹਿਰੀ ਵਕੀਲਾਂ ਦੇ ਖੋਖੇ, ਉਹਨਾਂ ਦੇ ਘਰ ਅਤੇ ਠਹਿਰਨ ਦੇ ਸਭ ਟਿਕਾਣਿਆਂ 'ਤੇ ਛਾਪੇ ਮਾਰੇ ਗਏ, ਕਿਧਰੇ ਨਹੀਂ ਸੀ ਮਿਲੇ। ਮੁੱਖ ਅਫਸਰ ਦੀ ਇਸ ਅਸਫਲਤਾ 'ਤੇ ਡਿਪਟੀ ਦੇ ਮੱਥੇ 'ਤੇ ਤਿਊੜੀਆਂ ਹੋਰ ਸੰਘਣੀਆਂ ਹੋ ਗਈਆਂ। ਮਹਿਕਮਾ ਉਹਨੂੰ ਕਾਬਲ ਥਾਣੇਦਾਰ ਆਖਦਾ ਨਹੀਂ ਥੱਕਦਾ ਅਤੇ ਡਿਪਟੀ ਨੂੰ ਨਿਹਰਾ ਬੁੱਧੂ ਜਾਪਦਾ ਸੀ। ਜ਼ਰੂਰੀ ਨਹੀਂ ਜਿਹੜਾ ਅਫਸਰ ਚੰਗੀ ਡਾਂਗ ਫੇਰ ਸਕਦਾ ਹੋਵੇ ਉਹ ਅਕਲ ਦਾ ਵੀ ਧਨੀ ਹੋਵੇ। ਮੋਦਨ ਜਾਂ ਬਾਊ ਕੋਈ ਦੁੱਧ ਚੁੰਘਦੇ ਬੱਚੇ ਸੀ? ਬਈ ਗਵਾਹੀ ਮੁੱਕਰ ਕੇ ਕਚਹਿਰੀ ਬੈਠੇ ਰਹਿਣ ਜਾਂ ਘਰੋਂ ਘਰੀ ਜਾ ਵੜਨ, ਉਹ ਛੂਟ ਵੱਟ ਗਏ ਹੋਣੇ ਆ। ਉਹਨਾਂ ਨੂੰ ਮੁਖਬਰਾਂ ਰਾਹੀਂ ਲੱਭਿਆ ਜਾਣਾ ਚਾਹੀਦਾ। ਭਾਗੋ ਬਾਰੇ ਰਿਪੋਰਟ ਸੀ ਕਿ ਉਹਨੂੰ ਇੱਕ ਵਕੀਲ ਆਪਣੇ ਸਕੂਟਰ 'ਤੇ ਬਿਠਾ ਕੇ ਲੈ ਗਿਆ। ਹਾਲੇ ਤੱਕ ਨਾ ਵਕੀਲ ਲੱਭਾ ਨਾ ਭਾਗੋ, ਇੱਕ ਪੁਲਿਸ ਪਾਰਟੀ ਉਹਨਾਂ ਦਾ ਪਿੱਛਾ ਕਰ ਰਹੀ ਹੈ। ਪੁਲਿਸ ਦੇ ਹੱਥ ਗਫੂਰ ਮੀਆਂ ਅਤੇ ਸਕੂਲ ਦਾ ਚਪੜਾਸੀ ਹੀ ਲੱਗੇ। ਗਫੂਰ ਮੀਆਂ ਅਦਾਲਤੋਂ ਨਿਕਲਦਾ ਹੀ ਫੜ ਲਿਆ ਗਿਆ ਸੀ। ਸਾਰੀ ਪੁਲਿਸ ਉਸ ਉੱਤੇ ਹਿੱਲਾਂ ਵਾਂਗ ਝੱਟ ਪਈ ਸੀ। ਥੱਪੜ ਠੁੱਡੇ ਮਾਰ ਮਾਰ ਉਹਦਾ ਹੁਲੀਆ ਵਿਗਾੜ ਦਿੱਤਾ। ਕੁਝ ਵਕੀਲਾਂ ਨੇ ਪੁਲਿਸ ਨਾਲ ਤੂੰ ਤੂੰ ਮੈਂ ਕੀਤੀ ਸੀ। ਸੰਮਤੀ ਵਾਲਿਆਂ ਨੇ ਪੁਲਿਸ ਖਿਲਾਫ਼ ਨਾਅਰੇ ਲਾਏ, ਗਫੂਰ ਨੂੰ ਛੁਡਾਉਣ ਦਾ ਯਤਨ ਕੀਤਾ। ਇੱਕ ਪੱਤਰਕਾਰ ਨੇ ਗਫੂਰ ਦੀ ਫੋਟੋ ਖਿੱਚ ਲਈ, ਪੱਤਰਕਾਰ ਦਾ ਕੈਮਰਾ ਖੋਲਿਆ ਗਿਆ। ਗਫੂਰ ਨੂੰ ਵੈਨ 'ਚ ਸੁੱਟ ਕੇ ਥਾਣੇ ਲਿਆਉਣ 'ਚ ਪੁਲਿਸ ਨੂੰ ਬਹੁਤੀ ਜੱਦੋਜਹਿਦ ਕਰਨੀ ਪਈ ਸੀ। ਘਰ ਨੂੰ ਜਾਂਦਾ ਚਪੜਾਸੀ ਬਾਜ਼ਾਰ 'ਚ ਟੱਕਰ ਗਿਆ। ਉਹਨੂੰ ਕੁਟਾਪਾ ਚਾੜਨ ਵਿੱਚ ਪੁਲਿਸ ਨੂੰ ਕੋਈ ਦਿੱਕਤ ਨਹੀਂ ਸੀ ਆਈ। ਉਹਨੂੰ ਪੁਲਿਸ ਜਲੂਸ ਦੀ ਸ਼ਕਲ 'ਚ ਪੈਦਲ ਤੋਰ ਕੇ ਥਾਣੇ ਲਿਆਂਦਾ ਗਿਆ। ਹੁਣ ਕੀ ਹੁਕਮ ਹੈ, ਲਾਲ ਸਿੰਘ ਡਿਪਟੀ ਤੋਂ ਪੁੱਛ ਰਿਹਾ ਸੀ। ਡਿਪਟੀ ਅਗਲੀ ਕਾਰਵਾਈ ਬਾਰੇ ਸੋਚ ਰਿਹਾ ਸੀ ਕਿ ਬਚਨ ਸਿੰਘ ਆਤਮ ਗਿਆ। ਥੋੜ੍ਹੀ ਦੇਰ ਬਾਅਦ ਲਾਲ ਸਿੰਘ ਨੇ ਰਿਪੋਰਟ ਵੀ ਦਿੱਤੀ ਕਿ ਥਾਣੇ ਅੱਗੇ ਭੀੜ ਜੁੜਦੀ ਜਾ ਰਹੀ ਹੈ, ਇਹਨਾਂ ਨੂੰ ਕਿਉਂ ਫੜਿਆ ਗਿਆ, ਲੋਕ ਪੁੱਛ ਰਹੇ ਹੈ।
कुछ लोग दरियां चुकी आउंदे आ, हो सकदा धरना मारन। पत्रकारां दी गिणती वधदी जा रही है, वह कैमरा तो मंगदी है, इन्हां गवाहां नाल मुलाकात भी करना चाहुंदे आ। समती वालियां ने बैनर लिख लए है, हो सकदा जलसा करन जां जुलूस कढ़न। यह नवां ही पंगा पै गया। गड़बड़ दे आसार बनदे देख के बचन सिंह दा दिल जोर जोर दी धड़कन लगा। पुलिस ने गवाहां नाल बदसलूकी की तां कल नूं अखबार खबरां नाल भर जाणगे। बचन सिंह की कारगुजारी होर नंगी हो जाएगी। समा मंग करदा कि किवें ना किवें गड़बड़ नूं दबाया जाए। इन्हां गवाहां ते सख्ती करन दा कोई फायदा नहीं, इन्हां नूं किसने मुकराया ही पुछ के छड़ता जाए। अपने उद्देश की प्राप्ति नूं मुख रखदे बचन सिंह ने डिप्टी नूं राय दित्ती। बचन सिंह का मशवरा लख रुपए का सी, यह समा वाधू दे झंझटां च पैण दा नहीं सी। पर मानसी इसे सी कि गवाहां नूं अपने आप छड़ दिता जाए, किसी दबाव हेठ छड्डणे पै तां संपत्ति ते बाकी गवाहां दे हौसले बुलंद हो जाणगे। इन्हां नूं मुकराउण वाला कौन है, ये पुछ के उन्हां नूं छड़ दिता जाए। बचन सिंह दे मशवरे की रोशनी च डिप्टी ने हुक्म झाड़िया। झटकू बाद लाल सिंह का फिर फोन आ गया। गफूर नूं मुकरन लई किसे नहीं सी प्रेरिया। वह कुरान शरीफ के खौफ कारण सच बोल गया। तसली लई उन्हूं फिर कुरान शरीफ के सामने लजाया गया। कुरान शरीफ की हाजरी च ही उन्हें यह गल दोहराई सी। चपड़ासी ने पहले थप्पड़ ते ही बाबे का नाँ लैता। बाबे ने उन्हें डराया धमकाया नहीं सी, सच बोलण की बेनती की सी। चपड़ासी बाबे के एहसाना हेठ दबिया होया सी। शर्मो शर्मी बयानों च कुछ रद्दो बदल कर गया। वैसे जिन्ना कु बयान उन्हें पुलिस नूं दे हक च दिता सी, वह भी झूठा सी। असलियत यह सी कि उन्हें बंटी बारे कुछ नहीं सी पता। इन्नी कु पुछगिछ नाल पुलिस का मकसद हल हो गया। हुण इह स्पष्ट सी कि गवाहां नूं मुकराउण लई सम्मति सरगरम सी। पुलिस नूं पहले गवाहां दा खेड़ा छड़ के अगले गवाहां वल ध्यान देना चाहीदा सी। जे उह ठीक भुगत जाण तां वी जज नूं सज़ा सुनाउण लई नौ उड़ाउण दी थां मिल जाणी सी। प्राइवेट गवाहां नाल संपर्क करन ते उन्हां नूं बयान समझाउण दी जिम्मेवारी भंडारी वकील दी सी। पुलिस ने कल्ले सरकारी गवाहां दा जिम्मा लिया सी। अपनी कोठी च सैट तैयार करके बैठा भंडारी गवाहां नूं उड़ीक रहा सी। भंडारी कोल हाले तक वह गवाह पुजे सन जिहड़े युवा संघ दे कारकुन सन ते गवाही देण लई दृढ़ सन, जां कुछ अजिहे गवाह पुजे जिन्हां दी गवाही कराउण जां भुगतान नाल केस नूं कोई फर्क नहीं सी पैण लगा। राम बाग दा माली धन्ना झटकाई, महल्ले दा पहरेदार, हस्पताल दा चौकीदार, चाह वाला राधे श्याम कोई भी तां नहीं सी पुज्जा। हैरानी की गल यह सी कि संघ के वर्कर ते भंडारी दे मुंशी कई कई बार उन्हां दे घरां दे चक्कर कट आए सी, कोई भी घर नहीं सी मिल रहा। भंडारी नूं दाल च कुछ काला नज़र आउण लगा। गवाह खिसका ले गए सन, जरूर वह समती के कब्जे च होणगे। जे हुणे कुछ ना किया गया तो कल नूं भी इह होएगी जिहड़ी अज होई सी। मुख अफसर पैरां दे पाणी नहीं सी पैण दिंदा। इस समस्या का हल डिप्टी कर सकता सी। भंडारी पहलां ही डिप्टी नूं मिलण बारे सोच रहा सी। उहदा सुनेहा मिलदे ही उह दौड़िया आया। गवाहां दा की हाल चाल है भंडारी साहब, ठीक ठाक भुगत जाणगे? भंडारी दे कुर्सी ते बैठदिआं डिप्टी ने अपने मन दा तौखला जाहर कीता। किहड़े गवाह ते किहड़ी गवाही, कम दा इक वी गवाह मेरे कोल नहीं पुज्जा, मैं उडीक उडीक हंभ गया। भंडारी दा उत्तर सुणदिआं डिप्टी ते बचन सिंह दोहां नूं हत्थां पैरां दी पै गई। हुण की करिए, गवाहां नूं तलब करो, छोटे मुलाजमां ते इतबार ना करो, गवाहां नूं तलब करन दी कमांड खुद संभालो। भंडारी की राय बिल्कुल ठीक सी। तुरंत थाने फोन खड़काया गया। सारे मुलाजम बाह वर्दी तैयार रहन, डिप्टी साहब खुद थाने आ रहे। भंडारी नूं फारग किया गया। गवाहां दे हाजिर होण ते उन्हां नूं मुड़ तकलीफ दिती जाएगी। डिप्टी बचन सिंह नूं नाल ही रखना चाहुंदा सी, पर उह सवेर दा भुखा सी, उहदे पेट च खिल तक नहीं सी गई। जिन्ने चिर च गवाह इकट्ठे होण, उन्ने चिर च बचन सिंह नाल घरों सुनेहा सिंह नालों घरों सुनेहा ना आवे, नाले दफ्तर मिसल चुक लियावे, हो सकदा अज सारी रात ही बैठना पे। डिप्टी नूं थाने तोर के बचन सिंह घर वल हो गया। भुखे होण जां घर जाण दा बचन सिंह दा महज इक बहाना सी। असल च उह जिला अटॉर्नी नूं फोन करना चाहुंदा सी। फोन डिप्टी दे दफ्तरों हो सकदा सी, पर इस तरह पर्दा नहीं सी रहना। बाहरों फोन करन दे इरादे नाल बचन सिंह टाल आया सी। जिला अटॉर्नी उसे दा फोन उडीक रहा सी। बचन सिंह ने सारा नज़ला पुलिस ते चाड़िया। किसी सिपाही तक नूं केस च दिलचस्पी नहीं सी। गवाह इउं मुकर गए जिवें जुए सट्टे दा केस होवे। असल पुछया जाए तां कसूर गवाह दा वी नहीं, सारे गवाह फर्जी सन। बिना पुछे दसे उन्हां दी गवाही रख ली गई सी। पुलिस वालों गवाहां नूं कोई सुरक्षा प्रदान नहीं सी कीती गई। दूजी धिर केस जितण लई हर हथकंडा वरत रही सी। डरदे गवाह मुकर गए, इस च बचन सिंह दा कोई कसूर नहीं। कल नूं
ਇਹ ਤੋਂ ਵੀ ਭੈੜੀ ਹਾਲਤ ਹੋਣ ਦੀ ਸੰਭਾਵਨਾ ਸੀ। ਕੱਲ੍ਹ ਨੂੰ ਭੁਗਤਣ ਵਾਲਾ ਕੋਈ ਵੀ ਗਵਾਹ ਪੁਲਿਸ ਨੂੰ ਨਹੀਂ ਸੀ ਲੱਭ ਰਿਹਾ। ਹਾਲੇ ਤੱਕ ਪੁਲਿਸ ਨੇ ਗਵਾਹਾਂ ਨੂੰ ਮਿਲਣ ਜਾਂ ਬਿਆਨ ਸਮਝਾਉਣ ਦਾ ਕੋਈ ਯਤਨ ਵੀ ਨਹੀਂ ਕੀਤਾ। ਪ੍ਰਾਈਵੇਟ ਵਕੀਲ ਤੇ ਡੋਰੀ ਸੁੱਟ ਰੱਖੀ ਸੀ, ਸਫਾਈ ਧਿਰ ਸਰਗਰਮ ਸੀ, ਇਕੱਲਾ ਬਚਨ ਸਿੰਘ ਕੀ ਕਰੇ। ਬਚਨ ਸਿੰਘ ਦੀ ਰਿਪੋਰਟ ਸੁਣ ਕੇ ਜ਼ਿਲ੍ਹਾ ਅਟਾਰਨੀ ਨੂੰ ਆਪਣਾ ਫਿਕਰ ਪੈ ਗਿਆ। ਹੈੱਡ ਆਫਿਸ 'ਚ ਹੁਕਮ ਹੋਇਆ ਸੀ ਕਿ ਜ਼ਿਲ੍ਹਾ ਅਟਾਰਨੀ ਸ਼ਹਿਰ ਜਾ ਕੇ ਖੁਦ ਕੇਸ ਝਗੜੇ। ਜ਼ਿਲ੍ਹਾ ਅਟਾਰਨੀ ਨੂੰ ਬਚਨ ਸਿੰਘ ਦੀ ਕਾਬਲੀਅਤ 'ਤੇ ਯਕੀਨ ਸੀ। ਉਹਨੇ ਹੇਠਲੀ ਅਦਾਲਤ ਵਿੱਚ ਆਉਣ 'ਤੇ ਹੇਠੀ ਮਹਿਸੂਸ ਹੋਈ। ਕਾਗਜ਼ੀ ਪੱਤਰੀ ਇਹ ਕੇਸ ਜ਼ਿਲ੍ਹਾ ਅਟਾਰਨੀ ਹੀ ਲੜ ਰਿਹਾ ਸੀ। ਜ਼ਿਲ੍ਹਾ ਅਟਾਰਨੀ ਨੇ ਬਚਨ ਸਿੰਘ ਨੂੰ ਸਲਾਹ ਦਿੱਤੀ ਕਿ ਕਿਵੇਂ ਨਾ ਕਿਵੇਂ ਮੌਕਾ ਸੰਭਾਲੇ। ਗਵਾਹ ਕਾਬੂ ਆਉਂਦੇ ਨਾ ਦਿਸਣ ਤਾਂ ਪੇਸ਼ੀ ਲੈ ਦਿਓ, ਪੇਸ਼ੀ ਲੈ ਲਓ। ਇਸੇ ਦੌਰਾਨ ਉਹ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਆਪਣੀ ਸਥਿਤੀ ਸਪਸ਼ਟ ਕਰ ਲਏਗਾ। ਪੇਸ਼ੀ ਲੈਣ ਲਈ ਬਚਨ ਸਿੰਘ ਵੀ ਯਤਨ ਕਰੇ, ਜ਼ਿਲ੍ਹਾ ਅਟਾਰਨੀ ਵੀ ਕਰੇਗਾ। ਫੋਨ ਰੱਖਦੇ ਉਹ ਸੈਸ਼ਨ ਜੱਜ ਦੀ ਕੋਠੀ ਜਾਏਗਾ, ਉਹਨੂੰ ਸਾਰੀ ਸਥਿਤੀ ਸਮਝਾਏਗਾ। ਹੋ ਸਕਿਆ ਤਾਂ ਐਡੀਸ਼ਨਲ ਸੈਸ਼ਨ ਜੱਜ ਸਤਿੰਦਰ ਨਾਥ ਨੂੰ ਫੋਨ ਕਰੇਗਾ, ਕੋਈ ਨਾ ਕੋਈ ਹੱਲ ਜ਼ਰੂਰ ਲੱਭ ਲਏਗਾ। ਘੰਟੇ ਕੁ ਬਾਅਦ ਫਿਰ ਫੋਨ ਕਰੇਗਾ, ਇੱਕ ਦੂਜੇ ਦੀ ਸਥਿਤੀ ਦੀ ਜਾਣਕਾਰੀ ਦਿੱਤੀ ਜਾਏਗੀ। ਜ਼ਿਲ੍ਹਾ ਅਟਾਰਨੀ ਨਾਲ ਗੱਲ ਕਰਕੇ ਬਚਨ ਸਿੰਘ ਹਲਕਾ ਫੁੱਲ ਹੋ ਗਿਆ। ਡਿਪਟੀ ਦੇ ਦਫ਼ਤਰ ਪਰਤਣ ਤੱਕ ਉਹ ਤਾਜ਼ਾ ਦਮ ਹੋ ਚੁੱਕਾ ਸੀ। ਇੱਧਰ ਡਿਪਟੀ ਬੇਰੰਗ ਸੀ, ਉਹਦੀ ਨਿਗਰਾਨੀ ਹੇਠ ਪੁਲਿਸ ਹਰ ਗਵਾਹ ਦੇ ਘਰ ਤਾਂ ਛਾਪਾ ਮਾਰ ਚੁੱਕੀ ਸੀ, ਕਿਧਰੋਂ ਵੀ ਸਫਲਤਾ ਹੱਥ ਨਹੀਂ ਸੀ ਲੱਗੀ। ਕਿਸੇ ਦੇ ਘਰ ਨੂੰ ਜੰਦਾ ਲੱਗਾ ਸੀ, ਕਿਸੇ ਦੇ ਘਰ ਬੁੱਢਾ ਠੇਰਾ ਜਾਂ ਬਾਲ ਬੱਚਾ ਹੀ ਸੀ। ਕੋਈ ਜਵਾਬ ਦਿੰਦਾ ਫਲਾਣੇ ਵਿਆਹ ਗਿਆ, ਆਕੇ ਗਿਆ, ਅਦਾਲਤ ਦੇ ਵਕਤ ਤੱਕ ਪੁੱਜ ਜਾਏਗਾ। ਕੋਈ ਆਖਦਾ ਮਰਗ ਹੋ ਗਈ, ਜਦੋਂ ਆਇਆ ਥਾਣੇ ਭੇਜ ਦਾਂਗੇ। ਹੁਣ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ, ਗਵਾਹ ਸੰਮਤੀ ਵਾਲਿਆਂ ਕੋਲ ਸਨ, ਉਹ ਦੋਸ਼ੀਆਂ ਦੇ ਹੱਕ 'ਚ ਭੁਗਤਣਗੇ, ਹੁਣ ਕੀ ਕੀਤਾ ਜਾਏ। ਭੰਡਾਰੀ ਨੂੰ ਮਸ਼ਵਰੇ ਲਈ ਦੁਬਾਰਾ ਬੁਲਾਇਆ ਗਿਆ। ਮੈਂ ਇਕੱਲਾ ਕੀ ਕਰਾਂ, ਪਹਿਲਾਂ ਤੁਸੀਂ ਦੜ ਵੱਟੀ ਰੱਖਿਆ, ਅੱਗ ਲੱਗੀ ਤੋਂ ਖੂਹ ਪੁੱਟਣ ਲੱਗੇ ਹੋ, ਉੱਧਰ ਤਿੰਨ ਤਿੰਨ ਵਕੀਲਾਂ ਅਤੇ ਸੈਂਕੜੇ ਬੰਦਿਆਂ ਦਾ ਜ਼ੋਰ ਲੱਗਾ ਹੋਇਆ, ਇੱਧਰ ਤੁਸੀਂ ਸਾਰਾ ਬੋਝ ਮੇਰੇ ਮੋਢਿਆਂ 'ਤੇ ਸੁੱਟ ਰੱਖਿਆ, ਮੈਂ ਕਰਾਂ ਅਤੇ ਕੀ ਕਰਾਂ। ਖਿਜੇ ਭੰਡਾਰੀ ਨੇ ਪੁਲਿਸ 'ਤੇ ਗੁੱਸਾ ਕੱਢਿਆ, ਤੁਸੀਂ ਦਰੁਸਤ ਆਖਦੇ ਹੋ, ਪਰ ਹੁਣ ਆਪਾਂ ਤੋਂ ਕਿਵੇਂ ਨਾ ਕਿਵੇਂ ਮੌਕਾ ਸੰਭਾਲਣਾ ਹੀ ਪਏਗਾ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਕਿ ਅੱਗੇ ਤੋਂ ਪੈਰਵਾਈ ਮੈਂ ਖੁਦ ਕਰਾਂਗਾ। ਡਿਪਟੀ ਨੇ ਠੰਡਾ ਛਿੜਕਣ ਦੀ ਕੋਸ਼ਿਸ਼ ਕੀਤੀ, ਕਿਵੇਂ ਨਾ ਕਿਵੇਂ ਕੱਲ੍ਹ ਨੂੰ ਪੇਸ਼ੀ ਲਓ, ਫਿਰ ਬਾਬੇ ਵਕੀਲਾਂ ਅਤੇ ਸੰਮਤੀ ਦੇ ਹਰ ਕਾਰਕੁਨ 'ਤੇ ਕਰੜੀ ਨਜ਼ਰ ਰੱਖੋ, ਕੌਣ ਕਿਸ ਨੂੰ ਮਿਲਦਾ ਇਹਦੀ ਪੜਤਾਲ ਕਰੋ, ਫਿਰ ਭਾਵੇਂ ਸਫਲਤਾ ਮਿਲ ਜਾਏ ਨਹੀਂ ਤਾਂ ਪੱਠਾ ਬੈਠ ਹੀ ਜਾਏਗਾ। ਪੁਲਿਸ ਨੂੰ ਸਿੱਧੇ ਰਾਹ ਪਾ ਕੇ ਭੰਡਾਰੀ ਵਾਪਸ ਚਲਾ ਗਿਆ। ਸੰਮਤੀ ਵਾਲਿਆਂ ਨਾਲ ਕਿਵੇਂ ਨਜਿੱਠਿਆ ਜਾਏ ਉਹ ਬਾਰੇ ਸੋਚਿਆ ਜਾਏਗਾ। ਹਾਲ ਦੀ ਘੜੀ ਮਸਲਾ ਜੱਜ ਨੂੰ ਮਿਲ ਕੇ ਪੇਸ਼ੀ ਲੈਣ ਦਾ ਸੀ। ਡਿਪਟੀ ਨੇ ਸਿਟੀ ਵਾਲਿਆਂ ਨੂੰ ਫੋਨ ਕੀਤਾ, ਤੁਰੰਤ ਇੱਕ ਪੇਟੀ ਪੀਟਰ ਸਕੌਟ ਅਤੇ ਦੋ ਡੱਬੇ ਡਰਾਈ ਫਰੂਟ 'ਤੇ ਹਾਜ਼ਰ ਕੀਤੇ ਜਾਣ। ਤਾਰੀਖ ਲਏ ਬਿਨਾਂ ਮਸਲਾ ਹੱਲ ਨਹੀਂ ਸੀ ਹੋਣਾ, ਇਹ ਡਿਪਟੀ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਸੀ। ਇੱਕ ਵਾਰ ਤਰੀਕ ਮਿਲ ਗਈ ਤਾਂ ਡਿਪਟੀ ਨੇ ਇੱਕ ਇੱਕ ਗਵਾਹ ਨੂੰ ਚੁੱਕ ਲਿਆਉਣਾ ਸੀ, ਮਹੀਨਾ ਭਰ ਥਾਣੇ ਬਿਠਾਈ ਰੱਖਣਾ ਸੀ। ਜਿੰਨਾ ਚਿਰ ਗਵਾਹ ਸਹੀ ਤਰ੍ਹਾਂ ਨਾਲ ਭੁਗਤ ਨਹੀਂ ਜਾਂਦੇ ਕਿਸੇ ਨੂੰ ਹਵਾ ਤੱਕ ਨਹੀਂ ਸੀ ਲੱਗਣ ਦੇ। ਸੰਮਤੀ ਨੂੰ ਤਾਂ ਕੀ, ਉਹਦੇ ਫਰਿਸ਼ਤਿਆਂ ਤੱਕ ਨੂੰ ਪਤਾ ਨਹੀਂ ਲੱਗਦਾ ਲੱਗੇਗਾ ਕਿ ਗਵਾਹ ਕਿਹੜੇ ਭੋਰੇ 'ਚ ਸੁੱਟੇ ਗਏ ਹਨ। ਡਿਪਟੀ ਨੇ ਜੱਜ ਨੂੰ ਫੌਰਨ ਮਿਲਣ ਦਾ ਮਨ ਬਣਾ ਲਿਆ। ਡਿਪਟੀ ਨੂੰ ਨਾਥ ਸਾਹਿਬ 'ਤੇ ਮਾਣ ਸੀ, ਉਹ ਡਿਪਟੀ ਨੂੰ ਜਵਾਬ ਨਹੀਂ ਦੇਵੇਗਾ, ਉਹ ਕਈ ਵਾਰ ਇਕੱਠੇ ਰਹਿ ਚੁੱਕੇ ਸੀ। ਉਹਨਾਂ ਦੀ ਪਹਿਲੀ ਮੁਲਾਕਾਤ ਨਾਭੀ ਹੋਈ ਸੀ, ਉਸ ਸਮੇਂ ਡਿਪਟੀ ਸਬ ਇੰਸਪੈਕਟਰ ਸੀ ਅਤੇ ਨਾਥ ਸਾਹਿਬ ਮੈਜਿਸਟਰੇਟ। ਜਦੋਂ ਕੋਤਵਾਲੀ ਦਾ ਮੁੱਖ ਅਫਸਰ ਬਣ ਕੇ ਗਿਆ, ਉਸ ਸਾਹਮਣੇ ਪਹਿਲਾ ਮਸਲਾ ਜੱਜਾਂ ਦਾ ਹੀ ਪੇਸ਼ ਹੋਇਆ ਸੀ। ਜ਼ਿਲ੍ਹੇ 'ਚ ਹਾਈਕੋਰਟ ਦੀ ਇੰਸਪੈਕਸ਼ਨ ਚੱਲ ਰਹੀ ਸੀ ਅਤੇ ਸ਼ਨੀਵਾਰ ਨੂੰ ਨਾਭੇ ਦੀ ਵਾਰੀ ਸੀ। ਜੱਜ ਕੜਿੱਕੀ 'ਚ ਫਸੇ ਹੋਏ ਸਨ, ਸਬ ਡਿਵੀਜ਼ਨ ਦੇ ਸਾਰੇ ਥਾਣੇਦਾਰਾਂ ਨੇ ਜੱਜਾਂ ਦਾ ਬਾਈਕਾਟ ਕੀਤਾ ਹੋਇਆ ਸੀ। ਹਾਈਕੋਰਟ ਦੀ ਇੰਸਪੈਕਸ਼ਨ ਕਿਹੜਾ ਮਾੜੀ ਮੋਟੀ ਸੀ, 20 ਤਰ੍ਹਾਂ ਦੇ ਪ੍ਰਬੰਧ ਕਰਨੇ ਪੈਣੇ ਸੀ, ਅਦਾਲਤਾਂ ਦੀ ਸਫਾਈ ਕਈ ਕਈ ਦਿਨ ਪਹਿਲਾਂ ਤੋਂ ਸ਼ੁਰੂ ਕਰਾਉਣੀ ਸੀ, ਕਲੀ ਕੂਚਾ ਰੰਗ ਰੋਗਨ ਕਰਾਉਣਾ ਸੀ, ਸੜਕਾਂ 'ਤੇ ਝਾੜੂ ਦਿਵਾਉਣਾ ਸੀ, ਸਾਰੇ ਸ਼ਹਿਰ 'ਚ ਛਿੜਕਾਅ ਕਰਾਉਣਾ ਸੀ, ਰੈਸਟ ਹਾਊਸ ਬੁੱਕ ਕੀਤਾ ਜਾਣਾ ਸੀ, ਅਮਲੇ ਫੈਲੇ ਲਈ ਵਿਸਕੀ ਤੋਂ ਲੈ ਕੇ ਮੱਛੀ ਮੁਰਗੇ ਤੱਕ ਦਾ ਪ੍ਰਬੰਧ ਕਰਨਾ ਸੀ। ਸ਼ਹਿਰ ਵਿੱਚ ਖਾਸ ਤਰ੍ਹਾਂ ਦੀ ਕਰੌਕਰੀ ਬਣਦੀ ਸੀ, ਕਰੌਕਰੀ ਦੇ ਸੈੱਟ ਤੋਹਫੇ ਦੇ ਤੌਰ 'ਤੇ ਪੇਸ਼ ਕਰਨੇ ਸਨ। ਡੀਸੀਆਂ ਮੁਲਾਜ਼ਮਾਂ ਦੇ ਨਾਲ ਨਾਲ ਹਜ਼ਾਰਾਂ ਰੁਪਇਆਂ ਦੀ ਜ਼ਰੂਰਤ ਪੈਣੀ ਸੀ। ਜੇ ਪੁਲਿਸ ਹੀ ਬਾਈਕਾਟ ਕਰ ਗਈ ਤਾਂ ਹਾਈਕੋਰਟ ਵੱਲੋਂ ਮੈਜਿਸਟਰੇਟਾਂ ਨੂੰ ਬੜੀ ਭੈੜੀ ਰਿਪੋਰਟ ਮਿਲਣੀ ਯਕੀਨੀ ਸੀ। ਔਖੇ ਸੌਖੇ ਜੱਜ ਹੋਰ ਤਾਂ ਸਾਰੇ ਪ੍ਰਬੰਧ ਕਰ ਹੀ ਲੈਣਗੇ, ਪਰ ਸ਼ਿਕਾਇਤੀਆਂ ਨੂੰ ਕੌਣ ਭਜਾਏਗਾ। ਜੱਜਾਂ ਦੀਆਂ ਵਧੀਕੀਆਂ ਤੋਂ ਦੁਖੀ ਹੋਏ ਲੋਕਾਂ ਲਈ ਇਹ ਕਿਆਮਤ ਵਰਗਾ ਦਿਨ ਸੀ। ਸ਼ਿਕਾਇਤਾਂ ਸੁਣਨ ਵਾਲਾ ਮਸਾਂ ਮਸਾਂ ਉਹਨਾਂ ਦੇ ਦਰ 'ਤੇ ਆਇਆ ਸੀ। ਕੁਝ ਸ਼ਿਕਾਇਤੀਆਂ ਨੂੰ ਵਕੀਲਾਂ ਨੇ ਸ਼ਹਿ ਦਿੱਤੀ ਸੀ। ਜੱਜਾਂ ਨਾਲ ਕਿੜ ਕੱਢਣ ਦਾ ਵਕੀਲਾਂ ਲਈ ਇਹ ਸੁਨਹਿਰੀ ਮੌਕਾ ਸੀ।
ਵਕੀਲ ਵੀ ਆਪਣੇ ਸਾਇਲਾਂ ਨੂੰ ਸ਼ਿੰਗਾਰ ਕੇ ਤੋਰਨਗੇ। ਕਿਸੇ ਮੈਜਿਸਟ੍ਰੇਟ ਦੀ ਇੱਕ ਵੀ ਸ਼ਿਕਾਇਤ ਹੋ ਗਈ ਤਾਂ ਸਾਰਾ ਗੁੜ ਗੋਬਰ ਹੋ ਜਾਣਾ ਸੀ। ਪੁਲਿਸ ਦਾ ਪਹਿਰਾ ਸਖ਼ਤ ਹੋਵੇ ਤਾਂ ਕੀ ਮਜਾਲ ਕੇ ਇੰਸਪੈਕਟਿੰਗ ਜੱਜ ਕੋਲ ਚਿੜੀ ਵੀ ਫੜਕ ਜਾਏ। ਨਾਥ ਸਾਹਿਬ ਨੇ ਵਾਰੀ ਵਾਰੀ ਸਾਰੇ ਮੁੱਖ ਅਫਸਰਾਂ ਨੂੰ ਸੁਨੇਹਾ ਭੇਜ ਕੇ ਦੇਖ ਲਿਆ ਸੀ। ਆਨੇ ਬਾਨੇ ਸਭ ਟਲ ਗਏ ਸੀ। ਡਿਪਟੀ ਨੂੰ ਸੁਨੇਹਾ ਪੁੱਜਾ ਤਾਂ ਉਹਨੂੰ ਮੁਨਸ਼ੀ ਨੇ ਰੋਕ ਲਿਆ। ਕਾਰਨ ਪੁੱਛਿਆ, ਪਤਾ ਲੱਗਾ ਜੱਜ ਐਂਟੀ ਪੁਲਿਸ ਹੈ, ਪੁਲਿਸ ਨਾਲੋਂ ਮੁਲਾਜ਼ਮਾਂ ਨੂੰ ਤਰਜੀਹ ਦਿੰਦਾ, ਪੁਖਤਾ ਤੋਂ ਪੁਖਤਾ ਮੁਲਜ਼ਮ ਦਾ ਵੀ ਪੁਲਿਸ ਰਿਮਾਂਡ ਨਹੀਂ ਦਿੰਦਾ, FIR 'ਤੇ ਸਮਾਂ ਪਾਉਣ ਸਮੇਂ ਵੀ ਅੜਦਾ। ਅਹਿਮ ਜੁਰਮਾਂ ਦੀ FIR ਝਟਪਟ ਤਾਂ ਦਰਜ ਹੋ ਨਹੀਂ ਜਾਂਦੀ, ਪਰਚਾ ਕੱਟਣ ਤੋਂ ਪਹਿਲਾਂ ਸਾਰਿਆਂ ਪੱਖਾਂ ਨੂੰ ਵਿਚਾਰਨਾ ਪੈਂਦਾ। ਕਈ ਵਾਰੀ ਦਰਜ ਪਿੱਛੋਂ ਹੁੰਦੀ ਹੈ, ਦਰਜ ਕਰਨ ਦਾ ਸਮਾਂ ਪਹਿਲਾਂ ਦਾ ਪਾਉਣਾ ਪੈਂਦਾ। 1 ਘੰਟੇ 2 ਘੰਟਿਆਂ ਦੀ ਵੀ ਐਡਜਸਟਮੈਂਟ ਨਹੀਂ ਕਰਦਾ। ਆਖਦਾ ਜਿਸ ਸਮੇਂ FIR ਆਈ ਹੈ ਉਹ ਸਮਾਂ ਪਾਓ। ਉਹਦੀ ਇਸ ਧੱਕੜਸ਼ਾਹੀ ਕਾਰਨ ਕਈ ਕਤਲ ਕੇਸ ਬਰੀ ਹੋ ਚੁੱਕੇ ਆ। ਚਲਾਨ ਪੇਸ਼ ਕਰਨ ਸਮੇਂ ਵੀ ਆਖੂ, ਨਾਲੇ ਦੋਸ਼ੀ ਲਿਆਓ ਨਾਲੇ ਨਕਲਾਂ ਪੂਰੀਆਂ ਕਰੋ। ਚਲਾਨ ਲੇਟ ਪੇਸ਼ ਹੋਣ ਕਾਰਨ ਕਈ ਪੁਲਿਸ ਅਫਸਰਾਂ ਦੀ ਇਨਕੁਆਇਰੀ ਖੁੱਲ੍ਹੀ ਫਿਰਦਾ। ਜੇ ਮੈਜਿਸਟ੍ਰੇਟ ਪੁਲਿਸ 'ਤੇ ਕੰਮ ਨਹੀਂ ਆਉਂਦਾ ਤਾਂ ਪੁਲਿਸ ਨੇ ਕਿਹੜਾ ਉਹ ਤੋਂ ਕਸੀਦਾ ਕਢਾਉਣਾ। ਜੇ ਉਹ ਨਿਯਮਾਂ ਅਨੁਸਾਰ ਚੱਲਦਾ ਤਾਂ ਪੁਲਿਸ ਵੀ ਨਿਯਮਾਂ ਅਨੁਸਾਰ ਚੱਲੇਗੀ। ਪੁਲਿਸ ਰੂਲਾਂ ਵਿੱਚ ਇਹ ਕਿਧਰੇ ਨਹੀਂ ਲਿਖਿਆ ਕਿ ਇੰਸਪੈਕਸ਼ਨ ਸਮੇਂ ਜੱਜਾਂ ਦੀ ਵਗਾਰ ਪੁਲਿਸ ਨੇ ਕਰਨੀ ਹੈ। ਡਿਪਟੀ ਨੇ ਬਾਈਕਾਟ ਦੀ ਪਰਵਾਹ ਨਹੀਂ ਕੀਤੀ। ਬਾਈਕਾਟ ਨਾਲ ਸਗੋਂ ਉਹਨੇ ਹੋਰ ਐਂਟੀ ਪੁਲਿਸ ਹੋ ਜਾਣਾ ਸੀ। ਜੇ ਜੱਜਾਂ ਨੂੰ ਹੱਕ 'ਚ ਕਰਨਾ ਤਾਂ ਲੋੜ ਸਮੇਂ ਉਹਨਾਂ ਦੀ ਮਦਦ ਕੀਤੀ ਜਾਵੇ, ਅਤੇ ਉਹਨੇ ਨਾਥ ਦੀ ਮਦਦ ਕੀਤੀ ਸੀ। ਮੁੱਖ ਅਫਸਰਾਂ ਦਾ ਭਾਈਚਾਰਾ ਭਾਵੇਂ ਉਸ ਨਾਲ ਨਾਰਾਜ਼ ਹੋਇਆ ਸੀ, ਪਰ ਨਾਥ ਡਿਪਟੀ ਦੀ ਮੁੱਠੀ 'ਚ ਆ ਗਿਆ ਸੀ। ਸਾਰੀ ਦੁਨੀਆ ਨੂੰ ਪਤਾ ਹੈ ਕਿ ਸਰਕਾਰ ਪਾਲੇ ਅਤੇ ਮੀਤੇ ਨੂੰ ਫਾਂਸੀ ਦੇਣਾ ਚਾਹੁੰਦੀ ਹੈ। ਇਹ ਤਾਂ ਹੀ ਸੰਭਵ ਹੈ ਜੇ ਨਿਆਂਪਾਲਿਕਾ ਪੁਲਿਸ ਦੀ ਮਦਦ ਕਰੇ। ਪਿਛਲਾ ਅਹਿਸਾਨ ਯਾਦ ਕਰਾਉਣ ਲਈ ਅਤੇ ਨਿਆਂਪਾਲਿਕਾ ਦੀ ਮਦਦ ਲੈਣ ਲਈ ਡਿਪਟੀ ਬਚਨ ਸਿੰਘ ਨੂੰ ਨਾਲ ਲੈ ਕੇ ਨਾਥ ਦੀ ਕੋਠੀ ਜਾ ਵੜਿਆ। ਪੇਸ਼ੀ ਦੇਣ ਤੋਂ ਸਿਵਾ ਉਹ ਹਰ ਤਰ੍ਹਾਂ ਦਾ ਸਹਿਯੋਗ ਦੇਣ ਨੂੰ ਤਿਆਰ ਸੀ। ਨਾਥ ਨੇ ਵਾਅਦਾ ਕੀਤਾ, ਗਵਾਹ ਜੋ ਮਰਜ਼ੀ ਆਖਣ ਉਹ ਦੋਸ਼ੀਆਂ ਨੂੰ ਬਰੀ ਨਹੀਂ ਕਰੇਗਾ। ਜਦੋਂ ਦੋਸ਼ੀ ਸਜ਼ਾ ਹੋ ਗਏ ਤਾਂ ਨਾ ਕਿਸੇ ਨੇ ਡਿਪਟੀ ਨੂੰ ਪੁੱਛਣਾ, ਨਾ ਬਚਨ ਸਿੰਘ ਨੂੰ। ਬਚਨ ਸਿੰਘ ਇਹਨਾਂ ਮਿੱਠੀਆਂ ਗੋਲੀਆਂ ਨਾਲ ਪਰਚਣ ਵਾਲਾ ਨਹੀਂ ਸੀ। ਜਿਸ ਹਿਸਾਬ ਨਾਲ ਸੰਮਤੀ ਵੱਲੋਂ ਪੈਰਵਾਈ ਹੋ ਰਹੀ ਸੀ, ਉਸ ਹਿਸਾਬ ਨਾਲ ਕੋਈ ਪਤਾ ਨਹੀਂ ਫੈਸਲੇ ਸਮੇਂ ਇੱਥੇ ਕਿਹੜਾ ਜੱਜ ਹੋਵੇ। ਬਚਨ ਸਿੰਘ ਦੇ ਉੱਚ ਅਧਿਕਾਰੀ ਤਾਂ ਮਿਸਲ ਦੀ ਅੱਖਰ ਘੋਖਣਗੇ। ਉਹਨਾਂ ਦੀ ਪੜਤਾਲ ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਹੋਏਗੀ। ਫੈਸਲੇ ਤੱਕ ਕਿਸ ਉਡੀਕਣਾ ਹੈ। ਗੱਲਾਂ ਗੱਲਾਂ 'ਚ 10 ਵੱਜ ਗਏ। ਗੱਲਾਂ ਗੱਲਾਂ 'ਚ ਨਾਥ ਉਹਨਾਂ ਦੀ ਸੇਵਾ ਕਰਨੀ ਭੁੱਲ ਗਿਆ। ਨਾਥ ਖਾਣਾ ਖਾਈ ਬੈਠਾ ਸੀ। ਖਾਣਾ ਖਾ ਕੇ ਪੀਣੀ ਉਹਦੀ ਆਦਤ ਨਹੀਂ ਸੀ। ਡਿਪਟੀ ਨੂੰ ਸੁੱਕਾ ਵੀ ਨਹੀਂ ਸੀ ਮੋੜਿਆ ਜਾ ਸਕਦਾ। ਉਹਨਾਂ ਪੈਗ ਪਾ ਲਏ, ਜੱਜ ਲਈ ਛੋਟਾ, ਬਾਕੀਆਂ ਲਈ ਵੱਡਾ। ਜਦੋਂ ਥੋੜ੍ਹੀ ਜਿਹੀ ਚੜ੍ਹ ਗਈ ਤਾਂ ਡਿਪਟੀ ਨੇ ਉਲਾਂਭੇ ਦੇਣੇ ਸ਼ੁਰੂ ਕੀਤੇ। ਨਾਭੇ ਦੀ ਯਾਦ ਦਵਾਈ। ਜਦੋਂ ਨਾਥ ਫਸਿਆ ਹੋਇਆ ਸੀ ਤਾਂ ਡਿਪਟੀ ਨੇ ਉਹਨੂੰ ਬਚਾਇਆ ਸੀ। ਹੁਣ ਡਿਪਟੀ ਦੀ ਕਿਸ਼ਤੀ ਡੁੱਬ ਰਹੀ ਸੀ ਅਤੇ ਉਹ ਕੋਲ ਖੜਾ ਤਮਾਸ਼ਾ ਦੇਖ ਰਿਹਾ ਸੀ। ਸਰੂਰ ਚਾਏ ਨਾਥ ਨੇ ਵੀ ਮਨ ਦੀ ਘੁੰਡੀ ਖੋਲ੍ਹਤੀ। ਉਹਨੂੰ ਸੈਸ਼ਨ ਜੱਜ ਦਾ ਸੁਨੇਹਾ ਆਇਆ ਸੀ। ਮੁੱਖ ਮੰਤਰੀ ਸਾਹਿਬ ਇਸ ਕੇਸ 'ਚ ਇੰਟਰਸਟਿਡ ਸਨ। ਹਾਈ ਕੋਰਟ ਚਾਹੁੰਦੀ ਸੀ ਕੇਸ ਨੂੰ 1 ਮਹੀਨੇ ਦੇ ਅੰਦਰ ਅੰਦਰ ਨਿਬੇੜ ਦਿੱਤਾ ਜਾਏ। ਉਹ ਕਰੇ ਤਾਂ ਕੀ ਕਰੇ। ਮੁੱਖ ਮੰਤਰੀ ਸਾਹਿਬ ਨੂੰ ਦਿਲਚਸਪੀ ਫੈਸਲੇ ਵਿੱਚ ਨਹੀਂ, ਸਜ਼ਾ 'ਚ ਹੈ। ਸਾਡਾ ਸਭ ਦਾ ਉਦੇਸ਼ ਸਾਂਝਾ ਹੈ, ਮੁੱਖ ਮੰਤਰੀ ਨੂੰ ਖੁਸ਼ ਕਰਨਾ। ਉਹ ਖੁਸ਼ ਤਾਂ ਹੋਣਗੇ ਜੇ ਦੋਸ਼ੀਆਂ ਨੂੰ ਫਾਂਸੀ ਹੋਵੇਗੀ। ਫਾਂਸੀ ਤਾਂ ਹੋਏਗੀ ਜੇ ਪੁਲਿਸ ਗਵਾਹਾਂ ਤੋਂ ਸਹੀ ਗਵਾਹੀ ਦਵਾਏਗੀ। ਪੁਲਿਸ ਗਵਾਹਾਂ ਨਾਲ ਤਾਂ ਹੀ ਨਜਿੱਠ ਸਕੇਗੀ ਜੇ ਉਹਨਾਂ ਨੂੰ ਖੁੱਲ੍ਹਾ ਸਮਾਂ ਮਿਲੇਗਾ। ਗਵਾਹ ਭੁਗਤਾ ਕੇ ਤੁਸੀਂ ਮੁੱਖ ਮੰਤਰੀ ਨੂੰ ਨਾਰਾਜ਼ ਨਾ ਕਰ ਲਿਓ। ਡਿਪਟੀ ਨੇ ਮੁੱਖ ਮੰਤਰੀ ਦਾ ਉਦੇਸ਼ ਸਪੱਸ਼ਟ ਕੀਤਾ। ਡਿਪਟੀ ਦਰੁਸਤ ਆਖਦਾ ਸੀ, ਜੇ ਕੱਲ੍ਹ ਨੂੰ ਤਾਰੀਖ ਨਾ ਦਿੱਤੀ ਗਈ ਤਾਂ ਗਵਾਹਾਂ ਨੇ ਮੁੱਕਰ ਜਾਣਾ। ਦੋਸ਼ੀਆਂ ਦੇ ਬਰੀ ਹੋਣ ਨਾਲ ਮੁੱਖ ਮੰਤਰੀ ਦਾ ਸਿੰਘਾਸਨ ਡੋਲ ਸਕਦਾ। ਜਲਦੀ ਫੈਸਲਾ ਮੁਸੀਬਤਾਂ 'ਚ ਘਿਰ ਜਾਣ ਲਈ ਥੋੜ੍ਹਾ ਕਰਵਾ ਰਹੇ। ਜੱਜ ਦੀਆਂ ਅੱਖਾਂ ਅੱਗੇ ਹਨੇਰਾ ਹਟਣ ਲੱਗਾ। ਨਾਥ ਕੁੜਕੀ 'ਚ ਵੱਸ ਗਿਆ। ਜੇ ਪੇਸ਼ੀ ਦਿੱਤੀ ਤਾਂ ਹਾਈ ਕੋਰਟ ਨਾਰਾਜ਼, ਨਾ ਦਿੱਤੀ ਤਾਂ ਮੁੱਖ ਮੰਤਰੀ ਨਾਰਾਜ਼। ਉਹ ਖੂਹ 'ਚ ਗਿਰੇ ਜਾਂ ਖਾਈ 'ਚ, ਦੋਹਾਂ ਧਿਰਾਂ ਨੂੰ ਆਪਣੀ ਆਪਣੀ ਮਜਬੂਰੀ ਸੀ। ਉਹ ਕਿਸੇ ਅਜਿਹੇ ਸਿੱਟੇ 'ਤੇ ਪੁੱਜਣ ਦਾ ਯਤਨ ਕਰਨ ਲੱਗੇ ਜਿਸ ਨਾਲ ਸੱਪ ਵੀ ਮਰ ਜਾਏ ਅਤੇ ਲਾਠੀ ਵੀ ਨਾ ਟੁੱਟੇ, ਤਾਰੀਖ ਵੀ ਪੈ ਜਾਏ ਅਤੇ ਕਿਸੇ ਧਿਆਨ 'ਚ ਵੀ ਨਾ ਆਏ। ਮੈਂ ਸੈਸ਼ਨ ਜੱਜ ਸਾਹਿਬ ਨੂੰ ਫੋਨ ਕਰਕੇ ਦੇਖਦਾ, ਸਾਰੀ ਸਥਿਤੀ ਦੱਸਦਾ, ਜਿਵੇਂ ਆਖਣਗੇ ਕਰ ਲਵਾਂਗਾ। ਆਖਿਰ ਨਾਥ ਨੂੰ ਰਾਹ ਲੱਭਾ। ਸੈਸ਼ਨ ਜੱਜ ਵੱਲੋਂ ਪਹਿਲੇ ਹੱਲੇ ਹੀ ਹਰੀ ਝੰਡੀ ਮਿਲ ਗਈ। ਦੋਸ਼ੀਆਂ ਨੂੰ ਸਜ਼ਾ ਹੋਣੀ ਚਾਹੀਦੀ ਸੀ। ਇਸ ਮਕਸਦ ਲਈ ਪੁਲਿਸ ਨੂੰ ਜਿਸ ਤਰ੍ਹਾਂ ਦੀ ਮਦਦ ਦੀ ਵੀ ਜ਼ਰੂਰਤ ਹੋਵੇ ਦਿੱਤੀ ਜਾਏ। ਫੋਨ ਰੱਖ ਕੇ ਨਾਥ ਨੇ ਵੱਡੇ ਵੱਡੇ ਪੈਗ ਪਾਏ। ਹੁਣ ਯਾਰੀ ਨਿਭਾਉਣ 'ਚ ਉਹਨੂੰ ਕੋਈ ਦਿੱਕਤ ਨਹੀਂ ਸੀ। ਅੱਧੀ ਰਾਤ ਤੱਕ ਉਹ ਖੁਸ਼ੀ ਦੇ ਜਾਮ ਖੜਕਾਉਂਦੇ ਰਹੇ। ਅੰਗ 18
ਮਹੀਨੇ ਦੀ ਤਾਰੀਖ ਪੈਣ ਨਾਲ ਸੰਮਤੀ ਦੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ। ਸੰਮਤੀ ਨੂੰ ਜਿੱਥੋਂ ਜਿੱਥੋਂ ਵੀ ਮਦਦ ਮਿਲ ਰਹੀ ਸੀ ਉਹ ਰਾਹ ਬੰਦ ਕੀਤੇ ਜਾਣ ਲੱਗੇ। ਇੱਕ ਪਾਸੇ ਡਿਪਟੀ ਨੇ ਕਾਰਵਾਈ ਸ਼ੁਰੂ ਕੀਤੀ। ਥਾਣੇ ਦੇ ਮੁਨਸ਼ੀ ਨਾਲ ਗੁਰਮੀਤ ਦੇ ਨੇੜੇ ਦੇ ਸੰਬੰਧ ਸੀ। ਮਿਸਲ ਬਹੁਤੀ ਦੇਰ ਮੁਨਸ਼ੀ ਕੋਲ ਹੀ ਰਹੀ ਸੀ। ਹੱਥ ਲਿਖਤਾਂ, ਉਂਗਲਾਂ ਦੇ ਨਿਸ਼ਾਨ, ਮੋਲਡ ਤਾਂ ਰਹਿੰਦੇ ਮੁਨਸ਼ੀ ਦੇ ਕਬਜ਼ੇ 'ਚ ਸੀ। ਰੋਜ਼ਨਾਮਚਾ 19 ਨੰਬਰ ਰਜਿਸਟਰ ਥਾਣੇ ਦੀ ਨਬਜ਼ ਹੁੰਦੇ ਹਨ। ਜਿਸ 'ਤੇ ਵੀ ਹੱਥ ਲੱਗੇ ਉਹ ਥਾਣੇ ਦੀ ਕਮਜ਼ੋਰੀ ਪੜ ਗਈ। ਮੁਨਸ਼ੀ ਨੂੰ ਥਾਣੇ ਦੀ ਮਾਂ ਆਖਿਆ ਜਾਂਦਾ ਹੈ। ਜੇ ਘਰ ਦਾ ਭੇਤੀ ਲੰਕਾ ਢਾਉਣ ਲੱਗੇ ਤਾਂ ਲੋਕਾਂ ਨੂੰ ਕੌਣ ਬਚਾ ਸਕਦਾ ਹੈ? ਬਦਲੇ ਗਏ ਬਿਆਨਾਂ 'ਤੇ ਤਬਦੀਲ ਹੋਈਆਂ ਜ਼ਿਮਨੀਆਂ ਦਾ ਭੇਤ ਇਕੱਲੇ ਮੁਨਸ਼ੀ ਨੂੰ ਸੀ। ਮਾਹਿਰਾਂ ਦੀਆਂ ਰਿਪੋਰਟਾਂ ਦੀਆਂ ਨਕਲਾਂ ਅਤੇ ਪਾਰਸਲ ਲੈ ਕੇ ਜਾਣ ਵਾਲੇ ਸਿਪਾਹੀਆਂ ਦੇ ਨਾਂ, ਪਤੇ ਅਤੇ ਤਾਰੀਖਾਂ ਮੁਨਸ਼ੀ ਨੇ ਸਫਾਈ ਧਿਰ ਨੂੰ ਦਿੱਤੇ ਹੋਣਗੇ। ਇਸੇ ਸ਼ੱਕ 'ਚ ਮੁਨਸ਼ੀ ਨੂੰ ਲਾਈਨ ਹਾਜ਼ਰ ਕੀਤਾ ਗਿਆ। ਫਿਰ ਵਾਰੀ ਆਈ ਨਾਇਬ ਕੋਰਟ ਦੀ। ਉਹ ਵੀ ਬਹੁਤ ਪੁਰਾਣਾ ਹੋ ਚੁੱਕਾ ਸੀ। ਵਕੀਲਾਂ, ਮੁਨਸ਼ੀਆਂ, ਮੁਲਜ਼ਮਾਂ, ਮੁਦਈਆਂ ਸਭ ਨਾਲ ਘੁਲ ਮਿਲ ਗਿਆ ਸੀ। ਗਵਾਹਾਂ ਕੋਲੋਂ ਕੇਸਾਂ ਦੀਆਂ ਕਮੀਆਂ ਪੇਸ਼ੀਆਂ ਪੁੱਛਦਾ ਅਤੇ ਵਕੀਲਾਂ ਨੂੰ ਦੱਸ ਆਉਂਦਾ। ਬਹੁਤਾ ਕੇਸਾਂ ਦਾ ਪੱਠਾ ਉਹ ਬਿਠਾਉਂਦਾ। ਡਿਪਟੀ ਕੋਲ ਪਹਿਲਾਂ ਵੀ ਸ਼ਿਕਾਇਤਾਂ ਆਈਆਂ ਸੀ। ਉਹ ਤਬਾਦਲਾ ਕਰਨ ਲੱਗਦਾ ਤਾਂ ਕਿਸੇ ਨਾ ਕਿਸੇ ਪਾਸਿਓਂ ਸਿਫਾਰਿਸ਼ ਆ ਜਾਂਦੀ। ਕਦੇ ਜੱਜ ਵੱਲੋਂ, ਕਦੇ ਸਰਕਾਰੀ ਵਕੀਲ ਵੱਲੋਂ, ਕਦੇ ਥਾਣੇਦਾਰਾਂ ਵੱਲੋਂ। ਆਖਣ ਲੱਗਦੇ ਇਹ ਕੰਮ ਦਾ ਮਾਹਿਰ ਹੈ, ਇਹਦੇ ਸਿਰ 'ਤੇ ਕਿਸੇ ਨੂੰ ਫਿਕਰ ਨਹੀਂ ਰਹਿੰਦਾ। ਨਾਇਬ ਕੋਰਟ ਦੀ ਇਹੋ ਮੁਹਾਰਤ ਪੁਲਿਸ ਦਾ ਨੁਕਸਾਨ ਕਰ ਰਹੀ ਸੀ। ਨਾਇਬ ਕੋਰਟ ਦਾ ਤਬਾਦਲਾ ਡਿਪਟੀ ਨੇ ਆਪਣੀ ਗਾਰਦ ਵਿੱਚ ਕਰ ਲਿਆ। ਗੇਟ 'ਤੇ ਖੜ੍ਹਾ ਸੜਦਾ ਰਹੇਗਾ। ਨਾਜ਼ਰ ਸਿੰਘ ਪਹਿਲਾਂ ਹੀ ਗੈਰ ਹਾਜ਼ਰ ਹੋ ਚੁੱਕਾ ਸੀ। ਡਿਊਟੀ 'ਚ ਕੁਤਾਹੀ ਵਰਤਣ ਲਈ ਉਹਨੂੰ ਮੁਅੱਤਲ ਕਰ ਦਿੱਤਾ ਗਿਆ। ਦੂਜੇ ਪਾਸੇ ਜੱਜ ਸਾਹਿਬ ਚੌਕਸ ਹੋ ਗਏ। ਅਦਾਲਤ ਦੇ ਬਹੁਤੇ ਮੁਲਜ਼ਮ ਸੰਮਤੀ ਦੀ ਮਦਦ 'ਤੇ ਤੁਲੇ ਹੋਏ ਸਨ। ਕੁਛ ਹਮਦਰਦੀ ਵਜੋਂ, ਕੁਝ ਲਾਲਚ ਵਸ। ਅਹਿਲ ਮੱਦਾਂ ਦਾ ਮਿਸਲਾਂ ਲੈ ਕੇ ਵਕੀਲਾਂ ਦੇ ਘਰ ਜਾਣਾ ਆਮ ਗੱਲ ਸੀ। ਚਾਰ ਪੈਸੇ ਵੱਧ ਮਿਲਣ ਤਾਂ ਗੁਪਤ ਦਸਤਾਵੇਜ਼ ਅਤੇ ਬਿਆਨਾਂ ਦੀਆਂ ਨਕਲਾਂ ਕਰਵਾ ਦਿੰਦੇ। ਕੁਛ ਦਲੇਰ ਅਹਿਲਮੰਦ ਦਸਤਾਵੇਜ਼ਾਂ 'ਚ ਸਹਿੰਦੀ ਤਬਦੀਲੀ ਕਰਨ ਦਾ ਜੋਖਮ ਵੀ ਉਠਾ ਲੈਂਦੇ। ਇਹ ਕੇਸ ਵੀ ਅਹਿਮ ਸੀ। ਅਹਿਲਮੰਦਾਂ ਦੀ ਮਿਹਰਬਾਨੀ ਸਦਕਾ ਹਰ ਕਾਗਜ਼ ਦੀ ਨਕਲ ਸਫਾਈ ਧਿਰ ਕੋਲ ਪੁੱਜ ਚੁੱਕੀ ਸੀ। ਅਗਾਂਹ ਹੋਣ ਵਾਲੀ ਕਾਰਵਾਈ ਦੀਆਂ ਨਕਲਾਂ ਵੀ ਪੁੱਜ ਸਕਦੀਆਂ ਸਨ। ਕਿਸੇ ਰੱਦੋ ਬਦਲ ਦੀ ਸੰਭਾਵਨਾ ਵੀ ਰੱਦ ਨਹੀਂ ਸੀ ਕੀਤੀ ਜਾ ਸਕਦੀ। ਮੁਸੀਬਤਾਂ ਦਾ ਪਹਾੜ ਜੱਜ 'ਤੇ ਵੀ ਟੁੱਟ ਸਕਦਾ ਸੀ। ਇਹ ਕੇਸ ਅਜਿਹੇ ਪੜਾਅ 'ਤੇ ਪੁੱਜ ਚੁੱਕਾ ਸੀ ਜਿੱਥੇ ਕਿਸੇ ਵੀ ਅਫਸਰ ਦੀ ਟੰਗ ਫਸ ਸਕਦੀ ਸੀ। ਨਾਥ ਸਾਹਿਬ ਨੇ ਮਿਸਲ ਤਲਬ ਕੀਤੀ, ਪੇਜ ਮਾਰਕਿੰਗ ਕਰਵਾਈ, ਹਰ ਪੰਨੇ 'ਤੇ ਛੋਟੇ ਦਸਤਖਤ ਕੀਤੇ। ਜਿੱਥੇ ਜਿੱਥੇ ਕਟਿੰਗ ਜਾਂ ਓਵਰ ਰਾਈਟਿੰਗ ਸੀ ਉੱਥੇ ਲਾਲ ਸਿਆਹੀ ਨਾਲ ਨਿਸ਼ਾਨ ਲਾਏ। ਮਿਸਲ ਨੂੰ ਇੱਕ ਮੋਟੇ ਲਿਫਾਫੇ 'ਚ ਪਾ ਕੇ ਲਿਫਾਫੇ ਨੂੰ ਸੀਲ ਕੀਤਾ। ਇਸ ਲਿਫਾਫੇ ਨੂੰ ਨਾਥ ਸਾਹਿਬ ਦੀ ਅਲਮਾਰੀ 'ਚ ਰੱਖਿਆ ਗਿਆ। ਮਿਸਲ ਤਾਰੀਖ ਵਾਲੇ ਦਿਨ ਹੀ ਬਾਹਰ ਨਿਕਲੇਗੀ। ਪੇਸ਼ੀ ਤੋਂ ਪਹਿਲਾਂ ਕਿਸੇ ਨੂੰ ਜ਼ਰੂਰਤ ਪਈ ਤਾਂ ਜੱਜ ਦੀ ਇਜਾਜ਼ਤ ਲਈ ਜਾਏਗੀ। ਤੀਜੇ ਪਾਸੇ ਬਚਨ ਸਿੰਘ ਨੇ ਸੁਰਿੰਦਰ ਕੁਮਾਰ ਦੀਆਂ ਵਾਗਾਂ ਕਸੀਆਂ। ਬਚਨ ਸਿੰਘ ਨੂੰ ਯਕੀਨ ਸੀ ਇਹ ਨਕਲਾਂ ਸੁਰਿੰਦਰ ਕੁਮਾਰ ਨੇ ਕਰਵਾ ਕੇ ਦਿੱਤੀਆਂ। ਇਹ ਉਹਦੀ ਪੁਰਾਣੀ ਆਦਤ ਸੀ। ਪਹਿਲਾਂ ਵੀ ਉਹਨੇ ਵਿਜੀਲੈਂਸ ਦੇ ਕੇਸ ਦੀਆਂ ਨਕਲਾਂ ਕਰਵਾ ਕੇ ਦੋਸ਼ੀਆਂ ਨੂੰ ਦੇ ਦਿੱਤੀਆਂ ਸੀ। ਪੜਤਾਲ ਹੋਣ 'ਤੇ ਕਸੂਰਵਾਰ ਪਾਇਆ ਗਿਆ ਸੀ। ਸਿੱਧੇ ਤੌਰ 'ਤੇ ਬਚਨ ਸਿੰਘ ਉਹਦਾ ਕੁਝ ਨਹੀਂ ਸੀ ਵਿਗਾੜ ਸਕਦਾ। ਭੱਜਾ ਭੱਜਾ ਉਹ ਸੰਗਰੂਰ ਗਿਆ ਸੀ। ਸਾਰੇ ਹਾਲਾਤ ਜ਼ਿਲ੍ਹਾ ਅਟਾਰਨੀ ਦੇ ਨੋਟਿਸ 'ਚ ਲਿਆਂਦੇ। ਜ਼ਿਲ੍ਹਾ ਅਟਾਰਨੀ ਨੇ ਉਹਨਾਂ ਨੂੰ ਜਿਹੜੀ ਵਾਧੂ ਕਚਹਿਰੀ ਦਿੱਤੀ ਸੀ ਉਹ ਵਾਪਸ ਲੈ ਲਈ। 4-5 ਹਜ਼ਾਰ ਰੁਪਏ ਮਹੀਨੇ ਦੇ ਨੁਕਸਾਨ ਦੀ ਸਜ਼ਾ ਲਾਤੀ। ਇਸ ਤਰ੍ਹਾਂ ਸੰਬੰਧਿਤ ਮੁਲਾਜ਼ਮਾਂ 'ਤੇ ਕਹਿ ਢਾ ਕੇ ਸੰਮਤੀ ਨੂੰ ਮਿਲਣ ਵਾਲੀ ਮਦਦ ਦੀ ਨਾਕਾਬੰਦੀ ਕੀਤੀ ਗਈ। ਉੱਧਰ ਸਫਾਈ ਧਿਰਾਂ ਦੇ ਵਕੀਲਾਂ 'ਤੇ ਸਖ਼ਤੀ ਸ਼ੁਰੂ ਹੋਈ। ਜਦੋਂ ਕੇਸ ਦੀ ਸੁਣਵਾਈ ਨੂੰ 1 ਮਹੀਨਾ ਅੱਗੇ ਪਾਇਆ ਗਿਆ ਸੀ ਤਾਂ ਸੈੱਲ ਦੇ ਵਕੀਲਾਂ ਦੀ ਜੱਜ ਨਾਲ ਝਪਟ ਹੋਈ ਸੀ। ਪੇਸ਼ੀ ਵਾਲੇ ਦਿਨ ਜੱਜ ਦੇ ਨੇ ਬਿਮਾਰ ਹੋਣ ਦਾ ਬਹਾਨਾ ਘੜਿਆ ਸੀ। ਘਰ ਬੈਠੇ ਹੀ ਰੀਡਰ ਨੂੰ ਹੁਕਮ ਭੇਜਿਆ ਸੀ ਕੇਸ ਅਗਲੇ ਮਹੀਨੇ ਦੀ 8 ਤਰੀਕ 'ਤੇ ਰੱਖ ਦੇਵੇ। ਅਗਲੇ ਦਿਨ ਗੁਰਮੀਤ ਨੇ ਇਸ ਹੁਕਮ ਵਿਰੁੱਧ ਉਜਰ ਕੀਤਾ। ਉਹ 1-2 ਦਿਨਾਂ ਦੀ ਪੇਸ਼ੀ ਚਾਹੁੰਦਾ ਸੀ। ਜਦੋਂ ਜੱਜ ਨੇ ਪੈਰਾਂ 'ਤੇ ਪਾਣੀ ਨਾ ਪੈਣ ਦਿੱਤਾ ਤਾਂ ਗੁਰਮੀਤ ਨੇ ਨਿਆਂ ਪਾਲਕਾਂ ਦੇ ਫਰਜ਼ਾਂ 'ਤੇ ਇੱਕ ਲੰਬਾ ਲੈਕਚਰ ਝਾੜਿਆ ਸੀ। ਨਾਲ ਹੀ ਰਾਤ ਕੋਠੀ 'ਚ ਘੜੀ ਗਈ ਸਾਜਿਸ਼ ਦਾ ਜ਼ਿਕਰ ਕੀਤਾ ਸੀ। ਇਸ ਨੁਕਤਾ 'ਚ ਇੰਨੀ 'ਤੇ ਜੱਜ ਖਿੱਚ ਗਿਆ। ਉਹਨੇ ਸਫਾਈ ਧਿਰ ਦੇ ਸਾਰੇ ਵਕੀਲਾਂ ਨੂੰ ਸਬਕ ਸਿਖਾਉਣ ਦਾ ਤਹੱਈਆ ਕਰ ਲਿਆ। ਆਪ ਤਾਂ ਜੋ ਵਿਗਾੜ ਸਕਿਆ ਵਿਗਾੜੇਗਾ ਹੀ। ਹੇਠਲੀਆਂ ਅਦਾਲਤਾਂ ਨੂੰ ਇਸ਼ਾਰਾ ਕਰਦਾ ਹੈ ਤਿੰਨਾਂ 'ਚੋਂ ਕਿਸੇ ਵਕੀਲ ਨੂੰ ਰਿਲੀਫ ਨਾ ਦਿੱਤਾ ਜਾਏ। ਉਹਨਾਂ ਨਾਲ ਬਦਸਲੂਕੀ ਕੀਤੀ ਜਾਏ। ਕੋਲ ਖੜ੍ਹੇ ਸਾਇਲ ਦੀ ਇਹ ਤਸੱਲੀ ਕਰਾਈ ਜਾਏ ਕਿ ਜੱਜ ਵਕੀਲ 'ਤੇ ਉਵੇਂ ਲੱਗਦਾ ਜਿਵੇਂ ਜ਼ਖਮ 'ਤੇ ਲੂਣ। ਜਦੋਂ ਸਾਇਲ ਦੇ ਮਨ 'ਚ ਅਜਿਹਾ ਸ਼ੱਕ ਬੈਠ ਜਾਏ ਤਾਂ ਵਕੀਲ ਬਦਲਣ ਨੂੰ ਮਿੰਟ ਲਾਉਂਦਾ। ਇਹਨਾਂ ਵਕੀਲਾਂ ਦੀ ਹਰ ਮੁਲਜ਼ਮ ਨੂੰ ਸਜ਼ਾ ਕਰੋ। ਵੱਧੋ ਵੱਧ ਪੁਲਿਸ ਰਿਮਾਂਡ ਦਿਓ। ਕਿਸੇ ਦੀ ਜ਼ਮਾਨਤ ਨਾ ਲਓ। ਉਹਨਾਂ ਨੂੰ ਸਬਕ ਸਿਖਾਉਂਦਿਆਂ ਕਿਸੇ ਨਾਲ ਹੋਰ ਜ਼ਿਆਦਤੀ ਹੋ ਜਾਏ ਪਰਵਾਹ ਨਾ ਕਰੋ। ਪਿਆਰੇ ਲਾਲ ਮਲੰਗ ਵਕੀਲ ਸੀ। ਨਾ ਸੌਣ ਸੁੱਕੇ, ਨਾ ਹੜ੍ਹ ਹਰੇ, ਨਾ ਕੋਈ ਕੇਸ, ਨਾ ਉਲਟ ਹੋਣ ਦਾ ਡਰ।
ਗੁਰਮੀਤ ਵੀ ਨਵਾਂ ਨਵਾਂ ਆਇਆ ਸੀ। ਜਿਹੜੇ ਦੋ ਚਾਰ ਕੇਸ ਉਸ ਕੋਲ ਸੀ ਉਹਨਾਂ ਦਾ ਪਤਾ ਨਹੀਂ ਕਦੋਂ ਫੈਸਲਾ ਹੋਣਾ ਸੀ। ਵੈਸੇ ਵੀ ਉਹਦੇ ਸਾਇਲਾਂ 'ਚ ਹੋਰ ਵਕੀਲ ਕਰਨ ਦੀ ਪਰੋਖੋਂ ਨਹੀਂ ਸੀ। ਮੋਹਨ ਜੀ ਸਭ ਤੋਂ ਵੱਧ ਪ੍ਰਭਾਵਿਤ ਸੀ। ਉਹਦਾ ਧੜਾ ਧੜਨ ਨੁਕਸਾਨ ਹੋ ਰਿਹਾ ਸੀ, ਉਹ ਘਬਰਾਇਆ ਹੋਇਆ ਸੀ। ਵਕੀਲਾਂ ਦਾ ਇੱਕ ਧੜਾ ਉਹਦੇ ਖਿਲਾਫ਼ ਪ੍ਰਚਾਰ ਕਰਨ 'ਚ ਰੁੱਝਿਆ ਸੀ। ਉਹਦੇ ਹਰ ਸਾਇਲ ਨੂੰ ਬੁਲਾ ਕੇ ਸਮਝਾਇਆ ਜਾ ਰਿਹਾ ਸੀ, ਜੱਜ ਮੋਹਨ ਜੀ ਦੇ ਖਿਲਾਫ਼ ਹੈ, ਬੱਚੂ ਹਰ ਹਾਲਤ 'ਚ ਸਜ਼ਾ ਹੋਏਗੀ। ਕੁਛ ਡਰੂ ਸਾਇਲ ਖਿਸਕ ਗਏ, ਬਹੁਤੇ ਖਿਸਕਣ ਵਾਲੇ ਸਨ। ਉਹ ਮੰਗ ਕਰ ਰਿਹਾ ਸੀ ਸੰਮਤੀ ਕੁਝ ਕਰੇ। ਸੰਮਤੀ ਨੇ ਕੁਝ ਨਾ ਕੀਤਾ ਤਾਂ ਦਿਨਾਂ 'ਚ ਹੀ ਬੇਰੁਜ਼ਗਾਰ ਹੋ ਜਾਏਗਾ। ਵਿਆਹ ਪਿੱਛੋਂ ਲੋਈ ਕਿਸ ਕੰਮ ਆਏਗੀ? ਸੰਮਤੀ ਦੇ ਵਰਕਰਾਂ ਦੀ ਵੀ ਇਹੋ ਮੰਗ ਸੀ, ਉਹਨਾਂ 'ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਸੀ। ਸੰਮਤੀ ਦੇ ਵਰਕਰਾਂ ਦਾ ਪੁਰਾਣਾ ਰਿਕਾਰਡ ਕੱਢ ਲਿਆ ਗਿਆ। ਥਾਣੇ ਵਾਲਿਆਂ ਨੇ ਅਜਿਹੇ ਕੇਸਾਂ ਦੀ ਲਿਸਟ ਤਿਆਰ ਕਰ ਲਈ ਜਿਨ੍ਹਾਂ 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਪੁਲਿਸ ਦੀਆਂ ਅੱਖਾਂ 'ਚ ਰਜਿੰਦਰ ਸਭ ਤੋਂ ਵੱਧ ਰੜਕਦਾ ਸੀ। ਉਹਨੂੰ 5 ਸਾਲ ਪਹਿਲਾਂ ਇੱਕ ਹੋਏ ਕਤਲ ਕੇਸ 'ਚ ਫੜੇ ਜਾਣ ਦੀ ਯੋਜਨਾ ਬਣਾਈ ਗਈ। ਇਸ ਕੇਸ 'ਚ ਇੱਕ ਮੁਰਗੀਖਾਨੇ ਦੇ ਮਾਲਕ ਦਾ ਕਤਲ ਹੋਇਆ ਸੀ। ਵੈਸੇ ਕਾਰਾ ਦਹਿਸ਼ਤਗਰਦਾਂ ਦਾ ਸੀ, ਪਰ ਉਹ ਪੁਲਿਸ ਦੇ ਹੱਥ ਨਹੀਂ ਸੀ ਆਏ। ਥਾਣੇ ਦਾ ਜ਼ੋਰ ਤਫਤੀਸ਼ ਪਿਆ। ਇਹ ਸਭ ਤੋਂ ਵੱਧ ਪੁਰਾਣਾ ਕੇਸ ਸੀ। ਹਰ ਮੀਟਿੰਗ 'ਚ ਅਫਸਰ ਝਾੜਾ ਪਾਉਂਦੇ ਸੀ, ਦੋਸ਼ੀ ਗ੍ਰਿਫਤਾਰ ਕਰੋ, ਅਸਲ ਨਹੀਂ ਲੱਭ ਰਹੇ ਤਾਂ ਕਿਸੇ ਹੋਰ 'ਤੇ ਫਿੱਟ ਕਰੋ। ਪਿਛਲੀ ਮੀਟਿੰਗ 'ਚ ਸਾਹਿਬ ਨੇ ਤਾੜਨਾ ਕੀਤੀ ਸੀ, ਜੇ ਇਸ ਮਹੀਨੇ ਵੀ ਚਲਾਨ ਪੇਸ਼ ਨਾ ਕੀਤਾ ਗਿਆ ਤਾਂ ਸਖ਼ਤ ਕਾਰਵਾਈ ਹੋਏਗੀ। ਇੱਕੋ ਤੀਰ ਨਾਲ ਦੋ ਨਿਸ਼ਾਨੇ ਫੁੰਡਣ ਦਾ ਪੁਲਿਸ ਲਈ ਇਹ ਵਧੀਆ ਮੌਕਾ ਸੀ। ਉਸ ਕੇਸ ਨੂੰ ਸੁਰਜੀਤ ਕੀਤਾ ਗਿਆ। ਇੱਕ ਅਜਿਹੇ ਗਵਾਹ ਦਾ ਬਿਆਨ ਲਿਖਿਆ ਗਿਆ ਜਿਹੜਾ ਸੰਮਤੀ ਦੀ ਪਹੁੰਚ ਤੋਂ ਬਾਹਰ ਸੀ। ਉਹ 2 ਮਹੀਨੇ ਪਹਿਲਾਂ ਹੀ ਮਰ ਚੁੱਕਾ ਸੀ। ਉਹ ਟੈਕਸੀ ਚਲਾਉਂਦਾ ਹੁੰਦਾ ਸੀ। ਕਤਲ ਤੋਂ ਇੱਕ ਦਿਨ ਪਹਿਲਾਂ ਰਜਿੰਦਰ ਮੇਹਰਦੀਨ ਦੀ ਟੈਕਸੀ 'ਚ ਪੋਲਟਰੀ ਫਾਰਮ 'ਤੇ ਗਿਆ ਸੀ। ਅੰਡਿਆਂ ਦੇ ਭਾਅ 'ਤੇ ਦੋਹਾਂ 'ਚ ਤਕਰਾਰ ਹੋਇਆ ਸੀ। ਰਜਿੰਦਰ ਨੇ ਉਹਦੇ ਸਾਹਮਣੇ ਮਾਲਕ ਨੂੰ ਸਬਕ ਸਿਖਾਉਣ ਦੀ ਧਮਕੀ ਦਿੱਤੀ ਸੀ। 10 ਕੁ ਦਿਨਾਂ ਪਿੱਛੋਂ ਰਜਿੰਦਰ ਉਹਨੂੰ ਫੇਰ ਮਿਲਿਆ। ਰਜਿੰਦਰ ਨਸ਼ੇ 'ਚ ਧੁੱਤ ਸੀ। ਉਹਨੇ ਮੇਹਰਦੀਨ ਨੂੰ ਦੱਸਿਆ ਸੀ ਕਿ ਉਸ ਨਾਲ ਬਦਸਲੂਕੀ ਕਰਨ ਵਾਲੇ ਲਾਲੇ ਦਾ ਉਹਨੇ ਫਾਹਾ ਵੱਢ ਸੁੱਟਿਆ। ਗਵਾਹ ਰਜਿੰਦਰ ਤੋਂ ਡਰਦਾ 5 ਸਾਲ ਚੁੱਪ ਰਿਹਾ। ਮਰਨ ਲੱਗਿਆ ਉਹ ਮਨ 'ਤੇ ਬੋਝ ਨਹੀਂ ਸੀ ਰੱਖਣਾ ਚਾਹੁੰਦਾ। ਆਖਰੀ ਸਾਹ ਲੈਣ ਤੋਂ ਪਹਿਲਾਂ ਉਹਨੇ ਪੁਲਿਸ ਨੂੰ ਬੁਲਾ ਕੇ ਆਪਣਾ ਬਿਆਨ ਦਰਜ ਕਰਵਾਇਆ ਅਤੇ ਸਦਾ ਦੀ ਨੀਂਦ ਸੌਂ ਗਿਆ। ਰਜਿੰਦਰ ਨੂੰ ਗ੍ਰਿਫਤਾਰ ਕਰਨ ਲਈ ਹਾਲੇ ਇੰਨੀ ਗਵਾਹੀ ਹੀ ਕਾਫੀ ਸੀ। ਸ਼ਾਮੂ ਲਈ ਚੋਰੀ ਦਾ ਕੇਸ ਤਿਆਰ ਕੀਤਾ ਗਿਆ। ਕਰੀਬ 1 ਸਾਲ ਪਹਿਲਾਂ ਕਾਲਜ ਦੀ ਪ੍ਰਯੋਗਸ਼ਾਲਾ 'ਚੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਹੋਇਆ ਸੀ। ਇਸ ਸੰਬੰਧ 'ਚ ਪੁਲਿਸ ਕੋਲ ਕੇਸ ਦਰਜ ਸੀ। ਉਂਝ ਸਭ ਨੂੰ ਪਤਾ ਸੀ ਇਹ ਪਰਚਾ ਇੱਕ ਰਸਮੀ ਕਾਰਵਾਈ ਸੀ। ਆਈ ਗ੍ਰਾਂਟ ਦੀ ਸਾਰੀ ਰਕਮ ਪ੍ਰਿੰਸੀਪਲ ਛੱਕ ਗਿਆ ਸੀ। ਸਮਾਨ ਕਾਗਜ਼ੀ ਪੱਤਰੀ ਹੀ ਆਇਆ ਸੀ। ਪਰਚੇ ਨਾਲ ਜਾਲੀ ਰਸੀਦ, ਜਾਲੀ ਖਰੀਦ ਕੱਜੀ ਜਾਣੀ ਸੀ। ਨਾਲੇ ਬੀਮਾ ਕੰਪਨੀ ਤੋਂ ਮੁਆਵਜ਼ਾ ਮਿਲ ਜਾਣਾ ਸੀ। ਮਿਲੇ ਮੁਆਵਜ਼ੇ ਦਾ ਸਮਾਨ ਖਰੀਦ ਲਿਆ ਜਾਣਾ ਸੀ। ਸਮਾਨ ਵੀ ਪੂਰਾ ਅਤੇ ਜੇਬਾਂ ਵੀ ਗਰਮ। ਇਸ ਸਾਜਿਸ਼ ਵਿੱਚ ਪੁਲਿਸ ਦੀ ਮਿਲੀ ਭੁਗਤ ਸੀ, ਇਸ ਲਈ ਪਰਚਾ ਦਰਜ ਹੁੰਦੇ ਹੀ ਤਫਤੀਸ਼ ਠੱਪ ਹੋ ਗਈ ਸੀ। ਹੁਣ ਇਸ ਕੇਸ 'ਚ ਵੀ ਕਾਰਵਾਈ ਪੈ ਜਾਣੀ ਸੀ। ਪ੍ਰਿੰਸੀਪਲ ਕੋਲੋਂ 500-400 ਦਾ ਸਮਾਨ ਮੰਗਵਾ ਕੇ ਥਾਣੇ ਰੱਖ ਲਿਆ ਗਿਆ ਸੀ। ਉਹ ਸਮਾਨ ਸ਼ਾਮੂ ਕੋਲੋਂ ਬਰਾਮਦ ਹੋਇਆ ਦਿਖਾ ਕੇ ਸਾਰੇ ਮਸਲੇ ਹੱਲ ਹੋ ਜਾਣੇ ਸੀ। ਬਾਬੇ ਨੂੰ ਫੜਨ ਲਈ ਪਹਿਲਾਂ ਵਾਲਾ ਕੇਸ ਹੀ ਕਾਫੀ ਸੀ। 2 ਗਵਾਹ ਖੜ੍ਹੇ ਕੀਤੇ ਗਏ, ਉਹਨਾਂ ਦੇ 4-4 ਡਾਂਗਾਂ ਲਾਈਆਂ ਗਈਆਂ, ਫਿਰ ਡਾਕਟਰੀ ਕਰਾਈ ਗਈ, ਗਵਾਹਾਂ ਵੱਲੋਂ ਰਿਪੋਰਟ ਦਰਜ ਹੋਈ। ਉਹ ਬਾਬੇ ਦੇ ਖਿਲਾਫ਼ ਦਰਜ ਹੋਏ ਕੇਸ ਦੇ ਗਵਾਹ ਸਨ। ਰਾਤ ਬਾਬਾ ਕੁਝ ਸਮਰਥਕਾਂ ਨੂੰ ਲੈ ਕੇ ਉਹਨਾਂ ਦੇ ਘਰ ਆਇਆ ਸੀ। ਉਹਨਾਂ ਨੂੰ ਧਮਕੀ ਦਿੱਤੀ ਸੀ ਜੇ ਬਾਬੇ ਖਿਲਾਫ਼ ਗਵਾਹੀ ਦਿੱਤੀ ਤਾਂ ਟਿਕਾਣੇ ਲਾ ਦਿੱਤਾ ਜਾਏਗਾ। ਉਹਨਾਂ ਨੂੰ ਬਾਬੇ ਤੋਂ ਖਤਰਾ ਸੀ। ਇਸ ਰਿਪੋਰਟ ਦੇ ਆਧਾਰ 'ਤੇ ਬਾਬੇ ਦੀ ਜ਼ਮਾਨਤ ਰੱਦ ਕਰਵਾਈ ਜਾ ਸਕਦੀ ਸੀ। ਸਮਰਥਕਾਂ ਵਿੱਚ ਕਿਸੇ ਵੀ ਕਾਰਕੁਨ ਨੂੰ ਲੋੜ ਅਨੁਸਾਰ ਫੜਿਆ ਜਾ ਸਕਦਾ ਜਾ ਸਕੇ, ਇਸ ਲਈ ਮਿਸਲ ਦਾ ਮੂੰਹ ਖੁੱਲ੍ਹਾ ਰੱਖਿਆ ਗਿਆ ਸੀ। ਗੁਰਮੀਤ ਨੂੰ ਵੀ ਹੇਰਾਫੇਰੀ ਅਤੇ ਕਰਪਸ਼ਨ ਦੇ ਕੇਸ 'ਚ ਉਲਝਾਉਣ ਦੀ ਯੋਜਨਾ ਸੀ। ਜਦੋਂ ਸਰਕਾਰੀ ਵਕੀਲ ਸੀ ਤਾਂ ਉਹਨੇ 26 ਦੇ ਇੱਕ ਦੋਸ਼ੀ ਤੋਂ 5,000 ਰੁਪਇਆ ਲਿਆ ਸੀ ਉਹਨੂੰ ਬਰੀ ਕਰਾਉਣ ਦਾ। ਬਿਨਾਂ ਉਹਦਾ ਕੰਮ ਕਰਾਇਆ ਗੁਰਮੀਤ ਨੌਕਰੀ ਛੱਡ ਗਿਆ। ਗੁਰਮੀਤ ਉਹਨੂੰ ਪੈਸੇ ਵਾਪਸ ਨਹੀਂ ਸੀ ਕਰ ਰਿਹਾ। ਕਾਰਵਾਈ ਕੀਤੀ ਜਾਏ ਇਸ ਤਰ੍ਹਾਂ ਦੀ ਇੱਕ ਦਰਖਾਸਤ ਪੁਲਿਸ ਨੇ ਕਿਸੇ ਕੋਲੋਂ ਲਈ ਸੀ। ਬਾਕੀ ਸਮਰਥਕਾਂ ਲਈ ਇੱਕ ਚਗਲ ਔਰਤ ਨੂੰ ਥਾਣੇ ਬਿਠਾਇਆ ਗਿਆ। ਲੋੜ ਪੈਣ 'ਤੇ ਪੁਲਿਸ ਵਾਲੇ ਪਹਿਲਾਂ ਉਸ ਨਾਲ ਜਬਰ ਜਨਾਹ ਕਰਨਗੇ, ਫਿਰ ਇਸ ਦੋਸ਼ ਹੇਠ ਸੰਮਤੀ ਵਾਲਿਆਂ ਖਿਲਾਫ਼ ਪਰਚਾ ਦਰਜ ਕਰਨਗੇ। ਇਸ ਕੇਸ ਦਾ ਪੁਲਿਸ ਨੂੰ ਦੂਰਾ ਫਾਇਦਾ ਹੋਏਗਾ। ਉਹ ਦੋਸ਼ੀਆਂ ਨੂੰ ਗ੍ਰਿਫਤਾਰ ਤਾਂ ਕਰਨਗੇ, ਨਾਲੇ ਮੂੰਹ ਕਾਲਾ ਕਰਕੇ ਜਲੂਸ ਵੀ ਕੱਢਣਗੇ, ਲੋਕਾਂ 'ਚ ਉਹਨਾਂ ਦੀਆਂ ਕਾਲੀਆਂ ਕਰਤੂਤਾਂ ਦਾ ਭਾਂਡਾ ਭੰਨਣਗੇ। ਪੁਲਿਸ ਵੱਲੋਂ ਸਾਰੀ ਲਿਖਾ ਪੜ੍ਹੀ ਮੁਕੰਮਲ ਸੀ। ਉੱਪਰੋਂ ਇਸ਼ਾਰਾ ਮਿਲਦਿਆਂ ਹੀ ਉਹ ਧੂੰਆਂਧਾਰ ਗ੍ਰਿਫਤਾਰੀਆਂ ਕਰ ਸਕਦੀ ਸੀ। ਸੰਮਤੀ ਦੇ ਕਾਰਕੁਨਾਂ ਦੇ ਨਾਲ ਨਾਲ ਗਵਾਹਾਂ ਅਤੇ ਉਹਨਾਂ ਨੂੰ ਪਨਾਹ ਦੇਣ ਵਾਲੇ ਹਮਦਰਦਾਂ ਵਿੱਚ ਵੀ ਸਹਿਮ ਫੈਲ ਰਿਹਾ ਸੀ। ਪੁਲਿਸ ਦੇ ਸੂਹੇ ਉਹਨਾਂ ਨੂੰ ਕੁੱਤਿਆਂ ਵਾਂਗ ਸੁੰਘਦੇ ਫਿਰਦੇ ਸਨ। ਕਿਸੇ ਵੀ ਸਮੇਂ ਕਿਤੇ ਵੀ ਛਾਪਾ ਪੈ ਸਕਦਾ ਸੀ। ਸੰਮਤੀ ਨੂੰ ਗਵਾਹਾਂ ਅਤੇ ਹਮਦਰਦਾਂ ਬਾਰੇ ਵਧੇਰੇ ਚਿੰਤਾ ਸੀ। ਅਗਲੀ ਪੇਸ਼ੀ 'ਚ ਮਹੀਨਾ ਪਿਆ ਸੀ। ਇਹ ਵੀ ਕੋਈ ਗਰੰਟੀ ਨਹੀਂ ਸੀ ਕਿ ਅਗਲੀ ਪੇਸ਼ੀ ਗਵਾਹ ਭੁਗਤ ਹੀ ਜਾਣ।
ਜਿਸ ਹਿਸਾਬ ਨਾਲ ਸਰਕਾਰੀ ਮਸ਼ੀਨਰੀ 'ਚ ਤਾਲਮੇਲ ਬੈਠਿਆ ਹੋਇਆ ਸੀ ਉਸ ਹਿਸਾਬ ਦਾ ਉਹਨਾਂ ਚਿਰ ਤੱਕ ਪੇਸ਼ੀਆਂ ਮਿਲਦੀਆਂ ਰਹਿਣੀਆਂ ਸਨ ਜਿੰਨਾ ਚਿਰ ਤੱਕ ਪੁਲਿਸ ਨੂੰ ਯਕੀਨ ਨਹੀਂ ਹੋ ਜਾਂਦਾ ਕਿ ਸਾਰੇ ਗਵਾਹ ਉਹਦੇ ਹੱਕ 'ਚ ਭੁਗਤਣਗੇ। ਬਹੁਤੇ ਗਵਾਹ ਸਧਾਰਨ ਪਰਿਵਾਰਾਂ ਨਾਲ ਸੰਬੰਧ ਰੱਖਦੇ ਸੀ, ਆਥਣ ਉੱਗਣ ਕਮਾ ਕੇ ਖਾਣ ਵਾਲੇ ਕਬੀਲਦਾਰ। ਮਹੀਨਿਆਂ ਬੱਧੀ ਨਾ ਉਹਨਾਂ ਨੂੰ ਘਰੋਂ ਅਲੱਗ ਰੱਖਿਆ ਜਾ ਸਕਦਾ ਸੀ ਨਾ ਕੰਮੋਂ ਕਾਰੋਂ। ਕਿਸੇ ਦੀ ਨੌਕਰੀ ਛੁੱਟ ਜਾਣੀ ਸੀ, ਕਿਸੇ ਦਾ ਕਾਰੋਬਾਰ ਠੱਪ ਹੋ ਜਾਣਾ ਸੀ, ਕਿਸੇ ਦੀ ਫਸਲ ਉੱਜੜ ਜਾਣੀ ਸੀ। ਗਵਾਹਾਂ ਨੂੰ ਘਰ ਵੀ ਨਹੀਂ ਸੀ ਭੇਜਿਆ ਜਾ ਸਕਦਾ, ਘਰ ਵੜਦਿਆਂ ਪੁਲਿਸ ਨੇ ਉਹਨਾਂ ਨੂੰ ਚੁੱਕ ਕੇ ਲੈ ਜਾਣਾ ਸੀ। ਲੀਗਲ ਸੈੱਲ ਕੋਲ ਗਵਾਹਾਂ ਨੂੰ ਕਾਨੂੰਨੀ ਰਾਹਤ ਦਿਵਾਉਣ ਦਾ ਕੋਈ ਹੀਲਾ ਨਹੀਂ ਸੀ। ਅਜਿਹੀ ਸਥਿਤੀ 'ਚ ਗਵਾਹਾਂ ਦੀ ਰੱਖਿਆ ਲਈ ਕੋਈ ਕਾਨੂੰਨ ਨਹੀਂ ਬਣਿਆ। ਜੀਵਨ ਆੜ੍ਹਤੀਆ ਜ਼ਰੂਰ ਗਵਾਹਾਂ ਨੂੰ ਗੁਪਤਵਾਸ ਵਿੱਚ ਹੀ ਰੱਖਣਾ ਚਾਹੁੰਦਾ ਸੀ, ਉਹਨਾਂ ਦੇ ਪਰਿਵਾਰਾਂ ਦਾ ਖਰਚ ਝੱਲਣ ਲਈ ਤਿਆਰ ਸੀ। ਪਰ ਸੰਮਤੀ ਕਿਸੇ ਵੀ ਅਜਿਹੇ ਗਵਾਹ ਨੂੰ ਪੁਲਿਸ ਦੇ ਹਵਾਲੇ ਨਹੀਂ ਸੀ ਕਰ ਸਕਦੀ ਜਿਹਨੇ ਸੰਮਤੀ ਦਾ ਸਾਥ ਦਿੱਤਾ ਸੀ। ਸਵਾਲ ਸਿਧਾਂਤ ਦਾ ਸੀ, ਗਵਾਹੀ ਦੇ ਅਹਿਮ ਹੋਣ ਜਾਂ ਨਾ ਹੋਣ ਦਾ ਨਹੀਂ ਸੀ। ਅੱਗੋਂ ਤੋਂ ਕੀ ਰੁੱਖ ਅਪਣਾਇਆ ਜਾਏ ਇਹ ਵਿਚਾਰਨ ਲਈ ਸੰਮਤੀ ਦੀ ਗੁਪਤ ਮੀਟਿੰਗ ਰੱਖੀ ਗਈ। ਬਹੁਤੇ ਕਾਰਕੁਨਾਂ ਦਾ ਵਿਚਾਰ ਬਚਾਅ ਦੀ ਨੀਤੀ ਨਾਲੋਂ ਹਮਲੇ ਦੀ ਨੀਤੀ ਅਪਣਾਈ ਜਾਣ ਦਾ ਸੀ। ਬਚਾਅ ਇੱਟ ਦਾ ਜਵਾਬ ਪੱਥਰ ਨਾਲ ਦੇ ਕੇ ਹੀ ਹੋ ਸਕਦਾ ਸੀ। ਬਾਬਾ ਜੀ ਦਾ ਵਿਚਾਰ ਸੀ ਲੋਕਾਂ ਨੂੰ ਇਨਸਾਫ਼ ਦਿਵਾਉਣ ਵਾਲੀਆਂ ਤਿੰਨੋਂ ਏਜੰਸੀਆਂ ਪੁਲਿਸ, ਪ੍ਰੋਸੀਕਿਊਸ਼ਨ ਅਤੇ ਨਿਆਂਪਾਲਿਕਾ ਆਪਣਾ ਫਰਜ਼ ਭੁਲਾਈ ਬੈਠੀਆਂ। ਤਿੰਨਾਂ ਸਾਹਮਣੇ ਇੱਕੋ ਉਦੇਸ਼ ਹੈ, ਮੌਕੇ ਦੀ ਸਰਕਾਰ ਨੂੰ ਖੁਸ਼ ਕਰਨਾ ਅਤੇ ਵੱਧ ਤੋਂ ਵੱਧ ਪੈਸੇ ਬਟੋਰਨਾ। ਕਾਮਯਾਬੀ ਹਾਸਲ ਕਰਨ ਲਈ ਸੰਮਤੀ ਨੇ ਤਿੰਨਾਂ ਧਿਰਾਂ ਖਿਲਾਫ਼ ਜਹਾਦ ਛੇੜਨਾ ਸੀ। ਜੱਜ ਅਤੇ ਸਰਕਾਰੀ ਵਕੀਲ ਸ਼ਰੇਆਮ ਰਿਸ਼ਵਤ ਲੈਂਦੇ ਸੀ, ਇਹਨਾਂ ਨੂੰ ਕਰਪਸ਼ਨ ਦੇ ਕੇਸਾਂ 'ਚ ਉਲਝਾਇਆ ਜਾਏ। ਨਾਥ ਸਾਹਿਬ ਦੀ ਪੜਤਾਲ ਕਰਾਉਣ ਦੀ ਜ਼ਿੰਮੇਵਾਰੀ ਗੁਰਮੀਤ ਨੇ ਆਪਣੇ ਜ਼ਿੰਮੇ ਲਈ, ਉਹਨੂੰ ਨਾਥ ਬਾਰੇ ਕਾਫ਼ੀ ਕੁਝ ਪਤਾ ਸੀ। ਨਾਥ ਜਲੰਧਰ ਦਾ ਰਹਿਣ ਵਾਲਾ ਸੀ, ਉਹਦਾ ਬਾਪ ਇੱਕ ਪ੍ਰਾਇਮਰੀ ਸਕੂਲ ਮਾਸਟਰ ਸੀ। ਸਾਰੀ ਉਮਰ ਮਾਸਟਰ ਨੂੰ ਮਕਾਨ ਨਹੀਂ ਸੀ ਜੁੜਿਆ, ਕੁੜੀਆਂ ਦੇ ਵਿਆਹ ਉਹਨੇ ਕਰਜ਼ਾ ਚੁੱਕ ਕੇ ਕੀਤੇ ਸੀ। ਨਾਥ ਪੜ੍ਹਾਈ 'ਚ ਹੁਸ਼ਿਆਰ ਸੀ, 10ਵੀਂ ਪਾਸ ਕਰਦਿਆਂ ਨਗਰ ਪਾਲਿਕਾ 'ਚ ਮੁਹਰਰ ਲੱਗ ਗਿਆ। ਰਾਤ ਦੀ ਡਿਊਟੀ ਸਮੇਂ ਪੜ੍ਹਦਾ ਰਹਿੰਦਾ, ਪਹਿਲਾਂ BA ਕੀਤੀ, ਫਿਰ ਲਾਅ, ਆਖਿਰ ਜੱਜ ਬਣ ਗਿਆ। ਜੱਜ ਬਣਦਿਆਂ ਗੋਬਿੰਦਗੜ੍ਹ ਦੇ ਸਨਅਤਕਾਰਾਂ ਨੇ ਨਾਥ ਸਾਹਿਬ ਨੂੰ ਖਰੀਦ ਲਿਆ, 5 ਲੱਖ ਨਗਦ, ਕਾਰ ਅਤੇ ਕੁੜੀ ਦੇ ਕੇ। ਆਲੀਸ਼ਾਨ ਕੋਠੀਆਂ 'ਚ ਆਈ ਸੁਨੀਤਾ ਨੂੰ ਨਾਥ ਸਾਹਿਬ ਦੇ ਘਰੋਂ ਬੂ ਆਉਣ ਲੱਗੀ। ਬਿਨਾਂ ਫਲੱਸ਼ ਵਾਲੀਆਂ ਟੱਟੀਆਂ ਕਾਰਨ ਉਹਨੂੰ ਕਬਜ਼ ਰਹਿਣ ਲੱਗੇ। ਨਾਥ ਦਾ ਸਟੈਂਡਰਡ ਉੱਚਾ ਚੁੱਕਣ ਲਈ ਪਹਿਲਾਂ ਪਹਿਲ ਸਹੁਰਿਆਂ ਨੇ ਮਦਦ ਕੀਤੀ, ਕਦੇ ਮਿਲਣ ਆਏ ਕੂਲਰ ਲਗਵਾ ਗਏ, ਕਦੇ ਗਲੀਚਾ ਵਿੱਚੋਂ ਆ ਗਏ। ਫਿਰ ਕਰੋੜਪਤੀ ਸਾਲਿਆਂ ਸਾਧੂਆਂ ਨੂੰ ਦੇਖ ਦੇਖ ਨਾਥ ਸਾਹਿਬ ਨੂੰ ਰਹਿਣ ਸਹਿਣ ਦਾ ਸਲੀਕਾ ਆ ਗਿਆ। ਪੈਸਾ ਬਣਾਉਣ ਦਾ ਸਲੀਕਾ ਵੀ ਰਿਸ਼ਤੇਦਾਰਾਂ ਨੇ ਸਿਖਾ ਦਿੱਤਾ। ਹੁਣ ਉਹ ਵੀ ਲੱਖਾਂ ਦੀ ਜਾਇਦਾਦ ਦਾ ਮਾਲਕ ਸੀ। ਫਾਰਮ ਬਣਾ ਲਏ, ਕਾਰਖਾਨਿਆਂ 'ਚ ਹਿੱਸੇ ਪਾ ਲਏ, ਪਲਾਟ ਖਰੀਦ ਲਏ, ਕੋਠੀਆਂ ਉਸਾਰ ਲਈਆਂ। ਸਾਲੇ ਸਾਲੀਆਂ ਦੀਆਂ ਵਿਆਹ ਸ਼ਾਦੀਆਂ 'ਤੇ ਜਾਂਦਿਆਂ ਹੁਣ ਉਹਨੂੰ ਸ਼ਰਮ ਦੇ ਮਾਰੇ ਮੂੰਹ ਨਹੀਂ ਲਟਕਾਉਣਾ ਪੈਂਦਾ, ਉਹ ਵੀ ਰਿਸ਼ਤੇਦਾਰਾਂ ਦੇ ਬਰਾਬਰ ਢੁੱਕਦਾ ਸੀ। ਨਾਥ ਨੂੰ ਹੱਥ ਪਾਉਣਾ ਖਾਲਾ ਜੀ ਦਾ ਵਾੜਾ ਨਹੀਂ ਸੀ। ਉਹਦੀ ਬਹੁਤੀ ਜਾਇਦਾਦ ਕੁੱਤਿਆਂ ਬਿੱਲਿਆਂ ਦੇ ਨਾਂ ਸੀ। ਜਿਹੜੀ ਉਹਦੇ ਆਪਣੇ ਨਾਂ ਸੀ, ਉਹਦਾ ਉਸ ਕੋਲ ਪੂਰਾ ਹਿਸਾਬ ਕਿਤਾਬ ਸੀ। ਕਦੇ ਸਹੁਰਿਆਂ ਵੱਲੋਂ ਪਤਨੀ ਨੂੰ ਗਿਫਟ ਆ ਜਾਂਦਾ, ਕਦੇ ਕਿਸੇ ਫਰਮ ਵਿੱਚੋਂ ਲਾਭ। ਯੋਜਨਾ ਤਾਂ ਇਹ ਸੀ ਕਿ ਉਹਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਾਇਆ ਜਾਵੇ, ਪਰ ਇਹ ਵੀ ਅਸੰਭਵ ਸੀ। ਉਹ ਆਪਣੇ ਹੱਥੀਂ ਪੈਸੇ ਫੜਦਾ ਹੀ ਨਹੀਂ। ਇਸ ਕੰਮ ਲਈ ਉਹਨੇ ਖਾਸ ਬੰਦੇ ਰੱਖੇ ਹੋਏ ਸੀ, ਸ਼ਹਿਰ ਦੇ ਸੇਠ, ਪਿੰਡ ਦੇ ਸਰਦਾਰ ਜਾਂ ਫਿਰ ਭੰਡਾਰੀ ਵਰਗੇ ਰਈਸ ਵਕੀਲ। ਉਹ ਕਦੋਂ ਫੀਸ ਦੀ ਗੱਲ ਕਰਦੇ ਸੀ, ਕਦੋਂ ਨੋਟ ਫੜਦੇ, ਕਦੋਂ ਜੱਜ ਕੋਲ ਪਹੁੰਚਾਉਂਦੇ, ਕੋਈ ਪਤਾ ਨਹੀਂ ਲੱਗਦਾ ਸੀ। ਨੋਟ ਇਸ ਤਰ੍ਹਾਂ ਪਹੁੰਚਾਏ ਜਾਂਦੇ ਹਨ ਜਾਂ ਬਦਲੀ ਕਰਕੇ, ਜਾਂ ਇਹ ਵੀ ਪਤਾ ਨਹੀਂ ਲੱਗਦਾ, ਜਾਂਦੇ ਵੀ ਹਨ ਜਾਂ ਖਾਤਿਆਂ 'ਚ ਜਮ੍ਹਾਂ ਹੋ ਜਾਂਦੇ ਹਨ, ਇਸ ਬਾਰੇ ਵੀ ਉਗ ਸੁਗ ਨਹੀਂ ਮਿਲਦੀ। ਰੰਗੇ ਹੱਥੀਂ ਫੜਾਉਣਾ ਹੈ ਤਾਂ ਬੱਚਨ ਸਿੰਘ ਨੂੰ ਫੜਾਇਆ ਜਾਏ, ਉਹਦਾ ਕੰਮ ਖੁੱਲ੍ਹਾ ਹੈ। ਕੰਟੀਨ ਵਾਲੇ ਰਾਹੀਂ, ਨਾਇਬ ਕੋਰਟ, ਮੁਨਸ਼ੀ ਜਾਂ ਵਕੀਲ ਰਾਹੀਂ, ਜਿਸ ਮਰਜ਼ੀ ਰਾਹੀਂ ਦੇ ਆਓ, ਸਿੱਧੇ ਮਿਲ ਲਓ ਤਾਂ ਵੀ ਕੋਈ ਇਤਰਾਜ਼ ਨਹੀਂ, ਸਗੋਂ ਖੁਸ਼ ਹੋਏਗਾ। ਕਿਸੇ ਵਿਚੋਲੇ ਰਾਹੀਂ ਮਿਲਦੇ ਤਾਂ ਵਿਚੋਲੇ ਨੂੰ ਹਿੱਸਾ ਦੇਣਾ ਪੈਂਦਾ, ਸਿੱਧੀ ਆਉਣ ਵਾਲੀ ਪਾਰਟੀ ਤੋਂ ਘੱਟ ਪੈਸੇ ਲੈ ਲੈਂਦਾ। ਉਹਨੂੰ ਫਸਾਉਣ ਲਈ ਸੰਮਤੀ ਨੇ ਨੂੰ ਬਹੁਤ ਪੈਸੇ ਖਰਚਣ ਦੀ ਲੋੜ ਨਹੀਂ। ਪਹਿਲੇ ਹੱਲੇ ਉਹ ਜ਼ਰੂਰ 10,000 ਮੰਗੇਗਾ, ਜਦੋਂ ਧਿਰ ਉੱਠਣ ਲੱਗੀ ਤਾਂ ਉਹ ਰਾਇਤਾਂ ਵੀ ਥੋਕ ਦੇ ਭਾਅ ਕਰੇਗਾ, ਉੱਤਰਦਾ 4-5 ਸੌ ਤੱਕ ਆ ਜਾਏਗਾ। ਉਹ ਕਰੇ ਵੀ ਕੀ, ਉਹ ਗੋਡੇ ਗੋਡੇ ਕਬੀਲਦਾਰੀ 'ਚ ਧੱਸਿਆ ਹੋਇਆ ਸੀ, ਪੂਰੀਆਂ 30 ਦਰਜਨ ਧੀਆਂ ਦਾ ਬਾਪ, 2 ਵਿਆਹ ਚੁੱਕਾ, ਬਾਕੀ ਦੀਆਂ 4 ਨੂੰ ਭਾਵੇਂ ਅੱਜ ਵਿਆਹ ਦੇਵੇ। ਜਾਣਨ ਵਾਲੇ ਜਾਣਦੇ ਸੀ ਉਹ ਓਡਾ ਜ਼ਿਮੀਂਦਾਰ ਨਹੀਂ ਜਿੱਡਾ ਆਪਣੇ ਆਪ ਨੂੰ ਆਖਦਾ ਸੀ। ਪਿੰਡ ਉਹਦਾ ਨਾ ਫਾਰਮ ਸੀ ਨਾ ਬਾਗ, 3 ਭਾਈਆਂ ਕੋਲ ਸਾਰੀ 8 ਕਿੱਲੇ ਜ਼ਮੀਨ ਸੀ, ਠੇਕੇ ਜਿੰਨੀ ਤਾਂ ਟੱਬਰ ਕਣਕ ਖਾ ਜਾਂਦਾ ਸੀ। ਕਬੀਲਦਾਰੀ ਦਾ ਬੋਝ ਉਹਨੂੰ ਨੌਕਰੀ 'ਚੋਂ ਹੀ ਕੱਢਣਾ ਪੈਂਦਾ। ਰਿਸ਼ਵਤ ਬਚਨ ਸਿੰਘ ਭਾਵੇਂ ਸ਼ਰੇਆਮ ਲੈਂਦਾ ਸੀ, ਪਰ ਉਹਨੂੰ ਵੀ ਆਸਾਨੀ ਨਾਲ ਰੰਗੇ ਹੱਥੀਂ ਨਹੀਂ ਸੀ ਫੜਾਇਆ ਜਾ ਸਕਦਾ।
ਵਿਜੀਲੈਂਸ ਵਾਲਿਆਂ ਨੂੰ ਹਰ ਘੜੀ ਸਰਕਾਰੀ ਵਕੀਲ ਦੀ ਜ਼ਰੂਰਤ ਰਹਿੰਦੀ ਸੀ। ਸੌਖਿਆਂ ਉੱਤੇ ਰੇਡ ਨਹੀਂ ਕਰਨ ਲੱਗੇ। ਗੁਰਮੀਤ ਦਾ ਤਜਰਬਾ ਇਹੋ ਆਖਦਾ ਸੀ, ਕੋਈ ਨਹੀਂ, ਸਾਡੇ ਲਈ ਉਹਨੂੰ ਫੜਾਉਣਾ ਕੋਈ ਜ਼ਰੂਰੀ ਨਹੀਂ। ਸੰਮਤੀ ਦਾ ਮਕਸਦ ਮੁਲਾਜ਼ਮਾਂ ਨੂੰ ਹੁਸ਼ਿਆਰ ਕਰਨਾ ਹੈ। ਉਹ ਆਪਣੇ ਆਪਣੇ ਘੇਰੇ 'ਚ ਰਹਿ ਕੇ ਕੰਮ ਕਰਨ ਤਾਂ ਠੀਕ, ਉਹ ਦਾਇਰੇ 'ਚੋਂ ਬਾਹਰ ਨਿਕਲਣਗੇ ਤਾਂ ਸੰਮਤੀ ਵੀ ਹਮਲਾ ਕਰੇਗੀ। ਬਚਨ ਸਿੰਘ ਦੇ ਰੇਡ ਹੋਣ ਨਾਲ ਹੋਰਾਂ ਨੂੰ ਕੰਨ ਤਾਂ ਹੋਣਗੇ, ਇਹ ਬਾਬਾ ਜੀ ਦਾ ਵਿਚਾਰ ਸੀ। ਮੋਹਨ ਜੀ ਕੋਈ ਅਸਾਮੀ ਤਿਆਰ ਕਰੇਗਾ, ਗੁਰਮੀਤ ਉਹਨੂੰ ਵਿਜੀਲੈਂਸ ਵਾਲਿਆਂ ਕੋਲ ਲੈ ਕੇ ਜਾਏਗਾ, ਪੁਲਿਸ ਨੂੰ ਨੱਥ ਪਾਉਣ ਲਈ ਸਮੁੱਚਾ ਹੰਭਲਾ ਮਾਰਿਆ ਜਾਏਗਾ, ਹਰ ਪਿੰਡ ਦੀ ਇਕਾਈ ਸੁਚੇਤ ਰਹੇਗੀ, ਕਿਸੇ ਵੀ ਸਿਪਾਹੀ ਹੌਲਦਾਰ ਨੂੰ ਪਿੰਡ 'ਚ ਪੁੱਠਾ ਸਿੱਧਾ ਕੰਮ ਨਹੀਂ ਕਰਨ ਦਿੱਤਾ ਜਾਏਗਾ। ਕੋਈ ਕਰੇ ਤਾਂ ਪਹਿਲਾਂ ਪਿੰਡ 'ਚ ਉਹਦਾ ਜਲੂਸ ਕੱਢਿਆ ਜਾਏਗਾ, ਫਿਰ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਜਾਏਗੀ, ਥਾਣੇਦਾਰਾਂ ਅਤੇ ਡਿਪਟੀਆਂ ਦੇ ਸਕੈਂਡਲ ਨੂੰ ਅਖਬਾਰਾਂ 'ਚੋਂ ਉਛਾਲਿਆ ਜਾਏਗਾ, ਰਾਈ ਦਾ ਪਹਾੜ ਬਣਾਇਆ ਜਾਏਗਾ, ਸਮਗਲਰਾਂ 'ਤੇ ਨਜ਼ਰ ਰੱਖੀ ਜਾਏਗੀ, ਜਿਉਂ ਹੀ ਪੁਲਿਸ ਨਾਲ ਮਿਲ ਬੈਠਣ ਦਬੋਚ ਲੈ ਜਾਣਗੇ। ਮੁੱਕਦੀ ਗੱਲ ਕਿ ਹਰ ਮੁਲਾਜ਼ਮ ਨੇ ਆਪਣੀ ਨੌਕਰੀ ਖਤਰੇ 'ਚ ਨਜ਼ਰ ਆਏਗੀ, ਹਰ ਕੋਈ ਆਪਣੀ ਆਪਣੀ ਪੜਤਾਲ 'ਚ ਉਲਝ ਜਾਏਗਾ, ਸਭ ਦੇ ਹੌਸਲੇ ਪਸਤ ਹੋ ਜਾਣਗੇ, ਕਿਸੇ ਨੂੰ ਕਿਸੇ ਵਿੱਚ ਨਾਜਾਇਜ਼ ਤੰਗ ਕਰਨ ਦੀ ਹਿੰਮਤ ਨਹੀਂ ਰਹੇਗੀ। ਆਪਣੀਆਂ ਗੁੱਥੀਆਂ ਸੁਲਝਾਉਣ 'ਚ ਉਲਝੀ ਪੁਲਿਸ ਨੂੰ ਸੰਮਤੀ ਦੁਆਲੇ ਜਾਲ ਵਿਛਾਉਣ ਦਾ ਸਮਾਂ ਨਹੀਂ ਮਿਲੇਗਾ। ਸੰਮਤੀ ਦੀ ਇਸ ਯੋਜਨਾ ਨਾਲ ਵਰਕਰਾਂ ਵਿੱਚ ਨਵੀਂ ਰੂਹ ਫੂਕੀ ਗਈ। ਧੰਨਵਾਦ।